ਆਕਾਸ਼ ਤੇ ਭਿੰਦਾ ਸਰਪੰਚ ਜੀ, ਸੋ ਸਾਰੇ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਹਾਂ ਦਿਲੋਂ। ਤੇ ਹੁਣ ਮੈਂ ਬੇਨਤੀ ਕਰਦਾ ਵਾਂ, ਇੱਕ ਪਾਸੇ ਟੜਿਆਲਾ ਨੱਤ ਵਰਸ ਜੇ ਰਿਆਲੀ, ਇੱਕ ਪਾਸੇ ਟੜਿਆਲਾ ਨੱਤ ਵਰਸ ਜੇ ਰਿਆਲੀ, ਇਹ ਦੋਨੋਂ ਟੀਮਾਂ ਨੂੰ ਆਪਾਂ 2 ਮਿੰਟ ਦਾ ਸਮਾਂ ਦੇ ਦਈਏ ਤੇ ਬੋਲਾਂ ਦੀ ਸਾਂਝ ਪਗਾਉਣ ਦੇ ਲਈ। ਵਿਸ਼ਾਲ ਦੁਦਰਾਏ ਤੇ ਸਾਡੇ ਬੋਲਾਂ ਦੇ ਵੱਡੇ ਬੰਜਾਰੇ ਅਮਰੀਕ ਖੋਸਾ ਕੋਟਲਾ ਵੀ ਅੱਜ ਪਹੁੰਚੇ ਹੋਏ ਨੇ ਇਸ ਧਰਤੀ ਦੇ ਉੱਪਰ, ਸੋ ਦਿਲ ਦੀਆਂ ਕਰਾਈਆਂ ਤੋਂ ਧੰਨਵਾਦ ਕਰ ਦਈਏ। ਪਿੰਦਰ ਦੀ ਸਾਊਂਡ ਲੱਗੀ ਹੋਈ ਹੈ, ਪੰਜਾਬ 17 ਵਾਲੇ ਲਾਈਵ ਕਰ ਰਹੇ ਨੇ, ਬਾਊਂਸਰ ਭਰਾ ਵੀ ਅੱਜ ਪਹੁੰਚੇ ਹੋਏ ਨੇ। ਲੈ ਵੀ ਲਾਈਵ ਵਾਲਿਆ ਕਰ ਲਾ ਕੈਮਰਾ ਸੈੱਟ ਇੱਕ ਵਾਰੀ, ਤੇ ਆਪਾਂ ਟੀਮਾਂ ਨੂੰ ਵੀ ਸੱਦੇ ਦੇ ਦਈਏ, ਟੀਮਾਂ ਆ ਜਾਣ ਬਿਨਾਂ ਕਿਸੇ ਦੇਰੀ ਦੇ ਟੀਮਾਂ ਗਰਾਊਂਡ ਦੇ ਵਿੱਚ। ਮੈਂ ਬੇਨਤੀ ਕਰ ਦੇਵਾਂ ਇਧਰਲੇ ਪਾਸੇ ਜਿੰਨੇ ਵੀ ਭਰਾ ਬੈਠੇ ਨੇ, ਹੱਥ ਜੋੜ ਕੇ ਬੇਨਤੀ ਕਰਦਾ, ਇਹ ਕੁਰਸੀਆਂ ਆਪਾਂ ਸਾਡੀਆਂ ਮਾਤਾਵਾਂ ਤੇ ਭੈਣਾਂ ਵਾਸਤੇ ਲਾਈਆਂ, ਕਿਰਪਾ ਕਰਕੇ ਆਪਾਂ ਥੋੜੇ ਜਿਹੇ ਉਹ ਬੜਾ ਕੁਰਸੀਆਂ ਲਾਈਆਂ ਤੁਹਾਡੇ ਵਾਸਤੇ, ਆਪਾਂ ਇਧਰਲੇ ਪਾਸੇ ਬਹਿ ਜਾਈਏ, ਤੁਸੀਂ ਸਾਰੇ ਸਤਿਕਾਰ ਦੇ ਯੋਗ ਹੋ, ਆਪਾਂ ਕਿਰਪਾ ਕਰਕੇ ਇਧਰਲੇ ਪਾਸੇ ਬੈਠ ਜਾਈਏ, ਸੋ ਬੜੀ ਮਿਹਰਬਾਨੀ ਹੋ ਜਾਵੇਗੀ। ਪਹਿਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੀ ਹੈ, ਜਿਹੜਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ, ਇੱਕ ਕਬੱਡੀ ਦੇ ਆਉਣ ਵਾਲੇ ਸੁਪਰ ਸਟਾਰਾਂ ਦੇ ਵਿੱਚ ਗੱਲਾਂ ਹੁੰਦੀਆਂ, ਇਹ ਸਟੇਟ ਵੀ ਖੇਡੇ ਨੇ, ਇੱਕ ਪਾਸੇ ਟੜਿਆਲਾ ਨੱਤ ਔਰ ਦੂਸਰੇ ਪਾਸੇ ਰਿਆਲੀ ਦੀ ਟੀਮ ਹੋਵੇਗੀ। ਮੈਨੂੰ ਲੱਗਦਾ ਕਿ ਰਿਆਲੀ ਦੇ ਖਿਡਾਰੀ ਗਰਾਊਂਡ ਦੇ ਵਿੱਚ ਆ ਗਏ ਨੇ ਤੇ ਟੜਿਆਲੇ ਨੱਤ ਵਾਲੇ ਹਾਲੇ ਤੱਕ ਨਹੀਂ ਆਏ, ਲੱਖਣ ਦੇ ਚੰਡੇ ਹੋਏ ਖਿਡਾਰੀ ਨੇ, ਇਹ ਸਟੇਟ ਵੀ ਖੇਡੇ ਨੇ, ਇਹ ਲੱਖਣ ਦੀ ਟੀਮ ਹੈ, ਇਹ ਲੱਖਣ ਦੀ ਟੀਮ ਆ ਗਈ ਹੈ। ਹੁਣ ਮੈਂ ਬੇਨਤੀ ਕਰ ਦੇਵਾਂ, ਰਿਆਲੀ ਦੇ ਖਿਡਾਰੀ ਨਹੀਂ ਪਹੁੰਚੇ ਹਾਲੇ ਤੱਕ, ਬਿਨਾਂ ਕਿਸੇ ਰੀਤ ਟੀਮਾਂ ਗਰਾਊਂਡ ਦੇ ਵਿੱਚ ਰਿਪੋਰਟ ਕਰ ਜਾਣਗੀਆਂ। ਸੰਗਤ ਵੀ ਜੁੜਦੀ ਜਾ ਰਹੀ ਹੈ, ਇੱਕ ਪਾਸੇ ਪ੍ਰਸ਼ਾਦਾ ਵੀ ਚੱਲ ਰਿਹਾ, ਕਿਰਪਾ ਕਰਕੇ ਜਿਹੜੇ ਭਰਾ ਨੇ ਪ੍ਰਸ਼ਾਦਾ ਛਕਣਾ ਹੋਵੇ ਜ਼ਰੂਰ ਪ੍ਰਸ਼ਾਦਾ ਛਕ ਲਵੇ। ਹਲੇ ਇੱਕ ਵੀਰ ਜਿੰਨੇ ਵੀ ਗਰਾਊਂਡ ਦੇ ਵਿੱਚ ਜਿਹੜੇ ਭਰਾ ਦੀ ਕੋਈ ਡਿਊਟੀ ਜਾਂ ਕੋਈ ਐਕਟੀਵਿਟੀ ਨਹੀਂ ਹੈ, ਉਹ ਕਿਰਪਾ ਕਰਕੇ ਆਪਾਂ ਕੁਰਸੀਆਂ ਤੇ ਬੈਠ ਜਾਈਏ, ਇਹ ਕੁਰਸੀਆਂ ਆਪਾਂ ਬੈਠਣ ਵਾਸਤੇ ਲਾਈਆਂ ਨੇ, ਸੋ ਜ਼ਰੂਰ ਮੈਂ ਬੇਨਤੀ ਕਰਦਾ ਵਾਂ ਗਰਾਊਂਡ ਆਪਾਂ ਜ਼ਰੂਰ ਕਲੀਅਰ ਰੱਖੀਏ ਥੋੜ੍ਹੀ ਜੀ, ਕੁਝ ਰੂਲ ਕੁਝ ਅਨੁਸ਼ਾਸਨ ਬੜੇ ਹੋਏ ਨੇ ਇਹਨਾਂ ਗਰਾਊਂਡਾਂ ਦੇ। ਉੱਧਰ ਸਾਡੇ ਰੈਫਰੀ ਸਾਹਿਬਾਨ ਸੁੱਖਾ ਸਰਬਕੋਟੀਆ ਜੀ ਵੀ ਪਹੁੰਚੇ ਹੋਏ ਨੇ ਨਾਲ, ਸਤਨਾਮ ਸਿੰਘ ਜੀ ਬੱਜੂਮਾਨ ਤੇ ਗੋਪੀ ਢੜਿਆਲਾ, ਸੋ ਦਿਲੋਂ ਧੰਨਵਾਦ ਕਰਦੀ ਹੈ ਰੈਫਰੀ ਵੀਰਾਂ ਦਾ, ਵਿੱਕੀ ਬਾਊਂਸਰ ਤੇ ਨਾਲ ਮਣੀ ਬਾਊਂਸਰ ਉਹਨਾਂ ਦੀਆਂ ਡਿਊਟੀਆਂ ਲੱਗੇ ਨੇ। ਕਿਰਪਾ ਕਰਕੇ ਭਰਾਵਾਂ ਨੂੰ ਬੇਨਤੀ ਕਿ ਆਪੋ ਆਪਣੀਆਂ ਡਿਊਟੀਆਂ ਸਾਂਭ ਲੈਣ। ਹਰੀ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਇਹ ਦਾਤਾ ਤੂੰ ਨਾ ਕਰੇ ਤੇ ਹੋਰ ਕਰੇ ਕਿਹੜਾ, ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾਹ ਮੇਰੇ, ਮੈਂ ਤਾਂ ਤੱਕਦਾ ਰਹਿਮਤਾਂ ਤੇਰੀਆਂ ਨੂੰ ਕਿ ਫਰਸ਼ੋਂ ਅਰਸ਼ ਪਚਾ ਦੇਵੇ ਜੇ ਮਿਹਰ ਕਰੇ ਮੇਰੇ ਸਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ ਮਿਲਦੀਆਂ ਰਹਿਣ ਵਧਾਈਆਂ। ਪੰਜਾਬ ਦੀ ਧਰਤੀ ਮੇਰੇ ਵੀਰੋ, ਪੀਰਾਂ ਫਕੀਰਾਂ ਗੁਰੂਆਂ ਦੀ ਧਰਤੀ, ਅੱਜ ਸ਼ੰਕਰਪੁਰੇ ਦੀ ਧਰਤੀ ਮੇਰੇ ਵੀਰੋ, ਇਹ ਮਾਝੇ ਦੀ ਧਰਤੀ ਹੈ, ਗੁਰਦਾਸਪੁਰ ਜ਼ਿਲ੍ਹੇ ਦਾ ਬੜਾ ਮਾਣ ਮੱਤਾ ਪਿੰਡ ਹੈ ਸ਼ੰਕਰਪੁਰਾ ਮੇਰੇ ਵੀਰੋ, ਅੱਜ ਕਹਿੰਦੇ ਸ਼ੰਕਰਪੁਰੇ ਦੀ ਧਰਤੀ ਦੇ ਪਹਿਲਾ ਵੱਡਾ ਕਬੱਡੀ ਕੱਪ ਹੈ ਮੇਰੇ ਵੀਰੋ, ਅੱਜ ਕਹਿੰਦੇ ਇਸ ਧਰਤੀ ਦੇ ਦੁਨੀਆ ਦੇ ਮਹਿੰਗੇ ਮੁੱਲ ਦੇ ਖਿਡਾਰੀ ਮੇਰੇ ਮਿੱਤਰੋ, ਐ ਕਹਿੰਦੇ ਦੁਨੀਆ ਦੇ ਸੁਪਰ ਖਿਡਾਰੀ ਪੁੱਜਣੇ ਹੈ, ਤੇ ਕਹਿੰਦੇ ਕਬੱਡੀ ਖਿਡਾਰੀਆਂ ਦੇ ਵੱਡੇ ਪੱਧਰ ਤੇ ਮਾਣ ਸਨਮਾਨ ਹੋਣਗੇ, ਔਰ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ। ਇਧਰਲੇ ਪਾਸੇ ਸਾਡਾ ਵੀਰ ਲੱਖਣ ਢੜਿਆਲਾ ਨੱਤ, ਜਿਸ ਵੀਰ ਨੇ ਆਪਣੇ ਸਮੇਂ ਵਿੱਚ ਵੱਡੀ ਕਬੱਡੀ ਖੇਡੀ ਹੈ, ਅੱਜ ਵੀ ਭਰਾ ਦਾ ਨਾਂ ਚੱਲਦਾ ਹੈ, ਲੱਖਣ ਢੜਿਆਲਾ ਨੱਤ ਵਾਲਾ ਵੀਰ ਹੈ ਸਾਡਾ, ਸੋ ਧੰਨਵਾਦ ਹੈ ਭਰਾਵਾਂ ਦਾ। ਬੇਨਤੀ, ਆਪਾਂ ਗਰਾਊਂਡ ਬਿਲਕੁਲ ਕਲੀਅਰ ਰੱਖਣੀ ਹੈ, ਕੋਈ ਵੀ ਸਾਡਾ ਵੀਰ ਗਰਾਊਂਡ ਵਿੱਚ ਵਾਧੂ ਨਾ ਆਵੇ, ਸੋ ਜਿਨ੍ਹਾਂ ਭਰਾਵਾਂ ਦੀ ਕੋਈ ਡਿਊਟੀ ਨਹੀਂ ਹੈ ਉਹ ਕਿਰਪਾ ਕਰਕੇ ਗਰਾਊਂਡ ਵਿੱਚ ਨਾ ਆਉਣ, ਸਾਰੇ ਸਾਡੇ ਸਤਿਕਾਰਯੋਗ ਵੀਰਾਂ ਨੂੰ ਬੇਨਤੀ ਕਰਦੇ ਬੈਠ ਜਾਣ, ਔਰ ਧੰਨਵਾਦ ਕਰਾਂਗੇ ਸਾਡੇ ਬਹੁਤ ਹੀ ਸਤਿਕਾਰਯੋਗ ਬੜਾ ਪਿਆਰਾ ਵੀਰ ਹੈ ਸਾਡਾ
कुशल पंडित अज भरा दिया कहिंदे सज्जियां खब्बियां बाहवां होणियां ने आ कुशल पंडित उस भरा दा धन्नवाद करांगे मेरे वीरो उन्हां दे फादर साहब डॉक्टर जगपाल राय जी उन्हां दा भी धन्नवाद करांगे मेरे वीरो साडा वीर है करन पलवान आकाश गिल विक्की सरना राजा डौन जतेंद्र लाहौरिया ते साडे एडवोकेट सरदार पुष्पिंदर सिंह जी हिंदा सरपंच साहब ते जसपाल ते लवप्रीत टक्कर साहब जी ये साडे जीजा जी ने इन्हां प्यारियां शख्सियतां दा उचेत तौर दे बार बार धन्नवाद करांगे मेरे वीरो ये खेड दे मैदान विच खिचती लकीर अज पता लगू किदा तकड़ा शरीर के सुखमन महावीर वांगू पा दिओ कबड्डियां के जितण ही देने कोई होर मित्रो आओ सामने पिया कप कहिंदे चुम्मणा ला के डौलिया पुट्टां दा पूरा जोर मित्रो बेनती करदे आं सब तों पहला साडा वीर लखन पलवान ढड्याले नत्त वाला जिस भरा ने कहिंदे अपने समय विच वड्डी कबड्डी खेडी है अज भी भरा दा नां चलदा मेरे वीरो और बेनती करदे सब तों पहला उस मालक दे चरणा विच अरदास बेनती होवेगी फिर एक कबड्डी कप की शुरुआत होगी मेरे वीरो साडे सत्कारयोग बाबा जी आ जाएंगे और बेनती करदे मालक दे चरणा विच अरदास बेनती और उस तो बाद कहिंदे मैच की शुरुआत होगी मेरे वीरो ये मेरे वीरो वड्डा कबड्डी कप है ये गोल जिहा दायरा विच हंदे दो दिसदे चढ़ जाता चा जद खिडारी विच दिसदे ये जावा बलिहारे जिन्हें काड़े की कड़ी के खेडनी कबड्डी आरो खेडनी कबड्डी ऐ कहिंदे दुल्हन की तरह सज्जिया खेडदा मैदान वख वख तरह के झूलते हुए झंडे ये साडे वीर निशान टलो गगो बूहे वाले भरा दा कहिंदे लग्या होया बैरीगेट मेरे वीरो नाल कहिंदे साडे भरा दी बड़ी प्यारी साउंड है ऐ कहिंदे यमले जट दी तुंबी वांगू साउंड खड़कदी है ऐ साडा भरा कहिंदे पिंदर साउंड आओ ठठे वाले भरा दी कहिंदे अज साउंड लगी हुई है बड़ी प्यारी साउंड है साडे भरा दी सो वीर दा धन्नवाद करांगे नाल कहिंदे अज दा खेड मेला पंजाब दी मन्नी परमन्नी वैबसाइट पंजाब 7tv.com दे राही पूरी दुनिया च लाइव दिखाया जाएगा साडा वीर आया सुखा सर्व कोटिया उस भरा दा भी धन्नवाद करांगे सतनाम बजूमान इधरले पासे रवि भी आ गया साडा वीर उधरले पासे साडा वीर विशाल दुदराए अमरीक खोसा कोटला वह भी साडे भरा पुजे हुए ने अज रल मिल के पंजाबी बोलां दी सांझ पावांगे मेरे मित्रो साडा वीर इधरले पासे वीर साडा गोरा बटाला तेरा जीव पंडित वह भी साडे दरम्यान पहुंच चुके ने उन्हां दा भी धन्नवाद करते हैं साडा वीर गोरा बटाला ते राजीव पंडित जी विशेष तौर उत्ते धन्नवाद है मेरे वीरू बहुत बहुत धन्नवाद कर दिए इत्थे पहुंचण दे उपर राजीव पंडित ते गोरा बटाला जी सो दिल दियां गहराइयां तों धन्नवाद इत्थे पहुंचण दे उपर ये भरा दे प्यार दे बधे होए आए ने अज भरा पंडित दे सदे दे पहुंचे ने सो मैं बेनती करदा मैं इधरले पासे मैच की आपां जिहड़ी है शुरुआत करवा दईए बिना किसे देरी तों लखन भरा नूं बेनती है कि दस आपां मैच शुरू करवा दईए सब तो पहला जिहड़ी आपां अरदास दी बेनती करिए आप
ਭੈ ਭਜਨੋ ਤਸੇ ਆਗੇ ਕਰੇ ਅਰਦਾਸ, ਮਿਹਰ ਕਰੀ ਦਿਸ ਮਿਹਰਬਾਨ ਤਾਂ ਕਾਰਜ ਆਵੇ ਰਾਸ, ਤਿੰਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖ ਰਾਸ, ਤਾਕੋ ਬਿਘਨ ਨਾ ਕਉ ਲਾਗੇ ਜਾਕੀ ਪ੍ਰਭ ਆਗੇ ਅਰਦਾਸ, ਦੋਹੇ ਹੱਥ ਜੋੜ ਕਰੂੰ ਅਰਦਾਸ, ਤੁਦ ਭਾਣੇ ਤਾਂ ਆਣੇ ਰਾਸ। ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਪਾਤਸ਼ਾਹ ਜੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਰ ਰਾਮਦਾਸ ਹੋ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜੇ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰ ਐ, ਕਰਨਾਉ ਨਿਧਿ ਆਵੇ ਧਾਏ ਸਭ ਥਾਈ ਹੋ ਸਹਾਇ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੇ ਸਰਬੰਸ ਦਾਨੀ ਸਭ ਥਾਈ ਹੋ ਸਹਾਇ। ਦਸਾਂ ਹੀ ਪਾਸੇ ਜਗਦੀ ਜੋਤ ਸਰਬ ਸ਼ਕਤੀਮਾਨ, ਨਿਰੰਕਾਰ ਪਿਤਾ ਜੋਤੀ ਸਰੂਪ ਗੱਦੀ ਨਸੀ ਚੌੜ ਤਸ ਦੇ ਮਾਲਕ ਜੁਗੋ ਜੁਗ ਅਟਲ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਵਿਦਾਰ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਜੀ ਦੇ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲਿਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਂ ਜਪਿਆ ਵੰਡ ਸਕਿਆ, ਦੇਗ ਚਲਾਏ ਦੇਗ ਵਾਏ ਦੇਖ ਕੇ ਅਣਡਿੱਟ ਕੀਤਾ, ਤਿਨ੍ਹਾਂ ਪਿਆਰਿਆਂ ਸਾਰਿਆਂ ਦੁਲਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ। ਮੂੰਹ ਸ਼ਹੀਦਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪਦਾ ਪਿੱਤਰ ਦਾ ਨਾਮ ਚੇਤੇ ਆਵੇ, ਨਾਮ ਤੁਹਾਡਾ ਸਦਕਾ ਸਰਬ ਸੁੱਖ ਹੋਵੇ, ਜਹਾਂ ਜਹਾਂ ਖਾਲਸਾ ਸਾਹਿਬ ਜੀ ਤਾਂ ਦੱਸਿਆ ਰਿਹਾ ਦੇਤ ਫਤਿਹ ਪਿੰਡ ਕੇ ਪੈ ਪੰਥ ਕੇ ਜੀਤ, ਸ੍ਰੀ ਸਾਹਿਬ ਹੋ ਸਹਾਏ ਖਾਲਸਾ ਸਾਹਿਬ ਜੀ ਕੇ ਬੋਲ ਬਾਲੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ। ਬਹੁਤ ਸੋ ਜੀ ਆਪਣੇ ਤਰੋ ਕਰੋ ਗੁਰ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵੇਕ ਦਾਨ, ਉਸਾਹ ਦਾਨ, ਭਰੋਸਾ ਦਾਨ, ਦਾਨਸ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਪਵਿੱਤਰ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਵੰਗੇ ਜੁਗੋ ਜੋ ਟਲ ਧਰਮ ਕਾ ਜਾਕਾਰ, ਗੁਰੂ ਪਰ ਖਾਲਸਾ ਸਿੱਖਾਂ ਦਾ ਮਨ ਨੇਵਾ ਮਤ ਉੱਚੇ, ਮਤ ਪਾਤ ਕਰ ਆਖਿਆ ਹੇ ਅਕਾਲ ਮਤ ਦਾ ਸਹਾਇ ਦਤਾਰ ਜੀਓ, ਹੇ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰ ਧਾਮਾਂ ਪੰਥ ਨੂੰ ਸੋੜਿਆ ਗਿਆ, ਖੁੱਲੇ ਦਰਸ਼ਨ ਸਿਆਸ ਸੰਭਾਲ ਦਾ ਦਾਨ ਪਾਰੇ ਖਾਲਸਾ ਬਸਣਾ, ਹੇ ਨਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਯੋਟਿਆਂ ਜੋੜ ਸੱਚੇ ਪਾਤਸ਼ਾਹ ਗੁਰੂ ਅੰਤਰਜਾਮੀ, ਆਪਦੇ ਚਰਨਾਂ ਕੋਲ ਅਰਦਾਸ ਬੇਨਤੀ ਪ੍ਰਾਰਥਨਾ ਜੁਦੀ ਸਤਿਗੁਰੂ ਜੀ ਸੰਭੂ ਨਗਰ ਨਿਵਾਸੀ ਅਨਾਈ ਵੀਰਾਂ ਵੱਲੋਂ ਸਤਿਗੁਰੂ ਜੀ ਕਬੱਡੀ ਦਾ ਮੇਜ ਹੋ ਰਿਹਾ, ਸਤਿਗੁਰੂ ਜੀ ਸਾਡੇ ਵਿੱਚ ਕੁਸ਼ਲ ਹੋਰ ਸਾਰੇ ਮਿਲ ਕੇ ਕਰਾ ਰਹੇ, ਸਤਿਗੁਰੂ ਜੀ ਬੱਚਿਆਂ ਨੂੰ ਤੰਦਰੁਸਤ ਦਾਤਾ ਬੱਸਿਆਂ ਸਦਾ ਚੜ੍ਹਦੀ ਕਲਾ ਵਿੱਚ ਪ੍ਰੋਗਰਾਮ ਕਰਾਉਣਾ, ਸਤਿਗੁਰੂ ਜੀ ਆਪ ਦਰ 'ਤੇ ਜੋ ਜੀ ਆਵੇ ਸੋ ਰਾਜੀ ਜਾਵੇ, ਸੁੱਖ ਹੋਵੇ ਨਾਮ ਚ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਉਸ ਮਾਲਕ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ ਕਿ ਇਹ ਮਾਲਕ ਇਹ ਕਬੱਡੀ ਕੱਪ ਜਿਹੜਾ ਸ਼ੁਰੂ ਹੋਣ ਲੱਗਾ ਹੈ ਇਹ ਤੁਸੀਂ ਆਪ ਹੀ ਕਰਵਾ ਲੈਣਾ ਹੈ, ਵਿੱਚ ਕਰਤਾ ਪੁਰਖ ਖਲੋਆ ਵਾਲਣਾ ਮਹਿੰਗਾ ਹੋਆ, ਔਰ ਮੇਰਾ ਵਾਹਿਗੁਰੂ ਦੀ ਸਭ ਤੋਂ ਪਹਿਲਾਂ ਉਸ ਮਾਲਕ ਦਾ ਓਟ ਆਸਰਾ ਲਿਆ ਗਿਆ। ਹੁਣ ਉਸ ਤੋਂ ਬਾਅਦ ਕਹਿੰਦੇ ਕਬੱਡੀ ਕੱਪ ਦੀ ਮੇਰੇ ਵੀਰੋ ਮੈਚਾਂ ਦੀ ਸ਼ੁਰੂਆਤ ਹੋਣ ਲੱਗੀ ਹੈ, ਪਹਿਲਾ ਮੈਚ ਕਹਿੰਦੇ ਬੜਾ ਚੋਟੀ ਦਾ ਮੈਚ ਸ਼ੁਰੂ ਹੋਣ ਜਾ ਰਿਹਾ ਹੈ, ਪਾਣੀ ਵਾਲੇ ਵੀਰ ਨੂੰ ਬੇਨਤੀ ਪਾਣੀ ਜਿਹੜਾ ਹੈ ਉਹ ਖੇਡ ਮੈਦਾਨ ਵਿੱਚ ਪੁੱਜਦਾ ਕਰ ਦਿੱਤਾ ਜਾਵੇ, ਪਾਣੀ ਵਾਲੇ ਭਰਾ ਨੂੰ ਬੇਨਤੀ ਹੈ। ਲਖਨ ਢਡਿਆਲਾ ਨੱਤ ਸਾਡਾ ਵੀਰ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ, ਇੱਧਰਲੇ ਪਾਸੇ ਸਾਡਾ ਵੀਰ ਅਮਰੀਕ ਵੀ ਆ ਗਿਆ, ਕਾਫੀ ਲੰਮੇ ਸਮੇਂ ਤੋਂ ਪਹੁੰਚਿਆ ਹੈ, ਮੇਰੇ ਹਿਸਾਬ ਨਾਲ ਡੇਢ ਘੰਟਾ ਇੱਥੇ ਪਹੁੰਚਿਆ ਨੂੰ ਭਰਾ ਨੂੰ ਹੋ ਗਿਆ ਹੈ, ਅਮਰੀਕ ਖੋਸਾ ਕੋਟਲਾ, ਔਰ ਕੱਲ੍ਹ ਕਹਿੰਦੇ ਮੰਡ ਦੀ ਧਰਤੀ 'ਤੇ ਵੀ ਬੜੇ ਸੋਹਣੇ ਬੋਲ ਬੋਲੇ ਹੈ ਸਾਡਾ ਵੀਰ ਅਮਰੀਕ ਖੋਸਾ ਕੋਟਲਾ ਜੀ, ਵਿਸ਼ਾਲ ਦੁਦਰਾਏ ਜੀ, ਰਵੀ ਬਲਪੁਰ ਦਾਸ, ਰਲ ਮਿਲ ਕੇ ਪੰਜਾਬੀ ਬੋਲਾਂ ਦੀ ਸਾਂਝ ਪਾਵਾਂਗੇ ਮੇਰੇ ਵੀਰੋ। ਪਹਿਲਾ ਮੈਚ ਕਹਿੰਦੇ ਚੋਟੀ ਦਾ ਮੈਚ ਜਿਹੜਾ ਇਹ ਸ਼ੁਰੂ ਹੋਣ ਜਾ ਰਿਹਾ ਹੈ, ਇੱਕ ਪਾਸੇ ਢਡਿਆਲੇ ਨੱਤ ਦੀ ਟੀਮ ਹੈ ਔਰ ਦੂਸਰੇ ਪਾਸੇ ਮੇਰੇ ਵੀਰੋ
हरियाली दी टीम है, सिरे दी टक्कर है। अब कहिंदे छोटे बच्चों का पहला मैच शुरू होने जा रहा है। पहली कबड्डी पाउण वास्ते सामने देखांगे मेरे वीरो, स्टेज दे सज्जे पासे टीम जिहड़ी है वह हरियाली दी टीम है, ते स्टेज दे खब्बे पासे टीम जिहड़ी है वह ढडियाले नत्त दी टीम है। पहली कबड्डी पाउण वास्ते प्रदीप वाधा होया है। आओ सामने प्रदीप ने कबड्डी पा दित्ती मेरे वीरो, चार जाफी तैयार ने। हम चारा मैचों देखांगे कौन बल्ले बल्ले घराउंदा है। आ गबरू ने कहिंदे बड़ी सोहनी कोशिश कीती है, पर नंबर कहिंदे प्रदीप ने अपनी टीम दे से जोड़ दिता है। अगली कबड्डी पाउण वास्ते सामने पासे देखांगे मेरे वीरो, लो कबड्डी पाउण वास्ते गबरू तैयार। लैपी रवि वीर कल गबरू की गल लो, गुरसेवक नाम है उस नौजवान का जिन्हें पड़ते थापी मारी है। सिख सरदार की पेंदी हुई रेड, चार तैयार ने चारा हूँ कि जाफी बल्ले बल्ले कराऊगा। रियाली वाले टक्कर आओ, सिख की सिख दे नाल हो गई है, पर बल्ले बल्ले आओ लगता जोर हुंदी पई कमाल। आओ तीह सकेंटा वाली खेड, पर की गल बनती सामने, समा किसी का इंतजार नहीं करता। तो सतनाम सिंह बज्जू मान की विसल फैसले कर गई है कि पॉइंट जोड़ा रियाली के हक जुड़ गया है। रेड पाने वास्ते नौजवान किड़ा खिडारी अगे वधेगा, थोड़े थोड़े जिन्हें रेड पाउनी उही अगे रवे, बाकी आप थोड़े थोड़े पिछे हो जाइए। जेडे स्पेयर खिडारी ने पर इधरले पासे ए लखन ढडियाले का चंडिया होया, कोई पंडित कहिंदा जां गुरलाल कहिंदा, एक कहिंदे बड़ा वधिया खिडारी है। आने वाले समा इस नौजवान का है, लो लगता जोर पर कमाल कर दिती है। इधर भी जफा लगा, उधर भी जफा लगा है, पर रेड पाउण वास्ते नौजवान विशाल आ गया। तो करी नौजवान ना गल, कोई जशन कहिंदा कोई विशाल कहिंदा, मेरे वीरो कबड्डी पाउण वास्ते कहिंदे ढडियाले नत्त दी धरती दा आओ जशन, कबड्डी पाउण वास्ते वाधा होया है। ते नंबर देखांगे गबरू ने अपनी टीम दे से जोर दिता है। एक गोरी चिट्टी है, एक गोरी चिट्टी है, इनू मैली ना करना, मेरे पंजाब दी मिट्टी है, पंजाब दी धरती कहिंदे सूरबीर योधियां दी धरती मेरे वीरो, अज कहिंदे माझे दी धरती, आओ कहिंदे शंकरपुरे दी धरती दे, आओ कबड्डियां भारियां ने, आ जफे लग रहे ने मेरे वीरो, लो कबड्डी पाउण वास्ते सामने देखांगे। प्रदीप दी कबड्डी है, आओ कहिंदे खेड दे मैदान विच, आ दूसरे पासे देखांगे ढडियाले नत्त दी आ टीम दा खिडारी मेरे मित्रो, ऐ कहिंदे ला टकड़ा जफा दे, नंबर अपनी टीम दे से जोड़ दिता है। लाभी रवि विशाल आ गया कबड्डी पाउण वास्ते, लो विशाल दी पेंदी हुई रेड है। एक विशाल साडी खेड कबड्डी दा बुलारा है, पर एक खिडारी भी है। लो इधरले पासे विशाल एक तकड़ा नंबर जोड़दा होया है, लखां दे पॉइंट दा वाधा कर दिता नौजवान ने। पक्का रंग है नौजवान का, रंग बेशक रब ने राड़ के दिता, पर जज्बे बहुत वड्डे ने इस खिडारी दे। लो पैंदी रेड़ के गल्ला गल्ला दे विच गल दी गाल बन जे, बिना गाल तो पंगा नहीं हो सकता। ओ जिहड़ा करे बराई दूजियां दी ओ आप भी चंगा नहीं हो सकता। हिंदू मुस्लिम सिख ईसाई जे वख हो जाण ते इना बाज तिरंगा नहीं हो सकता। पर तगड़ा नंबर नौजवान जुड़ गया अपनी टीम दे लई, लखा जे पॉइंट का वाधा कर दिता है। रेड पाउण वास्ते नौजवान फिर पड़ते थापी मारी है, तो सोने कर गल पे लो कबड्डी पाउण वास्ते फिर कहिंदे गबरू वाधा होया, खेड दे मैदान विच है ढडियाले नत्त दी टीम वालों। आ गबरू ने कबड्डी पा दित्ती मेरे वीरो, दूसरे पासे देखांगे आ सामने रियाली वाला गबरू आ डकण दी करदा कोशिश, लो लगदा होया जफा। ये 30 सैकेंड की कबड्डी है मेरे वीरो, ये गल 30 सैकेंटा ते मुकनी है। रेडा भावें लख पैंदियां पर गल जफिया ते मुकनी है। ए गबरू ने तुन के जफा ला के और नंबर अपनी टीम दे से जोर दिता है। अगली कबड्डी पाउण वास्ते लवप्रीत, ये कहिंदे रियाली दी धरती दा और लवप्रीत कबड्डी पाउण वास्ते वाधा होया है। दूसरे पासे देखांगे आ ढडियाले नत्त दी आ टीम दा खिडारी मेरे मित्रो, आ ढक्कण दी करदा कोशिश, ये बैली भज तुरिया है। जीते मौण ना पंगा पा के सिंह फस गए कुंडियां दे, आ मित्रा बह जा गोडी लाके, नंबर धावी ने जोर दिता है। लैपी रवि वीर कबड्डी पाउण वास्ते जशन आ गया ढडियाले नत्त वाला। लाओ ढडियाला नत्त पहला लखन ने मशहूर किया है, हुण उहदे छोटे खिडारी मशहूर कर रहे ने, पर हल्का टच ते पॉइंट कहिंदे जशन अपनी टीम दे लई उड़ गया कि लखां दे पॉइंट दा वाधा कर दिता अपनी टीम दे लई। चल भी नौजवाना पा रेड, चार उड़ीकदे ने उधरले पासे, तैनू लिआओ नंबर ते फिर बल्ले बल्ले होवेगी। आओ ताड़ियां तेरे वास्ते वजणियां, पूरी दुनिया अज कहिंदे शंकरपुरे
ਦਾ ਕਬੱਡੀ ਕੱਪ ਤੱਕ ਰਹੀ ਹੈ ਪੰਜਾਬ ਟੀਵੀ 7 ਦੇ ਜਰੀਏ ਸੋਸ਼ਲ ਮੀਡੀਆ ਦਾ ਵੀ ਧੰਨਵਾਦ ਕਰ ਦਈਏ ਲਓ ਪੈਂਦੀ ਰੇਡ 4 ਤਿਆਰ ਲਖਣ ਦਾ ਚੰਡਿਆ ਕੋਸ਼ਿਸ਼ ਕਰਦਾ ਪਰ ਨਹੀਂ ਫਲਾ ਸਕਿਆ ਪਰ ਟੈਕਨੀਕਲ ਪੁਆਇੰਟ ਰਿਆਲੀ ਦੇ ਹੱਕ ਦੇ ਵਿੱਚ ਜੁੜਦਾ ਹੋਇਆ ਹੈ ਰੇਡ ਪਾਉਣ ਲਈ ਗੋਰਾ ਨਿਸ਼ੋਰ ਰੰਗ ਹੈ ਇਸ ਖਿਡਾਰੀ ਦਾ ਜਿਹਨੇ ਹੁਣ ਪੱਟ ਤੇ ਥਾਪੀ ਮਾਰੀ ਹੈ ਚਾਰ ਤਿਆਰ ਕਿ ਚਾਰਾਂ ਦੇ ਵਿੱਚ ਹੁਣ ਕੌਣ ਬੱਲੇ ਬੱਲੇ ਕਰਵਾਊਗਾ ਇਹ ਗੱਲ ਸਮੇਂ ਦੀ ਇਹ ਬਾਤਾਂ ਸਮੇਂ ਦੀਆਂ ਨੇ ਪਰ ਮੁੰਡਾ ਹਵਾ ਨੂੰ ਗੰਢਾ ਦਿੰਦਾ ਹੋਇਆ ਇੱਕ ਤਕੜੇ ਨੰਬਰ ਦਾ ਵਾਅਦਾ ਕਰ ਦਿੱਤਾ ਆਪਣੀ ਟੀਮ ਦੇ ਲਈ ਚੱਲ ਨੌਜਵਾਨਾਂ ਪਾ ਰੇਡ ਤੇ ਬੋਲ ਝਲਾੜੀ ਵਾਲੇ ਦੇ ਲਓ ਕਬੱਡੀ ਪਾਉਣ ਵਾਸਤੇ ਫਿਰ ਦੇਖਾਂਗੇ ਮੇਰੇ ਵੀਰੋ ਸੁਖਚੈਨ ਕਬੱਡੀ ਪਾਉਣ ਵਾਸਤੇ ਵਾਅਦਾ ਹੋਇਆ ਆ ਦੂਸਰੇ ਪਾਸੇ ਉਹ ਗੱਲ ਹੋ ਗਈ ਹੈ ਕਿ ਬੱਗੀ ਤਿੱਤਰੀ ਕਮਾਦੋਂ ਨਿਕਲੀ ਉੜਦੀ ਨੂੰ ਬਾਜ ਪੈ ਗਿਆ ਆਹ ਕਹਿੰਦੇ ਢੜਿਆਲੇ ਨੱਤ ਵਾਲੇ ਗੱਭਰੂ ਨੇ ਆਹ ਕੈਂਚੀ ਜੜ ਕੇ ਗੱਲ ਮੁਸ਼ਕਲ ਕਰ ਦਿੱਤੀ ਮੇਰੇ ਵੀਰੋ ਆਹ ਬੱਜੀ ਹੋਈ ਕੈਂਚੀ ਹੈ ਕਿ ਬੱਜੀ ਹੋਈ ਕੈਂਚੀ ਸੈਂਟਰਲ ਜੇਲ੍ਹ ਹੁੰਦੀ ਹੈ ਕਿ ਬੇਗਾਨੇ ਪੁੱਤ ਏਦਾਂ ਵੇਲ ਸੁੱਟ ਦੇ ਜਿਵੇਂ ਚੱਕਲੇ ਤੇ ਰੋਟੀ ਵੇਲ ਹੁੰਦੀ ਹੈ ਐ ਗੱਭਰੂ ਨੇ ਤੁੰਨ ਕੇ ਜਫਾ ਲਾ ਕੇ ਆਹ ਨੰਬਰ ਆਪਣੀ ਆਹ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਬੱਡੀ ਪਾਉਣ ਮਾਤੇ ਜਸ਼ਨ ਤਿਆਰ ਬਰ ਤਿਆਰ ਹੈ ਆਹ ਕਹਿੰਦੇ ਢੜਿਆਲੇ ਨੱਤ ਦੀ ਧਰਤੀ ਦਾ ਜਸ਼ਨ ਕਬੱਡੀ ਪਾਉਣ ਵਾਸਤੇ ਇਸ ਵੇਲੇ ਵਾਧਾ ਹੋਇਆ ਹੈ ਚਾਰ ਜਾਫੀ ਤਿਆਰ ਨੇ ਲਓ ਨੰਬਰ ਧਾਵੀ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਕਿ ਰੱਬ ਰੱਬ ਕਰੇ ਮਾਰੇ ਰੱਬ ਦਿਆਂ ਬੰਦਿਆਂ ਨੂੰ ਰੱਬ ਰੱਬ ਕਰੇ ਮਾਰੇ ਰੱਬ ਦਿਆਂ ਬੰਦਿਆਂ ਨੂੰ ਇਹਨਾਂ ਨਹੀਂ ਉਹ ਬੰਦੇ ਚ ਹੰਕਾਰ ਹੋਣਾ ਚਾਹੀਦਾ ਹੈ ਇੱਟ ਚੁੱਕਣ ਤੋਂ ਪਹਿਲਾਂ ਪੱਥਰ ਉਠਾਓ ਪਰ ਪਹਿਲਾਂ ਨਹੀਂ ਉਹ ਕਿਸੇ ਉੱਤੇ ਵਾਰ ਹੋਣਾ ਚਾਹੀਦਾ ਹੈ ਮੇਰੇ ਗਲ ਹੈ ਗਾਤਰਾ ਤੇ ਤੇਰੇ ਹੈ ਜਨੇਊ ਵੀਰਾ ਦੋਹਾਂ ਦਾ ਦਿਲੋਂ ਸਤਿਕਾਰ ਹੋਣਾ ਚਾਹੀਦਾ ਹੈ ਰੱਬ ਦੀ ਬੰਦਗੀ ਬੰਦਾ ਕਰੇ ਜਾਂ ਨਾ ਕਰੇ ਪਰ ਬੰਦੇ ਨਾਲ ਬੰਦੇ ਨੂੰ ਪਿਆਰ ਹੋਣਾ ਚਾਹੀਦਾ ਹੈ ਕਿ ਰੱਬ ਦੀ ਬੰਦਗੀ ਬੰਦਾ ਕਰੇ ਜਾਂ ਨਾ ਕਰੇ ਪਰ ਰੱਬ ਬੰਦੇ ਨਾਲ ਬੰਦੇ ਨੂੰ ਇਹ ਪਿਆਰ ਹੋਣਾ ਚਾਹੀਦਾ ਹੈ ਉਹ ਪਿਆਰ ਦੀ ਖੇਡ ਹੈ ਮੇਰੇ ਵੀਰੋ ਸਾਡੀ ਮਾਂ ਖੇਡ ਕਬੱਡੀ ਅੱਜ ਕਹਿੰਦੇ ਕਬੱਡੀ ਹੈ ਇਹ ਪਿਆਰ ਦੀ ਖੇਡ ਹੈ ਮੇਰੇ ਵੀਰੋ ਨੰਬਰ ਧਾਵੀ ਨੇ ਆਪਣੀ ਟੀਮ ਦੇ ਸਜੋੜ ਦਿੱਤਾ ਹੈ ਲਓ ਕਬੱਡੀ ਪਾਉਣ ਵਾਸਤੇ ਸੁਖ ਚੈਨ ਤਿਆਰ ਬਰ ਤਿਆਰ ਹੈ ਉਹ ਕਹਿੰਦੇ ਸੁਖ ਚੈਨ ਦੀ ਕਬੱਡੀ ਭੈਰੀ ਹੈ ਆਹ ਦੂਸਰੇ ਪਾਸੇ ਦੇਖਾਂਗੇ ਮੇਰੇ ਮਿੱਤਰੋ ਢੜਿਆਲੇ ਨੱਤ ਵਾਲਾ ਗੱਭਰੂ ਉਹ ਡੱਕਣ ਦੀ ਕਰਦਾ ਕੋਸ਼ਿਸ਼ ਆਹ ਹੁੰਦੀ ਹੋਈ ਬੱਲੇ ਬੱਲੇ ਆਹ ਦੂਸਰਾ ਜੱਫਾ ਆਹ ਗੱਭਰੂ ਨੇ ਕਹਿੰਦੇ ਲਾ ਦਿੱਤਾ ਮੇਰੇ ਵੀਰੋ ਆਹ ਤਾੜੀਆਂ ਮਾਰ ਦੋ ਜ਼ੋਰਦਾਰ ਇਹ ਕਹਿੰਦੇ ਢੜਿਆਲੇ ਨੱਤ ਵਾਲਾ ਗੱਭਰੂ ਐ ਕਹਿੰਦੇ ਲਾ ਤਕੜਾ ਜੱਫਾ ਦੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਕਬੱਡੀ ਵਿਸ਼ਾਲ ਨੇ ਪਾ ਦਿੱਤੀ ਹੈ ਲਓ ਵਿਸ਼ਾਲ ਦੀ ਰੇਡ ਪੈ ਗਈ ਹੈ ਤੇ ਪਾਣੀ ਵਾਲੇ ਵੀਰ ਨੂੰ ਬੇਨਤੀ ਹੈ ਕਿ ਪਾਣੀ ਜ਼ਰੂਰ ਗਰਾਊਂਡ ਵਿੱਚ ਪੁੱਜਦਾ ਕਰ ਦਿੱਤਾ ਜਾਵੇ ਅਸੀਂ ਬੇਨਤੀ ਕਰ ਦਈਏ ਕਿ ਪਾਣੀ ਜ਼ਰੂਰ ਗਰਾਊਂਡ ਵਿੱਚ ਪੁੱਜਦਾ ਕਰ ਦਿੱਤਾ ਜਾਵੇ ਲਓ ਪੈਂਦੀ ਹੋਈ ਜਸ਼ਨ ਦੀ ਰੇਡ ਪਰ ਬੱਲੇ ਬੱਲੇ ਆ ਖਿਡਾਰੀ ਆ ਕਹਿੰਦਾ ਮੈਨੂੰ ਛੱਡੋ ਮੈਂ ਜੱਫਾ ਲਾ ਕੇ ਦਿਖਾਉਣਾ ਇਹ ਰਿਆਲੀ ਵਾਲਾ ਢੜਿਆਲੇ ਨੱਤ ਵਾਲੇ ਨੂੰ ਜੱਫਾ ਲਾ ਕੇ ਕਮਾਲ ਕਰ ਦਿੱਤੀ ਹੈ ਨੌਜਵਾਨ ਨੇ ਇੱਕ ਤਗੜਾ ਨੰਬਰ ਜੁੜ ਗਿਆ ਆਪਣੀ ਟੀਮ ਦੇ ਲਈ ਇਹ ਮੰਗਲ ਹੈ ਜਿਹਨੇ ਜੱਫਾ ਲਾਇਆ ਨੌਜਵਾਨ ਨੇ ਔਰ ਕਮਾਲ ਕਰ ਦਿੱਤੀ ਹੈ ਉਧਰ ਰੇਡ ਪਾਉਣ ਵਾਸਤੇ ਇੱਕ ਇੰਦਰਜੀਤ ਤੂਫਾਨ ਹੋਇਆ ਇੱਕ ਆਹ ਤੂਫਾਨ ਹੈ ਰਿਆਲੀ ਵਾਲਾ ਜਿਹੜਾ ਅੱਜ ਵੇਰ ਕੇ ਕਬੱਡੀਆਂ ਪਾਈ ਆ ਰਿਹਾ ਇਸ ਧਰਤੀ ਦੇ ਉੱਪਰ ਸ਼ੰਕਰਪੁਰੇ ਦੀ ਧਰਤੀ ਹੈ ਪਰ ਉੱਧਰ ਸਾਡੇ ਮਾਣਯੋਗ ਪਹੁੰਚਦੇ ਜਾ ਰਹੇ ਨੇ ਸਾਡੇ ਵੀਰ ਯਾਰ ਮਿੱਤਰ ਨੇ ਸਾਡੇ ਵੀਰ ਦੇ ਲੈ ਇਧਰਲੇ ਪਾਸੇ ਵੀਰ ਜੀ ਸਾਡਾ ਵੀਰ ਹਰਪਾਲ ਗਿੱਲ ਜੀ ਤੇ ਪ੍ਰਿੰਸ ਰੰਧਾਵਾ ਸਾਹਿਬ ਜੀ ਪੁੱਜੇ ਹੋਏ ਨੇ ਵਿਸ਼ੇਸ਼ ਤੌਰ ਦੇ ਉੱਤੇ ਬਾਰ ਬਾਰ ਧੰਨਵਾਦ ਹੈ ਸਾਡਾ ਵੀਰ ਪ੍ਰਿੰਸ ਰੰਧਾਵਾ ਤੇ ਹਰਪਾਲ ਗਿੱਲ ਜੀ ਤੇ ਸਾਡਾ ਵੀਰ ਕੁਸ਼ਲ ਪੰਡਿਤ ਦੀਆਂ ਅੱਜ ਸੱਜੀਆਂ ਖੱਬੀਆਂ ਬਾਹਾਂ ਆ ਰਹੀਆਂ ਨੇ ਆਹ ਭਰਾਵਾਂ ਦੀਆਂ ਕਹਿੰਦੇ ਸੱਜੀਆਂ ਖੱਬੀਆਂ ਹਰਪਾਲ ਟੱਕਰ ਅਵਤਾਰ ਟੱਕਰ ਤੇ ਸਾਡੇ ਵੀਰ ਲਵ ਟੱਕਰ ਇਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਾਂਗੇ ਜੀਜਾ ਜੀ ਆਏ ਨੇ ਅਵਤਾਰ ਟੱਕਰ ਜੀ ਤੇ ਸਾਡੇ ਲਵ ਟੱਕਰ ਜੀ ਜੀਜਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਜਿੰਨੀਆਂ ਵੀ ਮਾਣਯੋਗ ਸ਼ਖਸੀਅਤਾਂ ਆ ਰਹੀਆਂ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਉਧਰਲੇ ਪਾਸੇ ਕੁਸ਼ਲ ਪੰਡਿਤ ਉਹਨਾਂ ਦੇ ਫਾਦਰ ਸਾਹਿਬ ਜੀ ਨੇ ਸਾਡੇ ਡਾਕਟਰ ਬਹੁਤ ਹੀ ਸਤਿਕਾਰਯੋਗ ਡਾਕਟਰ ਜਗਪਾਲ ਰਾਏ ਜੀ ਲੱਖਣ ਭਲਵਾਨ ਜੀ ਕਰਨ ਪਹਿਲਵਾਨ ਆਕਾਸ਼ ਗਿੱਲ ਵਿੱਕੀ ਸਰਨਾ ਜੀ ਰਾਜਾ ਡਾਊਨ ਜਤਿੰਦਰ ਲਾਹੌਰੀਆ ਤੇ ਸਾਡੇ ਐਡਵੋਕੇਟ ਸਰਦਾਰ ਪੁਸ਼ਪਿੰਦਰ ਸਿੰਘ ਜੀ ਹਿੰਦਾ ਸਰਪੰਚ ਸਾਹਿਬ ਜਸਪਾਲ ਤੇ ਲਵਪ੍ਰੀਤ ਟੱਕਰ ਜੀਜਾ ਜੀ ਆਏ ਨੇ ਬਾਰ ਬਾਰ ਧੰਨਵਾਦ ਕਰਾਂਗੇ ਲਓ ਕਬੱਡੀ ਪੈ ਗਈ ਹੈ ਖੇਡ ਦੇ ਮੈਦਾਨ ਵਿੱਚ ਅਭੀ ਛੋਟੇ ਵੀਰ ਕਰ ਸਿਫਤ ਮੁੰਡੇ ਦੀ ਲਓ ਰੇਡ ਪੈਂਦੀ ਹੈ ਨੌਜਵਾਨ ਦੀ ਪੈਂਦੀ ਰੇਡ ਚਾਰ ਤਿਆਰ ਚਾਰਾਂ ਦੇ ਵਿੱਚ ਹੁਣ ਕੌਣ ਬੱਲੇ ਬੱਲੇ ਕਰਵਾਊਗਾ ਆਹ ਬੱਲੇ ਬੱਲੇ ਦੋ ਨੰਬਰ ਤੋਂ ਕੀਤੀ ਟਰਾਈ ਪਰ ਤਗੜਾ ਨੰਬਰ ਨੌਜਵਾਨ ਜੋੜ ਗਿਆ ਆਪਣੀ ਟੀਮ ਦੇ ਲਈ
थापी मारन लगा पर नहीं मारी नौजवाना, कोई गल नहीं अगली बारी मार दी, कोई गल नहीं। यह कुंभ का मेला जरा बारी साली होना है, लव रेड पाउन वास्ते नौजवान फिर अगे बढ़ के नौजवान ने हमला किया, पर अगले पासे छोटा कद है अपने कद नाल वध करन दी कोशिश कर रहा है, पर लगता जोर फड़िया गिटा। आओ रेडर रेडर पॉइंट तगड़ा नंबर जोड़ गया अपनी टीम दे लई, कि लखां दे पॉइंट दा वाधा कर दिता अपनी टीम दे लई, पर रेड पै गई इधरले पासे। ते पानी वाले वीर नूं बेनती है, मैं लखण भरा नूं बेनती करांगा कि पानी जरूर ग्राउंड विच पुजदा कर दिता जावे, पानी वाला भरा पानी जरूर ग्राउंड विच भेज दे, आपां बेनती करदी हाथ जोड़ के। पर पैंदी रेड एक पासे टड़ियाले नत वाला ते दूसरे पासे रियाली वाले दे दरम्यान टक्कर, टक्कर सिरे दी, पर मैनूं लगदी गल राह सारे बंद कर दित्ते आ नौजवान ने, पर ला के कैंची कमाल कर दित्ती है। ये मंगल है रियाली वाला मेरे वीर, आह आह दो तीन थापियां मारियां, ये थापी शुभदीप सिद्धू मूसे वाले ने मशहूर कर दिती है, ये गोरिया ने भी मारी है, ये कालिया ने भी मारी है, पर गल्लां चलदियां ने मेरे वीरियो। लाओ इधरले पासे पैंदी रेड ते बोल चलाड़ी वाले दे होणगे, लाओ कबड्डी सामने देखांगे मेरे वीरो, आओ कबड्डी देखांगे, प्रदीप ने भाई है, लाओ प्रदीप दी कबड्डी ते नंबर टड़ियाले नत दी आ टीम दे खाते जुड़ गया मेरे वीरो। चल पी नौजवाना पागली कबड्डी, आ जशन नाम है गभरू दा, टड़ियाला नत पिंड है, आओ जशन दी कबड्डी कहिंदे खेड़ दे मैदान च पै रही है, ते दूसरे पासे देखांगे नंबर मेरे मित्र जशन ने अपनी टीम दे हिस्से जोड़ दिता है। सतनाम बज्जू मान वाला साडा वीर अज रैफरी दीआं वड्डीआं सेवावां निभा रहे ने। इधरले पासे सुखा सरफकोट जी उह वी साडे भरा पुज्जे होए ने, सो धन्नवाद करांगे सारे भरावां दा। साडे बहुत ही सत्कारयोग दलबीर सिंह जी दीरा बलपुरियां वाले कोल साहिबान पुज्जे ने, उन्हां दा वी असीं विशेष तौर दे उत्ते बार बार धन्नवाद करदे आ। इन्हां दे तरासे होए खिडारी मेरे वीरो अनेक खेड़ते हैं, दलबीर सिंह जी दीरा बलपुरिया साहब साढ़े दरम्यान पुजे ने, उन्होंने भी धन्नवाद करांगे मेरे वीरो। लाओ कबड्डी खेड़ते मैदान विच है, आ गभरू ने कहिंदे बाहां खिलार दित्तियां ने, चार जाफी तैयार ने, के चार खड़े जाफी ढाबी आ गया भज के कौन खिचू गिटे कौन लगू भज के, ये किदे मोटे पट किदे डौले पए गुंदे है, ये धरत मेरे पंजाब की इत्थे शेर ही पैदा होंदे है। आओ कहिंदे शेरां दी खेड़ खेडी जा रही मेरे वीरो, नंबर कहिंदे गभरू ने अपनी टीम दे हिस्से जोड़ दिता है, लभी छोटे वीर लव ने कबड्डी पा दित्ती है खेड़ मैदान च। लव लव दी पैंदी होई रेड, उधर कोच दरबीर सिंह जी दीरा बलपुरिया वाले पहुंचे हुए ने, उन्हां दा भी इत्थे पहुंचण दे उपर दिल दीआं गराईआं तों स्वागत है। पर तूफान एक होर नंबर जुड़ गया, देखो मरीक वीर जी मुंडा लगातार ही थापियां मार रहा है, ये भी इंद्रजीत वांगू आने वाला टाइम है नौजवान का है, गल्लां होणगीआं मेरे वीरियो। लाओ पैंदी रेड, चार तैयार ने, चारा दे विचों हुण कौन बल्ले बल्ले करवाऊगा, ऐन चोटी दी जाफलन बनी हुई है, ऐन कहिंदे अंश होणा वर्गे शहबाज ते मंगल होणा वर्गे चार जाफी तैयार, पर चारा दे विचों बल्ले 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 लगदा जोर, पर मैनूं लगदी गल सारे राह बंद कर दित्ते आ नौजवान ने। एक होर नंबर जुड़ गया रियाली दे हक दे विच, रेड पाउण वास्ते नौजवान फिर तैयार बर तैयार। लाओ कबड्डी पाउण वास्ते गभरू कहिंदे फिर तैयार बर तैयार है मेरे, सुखचैन दी कबड्डी पै रही है। इधरले पासे खड़कू बहादुरपुरिया साडा भरा भी पुज चुक्या, उस भरा दा भी धन्नवाद करांगे, जिन्ने भी साडे वीर आ रहे ने खड़कू बहादुरपुरिया उस भरा दा भी धन्नवाद है मेरे वीरो। अज कहिंदे कुशल पंडित ने ये यार दोस्त पुजदे आ रहे ने, सजियां खबियां बाहवां आ रहीआं ने, लखन पहलवान जी का विशेष तौर उत्ते धन्नवाद करांगे मेरे मित्रो। लाओ कबड्डी खेड़दे मैदान विच है, चार जाफी तैयार ने, लाओ मेरे मित्रो नंबर एडर ने अपनी टीम दे हिस्से जोड़ दिता है। इधरले पासे रवायती खेडां वाले वीर साडे आए ने, खाड़कू भरा दा भी इत्थे पहुंचण दे उपर दिलों धन्नवाद करदी है। खाड़कू दी यारी कहिंदे बिले जौल दे नाल है, ते बिले जौल दी यारी कहिंदे बिंदे जौल दे नाल है, सो दिलों धन्नवाद करदी है खाड़कू भरा दा इत्थे पहुंचण दे उपर। पर इधरले पासे टड़ियाले नत वाला कोशिश कीती है सोहणी, पर जफा ला पाऊ के नहीं। इधरले पासे साडे बहुत ही सत्कारयोग लापरी टक्कर जंडियाले गुरु तो आए ने, लापरी टक्कर जी साडे जीजा जी ने, ते अवतार टक्कर जी वह भी साडे जीजा जी ने, ते सनी सीए स्टाफ
ਸੰਮੀ ਸੀਏ ਸਟਾਫ ਉਸ ਭਰਾ ਦਾ ਵੀ ਧੰਨਵਾਦ ਕਰਾਂਗੇ। ਇਹ ਕੁਸ਼ਲ ਪੰਡਿਤ ਦੀਆਂ ਅੱਜ ਸੱਜੀਆਂ ਖੱਬੀਆਂ ਬਾਹਾਂ ਆ ਰਹੀਆਂ ਨੇ, ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ। ਇਧਰਲੇ ਪਾਸੇ ਰਵਾਇਤੀ ਖੇਡਾਂ ਵਾਲੇ ਸਾਡੇ ਛੋਟੇ ਬੱਚੇ ਆਏ ਹੈ, ਉਹ ਵੀ ਆਪਣਾ ਪ੍ਰਦਰਸ਼ਨ ਕਰ ਰਿਹਾ ਹੈ, ਇੱਕ ਵੀਰ ਦੌੜ ਲਗਾ ਰਿਹਾ ਹੈ, ਇਹਨਾਂ ਦਾ ਵੀ ਜ਼ਰੂਰ ਆਪਾਂ ਮਾਣ ਸਨਮਾਨ ਕਰਨਾ ਹੈ। ਰਵਾਇਤੀ ਖੇਡਾਂ ਵਾਲੇ ਜਿੰਨੇ ਵੀ ਸਾਡੇ ਭਰਾ ਪੁੱਜੇ ਨੇ, ਮੇਰੀ ਬੇਨਤੀ ਇਹਨਾਂ ਦਾ ਜ਼ਰੂਰ ਆਪਾਂ ਮਾਣ ਇਹ ਸਨਮਾਨ ਕਰਨਾ। ਮੇਰੇ ਵੀਰੋ ਆਹ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ, ਚੱਲ ਪੀ ਨੌਜਵਾਨਾਂ ਭਾਗ ਲਈ ਕਬੱਡੀ। ਆਹ ਕਹਿੰਦੇ ਲਵ ਦੀ ਕਬੱਡੀ ਹੈ, ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ। ਆਹ ਦੂਸਰੇ ਪਾਸੇ ਦੇਖਾਂਗੇ ਮੇਰੇ ਵੀਰੋ, ਲਓ ਸਾਹਮਣੇ ਦੂਸਰੇ ਪਾਸੇ ਆਹ ਗੱਭਰੂ ਨੇ ਡੱਕਣ ਦੀ ਆਹ ਕੀਤੀ ਹੈ ਕੋਸ਼ਿਸ਼। ਦੂਸਰੇ ਪਾਸੇ ਵੀ ਕਹਿੰਦੇ ਲਵ ਮੇਰੇ ਮਿੱਤਰੋ, ਐਂ ਕਹਿੰਦੇ ਲਾ ਤਕੜਾ ਜਫਾ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ। ਚੱਲ ਪੀ ਨੌਜਵਾਨਾਂ ਭਾਗ ਲਈ ਕਬੱਡੀ। ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਜਸ਼ਨ, ਆਹ ਕਬੱਡੀ ਪਾਉਣ ਵਾਸਤੇ ਵਾਧਾ ਹੋਇਆ ਮੇਰੇ ਵੀਰੋ, ਇਹ ਢਡਿਆਲੇ ਨੱਤ ਦੀ ਧਰਤੀ ਦਾ। ਇਧਰਲੇ ਪਾਸੇ ਮਹਾਨ ਕਬੱਡੀ ਖਿਡਾਰੀ ਸੰਦੀਪ ਦਾਤਰ ਢਡਿਆਲੇ ਨੱਤ ਵਾਲਾ, ਉਹ ਵੀ ਸਾਡਾ ਭਰਾ ਪੁੱਜ ਗਿਆ। ਅੱਜ ਭਰਾ ਦਾ ਕਹਿੰਦੇ ਵੱਡੇ ਪੱਧਰ ਤੇ ਮਾਣ ਸਨਮਾਨ ਹੋਣਗੇ। ਸੰਦੀਪ ਢਡਿਆਲਾ ਨੱਤ, ਉਹ ਵੀ ਸਾਡਾ ਵੀਰ ਪੁੱਜਿਆ, ਉਸ ਭਰਾ ਦਾ ਵੀ ਧੰਨਵਾਦ। ਅੱਜ ਭਰਾ ਦੇ ਵੱਡੇ ਮਾਣ ਇਹ ਸਨਮਾਨ ਹੋਣਗੇ ਮੇਰੇ ਵੀਰੋ। ਰਵਿੰਦਰ ਸਿੰਘ ਜੀ ਮਾਸਟਰ ਜੀ ਸਰਕਾਰੀ ਸਕੂਲ ਵਾਲੇ, ਉਹਨਾਂ ਦਾ ਵੀ ਧੰਨਵਾਦ ਕਰਾਂਗੇ ਮੇਰੇ ਵੀਰੋ, ਕਰਾਂਗੇ ਮੇਰੇ ਵੀਰੋ। ਲਓ ਕਬੱਡੀ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਚੱਲਦਾ ਹੋਇਆ ਮੈਚ, ਹਾਫ ਸਮਾਂ ਹੋਇਆ ਜੀ, ਪਰ ਮੈਨੂੰ ਲੱਗਦਾ ਮੈਚ ਜਿਹੜਾ ਹੈ ਹਾਫ ਸਮਾਂ ਹੋ ਗਿਆ ਚੱਲਦੇ ਹੋਏ ਮੈਚ ਦਾ ਜਿਹੜਾ ਹਾਫ ਸਮਾਂ, ਇਸ ਤੋਂ ਬਾਅਦ ਵਾਲਾ ਜਿਹੜਾ ਮੁਕਾਬਲਾ ਉਹ ਟੀਮਾਂ ਤਿਆਰੀ ਕਰ ਲੈਣਗੀਆਂ। ਇੱਕ ਪਾਸੇ ਜੋਲ ਨੰਗਲ ਵਰਸ ਦੇ ਢਡਿਆਲਾ ਨੱਤ, ਉਹ ਟੀਮਾਂ ਨੂੰ ਬੇਨਤੀ ਹੈ ਕਿ 2 ਮਿੰਟ ਦਾ ਸਮਾਂ ਆ ਜਾਓ ਗਰਾਊਂਡ ਦੇ ਵਿੱਚ, ਪੁਆਇੰਟ ਆਪਾਂ ਜ਼ਰੂਰ ਦੱਸ ਦਈਏ। ਰਿਆਲੀ ਦੇ ਟੀਮ ਦੇ ਪੈਣ ਨੇ 18.5 ਤੇ ਢਡਿਆਲੇ ਨੱਤ ਦੀ ਟੀਮ ਦੇ ਪੈਣ ਨੇ 18, ਅੱਧੇ ਨੰਬਰ ਤੇ ਜਿਹੜੀ ਰਿਆਲੀ ਦੀ ਟੀਮ ਜੇਤੂ ਹੋ ਗਈ ਹੈ। ਹਾਫ ਹੋਇਆ, ਸੋਰੀ ਹਾਫ ਹੋਇਆ ਅਜੇ ਜੀ, ਅਜੇ ਚੱਲਦੇ ਮੈਚ ਦਾ ਹਾਫ ਸਮਾਂ ਹੋਇਆ ਹੈ, ਅੱਧੇ ਨੰਬਰ ਤੇ ਰਿਆਲੀ ਦੀ ਟੀਮ ਅੱਗੇ ਜਾ ਰਹੀ ਹੈ। ਹਾਫ ਸਮਾਂ ਹੋ ਗਿਆ ਚੱਲਦੇ ਹੋਏ ਮੈਚ ਦਾ, ਪਰ ਮਿੰਦਰ ਦੇ ਪਾਸੇ ਦੇਖਾਂ ਕਿ ਗਰਾਊਂਡ ਦੇ ਵਿੱਚ ਸੰਦੀਪ ਦਾਤਰ ਆਇਆ ਹੋਇਆ ਹੈ। ਲੈ ਵੀ ਦਾਤਰਾ 2 ਕਦਮ ਚੱਲ ਕੇ ਫਤਿਹ ਸਾਂਝੀ ਜ਼ਰੂਰ ਕਰਦੇ, ਤਾੜੀਆਂ ਮਾਰਦੇ ਇਸ ਨੌਜਵਾਨ ਦੇ ਨਾਂ ਦੇ ਉੱਪਰ। ਇਹ ਹੈ ਸੰਦੀਪ ਦਾਤਰ ਮੇਰੇ ਵੀਰਿਓ, ਪੈਂਦੀ ਹੋਈ ਰੇਡ। ਹਾਫ ਸਮੇਂ ਤੋਂ ਬਾਅਦ ਸਾਈਡਾਂ ਚੇਂਜ ਨੇ, ਲਓ ਰੇਡ ਪੈ ਗਈ, 4 ਤਿਆਰ ਨੇ ਹੁਣ ਇਧਰਲੇ ਪਾਸੇ ਜਿਹੜੇ ਢਡਿਆਲੇ ਨੱਤ ਵਾਲੇ ਨੇ ਤਿਆਰ। ਰਿਆਲੀ ਵਾਲਾ ਕਬੱਡੀ ਭਾਰ ਰਿਹਾ, ਪਰ ਬੱਲੇ 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 ਆਓ, ਬੱਲੇ 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 ਮੁਕਾਬਲਾ ਹੰਦਿਆਂ ਦੇ ਕੋਲ, ਪਰ ਮੈਨੂੰ ਲੱਗਦੀ ਗੱਲ ਬੱਲੇ ਬੱਲੇ ਤਾੜੀ ਵੱਜੂ ਕੇ ਨਹੀਂ, ਆਹ ਜੱਫਾ ਲੱਗੂ ਕੇ ਨਹੀਂ, ਪਰ ਰੇਡਰ ਭੱਜ ਗਿਆ, ਭੱਜ ਗਿਆ ਰਿਆਲੀ ਵਾਲਾ। ਤਾੜੀਆਂ ਮਾਰ ਦੇ ਇੱਕ ਵਾਰੀ ਜੇਕਰ ਪੁਆਇੰਟ ਵਧੀਆ ਲੱਗਿਆ ਤੇ ਮੇਰੇ ਵੀਰੋ। ਲਓ ਸਾਹਮਣੇ ਨੰਬਰ ਕਹਿੰਦੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਮੇਰੇ ਵੀਰੋ। ਆਓ ਕਹਿੰਦੇ ਜਸ਼ਨ ਦੀ ਕਬੱਡੀ ਭੈਰੀ ਹੈ, ਕਹਿੰਦੇ ਖੇਡ ਦੇ ਮੈਦਾਨ ਵਿੱਚ 4 ਜਾਫੀ ਤਿਆਰ ਨੇ। ਉਧਰਲੇ ਪਾਸੇ ਪਿੰਦਰ ਦੀ ਆਹ ਸੌਣ ਲੱਗੀ ਹੋਈ ਹੈ, ਔਰ ਠੱਠੇ ਵਾਲੇ ਭਰਾ ਦੀ ਅੱਜ ਕਹਿੰਦੇ ਸੌਣ ਲੱਗੀ ਹੋਈ ਹੈ। ਉਧਰਲੇ ਪਾਸੇ ਵਿਕਰਮ ਹਾਂਡਾ ਕਨੇਡਾ ਤੋਂ ਜਰਨੀ ਇਮੀਗ੍ਰੇਸ਼ਨ ਵਾਲਾ ਭਰਾ ਹੈ ਸਾਡਾ, ਤੇ ਜਿਨ੍ਹਾਂ ਦਾ ਮੇਨ ਆਫਿਸ ਆ ਕਨੇਡਾ ਦੇ ਕੈਲਗਰੀ ਸ਼ਹਿਰ ਵਿੱਚ, ਤੇ ਦੂਸਰੀ ਬ੍ਰਾਂਚ ਆ ਰਣਜੀਤ ਐਵੀਨਿਊ ਅੰਮ੍ਰਿਤਸਰ ਸਾਹਿਬ ਵਿੱਚ, ਤੇ ਭਰਾ ਵੱਡੇ ਮਾਣ ਇਹ ਵੱਡੇ ਮਾਣ ਸਨਮਾਨ ਕਰਦਾ ਹੈ ਭਰਾ ਸਾਡਾ। ਮੈਂ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਕਰਾਂਗਾ ਭਰਾ ਦਾ, ਬਹੁਤ ਵੱਡੇ ਮਾਣ ਹੈ, ਬਹੁਤ ਵੱਡੇ ਸਨਮਾਨ ਮੇਰੇ ਵੀਰੋ। ਆਹ ਚੋਟੀ ਦਾ ਮੈਚ ਖੇਡਿਆ ਜਾ ਰਿਹਾ ਹੈ, ਲਓ ਪਾਈ ਹੋਈ ਕਬੱਡੀ, ਆਹ ਲੱਗਦਾ ਹੋਇਆ ਜੱਫਾ ਤੇ ਹੰਦੇ ਦੂਰ ਮੇਰੇ ਵੀਰੋ। ਬੇਨਤੀ ਕਰਦੇ ਇੱਧਰਲੇ ਪਾਸੇ, ਬੜੀ ਪਿਆਰੀ ਗੱਲ ਲੱਗੀ ਹੈ ਸਾਡੇ ਭਰਾ ਦੀ। ਮੇਰੇ ਕੋਲ ਕੁਸ਼ਲ ਪੰਡਿਤ ਭਰਾ ਸਾਡਾ ਆਇਆ ਹੈ, ਔਰ ਭਰਾ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਕਿ ਜਿੰਨੇ ਵੀ ਰਵਾਇਤੀ ਖੇਡਾਂ ਵਾਲੇ ਆਏ ਨੇ ਇਹ ਆਪਣਾ ਕੋਈ ਵੀ ਕਰਤੱਵ ਨਾ ਕਰਨ, ਸ਼ਾਮਾਂ ਨੂੰ ਇਹਨਾਂ ਦਾ ਜ਼ਰੂਰ ਮਾਣ ਸਨਮਾਨ ਹੋਵੇਗਾ, ਤੇ ਸਟੇਜ ਉੱਤੇ ਕੋਈ ਵੀਰ ਨਾ ਜਾਵੇ। ਖਾਸ ਕਰਕੇ ਰਵਾਇਤੀ ਖੇਡਾਂ ਵਾਲੇ ਭਰਾਵਾਂ ਨੂੰ ਬੇਨਤੀ ਕਰਦੇ ਹੈ ਕਿ ਸਟੇਜ ਉੱਤੇ ਕੋਈ ਵੀ ਸਾਡਾ ਵੀਰ ਨਾ ਜਾਵੇ, ਇਹ ਸ਼ਾਮਾਂ ਨੂੰ ਸਾਰੇ ਰਵਾਇਤੀ ਖੇਡਾਂ ਵਾਲੇ ਵੀਰਾਂ ਦਾ ਮਾਣ ਸਨਮਾਨ ਹੋਵੇਗਾ ਮੇਰੇ ਵੀਰੋ, ਬਹੁਤ ਵੱਡੇ ਮਾਣ ਸਨਮਾਨ ਹੈ।
कुशल पंडित जी उन्होंने फादर साहब डॉक्टर जगपाल राय जी वह भी पुजे हुए ने वड्डे माण है। आओ सन्मान मेरे मित्रों लो सुख चैन की कबड्डी है आ दूसरे पासे देखांगे और ढडियाले नत्त वाला मेरे वीरो ऐ कहिंदे ला तकड़ा जफा ते नंबर अपनी टीम दे से जोड़ गया पैंदी हुई कबड्डी लै भी छोटे वीर कर सिफत मुंडे दी लाओ रेड पैंदी है क्योंकि जिम्मेवारी भी वड्डी है पंडित दे कंधे दे उपर सो जरूर रवायती खेम गेम वाले नोट कर लैन वीर कि कोई भी रवायती गेम करके स्टेज के उपर ना जाए मान सम्मान अच्छे सारे दिते जाएंगे अज इस धरती के उपर सो दिलो धन्यवाद कर दिए पर इधर तगड़े नंबर का वादा कर दिता है एक होर नंबर जुड़ गया मंगल रियाली वाला मेरे वीरियो छोटी उम्र है छोटे कद है पर आने वाला टाइम इन्हों नौजवान का है गल्ला होन गया मेरे पंजाबी वीरियो पर पैंदी रेड चार तैयार ने टड़ियाले नत्त दे चंडे हुए ये स्टेट भी खेडे है मैं अक्सर ही देखता रहना जिथे जाते जित के आते हैं नौजवान क्योंकि जित दिया झंडिया गड के आते हैं परदले पासे देख मुड़े दे एक्शन आओ ताड़ियां बजदियां जोरदार ताड़ियां मार दे एक बार इस खिडारी के नाँ के उपर लग तकड़ा जफा ला के बल्ले बल्ले करवा दी गबरू ने कहते बल्ले बल्ले करा दी मेरे वीरों खेडते मैदान ताड़ियां वजिया ने कि जद भी ताड़ियां वजदियां ने पता लगता लोगों के मन लग्या का यह दुनिया पूजती योध्या कोई नाम नहीं लैंदा भज्जिया का आओ कबड्डी देखांगे विशाल ने भाई सामने टड़ियाले नत्त दी धरती दा विशाल मेरे मित्रों कबड्डी पाउण वास्ते वाधा होया दूसरे पासे रियाली वाले गबरू ने आ बड़ी सोहनी ट्राई कीती है पर नंबर कहिंदे धावी ने अपनी टीम दे से जोड़ दिता मेरे मित्रों बेनती करदे जिन्ने भी साडे वीर आ रहे ने एक कुशल पंडित दियां सज्जियां खब्बियां बाहवां जिन्हें भी सत्कार जो यार दोस्त आ रहे ने मैं बेनती करदा सारे भरावां नूं तुहाडा अपना मेला है ये तुहाडे घर दा मेला है थोड़ा सैर ते होके तुसीं खड़े होने की कृपालता करो ये तुहाडे घर दा मेला है मेरी सारे भरावां नूं बेनती है जिन्हें भी यार दोस्त भरा आ रहे ने आपां डिसिप्लिन च रहना है और चोटी दा कबड्डी कापा मेरे वीरो आओ शंकरपुरे दी धरती आओ कबड्डियां पैरियां जफ्फे लग रहे ने ते नंबर गबरू ने अपनी टीम दे से जोड़ दिता है कि चढ़ी जवानी गर्म खून ललकारे तां वजदे आओ राजे खिले मर्द मदानो डर के नहीं भजदे पई हुई कबड्डी लभी छोटे वीर आओ कर सिफत मुंडे दी लाओ पैंदी रेड रियाली वाले ने पालती है कि कम छोटा वड्डा नहीं बंदे दी सोच है वड्डी छोटी के बाहरों की खटणगे अंदरों नीत जिन्हां दी खोटी बेशुकरे ना होइए किसे दी यार मार ना करिए रोटी हक दी खाइए जी के भावें बूट पालशा करिए रोटी हक दी खाइए जी के भावें बूट पालशा करिए लाओ सिख सरदार दी पैंदी हुई रेड है चार तैयार ने चारां दे विचों हुण कौन रियाली वाला बल्ले बल्ले करवाऊगा ये बातां समय दियां होणगियां अज शंकरपुर दी धरती है बटाले तो थोड़ी ही दूरी दे उपर नगर है जिले गुरदासपुर दियां गल्लां चलदियां ने मेरे वीरियो इस इलाके ने कहिंदे हीरे पैदा कीते है ओ दात्र हुणा वर्गियां नूं जन्म दित्ता इस इलाके ने पर पैंदी रेड पर बल्ले 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 एक पासे टड़ियाले नत्त वाला दूसरे पासे रियाली वाला मुकाबला सख्त चोटी दे टक्कर ते पॉइंट रियाली दे हक दे विच जुड़दा होया है रेड पै गई है ते वीरिया कर गल पैंदी लव लव ने कबड्डी पाउणी है मेरे वीरो खेड दे मैदान विच है आ लव प्रीत सिंह कबड्डी पाउण वास्ते वादा होया है चार जाफी तैयार ने लव टड़ियाले नत्त दी टीम दे चार जाफी मेरे मित्रो आ पट्टां ते थापियां मारदे ने लव कबड्डी पाउण वास्ते आ वादा होया मेरे वीरो हुण देखांगे कौन जफा ला के बल्ले बल्ले कराउंदा है इधरले पासे साडा बड़ा प्यारा वीर राजा गुरदासपुर यूथ अकाली दल दे प्रधान साहब जी ने वह भी साढ़े दरम्यान पुजे ने राजा गुरदासपुर यूथ अकाली दल दे प्रधान साहब जी साढ़े दरम्यान पुजे ने उन्हों का भी धन्यवाद करांगे जिन्हें भी साढ़े सत्कारयोग ये वीर आ रहे ने लो कबड्डी खेडदे मैदान विच मेरे वीरो लो पैंदी हुई है आ दूसरे पासे बजी हुई कैंची है ये 30 सेकंड की कबड्डी मेरे मित्रों आ नंबर कहिंदे गबरू ने अपनी टीम दे से जोड़ दिता है बेनती करते हैं साड़ियां जिन्नियां भी मावां भैणां आ रही ने तुहाडे बैठन दे वास्ते खास प्रबंध जिहड़ा इधरले सड़क वाली साइड जिहड़ा टेंट लगा है ये तुहाडे बैठन दे वास्ते खास प्रबंधक कमेटी वल्लों कीता गया है
मेरिया सारिया मावां भैणां बीबियां नूं बेनती है मातावां नूं कि तुसी आ टेंट उत्ते टेंट दे लागे जिहड़ियां टेंट दे विच कुर्सियां लगियां ने तुसी इत्थे बैठण दी कृपालता करो। और मैं भरावां नूं बेनती करदा है इधरले पासे स्टेज दे खब्बी साइड जिहड़े बापू जी बैठे ने इह साडे वीर बैठे ने भाजी तुसी उठ जाओ इह साडियां मावां साडियां भैणां उहनां दे बैठण दे वास्ते इह जिहड़ा प्रबंध कीता गया है इह साडे वीरां नूं बेनती करदे बजुर्गां नूं तुसी उठ जाओ तुहाडे तुसी इधर आके बैठ जाओ बेनती करदे भरावां नूं। लो चोटी दा मैच है रवी रवी कबड्डी आओ खेड दे मैदान विच है लो खेड दे मैदान दे विच पैंदी होई रेड है। पर इधरले पासे जिन्ने टेंट दे थल्ले भाजी बैठे ने असीं बेनती करदे कि आपां तुहाडे बैठण दा खास प्रबंध कीता है इह साडियां माता ते भैणां वास्ते ने सो जरूर आपां बेनती करिए ते आपां जरूर उठ के इक साइड ते हो जाइए ते इत्थे साडियां मातावां ते भैणां ने बैठना सो जरूर आपां गल मन्नीए। पर इधरले पासे पैंदी रेड पर उड़दी धूड़ दिसदी बहुता यार दा नजर ना आवे पर तगड़े नंबर दा वाधा कर दिता है ये खिलाड़ी ने अज कमाल ही कर दिती है। अगले मैच दीआं टीमां आ जाओ हुण भरा बन के बिना किसी देरी तो टीमां ग्राउंड दे विच रिपोर्ट कर जाण टड़ियाला नत्त वर्सेज जौल नंगल ओ टीमां बिना किसी देरी तो टीमां ग्राउंड दे विच रिपोर्ट कर जाण बेनती है जौल नंगल ते दूसरे पासे टड़ियाला नत्त ये अगले मैच दीआं टीमां जिहड़ियां बिना किसी देरी तो खेड दे मैदान विच आ जाणगीआं। बेनती करदे आ अज महान कबड्डी खिडारी मेरे मित्रों वड्डे माण होणगे ये वड्डे सन्मान होणगे मेरे वीरो अज कहिंदे कबड्डी खिडारियां दे आओ शंकरपुरे दी धरती है इधरले पासे साडा बड़ा प्यारा वीर है कुशल पंडित ओहदियां सज्जियां खब्बियां बाहवां यार दोस्त आ रहे ने सारे भरावां दा धन्नवाद करांगे मेरे वीरो कि सानू फकर दोस्तां ते हुण यारी साडी दे चर्चे के राजे खेले सौ रब दी सच्चे यार नहीं जांदे परखे के राजे खेले सौ रब दी और सच्चे यार नहीं जांदे परखे ये सज्जियां खब्बियां बाहवां अज कुशल पंडित दियां आ भरा पुजदे यारे ने धन्नवाद करांगे मेरे वीरो। लो कबड्डी खेड दे मैदान विच है चार जाफी त्यार बर त्यार ने के चिब कढ के और किल गढ के कीती ठोक के तसली वाली झंड मित्रो राजे खेले अत दा वी सिरा हो गया अज झड़ गई शरीरां वाली कंड मित्रो। फिर एक बार बेनती करते हैं इधरले पासे साडियां मावां भैणां आईयां ने और बेनती करते जिहड़े साडे वीर बैठे है बाबा जी तुसीं उठ जाओ बेनती करते साडियां मावां भैणां दे बैठण दे वास्ते ये जिहड़ा प्रबंध किया गया साडी प्रबंधक कमेटी वालों सड़क वाली साइड जिहड़ा टेंट लगा है इत्थे कोई भी साडा वीर ना बैठे ये साडियां मावां भैणां दे बैठण दे वास्ते प्रबंधक कमेटी वालों प्रबंध किया गया है सो कोई भी साडा वीर इत्थे ना बैठे। लाओ रवी कबड्डी आओ खेड दे मैदान विच है लाओ पैंदी रेड है ये टड़ियाले नत्त दी तरफों नौजवान ने कबड्डी पा दिती है एक पासे रियाली दी टीम खेड रही है एक पासे टड़ियाले नत्त दी खेड रही है टीमां दोनों ही सिरे दियां ने पर इधरले पासे लगदा जोर हुंदी पई बल्ले 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 पर पॉइंट याफियां दे हक दे विच हो गया मंगल ने एक होर नंबर जोड़ दिता अपनी टीम दे लई चल पी नौजवाना पा कबड्डी सिख सरदार है कि माझे दे मजैल दस्तारा ने सजाउंदे किस दाड़ी तो पछाण हो जाए बिच लख दे ओ वलैतां वाले सुपने दवाबियां नूं आउण नाले जेबां विच फॉरन करंसी रख दे पर पॉइंट याफियां दे हक दे विच हो गया। चंद्रया तू फीलिंग ज्यादा लै जाना है थोड़ा ध्यान रख्या कर मेरा भरा हाँ जी माइक ते चलाड़ी साहब लो कबड्डी कहिंदे खेड मैदान विच पै रही मेरे वीरो आ चोटी दा मैच खेडिया जा रहा है आ प्रदीप कबड्डियां पाउंदा है कदे विशाल कबड्डियां पाउंदा मेरे वीरो आ खेड दे मैदान विच इधरले पासे चाबी आई है मैनूं लगदा वड्डी गड्डी दी चाबी है जिस भी साडे भरा दी होवे इह साडे कोलों प्राप्त कर लवे चाबी आई है इधरले पासे जिस भी साडे भरा दी चाबी होवे उह अपनी निशानी दस के चाबी लै लवे बेनती करते हैं इधरले पासे बहुत बड़े मान है अज बहुत बड़े सन्मान मेरे वीरो लखन पलवान टड़ियाले नत्त वाला उदा सपुत्र मेरे वीरो महावीर टड़ियाले वाला
उस बच्चे ने भी कहिंदे अज तकड़ियां कबड्डियां पौणियां ने लखन पलवान टडियाला नत ते ओदा सपुत्र मेरे वीरो अज महावीर उस वीर ने भी कहिंदे छोटे बच्चे ने बड़ा वधिया प्रदर्शन करना है। लो कबड्डी जशन ने पाके नंबर अपनी टीम दे से जोड़ दिता है और नंबर धावी दे से या जुड़िया मेरे वीरो कबड्डी पाउण वास्ते फिर त्यार बर त्यार है। आ गबरू मेरे मित्रों लापी छोटे वीर और कर सिफत मुंडे दी कबड्डी भैरी है। लो गुरसेव का नाम है इस नौवीं दा रियाली पिंड है रियाली दे विच वी कहिंदे बहुत वड्डा कबड्डी कप हुंदा है। सरदार भुपिंदर सिंह जी बोपर है यूएसए वाले वड्डा कबड्डी कप करांदे उस नगर दा खिडारी है जिन्हें तगड़े नंबर दा वादा कर दिता अपनी टीम दे लई। टड़ियाले नत दे खिडारी ग्राउंड दे विच आ गए ने ते जौल नंगल दे खिडारी हले तक ग्राउंड च नहीं आए। उन्हां जौल नंगल दे खिडारियों ने मेरी बेनती है कि आ जाओ हुण भरा बन के ना ज्यादा इंतजार कराइए आपां क्योंकि समा बीतदा जा रहा है तो समा किसी का इंतजार नहीं करता। लो इधर पैंदी कबड्डी चार दे विचों एक खिडारी ने कोशिश की है कोशिश भी सोहनी की है। ये रियाली वाला नौजवान तगड़ा जफा ला के बल्ले बल्ले करवा गया। एक एक रेड बाकी एक एक कबड्डी बाकी इधरले पासे साडे हैरी सरपंच बलपुरिया ते काला एमसी उमरपुरा वह भी साडे दरम्यान पुजने वाले ने उन्हों का भी धन्यवाद करांगे। साडा वीर विशाल दुदराए माइक उत्ते आ जाए बेनती है बड़ा प्यारा साडा वीर है डीरा पलवान जी बलपुरिया वाले वह भी आ जाएंगे बड़ी प्यारी शख्सियत है साडे दलबीर सिंह जी डीरा बलपुरिया वाले वह भी ग्राउंड में आ जाएंगे। साडे लैक्चरार रविंदर जीत सिंह पन्नू सरकारी सीनियर सेकेंडरी स्कूल शंकरपुरा उन्हों का भी धन्यवाद करांगे। अज वड्डे माण होणगे वड्डे सन्मान होणगे मेरे वीरो इधर दे पासे बड़ा प्यारा वीर है साडा ये जतेंद्र साडा वीर शंकरपुरे वाला उस भरा का भी धन्यवाद है मेरे वीरो और साडा वीर विशाल दुदराए माइक उत्ते आवे साडा वीर बड़ा प्यारा वीर है बड़े सोहने बोल बोलता है ये साडा वीर कहिंदे विशाल दुदराए मेरे मित्रों बोलां दी सांझ अज अमरीक खोसा खोसा कोटला वह भी साडा भरा पुजा होया है मेरे मित्रों ये वड्डे माण अज सन्मान होणगे मेरे वीरो। वाहिगुरु जी का खालसा वाहिगुरु जी की फतेह। बहुत धन्यवाद है सारी संगत इतने चेची तौर पर पुजन के लिए क्योंकि पहला कबड्डी कप है भरावान ने बहुत वड्डे पद्धर से प्रबंध किए हुए है सो दर्शकों के सहयोग के नाल पहला खेड मेला जिहड़ा वाकई संगत को चेते रहना तो फिर नाल ही कुशल वीर हुणां नूं आपां बेनती करदे हां कि अगले खेड मेले दे वी नाल वी डेटा रख दिओ ते तैयारी शुरू कर दिओ क्योंकि मेला बड़ा तकड़ा है। सो मालक तंदुरुस्त रखे साडे जिन्ने भी भरावान ने इहदे विच वध चढ़ के सहयोग किए जिन्ने भी भरा तन मन धन दे नाल जुड़े है सारे का धन्यवाद है। बई दोवें टीम 40 किलो भार वर्ग दी अपना प्राइज हासिल कर लैन 30 किलो वाले हाँ जी बेनती करते हैं आप जिहड़े 30 किलो भार वर्ग वाले प्लेयर हुण खेड के गए है ये अपना प्राइज हासिल कर लैणगे। उधर मैं दिलों धन्यवाद करना है कुशल पंडित साडा वीर है उहदे जिन्ने भी सज्जण मित्र सज्जियां खप्पियां बाहां पुजियां है भरा माण करदा ते बाकी अज कमाईया हुई यारियां दा पता लग रहा है कि गड्डियां इधरों आ रही गड्डियां उधरों आ रही बाकी वो गल गाना बड़ा वधिया सरजीत खान दा सीगा कि पैसा लोगों ने कमाया तो कमाया होगा साढ़े कुशल पंडित ने यारियां कमाईया है आ पता लग रही भरा मेरे रीलों के कट्ठ तो वेखन को मिल जाते हैं पर जो लोड़ पैंदी है आ सामने खड़े पता लगता कि वाकई भरा ने यारियां कमाईया है उरे यारियां जिहड़ियां जदों किसी नूं सद्दणा होवे ते भरा मेरे फिर आप भी जाना पैंदा आप गए होईए कुशल वीर ते तां ही लोक आउंदे है ये सारे वीर साडे भरा दे प्यार दी करके पुज रहे बहुत बहुत धन्यवाद है। उधर कमलजीत बल वह भी साडा भरा साडे दरम्यान पहुँच गया असीं धन्नवाद कर दिए यार मित्र पहुँचते जा रहे हैं साडे भरा कुशल पंडित दियां सज्जियां खब्बियां बाहां पहुँचदियां जा रही ने ते माइक ते साडा वीर विशाल भी हुण इस मैच के बोलां दी सांझ पावेगा नाल बहुत बहुत धन्नवाद है। उधर डीसी शंकरपुर वाले भरा का धन्नवाद डबई बैठा है वीर साडा ते नाल
प्रतीक शंकरपुर आस्ट्रेलिया लवजीत सोल आस्ट्रेलिया उन्होंने वीरों का भी मैं धन्यवाद कर रहा है। सो बेनती करते हैं मेरे 30 किलो भार वर्ग के बेस्ट रेटर जाफी आप दसीए लखनवीर हूँ 40 किलो भार वर्ग वाले कटे जाएंगे। उधर लवप्रीत जी टक्कर साहब आए हुए है जंडियाले गुरु की धरती है बहुत सत्कार योग हस्ती है दसना नहीं पैंदा इन्हां दे बारे अपने आप ही पता लग जाता कि लवप्रीत टक्कर जी साढ़े भाइया जी चिची तौर पर पुजे है कुशल पंडित साड़ी जिंदगी का माण है। मैं बहुत धन्यवाद करदा भरा दा जिन्हें अज बटे पत्थर से शंकरपुरे पिंड बटे बटे मल सद दते है शुरुआत हो रही मित्रों क्योंकि ये जड़े मैच करवाए जा रहे साडा आने वाला भविख है इन्हों वे पद्धर से मौका दिता गया साढ़े भरावान वालों क्योंकि ये खेडन गए वे हो साड़ी माँ खेड़ कबड्डी इस तरह दिन दुगनी तो रात चौगनी तरक्की करती रहेगी। सो बड़ा धन्यवाद लखन ढिडियाले नत्त वाला इस इलाके का प्रसिद्ध कबड्डी खिडारी अंतरराष्ट्रीय खिडारी है गल्ला कैनेडा तक साढ़े भरा दी हुई है तो हूँ मालक वाहगुरु ने बड़ी कृपा की भरा साडा चोटी का कोच बन गया मित्रों तो कोच भी इस लेवल का बनया कि तराशी अड़े मल है बटे पद्धर से बख बाखी वन के पहले नंबर से आने वाली टीम बनी है बाकी ब्लाक लेवल से कह लिए डिस्ट्रिक्ट लेवल से कह लिए स्टेट लेवल से कह लिए लखन कोच के तराशे मल जड़े खेडते माल कबीर रखे साढ़े भरा से उधर दलबीर सिंह जी धीरा बलपुर साहब मेरा ख्याल है बलपुर वाले रवि सिंह ये मैं ना लैता तो लोगों को पता लग गया कि दलबीर सिंह जी धीरा बलपुर कौन ने अपना कबड्डी के बहुत वड्डा सहयोग इन्हों का है बड़े नवे नवे प्लेयर इन्होंने तराशे आप दिलों धन्यवाद करते हैं। सो मैं बेनती करना वीरे ये हुण मैच बड़ा तगड़ा शुरू होना महावीर कित्थे है साडा महावीर कीरत होनी अज खेडने हैं गुरसेव करके मल खेडने हैं बड़ा सोहना खेडते हैं नौजवान ये भविख ने मां खेड़ कबड्डी का आने वाला समा इन्हां ते टिके है मित्रों। उधर अज साडे संदीप दत्तर भरा दा भी बड़ा नाम सुनाण गए बेस्ट रेटर जाफी आ मैच दे कढ़ने हैं थोड़ा ध्यान रखियो बड़े प्यारे वीर ने सुखा सरकोट साडा वीर है मालक मेरा रखे ते उधर मेले दे प्रबंध चोटी दे सारा कुछ ही चोटी दा है अज प्रमोटर चोटी दे है प्रबंधक चोटी दे है और जेडे मल पुजे भी बलपुर वाले चोटी दे पुजे ते बलारा बड़े चोटी दा उस्ताद साडा अमरी खोसा कुड़ले जी चेचे तौर ते भरा आया होया है भी यारां दा यार है जवान दी खट्टी खाने वाला भरा साडा जिथे जवान करती उत्थे कुरबान हो जाने बड़े भरावां दे विच नाल साडे अमरीक उस्ताद आउंदा है नाल साडा लवी आया होया खोसे कोटले पिंड वाला लवी पुरी उस वीर दा भी धन्नवाद करांगे। हाँ जी टीमां दे नाल जाण पहचान की जाएगी लवप्रीत जी टक्कर साहब बड़े सत्कार दे योग साडे वड्डे भरा ने आपां धन्नवाद करदे अवतार टक्कर जी भी आए हुए है नाल साडा राजा वीर होणी है जिन्ने भी भरा साडे पुज्जे मैं सारिआं दा दिलों धन्नवाद करदा हां क्योंकि ये प्यार ये यार ये साडे कुशल पंडित ने खोए नहीं कमाए ने क्योंकि वेखो तसीर अहमद पाकिस्तान का बड़ा तकड़ा शायर है कहिंदा खो लैणा ते जित लैणा एक बराबर नहीं खो लैणा ते जित लैणा एक बराबर नहीं पर दुखियां नाल ते साडे जके ना मारो इहो गल्लां ने ये सारे जके ने भरा साडे मालक इन्हां दी तंदुरुस्ती रखे। मैं बेनती करना अगले मैच दीआं टीमां तैयारी रखणगीआं आपां नाल दी नाल वड्डे खेड मेले नूं नौजवान नूं ऐं दी ऐं करवा दांगे बड़े वधिया रैफरी लगे साढ़े बच्चू मणिया भरा साडा ते ढिडाले नाल तला वीर साडा। सो बड़ा धन्नवाद इधर 30 किलो भार वर्ग दीआं टीमां नूं वड्डे पद्धर ते माण सन्मान दे के हल्लाशेरी दित्ती जा रही है ये गल्लां वड्डियां नहीं ते भरा मेरे ये छोटे मैचों वाले प्लेयर जिहड़े है ये शामां तक ही डिगदे रहिंदे है कि सानू ट्राफी कदों मिलनी है मैच होया वेख ला बल चलाड़ी वाले नालों नाल ही तुरता है तू तो हरेक खेड मिले जाना वेख्या होगा आ चीज़ा तेनों अज सीखण वास्ते मिलनी है कि बाकी जिहड़ा शंकरपुरे पिंड दे विच डाक्टर जगपाल राय दे पुत साडे कुशल पंडित ने मेला करवाया बाकी पता लगना है अज कि गल्लां हो रही है रवि कित्थे बलपुर पिंड वाला वीर साडा छोटा रवि बलपुर मेरे कोले आ जाएगा वीर बड़ा प्यारा बुलारा इस इलाके का प्रसिद्ध बुलारा उन्होंने समय च हो जाना है क्योंकि संघर्ष जड़े
लाओ सामने पै गई कबड्डी मित्र वाह मुंडिया नहीं रीसां तेरिया कित्थे रीसां होनिया है क्योंकि चंगे उस्ताद दे चंडे पावें छेती ढई देना सिंह बाज दे शेर कदे गुलामी सी देना जिन्हां उस्तादां दीआं वारां खाधीआं भरा मेरे तुणियां च ना वड्डे है लाओ पै गई है कबड्डी सामने अभी कीर्तन नौजवाना हो तकड़ा ला जफा करा बह जा ये मुंडा जिहड़ा चीचियां गट्टे दीआं चीचियां फड़ के जफे लाउंदा है इहनूं दसो भज के विखावे स्टेट लेवल दे विच आ मुंडे दा नां तकड़े लेवल ते कीर्तन दा उपर के सामने आया है ते पिछे दे माझा फैडरेशन वाले साडे तलब्याग घरियाला जी ने जदों कंपीटीशन कराया ते उहदे विच सब तों बेस्ट पहले नंबर ते आउण वाले समें दा चोटी दा मल कीर्तन नूं कहिंदे आ साडे सनरे भविख का सन्मान किया गया आप धावा कर देना भरावान इधरले पासे महावीर ढड्याले नातला कबड्डी पाउंदा बलपुर पिंड दस नौजवान लो महावीर नाम है इस नौजवान का जिन्हें कबड्डी पा दी है ये लखन का पुत्र है क्योंकि लखन की यारी कहते महावीर अठवाल के नाल सी वो भरा ने कहते आखिरी साह लखन की बुकड़ के लए तो उस ना के उपर भरा ने कहते अपने पुत्र का नाम ही महावीर रख दिता है छोटी उम्र है पर नाम बड़ा कमाल है नौजवान ने आने वाला टाइम इस नौजवान का लो चलता हुआ मैच बड़ा चोटी का खेड जा रहा है जौल नंगल की तरफों नौजवान ने पढ़ दिया लो जौल नंगल पिंड है कहते कमलजीत सिंह का पिंड है मित्रों दसा कमलजीत सिंह संघा कौन है आलण दो भरा सड़न खेड मैदान फिर चर्चे होने इतरले पासे पई हुई कबड्डी है जे कीर्त सामने हो जाए स्वाद आ जाने बच्चू मन का सतनाम वेखदा क्या जेडे चार सरदार लगे है जिन्हू हाथ पाउंदा उही ढा लैंदा है ये लखन दे चंडे आ बच्चू मन पिंड वालिया ये कह कह के जफे लाउंदे है पाओ चुपरा लक्की पाओ लक्की ढड्याले नत्त पिंड वाले है चोटी दा मेला है मित्रों मैं दसी जाना बट्टे मैच दीआं गल्लां हो रही है लाओ सामने छित पिंड दा साडा कुकी खेड़दा है उहदा भतीजा रोबन आया होया जौल नगर दी टीम वल्लों खेड़दा है ते पै गई कबड्डी सामने बलपुर पिंड वालिया लै भी विशाल साहिब जिन्ने पहला जफा लाया ना लक्की ने उहदा अज जूसर दे नाल वड्डे मान सम्मान कीते जाणगे इह खिडारी दा वी कहिंदे जूसर दे नाल मान सम्मान है घरे जाके शेक बना के पीवेगा पर इधरले पासे साबू ट्राई करदा ढड्याले नत्त वाला पर बल्ले 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 ताड़ियां मार दो इक वारी बल्ले बल्ले के बाद नौजवान जौल नंगल का खिडारी है कमाल कर दिती है कोई गल नहीं कोई गल नहीं रेड महावीर दी पैंदी हुई चार तैयार ने उधर बड़ा धन्नवाद कर दिए साढ़े काला उमरपुरा गुरजीत पल ते कवलजीत पल ते ताबा पल वड़े मान सम्मान मां बोली पंजाबी दे पुजे ने दिलों धन्नवाद कर दिए नाल दी नाल पर इधरले पासे महावीर तगड़ा नंबर महावीर है वेख मुंडे दी तैयारी वेख कड़े प्यार नाल आराम नाल नंबर लिया पता लगता रेल डेली अभ्यास जिहड़े करदे आ जिहड़े मिहनता करदे आ बलपुर वाले उन्हां दे शरीर दस दिंदे आ उन्हां नूं बोल के दसण नहीं लखन दा लाका नेड़े आओ वेख 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 आओ पलपुर वालिया वेख मुंडे बाकी चोटी दे उधर कुशल पंडित वीर दा धन्नवाद नाल करन शंकरपुरिया 24 घंटे भरा दे नाल बाकी सजियां खबियां बाहां बन के रहिंदे आपां धन्नवाद करदे आं गोरा बटाला है साडा चितंदर लाहौरिया आकाश वीर साडा हिंदा सरपंच टैवल वीर साडा वकील पुरशपिंदर नाल प्रभ फौजी ते झरमल वीर साडा वीरां दा दिलों धन्नवाद है नाल भरा दे औखे वेले खड़न वाले भरा जिहड़े अंदर बाहर भी नाल हुंदे है अवतार वीर साडा दविंदर शूटर होणी नाल जस्सा वीर अभी भरा साडा हरिवीर मनी पलवान राजा डाउन ते लवप्रीत साडे सत्कारयोग भाई टक्कर साहब आए हुए है आपां धन्नवाद करदे आं साडे टक्कर साहब दा जंडियाले गुरु दी धरती है नां बड़ा वड्डा है मेहनता करके नां बनाए हुए भरा मेरे नाल भरावां ने तां करके दुनिया च प्यार मैं पहलां बेनती कीती कि एक खूणा हुंदा एक पौणा हुंदा है खो ते बंदा लैंदा थोड़ा समां टिकदा है ते जिहड़े पाए हुंदे आ कमाए हुंदे आ ਉਹ ਸਦਾ ਚੱਲਦੇ ਆ ਸਦਾ ਚਿਰ ਚੱਲਦੇ ਆ ਉਹ ਬਾਸਰ ਕੇ ਦੀਆਂ ਗੱਲਾਂ ਹੋਈਆਂ ਹੈ ਪਰ ਇਹ ਕਹਿੰਦੇ ਮਹਾਂਵੀਰ ਅਠਵਾਲ ਪਿੰਡ ਦਾ ਮਿੱਤਰੂ ਵਾਹ ਓਏ ਨੌਜਵਾਨਾ ਇਹ ਲੱਖਣ ਦਾ ਮੁੰਡਾ ਹੈ ਲੱਖਣ ਸਾਡੇ ਦਾ ਪੁੱਤਰ ਹੈ ਲਓ ਇਧਰਲੇ ਪਾਸੇ ਪੱਟਾਂ ਤੇ ਥਾਪੀਆਂ ਮਾਰਦਾ ਹੁੰਦਾ ਨੌਜਵਾਨ ਸਟੇਟ ਲੈਵਲ ਤੇ ਕਹਿੰਦੇ ਢਡਿਆਲੇ ਨੱਤ ਦੀ ਟੀਮ ਦੇ ਚਰਚੇ ਹੋਇਆ ਮਿੱਤਰੂ ਬਾਬਾ ਸ਼੍ਰੀ ਚੰਦ ਜੀ ਕਬੱਡੀ ਕਲੱਬ ਢਡਿਆਲੇ ਨਾਲ ਤਲਵਾਰ ਨੌਜਵਾਨ ਖੇਡਿਆ ਤੇ ਗੱਲਾਂ ਇਹਨਾਂ ਮੁੰਡਿਆਂ ਨੇ ਦੁਨੀਆ ਭਰ ਦੇ ਵਿੱਚ ਕਰਵਾ ਦਿੱਤੀਆਂ ਲਓ ਵਾਹ ਓ ਲੱਕੀ ਸਿਆ
आ टक्कर तां वेखण वाली है। उधर साडे टक्कर साहब भी आए हुए है, टक्कर साहब वेखो सामने टक्करां आ तकड़ियां इधरले पासे हुई जांदियां। उधर कुशल पंडित दे यार सारे पुज्जे, आपां धन्नवाद करांगे बलपुर वाले दासन उहनां कोडी पे यार मित्र पहुंचे हुए ने, उहनां दा भी दिलों धन्नवाद करदी है। हैरी सरपंच साहब बल ते नवराज बल ओह भी पहुंचे हुए ने, दिलों धन्नवाद करदी है। इह कुशल पंडित दीआं सज्जीआं खब्बीआं बाहां ने, पर इधरले पासे जड़ियाले नत्त वाले दी पैंदी रेड़, पर चंद्रिया वेखी नौजवाना देख के नौजवाना कोई गल नहीं हो जाता है। गेमां दे विच किते किते प्यार दे नाल प्यार मुहब्बत दी खेड है। उधर रेड पाउण वास्ते फिर नौजवान जौल नंगल दा तैयारी करी फिरदा है। जौल नंगल पिंड दे भी कहिंदे चर्चे हुंदे ने, गल्लां बिल्ले जौल दीआं चलदीआं, गल्लां लाट उहनां दीआं चलदीआं ने, पर अज कहिंदे वड्डे मान सम्मान शंकरपुर दी धरती ते भी कीते जाणगे। हरमन शिशरे वाली दा मान सम्मान मोटरसाइकिल दे नाल कीता जाएगा। वड्डे मान ते सम्मान अज इस धरती ते कीते जाणे ने। लओ जौल नंगल वाले दी पैंदी रेड, दो नंबर तो कीती ट्राई सिख सरदार दी। हुण कौन बल्ले 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 नाम कीर्त है बालपुर पिंड वालिया। इह कहिंदे कट्टे दी चीची फड़ के जफ्फे ला दिंदा रहा, बड़ा मशहूर होया मुंडा। कहिंदे रीलां पईआं ते मुंडे दीआं जफ्फां दीआं ते गल्लां वड्डे पद्धर ते होईआं। लओ सामणे कबड्डी पाउण दे वास्ते महावीर है, ढड्याला नत्त पिंड है मित्रो। महावीर ठवाला वाले दी जात बड़ी वड्डी है, जिहदी कहिंदे पाके पट्टी यारी साडे लखण भरा दे नाल रही है। उधरले पासे नायमण कबड्डी पाउंदा है, छित पिंड वाला है। चौल नंगल पिंड साडे बिल्ले चौल दा पिंड है मित्रो, जिहदीआं यारियां बाके वड्डे वड्डे प्रमोटरां दे नाल रिंकू समरा जी, सोनी पठरा जी, कहिंदे रॉयल स्पोर्ट्स क्लब बेल्जियम दे चर्चे होए है। लाओ सामणे बाहोए खुच पट लई है मुंडे ने, आ चप्पा लग जाणा लगदी गल, पर बच्चू मन पिंड वाला वेख मुंडिआं दे ताह आ लगदा ना कि बाके चमदीआं सूलां दे मूंह तिखे हुंदे है। आ ढुकदियां गल्लां ना मुंडिआं दे उत्ते आके, उधर जिन्ने भी भरा मिहणता करके उठे है उन्हां नूं सलाम है, उन्हां नूं सलूट है मेरे मित्रो। उन्हां दे विच जिक्र साडे वड्डे भरा उस्ताद साडे दा अमरीक खोसे कोटले वाले दा हुंदा है, क्योंकि बाकी गल्लां जदों हुंदियां ते बाकी बड़ा कुछ सिखण नूं मिलदा है। मल कबीरा रखे कहिंदा मां दे टेके मथिआं ने, उह बापू दे खाधे धक्कियां ने, साडा मुल पवाया है। लोकां भाणे तां यार तुक्कियां नाल अगे आया है, लोकां नूं ऐ लगदा मित्रो, पर मिहनत जदों वेखने पता लगदा है ते कदों कदों किदां किदां कित्थों कित्थों मालक ने बांह फड़ के अगे लिआंदा है। मालक बेरा रखे इसे तरह। लाओ सामने पई हुई कबड्डी है, अभी टक नौजवाना कीर्त सिंह लक्की नूं कहे कि लावे जफ्फा करा दे, बहजा बहजा। उधर पिंदर दी साउंड लगी है, दसण दी लोड़ नहीं पैंदी। लाओ आ जफ्फा लग जाणा है, बच्चू मन पिंड वाले हथ पा लैणवा, फिर भजन नहीं देंदे होंगे, इन्हां मनां दा रिकॉर्ड है। वाह आ छोटा जिहा भज्जा आउंदा, कहिंदा तू बाहर आ जा, हुण मैं जफ्फा लाउणा है। अपनी टीम लखण दे चंडे भी अज कहिंदे कमाल ही करी जांदे आ, दुदराए वाले आ, बल्ले बल्ले कमाल करी जांदे आ। मेरा सोहणिया वीरा बाकी कमाल करी जांदे आ। अभी लक्की हो तकड़ा, नहीं तां फिर फच्चू नूं दिओ बाह छड़ दिओ, मुंडा पड़ा औखा जिहा वेखदा वेख सामणे। वाह मुंडे दी कमाल कर, निगाह पारखू है मुंडे दी, अख दा तजर्बा इल नाल दा, चौबर फट्टे च गटे किल नाल दा। आओ सामणे वेखो भाजड़ा पाई फिरदा नायमण लक्की, कहिंदा मैं ट्राई करदा है तेरी ट्राई, आओ काम आ जाणी है लगदी गल। बच्चू मन पिंड दे बाकी साडे सतनाम दे भी चर्चे है, पर आओ सामणे दो तीन ता कट्ठे ला के जफ्फा ला दित्ता है। नंबर जाफियां दे खाते है, बोल पलपुर दे रवि दे हुणे आ। महावीर ढड्याले नत्त वाला सामणे तैयार है मेरे मित्रो। लक्की ने जफ्फा ला के बल्ले बल्ले करवाई, अज वड्डे मान ते सम्मान जूसर दे नाल कीते जाणगे। वड्डियां जानकारी दे विच वादे पा रहे ने। लओ महावीर दी पैंदी होई रेड, जौल नंगल दे भी तैयार ने, इको जिके शरीर इको जिके कद, पर तगड़ा नंबर महावीर जोड़दा होया एक होर नंबर दा वादा कर दिता है। चलदे होए मैच दा हाफ समा हो गया। उधर हर कीर्त शंकरपुर सड़ा बलजीत शंकरपुर ते करजंट शंकरपुर उन्हां भरावां दे वल्लों लक्की ढड्याले नत्त वाले दा मान सन्मान जूसर दे नाल कीता जाना है। लवी लक्की सिंह नौजवाना हो तकड़ा तेरे चर्चे होने हैं। उधर बटाले तो साडे प्रेस रिपोर्टर साहब अमनदीप वड्डा वीर आया होया है, वड्डा प्यार है साडे कुशल वड्डे भरा दे नाल, वड्डा धन्नवाद। 70 किलो भार वर्ग दीआं टीमां बना कसे देरी दे खेड ग्राउंड च आ जाणा। चौल नंगल दी टीम है नाल संदोए वाली सरकार कबड्डी क्लब पठानकोट,
जिन्हों प्रमोट करते साढ़े कैनेडा बैठे सत्ता वड्डा भरा उस वीर का भी धन्यवाद है लवी नौजवान हो तकड़े उधर लक्की का सन्मान जूसर के नाल साढ़े गर्जन टोनी हनी हुणा वालों से किया जाएगा जल्दी ना मैच शुरू करवा दी वीरे चलते हुए मैच का हाफ समा हो गया ते जौल नंगल दे पॉइंट ने चार ते टड्याले नत्त दे पॉइंट ने साढ़े अठारह एक बार जोरदार ताड़िया मार दो हाफ समय तक जे अंक ने अंकों का वेरवा दिते हुए साढ़े कोच दलबीर सिंह जी दीरा बलपुरिया जस्सा हसनपुरिया जी वह भी पहुंचे हुए ने दिलों धन्यवाद कर दिए इतने पहुंचने के उपर जिम्मेवारियां भी बड़िया सामभिया ने लो दर्शक भीर साइडा चेंज ने हूँ इधरले पासे जी टीम है वो टड्याले नत्त की खेड रही है लखण के चंडे मल खेड रहे हैं जिन्हें जफ्फा ला के बल्ले बल्ले करवा दी है मेरे पंजाबी भीरियो रेड महावीर दी ते बोल महावीर कबड्डी पौधा सामने अंदा बेखबर ओले उठते लाते जमा टकाने आ उन्हें कमले लाते पार ते टामा टूल सियाने है मालक वाहिगुरु मेरा रखे लो सामने टड्याले नत्त पिंड है मित्रो आओ सामने महावीर है बाकी मापिया ने पुत पालिया मित्रो पता लगता बाकी कमाल है नौजवान आने वाले समय के तूफान ने परोले उठते है लो सामने कबड्डी है लक्की एक कन्नी ते मित्रो नाल कीरत वर्गे माले फज्जू वर्गी है लक्ष्य वर्गे नौजवान त्यार वर त्यार है टकदा किड़ा सामने पता लग जाना है उधर दलबीर सिंह जी धीरा पालपुर साहब उस्ताद लोग पुजे आप दिलों धन्यवाद करते हैं आओ कबड्डी पई हुई है शंकरपुरा पिंड डाक्टर साढ़े सत्कार योग जगपाल राय का बड़ा धन्यवाद है नाल साडा कुशल पंडित करना शंकरीए हुणी आओ आ ता तक सूते है मित्र कीतू साडा वीर आया है चौड़ संगा पिंड साढ़े वीर दा इत्थे पुजण ते बड़ा धन्यवाद है एम पी धर्मकोट हैप्पी लंगर साडा वीर कीतू जोड़े सिंह वीरे चाहते रहो साढ़े भरावान प्यार है कीतू वीर होना का धन्यवाद है सुखा जोड़े सिंह पिंड सुखा मघा साडा वो चर्चे पिंड का नौजवान कीतू साडा वीर आया हुआ है बड़े प्यार ने साडे भरा दे नाल कुशल पंडित ने बाकी यारियां कमियां बोल रही ने मेरे मित्रों बाकी प्रैक्टिकली चीजा जड़िया होण उहदा वख आनंद आउंदा है वखरा आनंद आउंदा है आ सामने पता लग रहा है कि प्यार कमाया भरा साडे दा जबूर है लो सामने पई हुई कबड्डी है पहला कबड्डी का मेला कबड्डी मैच पिंड शंकरपुरे दे विच करवाया जा रहा है एन आर आई भरावां दा भी तुलों धन्यवाद है साडे सत्कार योग वीर ने जिन्हां दे वल्लों वड्डे पद्धर ते इह सत्कार दित्ते गए है उधर डीसी शंकरपुर बलविंदर सिंह के पुत का आप धन्यवाद कर रहे हैं प्रतीक शंकरपुर आस्ट्रेलिया सरदार हरजीत सिंह का सपुत्र आप भी धन्यवाद कर रहे हैं नाल साडा लवजीत सोल आस्ट्रेलिया वाला चलो धन्यवाद मान करते साडे लखण दे डीसी शंकरपुर प्रतीक शंकरपुर ते लवजीत सोल आस्ट्रेलिया वाला मान करते साडे टड्याले नत्त दे लखण दे उत्ते आउंदे समय च वड्डियां गल्लां मित्रों होणियां इतले पासे पई हुई कबड्डी है बलपुर वाले नौजवानां दस लो साबू ने ट्राई की है जफे दी ਕਿਤੀਆਂ ਕਿ ਸਕਿੰਟਾਂ ਵਾਲੀ ਖੇਡ ਤੇ ਸਾਬੂ ਲਖਣ ਟੜਿਆਲੇ ਦਾ ਚੰਡਿਆ ਹੋਇਆ ਮੱਲ ਇੱਕ ਪਾਸੇ ਜੌਲ ਨੰਗਲ ਵਾਲਾ ਤੇ ਦੂਸਰੇ ਪਾਸੇ ਟੜਿਆਲੇ ਨੱਤ ਵਾਲਾ ਪਰ ਲੱਗਦਾ ਜ਼ੋਰ ਆਓ ਚੱਪਾ 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 ਚਰਖਾ ਚੱਲਦਾ ਹੋਇਆ ਪਰ ਪੁਆਇੰਟ ਟੜਿਆਲੇ ਨੱਤ ਦੇ ਹੱਕ ਦੇ ਵਿੱਚ ਜੁੜਦਾ ਹੋਇਆ ਤਗੜੇ ਨੰਬਰ ਦਾ ਵਾਧਾ ਕਰ ਦਿੱਤਾ ਨੌਜਵਾਨ ਨੇ ਆਪਣੀ ਟੀਮ ਦੇ ਲਈ ਰੇਡ ਪਾਉਣ ਦੇ ਵਾਸਤੇ ਟੜਿਆਲੇ ਨੱਤ ਵਾਲਾ ਫੇਰ ਆ ਗਿਆ ਵੱਡੇ ਵੀਰ ਲਓ ਸਾਹਮਣੇ ਫੇਰ ਆਇਆ ਹੋਇਆ ਇਹ ਫੇਰ ਆਉਂਦੇ ਆ ਘੁੰਮ ਘੁਮਾ ਕੇ ਆਉਂਦੇ ਬਾਰ ਬਾਰ ਆਉਂਦੇ ਇਹ ਬੰਸ ਅਗੇਨ ਹੁੰਦੇ ਲਓ ਬਾਹੋਏ ਮੁੰਡਿਆ ਬਾਕੀ ਸਾਰੇ ਚੋਟੀ ਦੇ ਰਹੇ ਇਹ ਬਾਕੀ ਸਾਰੇ ਚੋਟੀ ਦੇ ਰਹੇ ਇਧਰਲੇ ਪਾਸੇ ਪਈ ਹੋਈ ਕਬੱਡੀ ਹੈ ਉਧਰ ਦਿਨੇਸ਼ ਕੰਗ ਵੱਡਾ ਭਰਾ ਹੈ ਸਾਡਾ ਉਹਦਾ ਇਲਾਕਾ ਹੈ ਮਾਲ ਕਬੇਰਾ ਰੱਖੇ ਥੋੜੇ ਸਮੇਂ 'ਚ ਉਸ ਭਰਾ ਨੇ ਵੀ ਆਉਣਾ ਹੈ ਅੱਜ ਸਾਰੇ ਵੀਰਾਂ ਦਾ ਮਾਣ ਸਤਿਕਾਰ ਕੀਤਾ ਜਾਣਾ ਹੈ ਉੱਧਰ ਜਿਹੜੇ ਸਾਡੇ ਐਨ ਆਰ ਆਈ ਭਰਾ ਨੇ ਉਹਨਾਂ ਦਾ ਵੀ ਧੰਨਵਾਦ ਪਰ ਇਧਰਲੇ ਪਾਸੇ ਕੀਰਤ ਕਹਿੰਦਾ ਵੱਡਾ ਵੀਰਾ ਪਹਿਲਾਂ ਮੇਰੇ ਬਾਰੇ ਦੱਸ ਇਹ ਮੂੰਹੋਂ ਬੋਲ ਕੇ ਨਹੀਂ ਕਹਿੰਦਾ ਬਲਪੁਰ ਵਾਲਿਆ ਇਹ ਕੰਮ ਕਰਕੇ ਕਹਿੰਦਾ ਕਿ 10 ਲੋਕਾਂ ਨੂੰ ਮੇਰੇ ਬਾਰੇ ਪਰ ਕੀਰਤ ਸਿੰਘ ਤੇਰਾ ਭੁਲੇਖੇ ਨਾਲ ਹੱਥ ਪੱਚੂ ਮਾਣ ਵਾਲੇ ਸਤਨਾਮ ਵਾਲੀ ਸਾਈਡ ਲੱਗ ਗਿਆ ਨੰਬਰ ਜਿਹੜਾ ਰੇਡਰ ਦੇ ਖਾਤੇ ਟੈਕਨੀਕਲ ਨੰਬਰ ਹੋ ਗਿਆ ਉਧਰ ਐਨ ਆਰ ਆਈ ਭਰਾ ਸਾਡੇ ਲਵ ਕੈਨੇਡਾ ਲਾਲੀ ਕੈਨੇਡਾ ਚੇਤਨ ਸਾਡਾ ਨਿਊਜ਼ੀਲੈਂਡ ਪ੍ਰਤੀਕ ਆਸਟ੍ਰੇਲੀਆ ਅੰਮ੍ਰਿਤ ਸਾਡਾ ਸਾਈਪ੍ਰਸ ਗਰਜੈਂਟ ਡਬਈ ਰਵੀ ਚਾਦਵ ਸਾਡਾ ਧੰਨਵਾਦ ਤੇ ਮਠਵਾਲ ਬੜਾ ਮਹਾਵੀਰ ਵੱਡਾ ਮੱਲ ਹੋਇਆ ਹੈ ਤੇ ਉਹਦੀ ਹੁਣ ਬਾਕੀ ਟਿੱਟੋ ਕਾਪੀਆਂ ਮਿੱਤਰੋ ਇਹ ਟੰਡਿਆਲੇ ਨੱਤਲਾ ਸਾਡਾ ਮਹਾਵੀਰ ਇਹਦੇ ਵੀ ਚਰਚੇ ਹੋਣੇ ਹੈ ਉਧਰ ਗੋਲਡੀ ਆਸਟ੍ਰੇਲੀਆ ਲਾ ਪਾਜਵਾ ਕੈਨੇਡਾ ਨਾਲ ਸਾਡਾ ਸੋਨੂ ਚੇਅਰਮੈਨ ਬਬਲ ਕੈਨੇਡਾ ਸਤਨਾਮ ਕੈਨੇਡਾ ਸਾਹਿਲ ਕੈਨੇਡਾ ਨਾਲ ਸਾਡਾ ਰਾਹੁਲ ਕੈਨੇਡਾ ਵੀਰਾਂ ਦਾ ਧੰਨਵਾਦ ਹੈ ਸਪੋਂਸਰ ਭਰਾ ਸਾਡੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਸਤਿਕਾਰ ਡੀਸੀ ਸ਼ੰਕਰਪੁਰ ਵਰਗਿਆਂ ਦੀਆਂ ਕਹਿੰਦੇ ਗੱਲਾਂ ਖੇਡ ਮੈਦਾਨ 'ਚ ਮਿੱਤਰੋ ਅੱਜ ਹੋ ਰਹੀਆਂ ਹੈ ਨਾਲ ਸਾਡਾ ਲਵਜੀਤ ਸੋਲ ਹੈ ਉਹਨਾਂ ਵੀਰਾਂ ਦਾ ਵੀ ਧੰਨਵਾਦ ਆਪਾਂ ਦਿਲੋਂ ਕਰਦੇ ਹਾਂ ਲਓ ਪਾਈਪਿੰਗ ਕਬੱਡੀ ਦੀ ਗੱਲ ਕਰਾਂਗੇ ਸਾਹਮਣੇ ਬਲਪੁਰ ਵਾਲਿਆ
दस दे मुंडिया बारे तगड़ा नंबर जोड़ गया टडियाले ने हथ बड़ा एक तगड़े नंबर का वाधा कर दिता है। एक टीम आ गया दूसरी टीम हाले तक नहीं ग्राउंड के आई। सो बेनती करते हैं कि रेंदे खिडारी भी ग्राउंड के रिपोर्ट कर जाएंगे बिना किसी देरी दो। उधर साढ़े मजबूत राइडर संगठन के प्रधान जोगिंदर अंगुराला उन्होंने भरा उस भरा के वालों विशेष सम्मान चक्का भलवान अलगों कोठी वाला पिला चौल नंगल पिंड वाला ते नाल संदीप दत्तर घोड़ा रामदास हरप्रीत ते नाल चस्सी चफरवाल इन्हां दे सन्मान वड्डे पद्धर ते कीते जाणे आपां दिलों धन्नवाद करदे हां। लो इतरले पासे कहिंदे महावीर है इह मुंडे दा टडियाला नत्त पिंड इत्थों कोले कर नेड़े करके डेढ़ किलोमीटर पिंड होणा मुंडे दा इत्थों पर मुंडे ने कहिंदे 200-300 किलोमीटर तक टडियाले नत्त दे चर्चे कराते है। इह लखण दा पुत वाके सोहणा मल बण के बाबा मेरा रखे भाई अगले मैच वाले थोड़ा गोल घूम के आ जीदा हुंदा जदों मैच चलदा होवे। इह नाल दी नाल आपां चीज़ां भी सिखीए मेरे वीरो माखण कबड्डी च रीढ़ां चाफियां दे नाल इह चीज़ां भी बड़ियां जरूरी ने। लाओ सामने बाहो इह कीरत चोटी दा जप्पा ला दित्ता है। उधर मजबूत राइडर संगठन दे प्रधान साढ़े जोगिंदर अंगुराला जी उन्होंने वालों विशेष सन्मान कबड्डी के वड्डे मल्ला दे कीते जाणे आपां नाल दी नाल साढ़े भरावां दा जिक्र करांगे। उधर अज गुरच दे के सन्मान जिहड़े कीते जाणे है वह भी आपां जरूर जिक्र करांगे। बड़े मान सम्मान अज इस धरती से भी किए जाएंगे। चलता होया मैच जरा आखिरी पलों से खेडे जा रहा है। हम रेंदे खिडारियों मैं बेनती कर देव कि रेंदे खिडारी भी ग्राउंड के रिपोर्ट कर जाएंगे। पर इधरले पास किरत ने ट्राई की है पर नहीं अफा ला सकया। पॉइंट केंद्र जौल नंगल के खाते के जुड़ता होया एक एक रेड बाकी है। आखिरी एक एक रेड बाकी है चलते हुए मैच की आखिरी रेड बाकी है। रेंदे खिडारियों ने बेनती उधर साढ़े बड़िया मान योग शख्सियत वह भी साढ़े दरमियान पहुंचदिया जा रही ने दिलों धन्यवाद करती है तृप्त रजिंदर सिंह जी बाजवा साहब आ रहे हैं। आप धन्यवाद करांगे साडे इलाके की शान ने। नंबर का वीरवा दसीए जी नंबर का वीरवा कुशल पंडित साडा करन भलवान आकाश गिल वकील पुष्पिंदर सिंह जी जतेंद्र लाहौरिया नाल साडा अकाल टैबल वीर दा धन्नवाद है। 29 पॉइंट ने टडियाले नत्त दे ते 10 पॉइंट ने जौल नंग दे। एक बारी ताड़ियां टडियाले नत्त दे लई जोरदार मार दिओ। टडियाले नत्त दी टीम जेतू रही है चलदे हुए जेतू रही है। आपां बैट रेडर जापी दसांगे सुखे वीर मुंडे किहड़े बने जरूर दसांगे आपां दा वी लाइव वाले सुखे वीर ते फोकस करी ते जिहड़े मुंडे बेस्ट बने आपां उहनां दा वी जिक्र करांगे क्योंकि इस इलाके दी नौजवान शान है। टडियाला नत्त पिंड है मल चोटी दे ने दोनों जिहड़े दो निकले होणगे पता नहीं मैनूं जे कौण है पर सुखा भरा दसूगा आपां जिक्र करांगे। इन्ना पता कि टडियाले नत्त दे लखण दे चेले है महावीर टडियाले नत्त वाला 11 कबड्डियां पा के 11 नंबर लैके बैट रेटर बनिया ते गुर कीरत ने 5 जफे ला के मेरे मित्रों अज बैस चाफी होने का माण हासिल किया है। एक बार दर्शक मेरे जोरदार ताड़ियां इन्हां मुंडियां दे वास्ते मार दिओ। ये मुंडे स्टेट लेवल खेडे है ये मुंडिया डिस्ट्रिक्ट लेवल च चर्चे करवाए है ते फिर जाके स्टेट लेवल च गल्लां होईआं है। मल कैमरा करे महावीर ते गुर कीरत आउंदा समां थोड़ियां बातां आप पाऊ नौजवानो। उधर साढ़े तृप्त रजिंदर सिंह जी बाजवा साहब वो पुज रहे है आपां दोनों धन्नवाद करांगे। कुशल पंडित दियां कमाईयां हुईयां यारियां अज सज्जन मित्र सारे पुज रहे है दिलों धन्नवाद है। साडे प्रिंस बाजवा जी गुरदासपुर तो आए है दिलों धन्नवाद करदे हां साडे भरा जी दे इत्थे पुज्जण ते दिलों धन्नवाद ते सतकार। वड्डे भरा जी साडे प्रिंस बाजवा जी अचेचे तौर ते पुज्जे ने माल कबेर रखे साडे वड्डे भरा दे उत्ते कुशल पंडित साडे भरा दे नाल वड्डा प्यार है साडे प्रिंस बाजवा जी बाजवा साहब का दिलों धन्यवाद है। पर 70 किलो भार वर्ग दीआं टीमां तैयारी कर लैण बेनती कर दिए बरीक खोसा कोटला ना गूंजदे है। मजबूत राइडर संगठन रजिस्टर पंजाब जोगिंदर सिंह जी अंगरूला प्रधान साहब पंजाब मुख संपादक रोजाना सच दी पटारी
पंजाब एग्जीक्यूटिव कमेटी श्री राकेश कुमार जी प्रधान, श्री लवली कुमार जी, ज्योति चौ साडे ज्योति चौधरी जी नाल चशपाल जिटली, बड़ा धन्यवाद है इतने पुजन से सत्कार आप करते हैं। मालक बेरा रखे अज इस खेड ग्राउंड वड्डियां रौनक लगिया हुई हैं, पर आप उस भरा का भी धन्यवाद करना चाहवांगे जिन्हें यह सेवा की है, खेड ग्राउंड की सेवा की है, इस जो जमीन खेड ग्राउंड के वास्ते दी है खेडण के वास्ते आप धन्यवाद करते हैं। साडे चरमन भरा है, साडा चरमन वीर का दिलों धन्यवाद है जिस भरा ने यह सेवा की है, सो धन्यवाद है। रवि बलपुर, रवि बलपुर कितने है आया सुने, राजीव पंडित साडा आया है, पंडित ना वड्डा है, कोट मूह लाल पिंड है साडे वीर दा, कबड्डी दा वड्डा मल है, यारियां कमाईयां जिन्ने उह भरा है साडा राजीव पंडित नाल, सुख एडवोकेट जी जग्गा सिंधवा साडा, पवन बौंसर गुरदासपुर, इन्हां वीरां दा दिलों धन्नवाद है। सच्चियां खब्बियां बाहां ने बाबा मेरा रखे। रमी रंधावा जी, प्रिंस रंधावा जी, हरी सरपंच जी, नवराज बल जी, कवलजीत बल जी, गुरजीत बल जी, तापा बल जी, ना चोटी देने भरावां दे जो ना लेने तबका जाना वहां चाहिए भी ऐ ही है। अचल साहब कबड्डी कप साडे दलजीत चाल वड्डे भरा दा वड्डा मेला है, 22 तरीक नूं पुज्जो हो ममा के उत्थे छेवां कबड्डी कप जिहड़ा होण जा रहा है साडे कबलजीत बल वड्डे भरा दे वल्लों। मां खेड़ कबड्डी दे बहुत साफ सुथरे बुलारे रवि पलपुर वाले दा मान सम्मान वड्डे पद्धर ते नगदी राशि दे नाल कीता जाणा, आपां धन्नवाद करदे हां। उधर जिले गुरदासपुर की शान ने अपने वर्करां दे नाल अपने इलाके की संगत हमेशा खड़ना जानते हैं, जिन्होंने बच्चा बच्चा प्यार करदा मेरे मित्रों, तृप्त रजिंद्र सिंह जी बाजवा साहब साढ़े दरम्यान पुजे, करी जोरदार ताड़ियां मार दो उन्होंने इतने पुजण के उत्ते, आप तिलोक धन्यवाद करते हैं। साडा कुशल पंडित बहुत प्यार करता इन्हों के नाल, कुशल पंडित दे नाल साढ़े बाजवा साहब भी प्यार करते हैं, ता ही अपने जरूरी रुझेवें दे विचों साढ़े बाजवा साहब ने चेचे तौर पर समा कढ़िया है, क्योंकि कुशल पंडित वड्डे भरा ने मेला करवाया है तो साडे भरा चेचे तौर पर पुजे है, दिलों धन्यवाद आप करते हैं। उधर डीसी शंकरपुर वाले भरा का धन्यवाद है, नाल साडा प्रतीक शंकरपुर लवजीत सोल, नत्था सिंह सोल का पुत्र लवजीत सोल, जिहदे वल्लों दूजा प्राइज भी दिता जाना है। प्रिंस बाजवा ते मन्ना सरपंच गुरदासपुर वाले, वड्डा धन्यवाद है साडे लवजीत सोल भरा दे वल्लों, पहला प्राइज दिता जाना है। वड्डे खेड मेले जिहड़ा वड्डा शो मैच होना है गुरदासपुर लाइन ते बाबा दया सिंह जी कबड्डी क्लब सुर सिंह दे दरमियान, अभी बलपुर वाले आ पा दिए बातां हो तकड़ा ना मन्ना, मैच चोटी दा खेडिया जावेगा। लो दर्शक वीरियो, एदा घणीए पिंड लव नाम है और चार जाफी जिहड़े तैयार बर तैयार ने, ये टीम नूं वड्डी सपोर्ट करदा जग्गी रियाड़ यूएसए दे विच जा वसिया भरा जिहदी यारी कहिंदे खाड़कू हुणा दे नाल, उधर एडवोकेट साडे जग्गा वड्डा भरा साडा जग्गा सिंबल जी एम सी साहब वकील साहब आए हुए है, वड्डा प्यार है साडे कुशल पंडित दे नाल, अते बोलते यारियां पकौण दे वास्ते पुजदे, वड्डा धन्नवाद है। अज यारियां कमाईयां लवी लव रेड, उधर साडा लव कैनेडा, कैनेडा तो लाइव जुड़िया होया है, कल वीर दे नाल जदों गल भी हुई है बड़ा प्यारा वीर है साडा लव शर्मा कैनेडा, गुरदासपुर लाइन की टीम का वड्डा प्रमोटर है साडा लव कैनेडा वाला, वड्डा धन्नवाद है जिहदा प्यार साडे भरावां दे नाल आए, वाह ओए मुंडियो। उधर शिशरे वाली आ हरमन कित्थे आ नौजवान, अज कहिंदे मोटरसाइकिल नाल सन्मान मुंडिया होना तेरा, वड्डी मुबारकबाद है साडा कुशल पंडित है रूटावेटर मड्डा वड्डा वल मां खेड़ कबड्डी दा नाल लाली महिमा चक सुख जीत कैनेडा, रमन कलेर यूके वड्डा कबड्डी दा प्रमोटर नाल लाड चौल आस्ट्रेलिया वड्डा वल मां खेड़ कबड्डी दा, ते नाल कुलदीप डाक्टर जी उन्हां वल्लों शिशरे वाली हरमन दा सन्मान मोटरसाइकिल दे नाल कीता जाणा है। छड़दे मुंडिया जफा ही लाउणा कि होर कुछ करना सी, जफा तो लग गया मन गए, लाओ सामने पैगी कोडी लाओ पैंदी रेड मेरे वीरियो,
पैगी रेड नौजवान की उधर चार तैयार पर तैयार ने तो उधर कुशल पंडित भरा बेनती कर रहा है कि कुड़िया की टीम बेनती है वो टीम बिना किसी देरी तो ग्राउंड के आ जाए हाफ समय तक ग्राउंड के रिपोर्ट कर जाए पर उधर हल्की सट महसूस करता है मालक मेहर करे किसी भी खिडारी के सट भेट ना लगे उधर साढ़े सत्कार दे योग टक्कर साहब आए हुए लापरी जी टक्कर जंडियाले गुरु जी धरती तो वड्डा धन्नवाद है तृप्त रजिंदर सिंह जी बाएवा साहब वो शख्सियत है जिन्हों का डेली रूटीन का स्कैजुअल जिहड़ा उन्हां दे टेबल दे उत्ते उन्हां दे पीए साहब साझेरी भेज देंदे कि अज आपां मंत्री साहब इत्थे इत्थे जाणा है पर उस समय दे विच जरूर उन्हां तब्दीली कीती होणी है कि ਵੀ ਉਹਨਾਂ ਕਿਹਾ ਹੋਊਗਾ ਜਰੂਰ ਵੀ ਸੋਹਣਿਆ ਵੀਰਾ ਅੱਜ ਕੁਸ਼ਲ ਪੰਡਿਤ ਦਾ ਮੇਲਾ ਹੈ ਆਪਾਂ ਉੱਥੇ ਵੀ ਜਾਣਾ ਹੈ ਤੇ ਸਾਡੇ ਬਾਜਵਾ ਸਾਹਿਬ ਪੁੱਜੇ ਹੈ ਵੱਡਾ ਧੰਨਵਾਦ ਆਪਾਂ ਕਰਦੇ ਹਾਂ ਲਓ ਸਾਹਮਣੇ ਬਾਹਾਂ ਖਿਲਾਰੀਆਂ ਹੋਈਆਂ ਨੌਜਵਾਨ ਦੇ ਮੁੰਡਾ ਕਹਿੰਦਾ ਫੜੋ ਜੇ ਫੜ ਸਕਦੇ ਹੋ ਟੱਕੋ ਜੇ ਡੱਕ ਸਕਦੇ ਹੋ ਰੌਲਾ ਤੁਹਾਡੇ ਨਾਂ ਦਾ ਪੈਣਾ ਹੈ ਲਓ ਮੈਂ ਆਖਿਆ ਕਹਿੰਦਾ ਟੱਕੋ ਜੇ ਡੱਕ ਸਕਦੇ ਹੋ ਉਹ ਸੱਚ ਹੀ ਕਹਿੰਦਾ ਕਹਿੰਦਾ ਫੜੋ ਜੇ ਫੜ ਸਕਦੇ ਹੋ ਟੱਕੋ ਜੇ ਡੱਕ ਸਕਦੇ ਹੋ ਟੱਕ ਲਿਆ ਮੁੰਡਿਆਂ ਨੇ ਬਾਹ ਨਾ ਦੱਸੀ ਸੁਣਿਆ ਕੀ ਹੈ ਜਿਹਨੇ ਜੱਫਾ ਲਾਇਆ ਚੋਕਾ ਵਾਹ ਓਏ ਚੋਕਿਆ ਬਾਕੀ ਕਬੱਡੀ ਵਾਲਾ ਮੱਲ ਹੈ ਮਾਂ ਖੇਡ ਕਬੱਡੀ ਨੇ ਭਰਾ ਮੇਰੇ ਬਾਕੀ ਦੁਨੀਆਂ ਦੇ ਵਿੱਚ ਉਹ ਕੁਛ ਕਰ ਦਿੱਤਾ ਹੈ ਜਿਨ੍ਹਾਂ ਨੇ ਕਦੀ ਸੋਚਿਆ ਨਹੀਂ ਸੀ ਆਪਣੇ ਪਿੰਡ ਦੇ ਅੱਡੇ ਨਹੀਂ ਟੱਪੇ ਜਿਹੜੇ ਤੇ ਅੱਜ ਹਵਾਈ ਅੱਡੇ ਜਿਹੜੇ ਹੈ ਅੰਮ੍ਰਿਤਸਰ ਤੋਂ ਬੈਠਦੇ ਤੇ ਨਿਊਜ਼ੀਲੈਂਡ ਟਰੰਗੇ ਉਤਰਦੇ ਹੈ ਆਕਲੈਂਡ ਉਤਰਦੇ ਹੈ ਤੇ ਬਾਕੀ ਗੱਲਾਂ ਕਬੱਡੀ ਦੇ ਕਰਕੇ ਹੋ ਗਈਆਂ ਧੱਕੇ ਮਾਰ ਕੇ ਸ਼ਿਸ਼ਰੇ ਵਾਲੀਏ ਹਰਮਨ ਨੇ ਕੱਢਿਆ ਮੋਟਰਸਾਈਕਲ ਮਿਲਣਾ ਬਲਪੁਰ ਵਾਲਿਆ ਦਸ ਮੁੰਡੇ ਨੂੰ ਮੋਟਰਸਾਈਕਲ ਕਾਹਤੋਂ ਮਿਲਣਾ ਵੱਡੇ ਵੱਡੇ ਮਾਨ ਸਨਮਾਨ ਅੱਜ ਕੀਤੇ ਜਾਣਗੇ ਇਸ ਖਿਡਾਰੀ ਦੇ ਵੀ ਇੱਕ ਸਪਲੈਂਡਰ ਮੋਟਰਸਾਈਕਲ ਆਓ ਸਾਹਮਣੇ ਸਟੇਜ ਦੇ ਲਾਗੇ ਖੜਾ ਅੱਜ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਹਰਮਨ ਸ਼ਿਸ਼ਰੇ ਵਾਲੀ ਹੈ ਜਿਹਨੇ ਤਗੜਾ ਜੱਫਾ ਲਾ ਕੇ ਬੱਲੇ ਬੱਲੇ ਕਰਵਾਈ ਹੈ ਪਰ ਇਧਰਲੇ ਪਾਸੇ ਕੋਸ਼ਿਸ਼ ਆ ਵੀ ਸੋਹਣੀ ਕੀਤੀ ਹੈ ਬਾਬਾ ਦੀਪ ਸਿੰਘ ਕਬੱਡੀ ਕਲੱਬ USA ਦੀ ਟੀਮ ਬਣਾਈ ਹੋਈ ਹੈ ਨਵੀਂ ਟੀਮ ਨਵੀਂ ਨਕੋਰ ਟੀਮ ਹੁਣੇ ਹੁਣੇ ਰੇਂਜ ਦੇ ਵਿੱਚ ਆਈ ਹੈ ਇਹ ਜੋਗਾ ਹੈ ਬਲਪੁਰ ਵਾਲਿਆ ਮੈਂ ਕਿਹਾ ਤੇਰਾ ਨਾਂ ਕੀ ਆਉਂਦਾ ਜੋਗਾ ਭਾਜੀ ਇਹ ਚੋਕਾ ਹੈ ਮੁੰਡਾ ਆਹੋ ਕਮਾਲ ਕਰਤੀ ਹੈ ਜੋਗੇ ਉਧਰ ਸੰਦੋਏ ਵਾਲੀ ਸਰਕਾਰ ਪਠਾਨਕੋਟ ਦੀ ਟੀਮ ਹੈ ਸਾਡਾ ਵੀਰ ਟੀਮ ਲੈ ਕੇ ਆਇਆ ਹੋਇਆ ਸੱਤਾ ਕੈਨੇਡਾ ਜੀ ਇਸ ਟੀਮ ਨੂੰ ਸਪੋਂਸਰ ਕਰਦੇ ਆ ਪ੍ਰਮੋਟ ਕਰਦੇ ਆ ਲਓ ਸਰਦਾਰ ਕਬੱਡੀ ਪਾਉਂਦਾ ਸਾਹਮਣੇ ਇਹ ਕਹਿੰਦੇ ਬਾਕੇ ਇਲਾਕਾ ਸ਼ੇਰਾਂ ਦਾ ਉਹ ਸਾਹਮਣੇ ਕੀਤੀ ਹੋਈ ਟਰਾਈ ਹੈ ਨੰਬਰ ਕਹਿੰਦੇ ਚਾਪੀਆਂ ਦੇ ਖਾਤੇ ਕਿ ਬਾਜੂਮਣ ਵਾਲਿਆ ਰੇਡਰ ਦੇ ਖਾਤੇ ਆ ਰੇਡਰ ਦੇ ਖਾਤੇ ਆ ਡਬਲ ਟੱਚ ਦੇ ਇਸ਼ਾਰੇ ਹੈ ਲਓ ਪਾਈ ਹੋਈ ਕਬੱਡੀ ਹੈ ਸਾਹਮਣੇ ਆਓ ਚਾਰ ਚੋਟੀ ਦੇ ਤਿਆਰ ਖੜੇ ਆ ਪਲਪੁਰ ਵਾਲਿਆ ਦੱਸ ਫਿਰ ਇਹ ਪਠਾਨਕੋਟੀਆ ਕੋਸ਼ਿਸ਼ ਕਰਦਾ ਜੱਫਾ ਲਾਉਣ ਦੀ ਪਰ ਬੱਲੇ 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 ਉਹ ਤੱਕਰ ਸਿਰੇ ਦੀ ਤਾੜੀਆਂ ਮਾਰੋ ਦਰਸ਼ਕ ਵੀਰ ਇੱਕ ਵਾਰੀ ਜ਼ੋਰਦਾਰ ਗੁਰਪ੍ਰੀਤ ਟਡਿਆਲੇ ਨੱਤ ਵਾਲੇ ਦੀ ਵਿਸਲ ਫੈਸਲੇ ਕਰ ਰਹੀ ਹੈ ਕਿ ਪੁਆਇੰਟ ਜਿਹੜਾ ਪਠਾਨਕੋਟੀ ਆਪਣੀ ਟੀਮ ਦੇ ਲਈ ਜੁੜ ਗਿਆ ਕਿ ਲੱਖਾਂ ਦੇ ਪੁਆਇੰਟ ਦਾ ਵਾਅਦਾ ਕਰ ਦਿੱਤਾ ਹੈ ਇੱਕ ਅਰਜਨ ਘੋੜਾ ਇੱਕ ਸੁਰਜਨ ਘੋੜਾ ਪਰ ਆਹ ਘੋੜਾ ਇੱਕ ਖੇਡਦਾ ਇਹਦਾ ਕਾਦੀਆਂ ਪਿੰਡ ਹੈ ਜਿਹਨੇ ਹੁਣ ਕਬੱਡੀ ਪਾ ਦਿੱਤੀ ਤੇ ਵਿਸ਼ਾਲ ਸਿੰਘ ਕਰ ਗੱਲ ਪੈਂਦੀ ਰੇਡ ਦੇ ਉੱਪਰ ਲਓ ਸਾਹਮਣੇ ਪਈ ਹੋਈ ਕਬੱਡੀ ਹੈ ਆਓ ਸ਼ਿਸ਼ਰੇ ਵਾਲੀ ਹਰਮਨ ਕਹਿੰਦਾ ਅੱਜ ਮੋਟਰਸਾਈਕਲ ਮਿਲਣਾ ਮੈਨੂੰ ਆਹ ਪ੍ਰਮੋਟਰਾਂ ਨੂੰ ਖੁਸ਼ ਕਰਨਾ ਨੌਜਵਾਨ ਨੇ ਆਹ ਵੇਖ ਉਧਰੇ ਪਾਸੇ ਪਲਟਾ ਪਲਟਾ ਕੇ ਆਹ ਸੁੱਟਦਾ ਮੇਰੇ ਮਿੱਤਰੋ ਨੌਜਵਾਨ ਭਾਵੇਂ ਮੁੰਡਿਆ ਮਾਣ ਕਰਦੇ ਤੇਰੇ ਤੇ ਲਾਡ ਚੌਲ ਹੋਣੀ ਰਮਨ ਕਲੇਅਰ UK ਹੋਣੀ ਵੱਡੇ ਵੱਡੇ ਮੱਲ ਤੇਰੇ ਤੇ ਮਾਣ ਕਰਦੇ ਮੁੰਡਿਆ ਉੱਧਰ ਕੁਸ਼ਲ ਪੰਡਿਤ ਲਵ ਕੈਨੇਡਾ ਲਾਲੀ ਕੈਨੇਡਾ ਪ੍ਰਤੀਕ ਆਸਟ੍ਰੇਲੀਆ ਚੇਤਨ ਨਿਊਜ਼ੀਲੈਂਡ DC ਸ਼ੰਕਰਪੁਰ ਵੀਰਾਂ ਦਾ ਦਿਲੋਂ ਧੰਨਵਾਦ ਇੱਧਰਲੇ ਪਾਸੇ ਕਹਿੰਦੇ ਭਾਗੋ ਵਾਲੀ ਕੱਗੂ ਦਾ ਚੇਲਾ ਸਾਹਮਣੇ ਗੋਡੀ ਪਾਉਂਦਾ ਹੈ ਆਹ ਮੱਲ ਚੋਟੀ ਦਾ ਤਿਆਰ ਖੜਾ ਮਿੱਤਰੋ ਆਹ ਟੱਕਰਨ ਦੀਆਂ ਕਰਦਾ ਕੋਈਆਂ ਉਹ ਚਾਂਦਾ ਮੁੰਡਾ ਮਿਲਦਾ ਕੱਲ ਕਹਿੰਦੇ ਵੱਡਾ ਖੇਡ ਮੇਲਾ ਖੈਰੇ ਕੋਟਲੀ ਦੀ ਧਰਤੀ ਹੈ ਕਲਾਨੌਰ ਦੀ ਧਰਤੀ ਦੇ ਕੋਲ ਕਰਕੇ ਮਿੱਤਰੋ ਵੱਡਾ ਕਬੱਡੀ ਦਾ ਕੱਪ ਆਉਣਾ ਪੁੱਛਿਓ ਸਾਰੇ ਭਰਾ ਵੱਡਾ ਮੇਲਾ ਸਾਡੇ ਭਰਾਵਾਂ ਨੇ ਕਰਾਉਣਾ ਹੈ ਲਓ ਇੱਧਰ ਦੇ ਬਹੁ ਪੁੱਠੀ ਕੈਂਚੀ ਹੈ ਆਹ ਪੁੱਠੀ ਪਾਲਪੁਰ ਵਾਲਿਆ ਦੱਸ ਨੌਜਵਾਨਾ ਇਹ ਰੂਪ ਹੈ ਹਰਦੋ ਝੰਡਾ ਪਿੰਡ ਹੈ ਨੌਜਵਾਨ ਦਾ ਇਹ ਲੱਖਣ ਕੋਚ ਦਾ ਚੰਡਿਆ ਹੋਇਆ ਮੱਲ ਹੈ ਇੱਕ ਪਾਸੇ ਪਠਾਨਕੋਟੀਆ ਭੱਜੂ ਕੇ ਨਹੀਂ ਪਰ ਦੇ ਦਿਨੇ ਦੇ ਜੋਗੀ ਵਰਗਾ ਸਰੀਰ ਹੈ ਇਸ ਨੌਜਵਾਨ ਦਾ ਪਰ ਬਾਤਾਂ ਸਮਝਦੇ ਪਰ ਉਧਰਲੇ ਪਾਸੇ ਨੌਜਵਾਨ ਬੱਲੇ ਬੱਲੇ ਕਰਾਉਂਦਾ ਹੋਇਆ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਦਿੱਤਾ ਹੈ ਤਾੜੀਆਂ ਮਾਰੋ ਦਰਸ਼ਕ ਵੀਰੋ ਜੇਕਰ ਮੈਚ ਦਾ ਸਵਾਦ ਆਇਆ ਤੇ ਲੈ ਪੰਡਿਤ ਵੀਰੇ ਆਹ ਕਮਾਇਆ ਤੂੰ ਦੁਨੀਆਂ ਦੇ ਵਿੱਚ ਦਰਸ਼ਕ ਖੁਸ਼ ਹੈ ਮੇਲਾ ਸਫਲ ਖੁਸ਼ ਹੈ ਅਜੇ ਬਹਿਣਾ ਵੇਖੀ ਚੱਲ ਬਣਦਾ ਕੀ ਹੈ ਬਲਪੁਰ ਵਾਲੇ ਹਾਲੇ ਸ਼ੁਰੂਆਤਾਂ ਨੇ ਅਗਲੇ ਸਾਲ ਦਾ ਕਬੱਡੀ ਕੱਪ ਹੋਰ ਤਕੜਾ ਹੋ ਜਾਣਾ ਹੈ ਹਾਲੇ ਸ਼ੁਰੂਆਤਾਂ ਰੱਬ ਦੇ ਬਖਸ਼ੇ ਕਾਜ ਦੀਆਂ ਆਹ ਬੜੀਆਂ ਲੰਮੀਆਂ ਬਾਟਾਂ ਨੇ ਸਤਿੰਦਰ ਤੋਂ ਸਰਤਾਜ ਦੀਆਂ ਲਓ ਪਹਾਂ ਖਿਲਾਰੀਆਂ ਪਰ ਨੰਬਰ ਕਹਿੰਦੇ ਰੇਡਰ ਦੇ ਖਾਤੇ ਹੈ ਉੱਧਰ ਪਾਕੀ ਵੀ ਆਉਣ ਵਾਲਾ ਹੈ ਜਿਹਦੇ ਬੜੇ ਚਰਚੇ ਆ ਮਿੱਤਰੋ ਨਾਲ
हैप्पी महना साडा मोगे तो वीर भी आया होया है, उस वीर का भी धन्यवाद है, हैप्पी महना। बाकी सिंगर भी पुजन वाला है जिहदे गाण ने बाकी दुनिया च दस दिता कि करदासपुरिया, बाकी पुजन वाला छंदे वाला और जिहदे गाण च साडे उस्ताद दीआं आवाजां बाकी तूणा कर दिंदियां उस पट्टे पट्टिया गाणियां नूं। अमरीक दीआं गल्लां होईआं कहिंदा की आउंदा उस्ताद, सब तों पहिलां आवाज आई सी उहदा बस करवाउणी आउंदी है, इह बाकी सिंगर पुजन वाला है। लो इतरले पासे मुड़ दी कबड्डी ते बोल साडे बलपुर दे रवी दे होणगे। लो वड्डा मैच चोटी दा मैच खेडा जा रहा है, अमर भागो वाली मेरे वीरो कबड्डी पाउण दे लई तैयार पर तैयार, पठानकोटी है चार तैयार ने, चारां दे विचों दो नंबर तों कीती ट्राई के दो नंबर दा बंदा माड़ा, दो नंबर दा धंदा माड़ा, हुण दो नंबर दा जफा माड़ा या नहीं गल समय दी। ये भागो वाली है गुगू दे पिंडां दा अमर है जिन्हें तगड़ा जफा ला के तगड़ा नंबर जोड़ गया अपनी टीम दे लई, इक होर नंबर जोड़ दे लई, इक होर नंबर जोड़ दित्ता, कुड़ियां दीआं टीमां खेड ग्राउंड दे विच आ जाण। मैं बेनती करना भैणा नूं कि जल्दी ना खेड ग्राउंड दे विच आ जाओ, पट्टा मैच होणा उस तों बाद मल आउणे आ मित्रो, मां खेड कबड्डी दे वड्डे वड्डे मल्लां च ना जड़े आउंदे आ उह सारे मल पुज्जणे आ, कुशल पंडित दीआं यारियां पगाईआं इत्थे पुज्ज रहीआं मित्रो। लाओ उधरले पासे सरदार कहिंदा ददराए वालिआं मेरे बारे दस लोकां नूं, वेख मुंडा पुट्ठा जिहा करदा ना आवण दे, भावें चुप रहणी ओ रीसां तेरीआं, आ कम्म लोकां दे थोड़े वल खिंचदे आ। हैप्पी मोगे वाला वीर साडा हैप्पी महना ते नाल साडा साडा जिम वाला राहुल वीर वह भी पुज गया, उस वीर का भी धन्यवाद करते हैं आप लुधियाने वाला, उस वीर का भी धन्यवाद है। हैप्पी महना मोगे वाला ना बटे आ वीर दे बड़ा धन्यवाद है। लो मैच बड़ा चोटी का खेडा जा रहा है, अगले मैच दियां लड़कियां दियां टीमां नूं बेनती है कि वह भी ग्राउंड दे विच रिपोर्ट कर देणगे, दो मिनट का समा दिता जाता है टीमां नूं बिना किसी देरी तो टीम ग्राउंड के रिपोर्ट कर देनगियां। मैच बड़ा चोटी का पर दिले पासे एक होर नंबर जोड़ता हो, तगड़े नंबर का वाधा कर दिता नौजवान ने, पानी ग्राउंड में पुजता कर दी है बीजी पानी, आप पानी वाले वीर नूं बेनती है, मैं पंडित भरा नूं बेनती कर रहा पानी तो ड्यूटी ला किसी भरा दी, पानी जरूर ग्राउंड में पुजता कर दिता जाए, जिवें ददराए वाले ने पहला दसा ना भी अज छिंदे वाला बागी आ रहा है जिन्हें गीतों के गल्लां कराईआं, गुरदासपुरिए ने वह भी थोड़े समय तक पुज रहे हैं, थोड़े समय के आ जाना है भाई, कुड़ियां वाली टीमां खेड ग्राउंड दे आ जाना, खेड ग्राउंड च पानी पुजदा कर दिए, सारे वीरां दा धन्नवाद है। लखण वीर आप ही जिम्मेवारियां सब भी बैठे पानी वालियां, लै भी लखण वीर तेरा भी धन्नवाद है वड्डिया वीरा। उधर नाल मैं बेनती करना है कि कुड़ियां दीआं टीमां खेड ग्राउंड दे आ जाण, कुड़ियां दीआं टीमां पानी पुजदा कर दो वीरे, खेड ग्राउंड च आ गया वीरे, परले पासे मुंडे आ गए है, पच्चू हुणी लै आए, वड्डा धन्नवाद है। हाँ जी हाफ समय तक दे जिहड़े पॉइंट ने 9 पॉइंट ने पठानकोट ते 12 नंबर ने जौल नंगल दे, एक बार जोरदार ताड़ियां मार दे मेरे वीरे। हुण मैच आपां शुरू करा दिए, मैं रेफरी वीरां नूं बेनती करदा भी मैच आपां शुरू करा दिए, फिर लड़कियां का शो मैच करवाया जाना है, कुड़ियां दी टीम नूं बेनती है कि वह भी ग्राउंड दे विच आ जाण, आवाज आपां दे दित्ती है हुण उहना फर्ज बणदा है उहना भैणां दा जल्दी आ जाण, अगला मैच धीआं धिआणियां दा खेडिया जाणा, जल्दी नाल खेड ग्राउंड दे विच आ जाण, वड्डा मैच है आओ सामने वेखो मित्रो, बाकी मुंडे गल्लां करा रहे है, कहिंदा सी चुल्ले मित्रा चकवें नहीं इक्को दर ते जगदे आ, नाल सूला जिंदगी कट्टीए और ता ही मंदे लगते हैं और ता ही मंदे लगते हैं, हुटर वाला भी है टाइम ते बजदा पूरे, लो सामने पैगी कोटी लो चोटी का मुकाबला खेडिया जा रहा दो टीमों के दरम्यान मेरे वीरो, अगली कबड्डी पाउण वास्ते अमृत तैयार पर तैयार है मेरे वीरो, यह कहिंदे भागोवाल की धरती का, भागोवाल की कहिंदे छिंज बड़ी मशहूर है, 22 ते 23 जुलाई नूं कहिंदे भागोवाल की धरती से वड्डा छिंज मेला हुंदा है, अमृत भागोवाली आ कबड्डी पाउंदा है। भाई जल्दी दे नाल कुड़ियां दीआं टीमां खेड ग्राउंड दे विच आ जाण, रवि पालपुर मेरा वीर आ जावे मेरे कोले, रवि पालपुर वाला उधर, कुशल पंडित लव कैनेडा लाली कैनेडा प्रतीक ट्रिलियन नाल चेतन न्यूजीलैंड साडा
और लवजीत सौल डीसी शंकरपुर वीरां दा दिलों धन्नवाद है मित्रों बटे सत्कार भरावां दे आपां करदे आं लाओ पटा पटा के सुटदा ना आवणा आओ पेखो ढाके हिक ते बणा किन्नू कहिंदे है आओ सामने मुंडा ढाके हिक ते बण दियां करदा होया खुशियां ऐ कहिंदे चोटी दा मुकाबला खेडिया जा रहा है मेरे वीरो शंकरपुर दी धरती लाओ सामने पैंदियां होईयां कबड्डियां लाओ सामने पैंदी है कबड्डी अर्जन टडियाले नत्त वाला लाओ अर्जन दी कबड्डी मेरे वीरो ए टडियाले नत्त वाला अर्जन कबड्डी पाउण वास्ते वादा होया जिथों दे लखन ने कहिंदे बल्ले बल्ले कराई है आ पूरी दुनिया बनाई है टडियाले नत्त वाले लखन ने कहिंदे बड़ी कबड्डी खेडी है मेरे वीरो अज भरा दा कहिंदे खेड ग्राउंडा विच ना गूंजदा है ए लखन साडा वीर टडियाले नत्त वाला लखन वीर उस भरा दा धन्नवाद है लाओ कबड्डी खेडदे मैदान विच पै रही है मेरे मित्रों अमृत कबड्डी पाउण वास्ते वादा होया है चार जाफी तैयार बर तैयार ने लाओ पई हुई कबड्डी मेरे मित्रों पेचे पै गए नाल बगाने पता लगू विच मैदाने यार खुराकां खाधियां दे आओ कौडी कौडी करदे फिरदे पुत पंजाबियां दे आओ कौडी कौडी करदे फिरदे आओ पुत पंजाबियां दे ऐ गबरू ने तुंद के जफा ला के आओ नंबर अपनी टीम दे से जोर दिता है अगली कबड्डी कुलदीप ने पा दिती है जोड़े संघ दी धरती दा लाओ कुलदीप कबड्डी पाउंदा है चार जाफियां ते आ नौजवान दा बोलिया होया धावा मेरे मित्रों लाओ हुंदी होई बल्ले बल्ले एक पासे रेडर आ दूसरे पासे जाफी मेरे मित्रों पर जोड़े संघे वाला कहिंदे कुलदीप एक तकड़ा नंबर अपनी टीम दे से जोड़ गया है अगली कबड्डी पाउण वास्ते नौजवान तैयार पर तैयार है भाई कुड़ियां वाली टीम क्यों नहीं आउंदियां ना टाइम लाइए भैनों जल्दी आ जाओ हुण गुड्डू सेठ बटाले वाला वड्डा वीर है साडा वड्डा धन्नवाद है भरा साडा पुज्जा आपां धन्नवाद करदे हां गुड्डू सेठ पट्टा नाम है भरा साडे दा गुरदासपुर की राजनीति दे विच वड्डा नाम है गुड्डू सेठ बटाले वाला गौतम सेठ गुड्डू मालक बेरा रखे भरा दियां बाकी काम करा दिंदे आ भरावां नूं जदों बेनती कर दीए बड़ा धन्नवाद लो भज नायमन जे भज सकना है इह संदोए वाली सरकार कबड्डी क्लब पठानकोट दे नायमन आओ सामने ढा ढा के सुटदे आ मेरे मित्रों भावे चुबरानी हो रीसा नंबर कहते जापियां दे खते बलपुर वाले तेला बाजा टीमां नूं बेनती है दोनों टीमां जिहड़ियां अगले मैच वास्ते लड़कियां दीआं टीमां जिहड़ियां है ओह खेड मैदान विच चलणगीआं इधरले पासे लखन टडियाले नत्त वाले दा चेला बालका मेरे वीरो पहला कहिंदे रूप टडियाले नत्त वाले ने बड़ा तकड़ा जफा लाया है लाओ कबड्डी कहिंदे खेड दे मैदान विच मेरे वीरो आओ करन दी भारी है आ दूसरे पासे देखांगे गबरू ने फड़िया होया गुट आ हुंदी होई बल्ले बल्ले इह आ कहिंदे हरमन मेरे मित्रो इहनू मोटरसाइकिल दे नाल अज वड्डा मान सन्मान है हरमन शिशरेवाल दी इह धरती दा मेरे वीरो आओ कहिंदे हरमन ने अज बल्ले बल्ले कराई है मोटरसाइकिल भी मोटरसाइकिल दिता जाना है वह भी किसी गल दिता जाना कोई ना कोई गल है जरूर मुंडे दे विच तां ही मोटरसाइकिल दिता जाना है एक टीम आ गई है तो दूसरी टीम हले तक नहीं ग्राउंड दे आ रही सो बेनती करती है कि दोनों टीम ग्राउंड दे बिना किसी देरी दे रिपोर्ट कर जाएगियां मैच आप शुरू करा दिए भागोवाल पिंड है नौजवान का जितों के मोलक के चर्चे ने गुगू के चर्चे ने हुण अमर के भी चर्चे हो गए ने अमर भागोवाली की पेंदी रेड एक पासे जाफी दूसरे पासे रेडर पर बल्ले बल्ले करवाता हुआ नौजवान तगड़ा नंबर जोड़ गया अपनी टीम लखा जे पॉइंट का वादा कर दिता नौजवान ने अपनी टीम के लिए आओ सामने नंबर कहते गबरू ने अपनी टीम के हिस्से जोड़ दिता है अगली कबड्डी पाउण वास्ते संदोए वाली सरकार क्लब पठानकोट दी आ टीम वालों मेरे वीरो अमृत कबड्डी पाउण वास्ते वादा होया मेरे वीरो आओ कहिंदे अमृत ने कबड्डी पाई है आ दूसरे पासे देखांगे आ गबरू ने बड़ी सोहनी ट्राई कीती है डकण दी पर नंबर एटर ने अपनी टीम दे से जोर दिता मेरे वीरो आओ कहिंदे सिरे दी टक्कर है सिरे दा मैच खेडिया जा रहा है आ दोनों टीमां दे दरमियान मेरे वीरो आ पैंदियां होईयां कबड्डियां आ लगदे होए जफे मेरे वीरो इधरले पासे गुड्डू सेठ चेयरमैन साहब जी आए ने कुशल पंडित उन्होंने भरा जी अज कहिंदे गुड्डू सेठ चेयरमैन साहब जी पुजे हुए ने विशेष तौर उत्ते धन्नवाद करांगे इन्हां सारे वीरां दा
लो अमृत तैयार है रेड़ पाउण दे वास्ते कि एक अमृत की बूंद ही काफी अग बुझावण लई इको सिर ही काफी हुंदा कौम जगावण लई पंज सिरां दे बदले सिर दस्तार पंजाबी है ओ साडा यार पंजाबी ओ खेड़ मेरी पंजाबियां दी परदले पासे लगदा जफा ओ लगदा योर पर मैनू लगदी गल ए प्रिंस दा वीर जफा लाउण दी कोशिश कर रहा वड्डा वीर कहिंदे सब इंस्पैक्टर है ते एक करन है जिहड़ा जफा लाण दी कोशिश कर रहा जौल नंगल पिंड है बिल्ले जौल दा पिंडू जफा लाउण दी गल बल्ले 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 और सामने टाइम पूरा हो गया है यह करन जौल नंगल दी धरती दा गबरू नंबर अपनी टीम दे हिस्से जोड़ गया है अगली कबड्डी पाउण वास्ते सुखा मग्गा कहिंदे जौड़े संघे दी धरती दा उहदा पेंडू मेरे वीरो यह कहिंदे कुलदीप जौड़े संघे दी धरती दा गबरू कबड्डी पा के नंबर अपनी टीम दे हिस्से जोड़ गया है अगली कबड्डी पाउण वास्ते सामने देखांगे मेरे वीरो करन तैयार पर तैयार है आओ कहिंदे करन ने इस वेले कबड्डी पाउणी है खेड़ दे मैदान विच के तंदरुस्तियां रखे मालक ते कुछ नहीं पैसे धेले आ औखे सौखे आउंदे रहिंदे मर्दां उत्ते वेले आ औखे सौखे आउंदे रहिंदे आ मर्दां उत्ते वेले आ मर्दां दी खेड़ खेडी जा रही है मेरे मित्रों नंबर करने अपनी आ टीम दे हिस्से जोड़ दिता चलदा होया मैच समाप्त है चलदा होया मैच समाप्त है ते पॉइंट आपां जरूर दस दईए सुखा सरबकोट जी साढ़े सीनियर रैफरी ने ते अज साढ़े सीनियर होर भी पहुंचे हुए ने अमरीक खोसा कोटला जी जिन्हां दीआं गल्लां कहिंदे आस्ट्रेलिया कनेडा अमेरिका दे विच हुंदीआं ने 16 पॉइंट ने पठानकोट दे ते 20.5 पॉइंट ने जौल नंगल दे एक बार जोरदार ताड़ियां मार दे मेरे पंजाबी वीरो हुण लड़कियां दा जिहड़ा शो मैच खेडिया जाएगा दोनों टीमां सिरे दीआं ने हैलो उधर लड़कियां दी टीमां दे नाल इंट्रोडक्शन की जाएगी साडे सत्कार दे योग मंत्री साहब तृप्त रजिंदर सिंह जी बाजवा साहब होणगे नाल वड्डा भरा साडा गौतम सेठ गुड्डू बटाले वाला वड्डा धन्नवाद है शंकरपुर पिंड दे कुशल पिंड दे नाल वड्डे प्यार ने वड्डा धन्नवाद है नाल जिन्ने भी सज्जन मित्र आए सारे दा सत्कार ते धन्नवाद बहुत रिस्पैक्ट है जी बहुत बहुत धन्यवाद है जी और जिन्हें भी नाल भरा ने साडे सारे का धन्यवाद है मालक बेरा रखी इस तरह चढ़ती कला रखी नाल साडे टक्कर साहब आए हुए जंडियाले वाले लापरे टक्कर जी बड़ा धन्यवाद है बाकी भी कहते थोड़े समय च आ जाना उधर हैप्पी साडा मोके वाला भरा साडा मेहने पिंड वाला पुजा होया है बाकी उस्ताद की आता कि कमाल ही है मालक बेरा रखे हैप्पी मेहन वाला वड्डा भरा मोके वाला पुजा धन्यवाद है उधर मंत्री साहब जान पहचान इन्हां धीआं धिआणियां दे नाल कर रहे हैं बहुत धन्यवाद सत्कार दोनों टीमां बहुत तकड़ियां है माखेड कबड्डी दे विच वड्डा नाम इन्हां धीआं धिआणियां ने बनाया होया है ते चंगी खेड दे नाल चंगी खेड दे करके दुनिया च वड्डा नाम इन्हां लड़कियां ने इन्हां खिडारना ने बनाया होया है वड्डा धन्यवाद आपां करदे हां उधर साडा गगन पलवान वीर भी साडा आया होया गगन पलवान का वड्डा धन्यवाद है वड्डा प्यार है साढ़े शंकरपुर के कुशल पंडित दे नाल
अलीवाल पिंड तों साडा वीर आया होया है गगन पहलवान वड्डा धन्नवाद है उधर चरमन भरा दा धन्नवाद जिन्ने अज इस खेड ग्राउंड की वड्डी सेवा कीती है काला अमरपुर अमरपुरा जी हरी सरपंच बल जी नवराज बल जी बड़ा प्यार है साढ़े पंडित वीर दे नाल कुशल पंडित दे नाल बड़ा धन्नवाद है उधर प्रिंस रंधावा जी रमी रंधावा जी बड़ा नाम है बड़ा धन्नवाद है भरावां दा इत्थे पुज्जण दे उत्ते माल कवेरा रखे भरावां नूं चढ़दी कला दे विच रखे गुच्चा पीर पिंड साढ़े भरावां दा दुनिया च गल्लां होईआं है कि करदा है माण दस कि गल का इतने जजा भी पै गए ने वकील कर रहे वो भरा सा रमी रंधावा प्रिंस रंधावा दोवें भरावां की जोड़ी प्यार भी है बड़ा मल कि भरावों चढ़ती कला के रखे कीतू जोड़ा संघा वड्डा वीर है साडा हैप्पी लंगर सुख प्रधान वड्डा वीर एमपी धर्मकोट मनी बलपुरी वीर साडा रविपुरी जग बलपुरी जगू बलपुरी साबी शाहवाल चंटा साडा वीर ते अजय ਭੋਮਾ ਬੁੱਲੋਵਾਲ ਵੱਡਾ ਧੰਨਵਾਦ ਔਰ ਮੈਂ ਬੇਨਤੀ ਕਰਦਾ ਵੀਰੇ ਜਲਦੀ ਦੇ ਨਾਲ ਆਪਾਂ ਬਹੁਤ ਵੱਡੇ ਮਾਣ ਸਨਮਾਨ ਹੈ ਮੇਰੇ ਵੀਰੋ ਇਹਨਾਂ ਬੱਚਿਆਂ ਦੇ ਨਾਲ ਯਾਦਗਾਰੀ ਤਸਵੀਰ ਹੋਈ ਹੈ ਉਸ ਤੋਂ ਬਾਅਦ ਕਹਿੰਦੇ ਮੈਚ ਦੀ ਅੱਜ ਸ਼ੁਰੂਆਤ ਹੋਣ ਜਾ ਰਹੀ ਹੈ ਹੋਣ ਜਾ ਰਹੀ ਹੈ ਤ੍ਰਿਪਤ ਰਜਿੰਦਰ ਸਿੰਘ ਜੀ ਬਾਜਵਾ ਸਾਹਿਬ ਜਿਨ੍ਹਾਂ ਦਾ ਪਿਆਰ ਸਾਡੇ ਸ਼ੰਕਰਪੁਰ ਦੇ ਵੱਡੇ ਭਰਾ ਕੁਸ਼ਲ ਪੰਡਿਤ ਦੇ ਨਾਲ ਹੈ ਉੱਧਰ ਬੜੇ ਪਿਆਰੇ ਵੀਰ ਨੇ ਸਾਡਾ ਰੰਬੀ ਰੰਧਾਵਾ ਪ੍ਰਿੰਸ ਰੰਧਾਵਾ ਲੋਕ ਗੀਤਾਂ ਦੇ ਵਿੱਚ ਜਿਨ੍ਹਾਂ ਦਾ ਵਾਕੇ ਦੁਨੀਆ 'ਚ ਨਾਂ ਪੈਦਾ ਕੀਤਾ ਗੁੱਚਾ ਪੀਰ ਪਿੰਡ ਹੈ ਕੁਲਦੀਪ ਰੰਧਾਵਾ ਜੀ ਦੀ ਇਹਨਾਂ ਦੇ ਚਾਚਾ ਜੀ ਦੀਆਂ ਵੀ ਗੱਲਾਂ ਹੁੰਦੀਆਂ ਪਰ ਬਾਕੀ ਉਹ ਜਿਹੜੀ ਘਰ ਦੇ ਵਿੱਚ ਇਹਨਾਂ ਦੇ ਮਾਲਕ ਸੱਚੇ ਪਾਤਸ਼ਾਹ ਨੇ ਬੂਟਾ ਲਾਇਆ ਸੀਗਾ ਜਿਹੜੀ ਖੇਤੀ ਉਹ ਦੂਣ ਸਵਾਈ ਇਹਨਾਂ ਭਰਾਵਾਂ ਨੇ ਪ੍ਰਿੰਸ ਰੰਧਾਵਾ ਅਤੇ ਰਮੀ ਰੰਧਾਵਾ ਹੁਣਾਂ ਨੇ ਕੀਤੀ ਹੈ ਮਾਲਕ ਇਹਨਾਂ ਭਰਾਵਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਾਂ ਇਹਨਾਂ ਦੇ ਗਾਏ ਗੀਤ ਤੀਜਿਆਂ 'ਤੇ ਵੱਜਦੇ ਆ ਅਤੇ ਵੱਖ ਵੱਖ ਸਟੇਟਾਂ ਦੇ ਵਿੱਚ ਗੱਲਾਂ ਸਾਡੇ ਭਰਾਵਾਂ ਦੀਆਂ ਹੋਈਆਂ ਹੈ ਮਾਲਕ ਮੇਰਾ ਰੱਖੇ ਭਰਾਵਾਂ ਦੇ ਉੱਤੇ ਇਸੇ ਤਰ੍ਹਾਂ ਇਸੇ ਤਰ੍ਹਾਂ ਭਰਾਵਾਂ ਦੇ ਉੱਤੇ ਮੇਹਰ ਰੱਖੇ ਮਲਵਾਤਮਾ ਔਰ ਚੋਟੀ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਪੰਜਾਬ ਦੀਆਂ ਸ਼ੇਰ ਬੱਚਿਆਂ ਦਾ ਮੇਰੇ ਵੀਰੋ ਪਹਿਲੇ ਪਾਸੇ ਬਲਪੁਰ ਦਾ ਰਵੀ ਆ ਜਾਵੇ ਨਿਸ਼ਾਨ ਬਾਮਾ ਵੱਡੇ ਵੀਰ ਦਾ ਧੰਨਵਾਦ ਇਹ ਰਵੀ ਬਲਪੁਰ ਵੀਰੇ ਆ ਜਾ ਮੇਰਾ ਭਰਾ ਬਣ ਕੇ ਨਾਲ ਆਪਾਂ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਤੇ ਨਾਲ ਗੁਰਦਾਸਪੁਰ ਲਾਇਨਸ ਇਹ ਦੋਵੇਂ ਟੀਮਾਂ ਖੇਡ ਗਰਾਉਂਡ ਦੇ ਵਿੱਚ ਜਲਦੀ ਦੇ ਨਾਲ ਆ ਜਾਣ ਪੱਟੇ ਵੱਡੇ ਮਨ ਲਾਉਣੇ ਆ ਮਿੱਤਰੋ ਬਸ ਖੜ ਜਾਓ 10 ਮਿੰਟ ਅਜੇ ਟ੍ਰੇਲਰ ਚੱਲਦਾ ਫਿਲਮ ਬਾਕੀ ਹੈ ਐ ਚੋਟੀ ਦਾ ਮੁਕਾਬਲਾ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ ਪੰਜਾਬ ਦੀਆਂ ਸ਼ੇਰ ਬੱਚਿਆਂ ਦਾ ਸਟੇਜ ਦੇ ਸੱਜੇ ਪਾਸੇ ਟੀਮ ਜਿਹੜੀ ਹੈ ਰਮਨ ਕਲੇਅਰ ਯੂਕੇ ਵਾਲੇ ਭਰਾ ਨੇ ਔਰ ਟੀਮ ਸਪੌਂਸਰ ਕੀਤੀ ਹੈ ਜਦੋਂ ਪਹਿਲੀ ਕਬੱਡੀ ਪਾਉਣ ਵਾਸਤੇ ਡੇਜੀ ਔਰ ਤਿਆਰ ਬਰ ਤਿਆਰ ਹੈ ਮੇਰੇ ਵੀਰੋ ਚਾਰ ਖਿਡਾਰਨਾ ਤਿਆਰ ਨੇ ਪ੍ਰਿਆ ਵਰਗੀਆਂ ਔਰ ਜੋਤੀ ਵਰਗੀਆਂ ਮੇਰੇ ਮਿੱਤਰੋ ਲਓ ਸਾਹਮਣੇ ਪਾਸੇ ਔਰ ਪਈ ਹੋਈ ਕਬੱਡੀ ਕਹਿੰਦੇ ਖੇਡਦੇ ਮੈਦਾਨ ਵਿੱਚ ਹੈ ਤੇ ਨੰਬਰ ਕਹਿੰਦੇ ਰੇਡਰ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਅਗਲੀ ਕਬੱਡੀ ਪਾਉਣ ਵਾਸਤੇ ਟਵਿੰਕਲ ਤਿਆਰ ਬਰ ਤਿਆਰ ਹੈ ਲਓ ਬੇਹ ਪਲੰਟੀ ਨਿਊਜ਼ੀਲੈਂਡ ਦੀ ਆ ਟੀਮ ਵੱਲੋਂ ਟਵਿੰਕਲ ਦੀ ਕਬੱਡੀ ਭਾਰੀ ਹੈ ਲਓ ਖੇਡ ਦੇ ਮੈਦਾਨ ਵਿੱਚ ਮੇਰੇ ਵੀਰੋ ਚਾਰ ਖਿਡਾਰਨਾ ਤਿਆਰ ਨੇ ਲਓ ਸਾਹਮਣੇ ਪਈ ਹੋਈ ਕਬੱਡੀ ਰਮਨ ਕਲੇਅਰ ਯੂਕੇ ਦੀ ਟੀਮ ਹੈ ਜਿਹਦੇ ਵੱਲੋਂ ਅਮਨੀ ਵੀ ਤਿਆਰ ਹੈ ਲਓ ਪਈ ਹੋਈ ਕਬੱਡੀ ਮੇਰੇ ਮਿੱਤਰੋ ਤੇ ਸਾਹਮਣੇ ਦੇਖਾਂਗੇ ਨੰਬਰ ਰੇਡਰ ਦਾ ਜਾਂ ਜਾਫੀਆਂ ਦਾ ਲਓ ਹੁੰਦੀ ਹੋਈ ਬੱਲੇ ਬੱਲੇ ਤੇ ਨੰਬਰ ਸਾਹਮਣੇ ਟਵਿੰਕਲ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਹੈ ਪੈਂਦੀ ਹੋਈ ਕਬੱਡੀ ਜੱਸੀ ਦੀ ਲੈ ਪਈ ਛੋਟੇ ਵੀਰ ਕਰ ਸਿਫਤ ਖਿਡਾਰਨ ਦੀ ਲਓ ਜੱਫਰਵਾਲ ਪਿੰਡ ਹੈ ਆ ਖਿਡਾਰਨ ਦਾ ਜੱਸੀ ਨਾਮ ਹੈ ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ ਕਿ ਚਰਖਾ ਕੱਤਣਾ ਬੇਸ਼ੱਕ ਨਹੀਂ ਆਉਂਦਾ ਪਰ ਟਰੱਕ ਟੈਕਸੀ ਜਹਾਜ਼ ਚਲਾਉਣ ਕੁੜੀਆਂ ਨੰਬਰ ਲੈ ਕੇ ਸਕੂਲਾਂ ਤੇ ਕਾਲਜਾਂ 'ਚੋਂ ਮਾਂ ਬਾਪ ਦਾ ਨਾਂ ਚਮਕਾਉਣ ਕੁੜੀਆਂ ਕਿਸੇ ਗੱਲੋਂ ਵੀ ਮੁੰਡਿਆਂ ਤੋਂ ਘੱਟ ਹੈ ਨੀ ਢੋਲ ਵੱਜੇ ਤੇ ਪਗੜੇ ਪਾਉਣ ਕੁੜੀਆਂ ਮੱਖਣ ਬਰਾੜ ਦੀ ਮੰਨ ਲੈਣ ਗੱਲ ਇੱਕੋ ਕਿਤੇ ਸੱਸ ਨੂੰ ਜੱਫੇ ਨਾਲ ਲਾਉਣ ਕੁੜੀਆਂ ਉਹ ਤਗੜਾ ਨੰਬਰ ਜੱਫਰਵਾਲ ਵਾਲੀ ਜੱਸੀ ਆਪਣੀ ਟੀਮ ਦੇ ਲਈ ਜੋੜਦੀ ਹੋਈ ਇੱਧਰਲੇ ਪਾਸੇ ਫੇਰ ਕਬੱਡੀ ਪਾ ਦਿੱਤੀ ਹੈ ਇੱਕ ਪਾਸੇ ਨਿਊਜ਼ੀਲੈਂਡ ਪਰ ਇੱਧਰਲੇ ਪਾਸੇ 2 ਨੰਬਰ ਤੋਂ ਕੀਤੀ ਟਰਾਈ ਪਰ ਨਹੀਂ ਜੱਫਾ ਲਾ ਸਕੀ ਤੇ ਇੱਕ ਤਗੜੇਪਣ ਦਾ ਵਾਧਾ ਕਰ ਦਿੱਤਾ ਹੈ ਲਓ ਸਿਮਰਨ ਨਾਮ ਹੈ ਤੇ ਭਗਤੂਪੁਰਾ ਪਿੰਡ ਹੈ ਜਿਹੜਾ ਹੁਣ ਕਬੱਡੀ ਪਾ ਦਿੱਤੀ ਹੈ ਲਓ ਸੁਮਨ ਨੇ ਇਸ ਵੇਲੇ ਕਬੱਡੀ ਪਾਉਣੀ ਹੈ ਮੇਰੇ ਵੀਰੋ ਆਓ ਕਹਿੰਦੇ ਖੇਡਦੇ ਮੈਦਾਨ ਵਿੱਚ ਹੈ ਸਟੇਜ ਦੇ ਸੱਜੇ ਪਾਸੇ ਟੀਮ ਜਿਹੜੀ ਹੈ ਰਮਨ ਕਲੇਅਰ ਯੂਕੇ ਵਾਲੇ ਭਰਾ ਨੇ ਟੀਮ ਸਪੌਂਸਰ ਕੀਤੀ ਹੈ ਜਿਲੋਂ ਕਬੱਡੀ ਸੁਮਨ ਨੇ ਆਹ ਪਾ ਦਿੱਤੀ ਮੇਰੇ ਵੀਰੋ ਦੂਸਰੇ ਪਾਸੇ ਅਮਨ ਵਰਗੀਆਂ ਔਰ ਹੈਪੀ ਵਰਗੀਆਂ ਰਮਨ ਵਰਗੀਆਂ ਚਾਰ ਖਿਡਾਰਨਾ
बिल्कुल तैयार बर तैयार मेरे मित्रों। ते नंबर देखांगे सुमन ने अपनी टीम दे सहयोग दिता है। ये धियां पुत्तां तो प्यार वध लैंदियां, सुख मापियां दी मंगदियां रहिंदियां, लंबी उम्रां दी करन रजोई। होया की जे धी जम पई ओ भैड़ी कुख तां सुलखणी होई। लो पई होई कबड्डी मेरे मित्रों। आ ट्विंकल ने कबड्डी पाई है, कहिंदे खेड़ दे मैदान विच है। प्रिया वर्गियां, ज्योति वर्गियां, आ नीतू वर्गियां, पलक वर्गियां चार खिडारना। लो पई होई कबड्डी। ते दलवीर सिंह जी दीरा बलप्रिया साहब लंबी विसल मार के इशारे करते हैं कि नंबर ट्विंकल ने अपनी टीम दे से जोर दिता। मेरे वीरो अगली कबड्डी पाउण वास्ते लो डेजी तैयार पर तैयार है। आओ कहिंदे डेजी ने इस वेले कबड्डी पाउणी है। मेरे वीरो कहिंदे खेड़ दे मैदान विच है। दूसरे पासे देखांगे आ चार खिडारना बिल्कुल तैयार पर तैयार। मेरे वीरो अमन वर्गियां, हैप्पी वर्गियां, लो रमन वर्गियां, पई हुई कबड्डी डेजी दी। हुण कौन जफा लाउंदी है। ते नंबर कहिंदे रेडर ने अपनी टीम दे से जोर दिता है। आ नंबर कहिंदे धावी दे से या जुड़िया। मेरे वीरो आ कहिंदे खेड़ दे मैदान विच शारदा कबड्डी पाउण वास्ते वाधी हुई। मेरे वीरो लो शारदा ने कबड्डी पा दित्ती। उधर नीतू होना वर्गियां, प्रिया होना वर्गियां, पलक होना वर्गियां, कहिंदे चार खिडारना तैयार ने। पर बल्ले 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 कराउण दी गल, पर तीहां के सकेंटां वाली खेड। पर मैनू लगदी गल कोच दलबीर सिंह जी दीरा बलपुरियां वाले दी विसल ने फैसले कर दिते है कि पॉइंट रेडर दे हक दे विच जुड़दा होया है। उधर साडे यार मित्र दविंदर जी, नशहरा जी, वह भी पहुंच गए ने अपने यार मित्रां दे नाल। दिलो धन्नवाद करदे उहनां दा इत्थे पहुंचण दे उपर। सो दिलो धन्नवाद है। लो जफरवाल पिंड है जस्सी दा, जिन्हें हुण कबड्डी पा दित्ती। लो जस्सी ने कबड्डी पाई। मेरे मित्रों कहिंदे खेड़ दे मैदान विच है। आओ कहिंदे जस्सी इस वेले कबड्डी कबड्डी करदी हुई। मेरे मित्रों आ दूसरे पासे देखांगे। आओ खेड़ मैदान विच अमन नाल कहिंदे हैप्पी भी तैयार है, रमन वर्गियां। पर नंबर कहिंदे जफरवाल दी जस्सी ने अपनी टीम दे से जोर दिता है। अगली कबड्डी सामने देखांगे मेरे वीरो। आओ कहिंदे ट्विंकल ने पा दित्ती है कि मैं चादर कढ़दी नहीं उत्ते पावा वेला, मेरे पिंड दे स्टेशन ते ना रुकदियां रेलां, मेरा धर्मी बाबल देसां दा राजा ओनू कह कह के ट्रेनां रुकवावां के बाबल दी चिट्टी पगड़ी नू मैं कदे दाग ना लावां। आ कबड्डी ट्विंकल ने पा के मेरे मित्रों नंबर अपनी टीम दे से जोर दिता है। सुमन आ गई कबड्डी पाउण वास्ते। लो सुमन दी कबड्डी पै गई है। भगतूपुरा पिंड है, जिले गुरदासपुर दी बुक्कल दे विच बसिया होया नगर है। आ खिडारन दा जिन्हें हुण कबड्डी पा दित्ती है। वड्डे वड्डे काफले आ रहे ने, गड्डियां दे कठ वड्डे हो रहे ने। ये भरा साडे पंडित दीआं कमाईआं होईआं यारियां ने, क्योंकि पैसा लोकां ने कमाया ते कमाया होऊगा, पर पंडित भरा ने यारियां कमाईआं ने। लो इधर कबड्डी पैंदी हुई सुमन दी ते बल्ले 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 पॉइंट सुमन जुड़ गई है। एक तगड़ा नंबर अपनी टीम दे लई जोड़दी हुई। हुण रेड पाउण वास्ते फिर शारदा आ गई है ते बोल चलाड़ी साहब दे। लो शारदा ने कबड्डी पाउणी मेरे वीरो, खेड़ दे मैदान विच है। लो सामने पई हुई कबड्डी। आओ कहिंदे शारदा मेरे वीरो कबड्डी पाउण वास्ते वाधी हुई है कि तू ही बदल सलाह नहीं माए मेरीए, मैनू जग वेखण दा चा नहीं, मैनू कुख च ना कतल करा। लो सामने पासे नंबर शारदा ने अपनी टीम दे से जोर दिता है। आओ सिरे दी टक्कर है, कहिंदे सिरे दा मैच खेडिया जा रहा मेरे वीरो। ये पंजाब दीआं शेर बच्चियां दा बड़ा चोटी दा मैच खेडिया जा रहा मेरे वीरो। उधरले पासे पंजाबी लोक गायक अज बागी भी आना मेरे वीरो। आओ कहिंदे बागी दीआं वी गल्लां होणगीआं। प्रिंस रंधावा, रमी रंधावा, वह भी पंजाबी लोक गायक बुझे हुए ने, जिन्हां ने गाया है कि यूपी च वसणगे जाके जेदा पंगा साडे नाल पऊ। आओ सामने नंबर मेरे मित्रों डेजी ने अपनी टीम दे से जोर दिता है कबड्डी पाउण वास्ते। ट्विंकल तैयार बर तैयार है मेरे वीरो। लो ट्विंकल तैयार बर तैयार है कबड्डी पाउण दे वास्ते। उधर पंजाब 17 वालिआं दा वी दिलों धन्नवाद है जिन्हां ने कहिंदे अज तां वेला जिहड़ा लाइव दिखा दित्ता। सिमरन होणे अक्सर कैमरे दे पिछे रहिंदे ने पर जिम्मेवारियां वड्डियां हुंदियां ने। दिलों धन्नवाद करदी है भरावां दा, वड्डियां जिम्मेवारियां ने। ट्विंकल दी पैंदी होई रेड पर दो नंबर तों कोशिश कीती है, पर की फैसला साढ़े कोच दलबीर सिंह जी दीरा बलपुरिया वालिआं दा कि पॉइंट ट्विंकल जोड़दी हुई कि लखे जे पॉइंट दा वाधा कर दित्ता है। जफरवाल पिंड है, ये भी गुरदासपुर दी बुक्कल जी बसिया होया है। जस्सी दा पिंड है मेरे वीरो। आओ जस्सी है,
ਇਹ ਜਫਰਵਾਲ ਦੀ ਧਰਤੀ ਦੀ ਆਓ ਕਹਿੰਦੇ ਜੱਸੀ ਮੇਰੇ ਮਿੱਤਰੋ ਕਬੱਡੀ ਪਾਉਣ ਵਾਸਤੇ ਵਾਧੀ ਹੋਈ ਹੈ ਆ ਦੂਸਰੇ ਪਾਸੇ ਦੇਖਾਂਗੇ ਮੇਰੇ ਵੀਰੋ ਅਮਨ ਨੇ ਟਰਾਈ ਕੀਤੀ ਹੈ ਡੱਕ ਲੈਣ ਦੀ ਪਰ ਨੰਬਰ 8 ਨੇ ਆਪਣੀ ਟੀਮ ਦੇ ਹਿੱਸੇ ਜ਼ੋਰ ਦਿੱਤਾ ਹੈ ਆਹ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਯਾ ਜੁੜਿਆ ਮੇਰੇ ਵੀਰੋ ਆਹ ਕਹਿੰਦੇ ਖੇਡ ਦੇ ਮੈਦਾਨ ਵਿੱਚ ਹੈ ਸ਼ਾਰਦਾ ਕਬੱਡੀ ਪਾਉਣ ਵਾਸਤੇ ਵਾਧੀ ਹੋਏ ਮੇਰੇ ਵੀਰੋ ਆਹ ਕਹਿੰਦੇ ਸ਼ਾਰਦਾ ਨੇ ਕਬੱਡੀ ਪਾ ਕੇ ਤੇ ਨੰਬਰ ਆਪਣੀ ਟੀਮ ਦੇ ਹਿੱਸੇ ਜ਼ੋਰ ਦਿੱਤਾ ਹੈ ਕਿ ਲੋਕੋ ਨਾ ਇਹ ਕਹਿਰ ਗੁਜ਼ਾਰੋ ਧੀਆਂ ਕੁੱਖ ਦੇ ਵਿੱਚ ਨਾ ਮਾਰੋ ਸਦਾ ਸਦਾ ਮਾਪਿਆਂ ਦੇ ਘਰ ਦੀ ਖੈਰ ਮਨਾਉਂਦੀਆਂ ਨੇ ਕਿ ਪੁੱਤ ਵੰਡਾਉਣ ਜ਼ਮੀਨਾਂ ਇਹ ਧੀਆਂ ਦੁੱਖ ਵੰਡਾਉਂਦੀਆਂ ਨੇ ਕਿ ਪੁੱਤ ਵੰਡਾਉਣ ਜ਼ਮੀਨਾਂ ਇਹ ਧੀਆਂ ਦੁੱਖ ਵੰਡਾਉਂਦੀਆਂ ਨੇ ਲਓ ਪਈ ਕਬੱਡੀ ਡੇਜੀ ਮੇਰੇ ਵੀਰੋ ਆਹ ਡੇਜੀ ਨੇ ਕਹਿੰਦੇ ਬਾਹਾਂ ਖਿਲਾਰ ਦਿੱਤੀਆਂ ਨੇ ਚਾਰ ਖਿਡਾਰਨਾ ਤਿਆਰ ਬਰਤਿਆਰ ਨੇ ਅਮਨ ਵਰਗੀਆਂ ਹੈਪੀ ਵਰਗੀਆਂ ਆਹ ਰਮਨ ਵਰਗੀਆਂ ਮੇਰੇ ਵੀਰੋ ਲਓ ਸਾਹਮਣੇ ਦੇਖਾਂਗੇ ਨੰਬਰ ਮੇਰੇ ਵੀਰੋ ਰਮਨ ਨੇ ਆਪਣੀ ਟੀਮ ਦੇ ਹਿੱਸੇ ਪਰ ਸਿਰਫ ਕੋਟੀਆ ਸੁੱਖਾ ਇਸ਼ਾਰਾ ਕਰਦਾ ਹੈ ਸੁੱਖਾ ਜੀ ਨੰਬਰ ਡੇਜੀ ਨੇ ਆਪਣੀ ਟੀਮ ਦੇ ਹਿੱਸੇ ਜ਼ੋਰ ਦਿੱਤਾ ਹੈ ਆਹ ਨੰਬਰ ਧਾਵੀ ਦੇ ਹਿੱਸੇ ਜਾ ਜੁੜਿਆ ਹੈ ਅੱਜ ਕੁਸ਼ਲ ਪੰਡਿਤ ਉਹਦੇ ਯਾਰ ਦੋਸਤ ਜਿੰਨੇ ਵੀ ਭਰਾ ਪੁੱਜਦੇ ਯਾਰੇ ਨੇ ਸਾਰੇ ਭਰਾਵਾਂ ਦਾ ਧੰਨਵਾਦ ਕਰਾਂਗੇ ਕੁਸ਼ਲ ਪੰਡਿਤ ਦੀਆਂ ਸੱਜੀਆਂ ਖੱਬੀਆਂ ਬਾਹਾਂ ਆ ਰਹੀਆਂ ਨੇ ਇਧਰਲੇ ਪਾਸੇ ਗੁੱਡੂ ਸੇਠ ਜੀ ਆਏ ਹੈ ਉਹਨਾਂ ਦਾ ਵੀ ਧੰਨਵਾਦ ਕਰਾਂਗੇ ਮੇਰੇ ਮਿੱਤਰੋ ਬਹੁਤ ਬਹੁਤ ਧੰਨਵਾਦ ਕਰ ਦਈਏ ਵੱਡੇ ਵੱਡੇ ਇਕੱਠ ਵੱਡੇ ਵੱਡੇ ਗੱਡੀਆਂ ਆ ਰਹੀਆਂ ਨੇ ਸੋ ਦਿਲੋਂ ਧੰਨਵਾਦ ਕਰ ਦਈਏ ਯਾਰਾਂ ਦੇ ਯਾਰ ਅੱਜ ਯਾਰੀਆਂ ਪਗਾਉਣ ਆ ਰਹੇ ਨੇ ਸੋ ਧੰਨਵਾਦ ਕਰਦੀ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਉੱਪਰ ਇਧਰਲੇ ਪਾਸੇ ਵੱਡੇ ਮੈਚ ਦੀਆਂ ਟੀਮਾਂ ਵੀ ਆ ਜਾਣਗੀਆਂ ਸਾਡਾ ਵੀਰ ਲਖਨ ਢਡਿਆਲਾ ਮਹਾਨ ਕਬੱਡੀ ਖਿਡਾਰੀ ਮੇਰੇ ਵੀਰੋ ਲਖਨ ਢਡਿਆਲੇ ਨੱਤ ਦੀ ਧਰਤੀ ਦਾ ਵੱਡੇ ਮੈਚ ਦੀਆਂ ਟੀਮਾਂ ਆ ਜਾਣਗੀਆਂ ਇੱਕ ਪਾਸੇ ਟੀਮ ਹੋਵੇਗੀ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਵਰਸਜ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਬੱਡੀ ਕਲੱਬ ਗੁਰਦਾਸਪੁਰ ਲਾਈਨਜ ਇਹ ਵੱਡੇ ਮੈਚ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਖੇਡ ਦੇ ਮੈਦਾਨ ਵਿੱਚ ਆ ਜਾਣਗੀਆਂ ਮੇਰੇ ਮਿੱਤਰੋ ਵੱਡੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਦੇ ਹੈ ਆਹ ਪਿੰਦਰ ਦੀ ਸਾਉਂਡ ਲੱਗੀ ਹੋਈ ਹੈ ਆਹ ਠੱਠੇ ਵਾਲੇ ਭਰਾ ਦੀ ਐ ਕਹਿੰਦੇ ਦੂਰ ਦੁਰਾਡੇ ਤੱਕ ਆਵਾਜ਼ ਜਾ ਰਹੀ ਹੈ ਪਿੰਦਰ ਸਾਉਂਡ ਠੱਠੇ ਵਾਲੇ ਭਰਾ ਦਾ ਆਹ ਧੰਨਵਾਦ ਕਰਾਂਗੇ ਮੇਰੇ ਵੀਰੋ ਆਹ ਨੰਬਰ ਕਹਿੰਦੇ ਸ਼ਾਰਦਾ ਨੇ ਆਪਣੀ ਟੀਮ ਦੇ ਹਿੱਸੇ ਜ਼ੋਰ ਦਿੱਤਾ ਹੈ ਕਬੱਡੀ ਪਾਉਣ ਵਾਸਤੇ ਤਿਆਰ ਹੈ ਬਹੁਤ ਬਹੁਤ ਧੰਨਵਾਦ ਕਰਦੀ ਹੈ ਦਵਿੰਦਰ ਨਸ਼ਹਿਰਾ ਤੇ ਜਸਪ੍ਰੀਤ ਸਿੰਘ ਨਸ਼ਹਿਰਾ ਤੇ ਮਨਜੀਤ ਸਿੰਘ ਜੀ ਤੇ ਹੀਰਾ ਲੱਦਾ ਮੰਡਾ ਤੇ ਹਰਮਨ ਅਠਵਾਲ ਤੇ ਸਤਵੰਤ ਅਠਵਾਲ ਤੇ ਗੱਗੀ ਤੇ ਹਰਸ਼ ਹੋਣੀ ਸਾਡੇ ਭਰਾ ਪਹੁੰਚੇ ਨੇ ਸੋ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹੈ ਇੱਥੇ ਪਹੁੰਚਣ ਦੇ ਉੱਪਰ ਆਪਣੀਆਂ ਸੱਜੀਆਂ ਖੱਬੀਆਂ ਬਾਹਾਂ ਦੇ ਨਾਲ ਪਹੁੰਚੇ ਹੋਏ ਨੇ ਸੋ ਬਹੁਤ ਬਹੁਤ ਧੰਨਵਾਦ ਕਰਦੀ ਹੈ ਜਿੰਨੇ ਵੀ ਭਰਾ ਜੁੜਦੇ ਜਾ ਰਹੇ ਨੇ ਉਧਰਲੇ ਪਾਸੇ ਚੱਲਦਾ ਹੋਇਆ ਮੈਚ ਕੋਈ ਲਾਡੋ ਕਹਿੰਦਾ ਕੋਈ ਜੈਜੀ ਕਹਿੰਦਾ ਜਿਹਨੇ ਹੁਣ ਕਬੱਡੀ ਪਾ ਦਿੱਤੀ ਹੈ ਲਓ ਸਾਹਮਣੇ ਡੇਜੀ ਮੇਰੇ ਵੀਰੋ ਆਹ ਕਬੱਡੀ ਪਾਉਂਦੀ ਖੇਡਦੇ ਮੈਦਾਨ ਵਿੱਚ ਦੂਸਰੇ ਪਾਸੇ ਰਮਨ ਆਹ ਕਹਿੰਦੇ ਹੈਪੀ ਵਰਗੀਆਂ ਪਰ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਜੁੜ ਗਿਆ ਖੇਡਦੇ ਮੈਦਾਨ ਵਿੱਚ ਮੇਰੇ ਵੀਰੋ ਡਾਕਟਰ ਜਗਪਾਲ ਰਾਏ ਜੀ ਅੱਜ ਵੱਡੇ ਮਾਣ ਅੱਜ ਸਨਮਾਨ ਹੋਣਗੇ ਮੇਰੇ ਵੀਰੋ ਡਾਕਟਰ ਜਗਪਾਲ ਰਾਏ ਜੀ ਉਹਨਾਂ ਦਾ ਸਪੁੱਤਰ ਮੇਰੇ ਵੀਰੋ ਕੁਸ਼ਲ ਪੰਡਿਤ ਅੱਜ ਭਰਾ ਕਹਿੰਦੇ ਵੱਡਾ ਕਬੱਡੀ ਕੱਪ ਆਹ ਕਹਿੰਦੇ ਸ਼ੰਕਰਪੁਰੇ ਦੀ ਧਰਤੀ ਦੇ ਕਰਵਾ ਰਿਹਾ ਧੰਨਵਾਦ ਕਰਾਂਗੇ ਲਓ ਕਬੱਡੀ ਕਹਿੰਦੇ ਖੇਡ ਮੈਦਾਨ ਵਿੱਚ ਮੇਰੇ ਵੀਰੋ ਟਵਿੰਕਲ ਦੀ ਕਬੱਡੀ ਹੈ ਆਹ ਦੂਸਰੇ ਪਾਸੇ ਦੇਖਾਂਗੇ ਆਹ ਖਿਡਾਰ ਨੇ ਕਹਿੰਦੇ ਬੜੀ ਸੋਹਣੀ ਟਰਾਈ ਕੀਤੀ ਹੈ ਡੱਕਣ ਦੀ ਲਓ ਹੁੰਦੀ ਹੋਈ ਬੱਲੇ ਬੱਲੇ ਆਹ 30 ਸਕਿੰਟ ਦੀ ਕਬੱਡੀ ਹੈ ਤੇ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਜੁੜ ਗਿਆ ਆਹ ਕਹਿੰਦੇ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਵੱਡੇ ਯੋਗਦਾਨ ਤੇ ਵੱਡੀਆਂ ਜ਼ਿੰਮੇਵਾਰੀਆਂ ਲੱਗੀਆਂ ਹੋਈਆਂ ਨੇ ਸਾਡੇ ਭਰਾਵਾਂ ਦੀਆਂ ਉਧਰ ਧੰਨਵਾਦ ਕਰਦੀ ਹੈ ਕੁਸ਼ਲ ਪੰਡਿਤ ਕਰਨ ਸ਼ੰਕਰਪੁਰ ਗੋਰਾ ਬਟਾਲਾ ਤੇ ਜਤਿੰਦਰ ਲੌਰੀਆ ਆਕਾਸ਼ ਗਿੱਲ ਭਿੰਦਾ ਸਰਪੰਚ ਸੀ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਹੈ ਜੱਫਰਵਾਲ ਵਾਲੀ ਜੱਸੀ 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 ਤਗੜਾ ਨੰਬਰ ਜੋੜਦੀ ਹੋਈ ਤਗੜੇ ਨੰਬਰ ਦਾ ਵਾਧਾ ਕਰ ਦਿੱਤਾ ਤਾੜੀਆਂ ਮਾਰਦਾ ਇਸ ਖਿਡਾਰਨ ਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਕਮਾਲ ਕਰ ਦਿੱਤੀ ਹੈ ਖਿਡਾਰ ਨੇ ਤਗੜਾ ਨੰਬਰ ਜੋੜਦਾ ਸ਼ਾਰਦਾ ਆ ਗਈ ਰੇਡ ਪਾਉਣ ਦੇ ਵਾਸਤੇ ਸ਼ਾਰਦਾ ਦੀ ਪੈਂਦੀ ਹੋਈ ਰੇਡ ਤੇ ਬੋਲ ਝਲਾੜੀ ਵਾਲੇ ਦੇ ਆਹ ਕਹਿੰਦੇ ਸ਼ਾਰਦਾ ਨੇ ਕਬੱਡੀ ਭਾਈ ਮੇਰੇ ਵੀਰੋ ਖੇਡਦੇ ਮੈਦਾਨ ਵਿੱਚ ਹੈ ਆਹ ਦੂਸਰੇ ਪਾਸੇ ਦੇਖਾਂਗੇ ਮੇਰੇ ਵੀਰੋ ਆਹ ਪ੍ਰਿਆ ਜੋਤੀ ਨਾਲ ਕਹਿੰਦੇ ਨੀਤੂ ਵਰਗੀਆਂ ਪਲਕ ਵਰਗੀਆਂ ਆਹ ਕਹਿੰਦੇ ਨੀਤੂ ਨੇ ਤਕੜਾ ਜਫਾ ਲਾ ਕੇ ਨੰਬਰ ਆਪਣੀ ਟੀਮ ਦੇ ਹਿੱਸੇ ਜ਼ੋਰ ਦਿੱਤਾ ਹੈ ਅਗਲੀ ਕਬੱਡੀ ਪਾਉਣ ਵਾਸਤੇ ਲਓ ਡੇਜੀ ਤਿਆਰ ਪਰ ਤਿਆਰ ਹੈ ਮੇਰੇ ਵੀਰੋ ਆਹ ਕਹਿੰਦੇ ਡੇਜੀ ਨੇ ਇਸ ਵੇਲੇ ਕਬੱਡੀ ਪਾਉਣੀ ਹੈ ਆਹ ਕਹਿੰਦੇ ਖੇਡ ਮੈਦਾਨ ਵਿੱਚ
उधरले पासे घोड़ा रमदास वाला वह भी साडा भरा खेड मैदान में आवे। रमदास वाले घोड़े भरा बेनती करते हैं लो डे जी की कबड्डी है केंद्र खेड मैदान मेरे वीरो के कुख विच धी धरती विच पानी जे ना सांभे ता समझो खत्म कहानी जे ना सांभे ता समझो खत्म कहानी। लो नंबर डे जी ने अपनी टीम दे से जोर दिता है। उधरले पासे पंजाबी लोक गायक मशहूर पंजाबी लोक गायक मेरे वीरो प्रिंस रंधावा रमी रंधावा जी जिन्होंने साड़ी ए संगत नूं कहिंदे बड़े सोहणे जिहड़े है आपां कह सकदे गाने सुनाए है। बहुत प्रसिद्ध गायक प्रिंस रंधावा जी रमी रंधावा जी साडे दरम्यान आए ने और बोलां वास्ते बहुत वड्डे माण सन्मान करदे है। आपां धन्नवाद करांगे इन्हां सारियां प्यारियां शख्सीयतां दा मेरे वीरो। उधर बुरजी वाला दीप भी पहुंच गया एक्शन की मशीन वह भरा का भी पहुंचने के उपर दिलों धन्यवाद कर दिए। अज इस धरती के उपर पहुंचे शंकरपुर की धरती बटाले तो थोड़ी ही दूरी के उपर यह नगर है और पंडित भरा ने वाकया दसा कि शंकरपुर पिंड वसदा कितने है। उधर सेठ वाले साडे भरा भी बैठे हुए ने सामने सोफिया के उपर स्टेज पर विराजमान ने। मैं मान योग शख्सीयतों का सारिया का आया दिल दिया ग्राइया तो धन्यवाद मोस्ट वेलकम आखते हैं। लो शारदा की पेंदी हुई रेड उधर चार खिलाड़ी तैयार ने चारा दे कौन एक पासे ज्योति है इनू डेजी कहते हैं जी जफा लाने की कोशिश पर बल्ले 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 एक तगड़ा नंबर शारदा जोड़ती हुई पर इनू फड़ो तो फिर गल बखरी बन गई। इधरले पासे हीरा लद्दा मंडा जी ते दविंदर नशहरा जी साढ़े दरम्यान इन्होंने धन्यवाद करांगे। दविंदर नशहरा जी कि तू जौड़ा संघा उन्होंने भी धन्यवाद करांगे। साडा वीर हीरा लद्दा मंडा उस भरा का भी धन्यवाद करांगे। मेरे वीरो वड्डे माण होणगे कि तू जौड़ा संघा हैप्पी लंगल सुख प्रधान एम पी धर्मकोट ते मनी बलपुरिया इन्हां भरावां दा धन्यवाद करांगे। जीत कादरां बाद इन्हां सारे भरावां दा मेरे मित्रों विशेष तौर दे उत्ते बार बार धन्नवाद है। मेरे वीरो लो कबड्डी ट्विंकल ने भा दित्ती है लो ट्विंकल इस वेले आ कबड्डी कबड्डी करदी हुई मेरे वीरो आ दूसरे पासे देखांगे लगदा होया जफा मेरे वीरो आ हुंदी हुई बल्ले बल्ले ते सामने पासे देखांगे हंदे लागे ने आ 30 सेकंड दी कबड्डी ते नंबर ट्विंकल ने अपनी आ टीम दे से जोड़ दित्ता है आ नंबर धावी देसे जा जुड़िया है। मेरे मित्रों खेड़ दे मैदान विच उधरले पासे कुछ ही पलां दे विच साडे बहुत ही सत्कारयोग पंजाबी लोक गायक बागी जी भी पुज रहे ने जिन्होंने गाया है कि पुत साडे तो सिख गए ते सानू निशानिया ते रखी फिरदा है। ये बागी दी भी अज गल होनी मेरे वीरो पंजाबी लोक गायक उधरले पासे नवतेज गुड नवतेज गुगू डौन जी वह भी पुजनगे उन्हों का भी धन्यवाद करांगे। नवतेज गुगू डौन जी बागी पंजाबी लोक गायक वह भी पुजन वाले ने धन्यवाद करांगे। उधर टोला अंबरसरिया भी पहुंचा हुआ वह भरा का भी धन्यवाद कर दिए। यार मित्र पुजते जा रहे हैं उधर चलते हुए मैच के पॉइंट आप दस दिए दर्शक वीर रमन कलेर यूके उन्हां दी टीम के पॉइंट ने 14 ते न्यूजीलैंड के पॉइंट ने 16.5 ताड़ियां मारे एक बार जोरदार ते जस्सी जफरवाली वाली का अज वड्डा मान सम्मान किया जाएगा। खुशल पंडित लाट जौल ते रमन कलेर यूके उन्हां वल्लों वड्डा मान सम्मान किया जाएगा। इधरले पासे मनजीत सिंह जी प्रधान किसान यूनियन दे प्रधान साहब ने साडे मनजीत सिंह जी उन्हों का भी धन्यवाद करांगे। डॉक्टर जगपाल राय जी उन्होंने सपुत्र मेरे वीरो कुशल पंडित जी अज वड्डे मान दीप दबुरजी वाला वह भी साडा भरा पुज गया। और अगली गल साडे वड्डे वीर अमरीक खोसा कोटला जी कंप्यूटर बुलारा। वाहेगुरु जी का खालसा वाहेगुरू जी की फतेह। पहला खेड मेला वड्डा मेला मां खेड कबड्डी का अज ये धरती पर जिहड़ा तुसीं देख रहे हो पहला बजनी कबड्डी के मैच होए फिर एक लड़कियों का मैच बहुत सोहना खेडिया गया है जिहड़ा लोगों ने बहुत सलाया है। और हुण अज दे दिन का निचोड़ होगा एक चोटी का मैच जिहड़ा शुरू होने लग्या है। दोनों टीमों के बड़े बड़े मल जिहड़े है वह पहुंचे हुए हैं। सारे भरावां नूं बेनती है भी मैच बहुत सोहना होना है जिथे जिथे भी जगह मिलती है कृपा करके बैठने की कृपालता करो जिथे जिथे भी जगह मिलती है
कोई किसी के मूहरे ना खड़ा होवे ए ना होवे भी नाले अपना स्वाद खराब हो जाए ते नाले जिहड़ा पिछे कुर्सियां ते बैठा उहदा स्वाद खराब हो जाए। हथ बन के बेनती है बह जाओ जिथे जिथे जगह मिलती है। सारे भरावां नूं बेनती है प्रबंधकां वल्लों भी जिथे जिथे जगह मिलती बह जाओ कृपा करके फिर स्वाद आउणा मेले का फिर नज़ारा आउणा मैच का। मेरी बेनती है जिथे जिथे जगह मिलती है अज कुशल पंडित बड़ा वीर है साडा साडियां दुआवां ने साडे भरा दे लई कि दरां विच रहिंदियां ने रड बत्तियां औखे आओ इन्हां नाल मलाजे पूरने दिलों दुआवां सब दे लई है। परमात्मा हर एक नूं चढ़दी कला दे विच रखे। मैं बेनती करदा विशाल केबे पलेराणो अलगो वालिया जिम्मेवारियां बहुत वड्डियां हुण ते उह गल होई पई है भी अज 19 तरीक है ते 18 तरीक नूं आ वेले पता नहीं हुंदा भी दिन चढ़ना ते जाना किथे है। हुण 13 दूना 26 है ते 26 रहण दे साडी जिथे लगी है ते लगी रहण दे लोकी कहिंदे ठगी है सही गल है। बड़े बड़े मालक खेड ग्राउंड च आ गए है मालक चढ़दी कला दे विच रखी एक पासे टीम है बाबा दया सिंह जी कबड्डी क्लब सुर सिंह और दूजे पासे संत बाबा हजारा सिंह जी कबड्डी क्लब गुरदासपुर लाइन की टीम है जिहदे प्रमोटर लाट चौल बड़ा भरा साडा बल्ली यूएसए ज्योति राय ट्रिलिया बलराज लुपोके यूएसए साबी शीना यूएसए बचित्र भलवान लुपोके ਨਾਲ ਸਾਡਾ ਹੈਰੀ ਸ਼ੀਨਾ ਯੂਐਸਏ ਗੈਰੀ ਅਟਰੇ ਆਸਟ੍ਰੇਲੀਆ ਸਾਰੇ ਵੀਰਾਂ ਦਾ ਧੰਨਵਾਦ ਹੈ। ਉਸਤਾਦ ਆ ਮੁੰਡੇ ਦਾ ਸਨਮਾਨ ਹੋਣਾ ਸ਼ਿਸ਼ਰੇ ਬਾਲੀਆ ਹਰਮਨ ਹੈ ਹੈਪੀ ਮਹਿਣਾ ਵੱਡਾ ਭਰਾ ਵੀ ਆਇਆ ਹੋਇਆ ਵੱਡਾ ਧੰਨਵਾਦ ਹੈ ਵੱਡੇ ਪਿਆਰ ਨੇ ਮਾਲਕ ਬੇਰਾ ਰੱਖੇ ਮੋਕੇ ਵਾਲਾ ਮਹਿਣਾ ਪਿੰਡ ਮਸ਼ਹੂਰ ਸਾਡੇ ਹੈਪੀ ਕਰਕੇ ਹੈ ਮਾਲਕ ਬੇਰ ਰੱਖੇ ਉੱਧਰ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ। ਸ਼ਿਸ਼ਰੇਵਾਲ ਦਾ ਹਰਮਨ ਹੈ ਬਜਰੀ ਕਬੱਡੀ ਦੇ ਵਿੱਚ ਨਾਇਮਣ ਖੇਡਦਾ ਖੇਡਦਾ ਵੱਟਾ ਮਲਮਾ ਖੇਡ ਕਬੱਡੀ ਦਾ ਬਣ ਗਿਆ ਮਿੱਤਰੋ। ਉੱਧਰ ਸਾਡਾ ਕੁਸ਼ਲ ਪੰਡਿਤ ਨਾਲ ਕਬੱਡੀ ਦਾ ਉਸਤਾਦ ਬੰਦਾ ਰੂਟਾਵੇਟਰ ਮਹਿਮੇ ਚੱਕ ਵਾਲਾ ਲਾਲੀ ਸਾਡਾ ਬਾਹਰਲੇ ਮੁਲਕਾਂ 'ਚ ਜਾ ਵਸਿਆ ਨਾਲ ਸੁਖਜੀਤ ਕੈਨੇਡਾ ਨਾਲ ਯਾਰਾਂ ਦਾ ਯਾਰ ਰਮਨ ਕਲੇਰ ਸਾਡਾ ਯੂਕੇ ਵਾਲਾ ਅਤੇ ਲਾਡ ਚੌਲ ਭਲਵਾਨ ਸਾਡਾ ਆਸਟ੍ਰੇਲੀਆ ਵਾਲਾ ਨਾਲ ਕੁਲਦੀਪ ਡਾਕਟਰ ਜੀ ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ 'ਤੇ ਮਾਣ ਸਨਮਾਨ ਮੋਟਰਸਾਈਕਲ ਦੇ ਨਾਲ ਸਾਡੇ ਬਹੁਤ ਪਿਆਰੇ ਵੀਰ ਕਿਉਂਕਿ ਛੋਟਾ ਵੀਰ ਹੈ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਡੇ ਸ਼ਿਸ਼ਰੇ ਬਾਲੀਏ ਹਰਮਨ ਤੋਂ ਉਹਦਾ ਸਨਮਾਨ ਕਹਿੰਦੇ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ। ਵੀ ਦਰਸ਼ਕ ਵੀਰੇ ਕਰੀ ਜ਼ੋਰਦਾਰ ਤਾੜੀਆਂ ਇਸ ਨਵੇਂ ਨਕੋਰ ਚੋਬਰ ਦੇ ਵਾਸਤੇ ਮਾਰ ਦਿਓ ਆਉਣ ਵਾਲੇ ਸਮੇਂ ਦਾ ਵੱਡਾ ਮਲ ਹੋਣਾ ਹੈ ਮਾਪਿਆਂ ਨੂੰ ਮਾਣ ਹੈ ਆਪਣੇ ਪੁੱਤ ਦੇ ਉੱਤੇ। ਕੁਸ਼ਲ ਪੰਡਿਤ ਵੱਡਾ ਵੀਰ ਆ ਜਾਵੇ ਕੁਸ਼ਲ ਪੰਡਿਤ ਆ ਜਾਵੇ ਗਗਨ ਭਲਵਾਨ ਵੱਡਾ ਵੀਰ ਸਾਡਾ ਅਲੀਵਾਲ ਤੋਂ ਆਇਆ ਹੋਇਆ ਉਹਦੇ ਸੱਜਣ ਮਿੱਤਰ ਸਾਰੇ ਪੁੱਜੇ ਵੱਡਾ ਧੰਨਵਾਦ ਹੈ ਗਗਨ ਸਾਡਾ ਅਲੀਵਾਲ ਪਿੰਡ ਵਾਲਾ ਉਹਦਾ ਡਾਕਟਰ ਜਗਪਾਲ ਰਾਏ ਜੀ ਜੋ ਕਿ ਫਾਦਰ ਸਾਹਿਬ ਨੇ ਸਾਡੇ ਕੁਸ਼ਲ ਪੰਡਿਤ ਦੇ ਉਹਨਾਂ ਦੇ ਸ਼ੁਭ ਹੱਥਾਂ ਤੋਂ ਸਾਡੇ ਨਾਲ ਹੈਪੀ ਮਿਹਨ ਵਾਲੇ ਵੱਡੇ ਭਰਾ ਦੇ ਹੱਥਾਂ ਤੋਂ ਸ਼ਿਸ਼ਰੇ ਵਾਲੀ ਹਰਮਨ ਦਾ ਸਨਮਾਨ ਮੋਟਰਸਾਈਕਲ ਦੇ ਨਾਲ ਕੀਤਾ ਜਾ ਰਿਹਾ ਹੈ। ਇੱਕ ਵਾਰੀ ਜ਼ੋਰਦਾਰ ਤਾੜੀ ਆਪਾਂ ਫੇਰ ਮਾਰਾਂਗੇ ਵੱਟਾ ਮਲਮਾ ਖੇਡ ਕਬੱਡੀ ਦਾ ਇਹ ਮੁੰਡਾ ਆਉਣ ਵਾਲੇ ਸਮੇਂ ਦਾ ਹੋਣਾ ਹੈ ਕਹਿ ਕਹਿ ਕੇ ਜੱਫੇ ਲਾਉਣ ਦਾ ਤਾਮ ਰੱਖਦਾ ਹੈ। ਉੱਧਰ ਮਲ ਵੇਖੀਏ ਉਸਤਾਦਾ ਸਾਰੇ ਹੀ ਚੋਟੀ ਦੇ ਆਏ ਹੋਏ ਹੈ ਮਲ ਸਾਰੇ ਚੋਟੀ ਦੇ ਇੱਕ ਗਰਾਊਂਡ ਕਲੀਅਰ ਕਰ ਦਿਓ ਬੇਨਤੀ ਹੈ। ਜਿਹੜੇ ਪਲੇਅਰ ਐਕਟਿਵ ਨਹੀਂ ਉਹ ਬੈਠ ਜਾਣ ਜਿਹੜੀ ਐਕਸ਼ਨ ਦੇ ਵਿੱਚ ਹੈ ਉਹਨਾਂ ਦਾ ਧੰਨਵਾਦ ਹੈ। ਬਹੁਤ ਸੋਹਣਾ ਮੇਲਾ ਜਿਹੜਾ ਸ਼ੁਰੂ ਹੋਣ ਲੱਗਿਆ ਬਹੁਤ ਵੱਡਾ ਮੈਚ ਸ਼ੁਰੂ ਹੋਣ ਲੱਗਿਆ ਉੱਧਰ ਜਿਹੜੀ ਆ ਕਲੈਪਿੰਗ ਹੋਈ ਹੈ ਕਿਸੇ ਗੱਲ ਤੋਂ ਹੀ ਹੋਈ ਹੈ ਕਿਉਂਕਿ ਸਨਮਾਨ ਨਿੱਤ ਨਿੱਤ ਨਹੀਂ ਮਿਲਦੇ ਤੇ ਨਿੱਤ ਨਿੱਤ ਮਾਵਾਂ ਇਹੋ ਜਿਹੇ ਪੁੱਤਰ ਨੂੰ ਜਨਮ ਨਹੀਂ ਦਿੰਦੀਆਂ ਕਿ ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰੀ ਪੇ ਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਮੇ ਰਿਜਾਵਰ ਪੈਦਾ। ਨਿੱਤ ਨਿੱਤ ਮਾਵਾਂ ਇਹੋ ਜਿਹੇ ਪੁੱਤਾਂ ਨੂੰ ਜਨਮ ਨਹੀਂ ਦਿੰਦੀਆਂ ਇਹ ਵੱਡੇ ਮਲ ਨੇ ਦਿਲੋਂ ਦਵਾਵਾਂ ਸਭ ਦੇ ਲਈ ਹੈ ਕਿਉਂਕਿ ਪਲੇਅਰ ਪੈਦਾ ਕਰਨੇ ਬਹੁਤ ਔਖੇ ਹੈ ਘਰ ਦੀਆਂ ਕੰਧਾਂ ਤੱਕ ਖਾ ਜਾਂਦੇ ਹੈ ਆਪਾਂ ਕਹਿ ਦਿੰਦੇ ਹਾਂ ਵੀ ਇਹਦੀ ਚੜ੍ਹਾਈ ਇਹਦੇ ਚਰਚੇ ਆਏ ਇਹ ਮੁੰਡੇ ਉਂਗਲਾਂ ਦੇ ਵਿੱਚ ਛੱਲੇ ਪਵਾ ਕੇ ਨਹੀਂ ਆਏ ਇਹ ਹੱਥਾਂ ਦੇ ਵਿੱਚ ਛਾਲੇ ਪਵਾ ਕੇ ਅੱਗੇ ਆਏ ਹੈ ਇਹਨਾਂ ਨੂੰ ਤਾਂ ਜੱਗ ਸਲਾਉਂਦਾ ਹੈ। ਉਧਰ ਨਵਤੇਜ ਸਤਿਕਾਰਯੋਗ ਵੀਰ ਹੈ ਸਾਡਾ ਗੱਗੂ ਟਾਊਨ ਦੇ ਨਾਲ ਪਿਆਰ ਦੇ ਨਾਲ ਸਾਰੇ ਭਰਾ ਸਾਡੇ ਨੂੰ ਪੁਕਾਰਦੇ ਨਵਤੇਜ ਦਾ ਵੱਡਾ ਨਾਮ ਹੈ
मालक चढ़दी कला दे विच रखे ते इंसानियत, मैं पंजाबी च ही गल करूंगा भरा मेरे, इंसानियत दे नां दे उत्ते भरा साडे होस्पिटल बनाया होया है ते बाकी उत्ते दीन दुखियां दा फ्री इलाज किया जांदा है। साडे नवतेज वड्डे भरा दा वड्डा धन्नवाद है, पट्टा नाम है इस वीर दा, मालक इस वीर नूं चढ़दी कला दे विच रखे जिदा प्यार है साडे बहुत ही प्यारे वीर कुशल पंडित दे नाल। लाओ उतरले पासे मल चोटी दे पुज गए, शक्तिमान है वाहे शक्तिमान, चन्न पगला रहे नाल सरवण बनिए के बड़ा ढोला अंबरसरिया, मान करदा मुंडे दी खेड़ ते जग्गा चौल जी बिट्टू चौल, जग्गा त्यौल साडा बिट्टू चौल जी, चित्रपाल जी खरला पम्मा ढेसी जी अलगों वालिया सोनी पठला तेरे ते माण करदा रिंकू समरा वड्डा वीर। उधर बलकार कोच जी आए हुए हैं, बलकारा बन जी घरियाले बड़े अस्तादा, पहली कौडी मैनू लगता घड़के वाले जीवन ने पाउनी है ते तेरे मुंह चटनी है गल। लो पहली कबड्डी कहते जीवन का झड़का पिंड है, क्योंकि चंबा झड़का ये दरिया के किनारे से बसे हुए पिंड है। लो कहते इस वेले झड़के वाला जीवन नौजवान कबड्डी पा के नंबर जोड़ेगा ज नहीं ये तो समा दसेगा। उधर हरप्रीत कौर ते जस्सी जफरवाल का सन्मान किया जाना है, भैने मेरी उधरले पासे मान सम्मान हासिल कर लए। उधरले पासे बच्ची बंडिया दुला गुडी पौंदा चक्का अलगो कोठी बल्ला चौल संदीप दत्तर घोड़े रमदास का सन्मान किया जाना है, बड़ा धन्यवाद। लो बच्ची बंडा तुला है मेरे मित्रों, और सामने जिन्हें पाती है कबड्डी और रखदा धौण ते हाथ मुंडा, जे भज गया बच्ची बंडा तुला चुपरा सवाद आ जाने ये पाटर दे इलाके का, पाटर इधर आई शह उधर कितने जाती है ये ढकनी भैनी है मेरे मित्रों। अब पैगी कुंडी ਸਾਹਮਣੇ ਤੇ ਪੋਲ ਉਸਤਾਦ ਹੋਣਗੇ। ਲਓ ਸਾਹਮਣੇ ਕਹਿੰਦੇ ਸ਼ੇਰਾ ਇਸ ਵੇਲੇ ਮੀਰਾਕੋਟ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਇਸ ਵੇਲੇ ਤਿਆਰ ਬਰ ਤਿਆਰ ਹੈ। ਇਹ ਪਰ ਕਹਿੰਦੇ ਚਾਰ ਦੇ ਚਾਰੇ ਤਿਆਰ ਤੇ ਚਾਰਾਂ ਦੇ ਵਿੱਚ ਉਹ ਦੇਖਾਂਗੇ ਵੀ ਬੱਲੇ ਬੱਲੇ ਕਿਹੜੇ ਗੱਭਰੂ ਨੇ ਕਰਵਾਉਣੀ ਹੈ ਕਿ ਮੈਗੀਆਂ ਦਾ ਕਦੋਂ ਭਲਵਾਨ ਰੱਜਦੇ ਮਿੱਤਰੋ ਜਹਾਜ਼ਾਂ ਨੂੰ ਨੀ ਰੋੜੇ ਵੱਜਦੇ ਉਹ ਕਦੇ ਦਾ ਪੜਾਕੂ ਮੂਹਰੇ ਅੜੇ ਡਿਗਰੀ ਤੇ ਚੋਰਾਂ ਮੂਹਰੇ ਅੜਦੇ ਵੀ ਜਿੰਦੇ ਸੋਹਣਿਆ ਬਾਬਾ ਦੀ ਜੋ ਛਾਤੀ ਵਿੱਚੋਂ ਮਿਲਦੀ ਦਲੇਰੀ ਸਾਹਮਣੇ ਪੈਗੀ ਕੁੜੀ ਰਮਦਾਸ ਵਾਲੇ ਆ ਘੋੜੇ ਦੀ ਸਾਹਮਣੇ ਚਾਰ ਖੜਿਆ ਹੈ, ਇੱਕ ਪਾਸੇ ਸ਼ਹੀਦਾਂ ਵਾਲਾ ਲਾਡੀ ਹੈ ਨਾਲ ਲੰਮਾ ਮਿੱਤਰੋ ਆ ਟੱਕਰ ਹੋਣੀ ਹੈ ਪਲੇਅਰ ਪਿੰਡ ਦਾ ਛੇਤਾ ਹੈ ਰੋਇਲ ਸਪੋਰਟਸ ਕਲੱਬ ਬੈਲਜੀਅਮ ਦੇ ਚਰਚੇ ਹੋਇਆ ਹੈ ਰੱਖਿਆ ਧੌਣ ਤੇ ਹੱਥ ਹੁਣ ਸਵਾਦ ਆਉਣੇ ਹੈ ਆ ਪਲੇਅਰਾਂ ਵਾਲਿਆ ਟੱਕ ਘੋੜਾ ਪਰ ਘੋੜਾ 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 ਮਿੱਤਰੋ ਬਾਵੇ ਘੋੜਿਆ ਪੰਮਾ ਤੇ ਹੈ ਮੁੰਡਾ ਆ ਬਾਵੇ ਚੁਬਰਾ ਤੇਰੀਆਂ ਕਿੱਥੇ ਰੀਸਾਂ ਹੋਣੀਆਂ ਉਧਰ ਮਾਣ ਸਨਮਾਨ ਕੀਤੇ ਜਾਣੇ ਹੈ ਭਾਈ ਕੁਸ਼ਲ ਵੀਰ ਇਹਨਾਂ ਦਾ ਸਨਮਾਨ ਕਰ ਦਈਏ ਆਪਾਂ ਨਾਲ ਟਵਿੰਕਲ ਦਾ ਕੀਤਾ ਜਾਣਾ ਹੈ ਇਹ ਤਿੰਨਾਂ ਜਾਣਿਆਂ ਦਾ ਸਨਮਾਨ ਸਾਡੇ ਭਰਾਵਾਂ ਦੇ ਵੱਲੋਂ ਕੀਤਾ ਜਾ ਰਿਹਾ ਬੜਾ ਧੰਨਵਾਦ। ਲਓ ਸਾਹਮਣੇ ਪਈ ਹੋਈ ਕਬੱਡੀ ਹੈ ਚਵਿੰਡਾ ਪਿੰਡ ਹੈ ਸਾਬੇ ਦਾ ਦੂਜੇ ਪਾਸੇ ਸ਼ਕਤੀਮਾਨ ਔਰ ਸ਼ਕਤੀਮਾਨ ਔਰ ਸ਼ਕਤੀਮਾਨ ਔਰ ਤੇਰੇ ਸਦਕੇ ਸ਼ਕਤੀਮਾਨਾ ਟੱਕ ਨੌਜਵਾਨਾ ਬਣਾ ਟੱਕਿਆ ਟੱਕਤਾ ਮੁੰਡੇ ਨੇ ਅਸਤਾਦਾ ਬੇਕ ਸਾਹਮਣੇ ਸਵਾਦ ਬੱਚੇ ਹੋਏ ਆ ਔਰ ਬਾਕੇ ਬੱਚੇ ਹੋਏ। ਲਓ ਸਾਹਮਣੇ ਕਹਿੰਦੇ ਫਿਰ ਇਸ ਵੇਲੇ ਕਬੱਡੀ ਖੇਡਦੇ ਗਰਾਊਂਡ ਦੇ ਵਿੱਚ ਪੈ ਰਹੀ ਹੈ ਚਾਰੇ ਪਿਆਰ ਬਰ ਪਿਆਰ ਨੇ ਆਹ ਚਾਰਾਂ ਦੇ ਵਿੱਚੋਂ ਦੇਖਾਂਗੇ ਨਾਲ ਕਹਿੰਦੇ ਸੰਧੂ ਚੱਠੇ ਵੀ ਧਰਤੀ ਦਾ ਜਿੰਦਾ ਮੇਰੇ ਮਿੱਤਰ ਉਹ ਵੱਡੇ ਵੱਡੇ ਮੱਲ ਅੱਜ ਕਹਿੰਦੇ ਵੱਡੀ ਧਰਤੀ ਤੇ ਆਏ ਹੋਏ ਆ ਕੁਸ਼ਲ ਪੰਡਿਤ ਉਹਦੇ ਯਾਰਾਂ ਬੋਲੀਆਂ ਨੂੰ ਉਹਦੇ ਭਰਾਵਾਂ ਨੂੰ ਉਹਦੇ ਮਿੱਤਰਾਂ ਨੂੰ ਕਹਿੰਦੇ ਵੱਡੀਆਂ ਮੁਬਾਰਕਾਂ ਨੇ ਇਹ ਭਰਾ ਕਹਿੰਦੇ ਉਹ ਹੈ ਜਿਹੜੇ ਪੈਂਦੇ ਆ ਤੇ ਲੋਡ ਪੈਂਡ ਦੇ ਖੜਦੇ ਵੀ ਆ ਉਧਰ ਕਹਿੰਦੇ ਹੈਪੀ ਮੇੜੇ ਵਾਲਾ ਆਇਆ ਹੋਇਆ ਲੈ ਵੀ ਕੁਸ਼ਲ ਮੁਬਾਰਕਾਂ ਵੱਡੇ ਭਰਾ ਅੱਜ ਭਰਾ ਵੀ ਕਹਿੰਦੇ ਆਏ ਹੋਏ ਆ ਯਾਰ ਬੇਲੀ ਵੀ ਆਏ ਹੋਏ ਆ ਹੈਪੀ ਲੜੀ ਵਾਲਾ ਵੱਡਾ ਵੀਰ ਵੀ ਆਇਆ ਹੋਇਆ ਵੀਰ ਆਇਆ ਹੋਇਆ ਉਧਰ ਜਸਟਨ ਕਿਲ ਸਾਡਾ ਵੀਰ ਆਇਆ ਹੋਇਆ ਬੜਾ ਧੰਨਵਾਦ ਹੈ ਜਿਹਦਾ ਵੱਡਾ ਪਿਆਰ ਹੈ ਸਾਡੇ ਕੁਸ਼ਲ ਪੰਡਿਤ ਦੇ ਨਾਲ ਆਹ ਤੁੱਲਾ ਕਹਿੰਦੇ ਸਾਹਮਣੇ ਸੁਰ ਸਿੰਘ ਵਾਲਾ ਅਲਗੋਂ ਵਾਲਾ ਚੱਕਾ ਮੇਰੇ ਮਿੱਤਰੋ ਜੱਸਾ ਮੂਹ ਨੰਗਲੀਆ ਵੀਰ ਵੀ ਆਇਆ ਹੋਇਆ ਬੜਾ ਧੰਨਵਾਦ ਹੈ ਸਾਰੇ ਭਰਾਵਾਂ ਦੇ ਇੱਥੇ ਪੁੱਜਣ ਦੇ ਬਹੁਤ ਬਹੁਤ ਧੰਨਵਾਦ ਤੇ ਸਤਿਕਾਰ ਬਿੱਕਾ ਭਲੇ ਪਿੰਡ ਵਾਲਾ ਸਾਹਮਣੇ ਤਿਆਰ ਹੈ ਮਿੱਤਰੋ ਆਹ ਕਬੱਡੀ ਪਾਉਣ ਦੇ ਵਾਸਤੇ ਉੱਧਰ ਡੀਸੀ ਸ਼ੰਕਰਪੁਰ ਪ੍ਰਤੀਪ ਸ਼ੰਕਰਪੁਰ ਨਾਲ ਲਵਜੀਤ ਸੋਲ ਵੀਰਾਂ ਦਾ ਧੰਨਵਾਦ ਔਰ ਨਮਿਆ ਤੇਰੇ ਸਦਕੇ ਮੁੰਡਿਆ ਆਹ ਭੱਲੇ ਬੱਲੇ ਹਟ ਜਾਓ ਪਾਸੇ ਵਾਹ ਬਿੱਕਾ ਬਿੰਦਾ ਚੌਲ ਵੀਰ ਵੀ ਆਇਆ ਹੋਇਆ ਵੀਰ ਦਾ ਧੰਨਵਾਦ ਹੈ ਬਿੰਦਾ ਚੌਲ ਵੀਰ ਵੀ ਆਇਆ ਹੋਇਆ ਜੱਸਾ ਮੂਹ ਨੰਗਲ ਵੀਰ ਦਾ ਧੰਨਵਾਦ ਹੈ।
उधर दिलों धन्यवाद है जिन्हां भरावां ने समां कढ़िया अज दे इस मेले दे लई साढ़े वीर जिहड़े वड्डा काफला दिलों धन्यवाद है सारे वीरां दा लो सामने इस वेले फिर इस वेले कहिंदे ओ वड़िए के पिंड है आओ सरवण कहिंदे ट्राई करदा देखते वाला बाजू पक्के तौर ते हुण कितेदा रहिंदा है भरा कहिंदे वतन आया होया है दिलों धन्यवाद है वड्डे वीर दा ते नाल कहिंदे तबुरजी वाला ਆਓ ਕਿਵੇਂ ਦੁਨੀਆਂ ਦੀ ਸੈਰ ਕੀਤੀ ਹੈ ਉਹ ਦੁਨੀਆਂ ਘੁੰਮੀਆਂ ਮੁੰਡਿਆਂ ਨੇ ਇਹ ਮਿਹਨਤਾਂ ਵਾਲੇ ਇਹ ਸੰਘਰਸ਼ਾਂ ਵਾਲੇ ਇਹ ਸਟਰਗਲਾਂ ਵਾਲੇ ਆਏ ਹੋਇਆ ਮੇਰੇ ਮਿੱਤਰੋ ਆਓ ਸਾਹਮਣੇ ਨੰਬਰ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਦੇ ਬੋਲ ਵਕੀਲਾ ਭੜਕੇ ਵਾਲਾ ਜੀਵਨ ਸਾਹਮਣੇ ਤਿਆਰ ਹੈ ਮਿੱਤਰੋ ਪੈਂਕੇ ਵਾਲਾ ਬਾਜੂ ਉਸਤਾਦ ਹੁੰਦਾ ਹੈ ਕਿ ਉਹਨਾਂ ਸਮਾਂ ਚੱਤ ਕਰਵਾਈ ਹੋਈ ਹੈ ਬਾਕੀ ਸਿਰਾ ਕਰਵਾਇਆ ਪ੍ਰਾਸਡ ਨੇ ਤੇ ਬੁਰਜੀ ਵਾਲਾ ਦੀਪ ਯਾਰਾਂ ਦਾ ਯਾਰ ਪੁੱਜਾ ਹੋਇਆ ਬੜਾ ਧੰਨਵਾਦ ਆਕਾਸ਼ ਸੁਰਸ ਗਿਆ ਉਹ ਸਾਰਿਆਂ ਮੱਲਾਂ ਦਾ ਧੰਨਵਾਦ ਘੜਕੇ ਵਾਲਿਆ ਭੱਜ ਨੌਜਵਾਨਾ ਟੱਚ ਲਾ ਕੇ ਭੱਜੀ ਉਹ ਸੁੱਖੇ ਨੂੰ ਪਤਾ ਲੱਗ ਜਾਣਾ ਹੈ ਕਿ ਟੱਚ ਲੱਗਾ ਕਿ ਨਹੀਂ ਲੱਗਾ ਉਹ ਸਾਹਮਣੇ ਕਹਿੰਦੇ ਘੜਕੇ ਵਾਲੇ ਜੀਵਨ ਦੇ ਖਾਤੇ ਨੰਬਰ ਜਾ ਜੋੜਿਆ ਮਿੱਤਰੋ ਇਹ ਗੁਰਦਾਸਪੁਰ ਜਿਹੜਾ ਪਟਾਲਾ ਇਲਾਕਾ ਹੈ ਬਾਬੇ ਨਾਨਕ ਦੀਆਂ ਗੱਲਾਂ ਹੋਈਆਂ ਬਾਬੇ ਸ਼੍ਰੀ ਚੰਦ ਜੀ ਦੇ ਜ਼ਿਕਰ ਹੁੰਦੇ ਹੈ ਨਾਲ ਕਰਕੇ ਨਾਨਕ ਚੱਕ ਪਿੰਡ ਪੈਂਦਾ ਜਿੱਥੇ 10 ਦਸੰਬਰ ਨੂੰ ਵੱਡਾ ਖੇਡ ਮੇਲਾ ਸਾਡੇ ਚਾਂਗਲੇ ਵਾਲੇ ਸਰਪੰਚ ਸਾਹਿਬ ਨੇ ਕਰਵਾਉਣਾ ਹੈ ਉਹ ਸਾਹਮਣੇ ਵੇਖਾਂਗੇ ਆਓ ਸਾਹਮਣੇ ਵੇਖਾਂਗੇ ਮੇਰੇ ਮਿੱਤਰੋ ਆਓ ਕਿਤੇ ਰਾਜੋਗੇ ਪਿੰਡ ਦੀ ਕਿਵੇਂ ਗੱਲ ਹੁੰਦੀ ਹੈ ਇੱਕ ਤਕੜਾ ਨੰਬਰ ਮੁੰਡੇ ਨੇ ਜੋੜ ਦਿੱਤਾ ਲਾਰਡ ਜੋਲ ਪੱਲੀ ਯੂਐਸਏ ਜੋਤੀ ਰਾਏ ਆਸਟ੍ਰੇਲੀਆ ਬਲਰਾਜ ਰੂਪ ਲੋਪੋਗੇ ਯੂਐਸਏ ਸਾਬੀ ਸ਼ੀਨਾ ਯੂਐਸਏ ਬਜਿੱਤਰ ਭਲਵਾਨ ਲੋਪੋਗੇ ਹੈਰੀ ਸ਼ੀਨਾ ਯੂਐਸਏ ਤੇ ਕੈਰੀ ਆਸਟ੍ਰੀਆ ਉਹਨਾਂ ਦੀ ਇੱਕ ਵੱਡੀ ਖੇਡ ਕਲੱਬ ਹੈ ਦਿਲੋਂ ਧੰਨਵਾਦ ਸਾਰੇ ਇਹ ਸਤਿਕਾਰ ਦੇ ਯੋਗ ਵੀਰਾਂ ਦਾ ਇਹ ਪਰ ਕਹਿੰਦੇ ਅਲਗੋ ਵਾਲਾ ਇਹਨੇ ਟਰੈਕਟਰ ਨਹੀਂ ਜਿੱਤਿਆ ਇਹਨੇ ਟਰੈਕਟਰ ਜਿੱਤੇ ਆ ਇਹਨੇ ਟਰੈਕਟਰ ਮਜ਼ਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਅਤੇ ਸੱਚ ਦੀ ਪਟਾਰੀ ਦੇ ਸਾਡੇ ਸਤਿਕਾਰਯੋਗ ਭਰਾਵਾਂ ਦੇ ਵੱਲੋਂ ਜਗਿੰਦਰ ਸਿੰਘ ਉਗਰਾਲਾ ਉਹਨਾਂ ਦੇ ਵੱਲੋਂ ਟੀਮ ਦਾ ਸਨਮਾਨ ਕੀਤਾ ਜਾ ਰਿਹਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਵੀਰੇ ਕਰ ਦਿਓ ਸਨਮਾਨ ਭਰਾ ਫੜ ਕੇ ਉਧਰ ਕਬੱਡੀ ਦੇ ਅੰਤਰਰਾਸ਼ਟਰੀ ਮੱਲ ਪੁੱਜੇ ਹੈ ਬਹੁਤ ਵੱਡਾ ਧੰਨਵਾਦ ਹੈ ਸਾਡੇ ਭਰਾ ਨਾਲ ਪਿਆਰ ਹੈ ਕੁਸ਼ਲ ਪੰਡਿਤ ਸਾਡਾ ਜ਼ਿੰਦਗੀ ਦਾ ਮਾਨ ਬਾਬਾ ਮੇਰਾ ਰੱਖੇ ਲਓ ਉਧਰਲੇ ਪਾਸੇ ਵੀਰੇ ਇੱਕ ਪਾਸੇ ਹੋਲਣ ਤੋਂ ਭਰਾ ਬਣ ਕੇ ਲਓ ਚਵੰਡੇ ਵਾਲਾ ਸਭ ਹੈ ਉਧਰ ਬਹੁਤ ਬਹੁਤ ਧੰਨਵਾਦ ਡੀਸੀ ਸ਼ੰਕਰਪੁਰ ਨਾਲ ਸਾਡਾ ਲਵਜੀਤ ਸੋਹਲ ਭਰਾ ਸਾਡਾ ਮੈਂ ਨਾਲ ਪ੍ਰਤੀਕ ਸ਼ੰਕਰਪੁਰ ਦਾ ਧੰਨਵਾਦ ਕਰਦਾ ਹੈ ਰਮਦਾਸ ਵਾਲਾ ਘੋੜਾ ਤੁਰਿਆ ਆਉਂਦਾ ਪੱਟਾ ਘੋੜਾ ਛੋਟਾ ਘੋੜਾ ਉਹ ਨਾ ਕਿੱਥੇ ਲੁਕੇ ਰਹੀਦੇ ਆ ਕਿ ਬਾਕੀ ਗੱਲਾਂ ਹੁੰਦੀਆਂ ਮਿੱਤਰਾਂ ਦੀਆਂ ਉਹ ਗੱਲਾਂ ਕਹਿੰਦੇ ਭਰਾਵਾਂ ਦੀਆਂ ਹੁੰਦੀਆਂ ਹੈ ਅੰਮੂ ਨੰਗਲ ਦਾ ਜੱਸਾ ਵੀ ਰਾਇਆ ਹੋਇਆ ਵੱਡਾ ਧੰਨਵਾਦ ਲਓ ਸਾਹਮਣੇ ਪਈ ਹੋਈ ਕਬੱਡੀ ਹੈ ਬਰੇਕਰੀ ਮੇਰੇ ਭਰਾ ਬਣ ਕੇ ਹੁਣ ਮੈਚ ਬੜਾ ਤਕੜਾ ਹੈ ਮੈਚ ਕਰਾ ਲਈਏ ਬੜਾ ਚੋਟੀ ਦਾ ਮੈਚ ਹੈ ਮੇਰੇ ਭਰਾ ਬਣ ਕੇ ਮੈਚ ਬਹੁਤ ਸੋਹਣਾ ਹੈ ਥੋੜਾ ਜਿਹਾ ਫੋਕਸ ਕਰੀਏ ਬੜੀ ਤਕੜੀ ਕਬੱਡੀ ਅੱਜ ਆਹ ਧਰਤੀ ਤੇ ਹੋ ਰਹੀ ਹੈ ਇਹ ਮੇਲਾ ਕਹਿੰਦੇ ਕੱਲੇ ਨਗਰ ਨੇ ਨੀ ਇਹ ਪੂਰੀ ਦੁਨੀਆਂ ਨੇ ਕਹਿੰਦੇ ਮੇਲਾ ਉਡੀਕਿਆ ਮੇਰੇ ਮਿੱਤਰੋ ਇਹ ਪੂਰੀ ਦੁਨੀਆਂ ਨੂੰ ਇੰਤਜ਼ਾਰ ਸੀ ਇਹ 15 ਦਸੰਬਰ ਨੂੰ ਬਾਜੂ ਕਹਿੰਦਾ ਜਵਾਲ ਆ ਜਾਓ ਧਮੱਕੜ ਨਿਕਲਦੇ ਦਿਖਾਵਾਂਗੇ ਦੁਨੀਆਂ ਨੂੰ ਉਹ 15 ਨਵੰਬਰ ਕਹਿੰਦੇ ਦਸੰਬਰ ਉਹ ਦੁਨੀਆਂ ਨੂੰ ਧਮੱਕੜ ਨਿਕਲਦੇ ਦਿਖਾਵਾਂਗੇ ਉਧਰ ਕਹਿੰਦੇ ਜਸਕਰ ਲੋਣੀ ਕਹਿੰਦੇ ਜੀ ਆਰ ਡੀ ਟਰਾਂਸਪੋਰਟ ਦਾ ਬਹੁਤ ਵੱਡਾ ਨਾਮ ਹੈ ਮੇਰੇ ਮਿੱਤਰੋ ਸੋਨਾ ਭਲਵਾਨ ਮੁੰਡੇ ਕਹਿੰਦੇ ਵੀਰ ਚੰਡੀਗੜ੍ਹ ਤੋਂ ਧੰਨਵਾਦ ਹੈ ਵਿਸ਼ਾਲ ਜੀ ਆਓ ਲਓ ਸਾਹਮਣੇ ਪਹਿਲੀ ਕਬੱਡੀ ਹੈ ਵੱਡਾ ਧੰਨਵਾਦ ਹੈ ਸਨਮਾਨ ਆਪਾਂ ਹਾਫ ਦੇ ਵਿੱਚ ਕਰ ਦਾਂਗੇ 2 ਮਿੰਟ 'ਚ ਹਾਫ ਹੋ ਜਾਣਾ ਜੀ ਪਲੀਜ਼ ਕਿਰਪਾ ਕਰਕੇ ਮੈਚ ਚੱਲਣ ਦੀ ਆਪਾਂ ਲਓ ਇਧਰਲੇ ਪਾਸੇ ਘਰਿਆਲੇ ਵਾਲਾ ਬੁੱਗਾ ਹੈ ਮਿੱਤਰੋ ਉਹ ਜਿੰਨੇ ਸਾਹਮਣੇ ਕਬੱਡੀ ਪਾਤੀ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਉਹ ਵੇਖਦਾ ਜ਼ਮਾਨਾ ਸਾਰਾ ਉਹ ਖੜ ਖੜ ਕੇ ਕੌਣ ਖਿੱਚੂ ਕੱਟੇ ਕੌਣ ਪਾਊਗਾ ਕਬੱਡੀ ਇੱਥੇ ਚੁੱਕ ਚੁੱਕ ਕੇ ਜਿਹਦੇ ਆ ਪੱਟਾਂ ਦੇ ਵਿੱਚ ਜ਼ੋਰ ਮਿੱਤਰੋ ਹੁਣ ਜਾਣਾ ਜਿੱਤ ਗਏ ਲਓ ਸਾਹਮਣੇ ਨੰਬਰ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪੈਂਦੀ ਹੈ ਦੁਨੀਆਂ ਵੇਹਦੀ ਹੈ ਮੇਰੇ ਮਿੱਤਰੋ ਕਿ ਤੀਵੀ ਦੀਆਂ ਬਹਾਂ ਚ ਜਿਹੜੇ ਪੱਗਾਂ ਗਿਣਦੇ ਉਹ ਸੀਨੇ ਦੇ ਨਿਸ਼ਾਨੇ ਨਹੀਂ ਉਹ ਲਾਉਂਦੇ ਬੱਲਿਆ ਸੱਜਰ ਸੂਈ ਦੀ 7-0 ਫੈਟਦਾ ਉਹ ਮਾੜੇ ਨੇ ਤੇ ਦੁੱਧ ਨਹੀਂ ਪਚਾਉਂਦੇ ਬੱਲਿਆ ਉਹ ਸੱਜਰ ਸੂਈ ਦੀ 7-0 ਫੈਟਦਾ ਵਾਹਿਗੁਰੂ ਜੀ ਮੇਰ ਰੱਖਿਓ ਵਾਹਿਗੁਰੂ ਜੀ ਮੇਰ ਰੱਖਿਓ ਮਾਂ ਖੇਡ ਕਬੱਡੀ ਹੈ
ਤੱਤੀ ਬਾਹ ਨਾ ਲੱਗੇ ਕਿਸੇ ਨੂੰ ਬਾਪਾ ਮੇਰਾ ਰੱਖੇ ਤੰਦਰੁਸਤੀ ਰੱਖੇ ਬਣੀਏ ਕਿ ਬੜਾ ਸਰਵਣ ਹੈ ਮਾਲਕ ਸੱਚੇ ਪਾਤਸ਼ਾਹ ਕਿਰਪਾ ਰੱਖੇ ਵੱਡੇ ਮਾਲਮਾ ਖੇਡ ਕਬੱਡੀ ਦੇ ਭਰਾਵਾਂ ਸਾਰਿਆਂ ਦਾ ਧੰਨਵਾਦ ਆਪਾਂ ਕਰਦੇ ਬਿੱਕਾ ਭਲੇ ਪਿੰਡ ਵਾਲਾ ਸਾਹਮਣੇ ਤਿਆਰ ਹੈ ਮਿੱਤਰੋ ਹੁਣ ਵੇਖਣਾ ਸਾਹਮਣੇ ਕੌਣ ਕਰਦਾ ਡੱਕ ਲੈਣ ਦੀ ਕੋਸ਼ਿਸ਼ ਉੱਧਰ ਸਾਡਾ ਅਵਤਾਰ ਵੀਰ ਦਵਿੰਦਰ ਸ਼ੂਟਰ ਜੱਸਾ ਅਭੀ ਹੀਰਾ ਤੇ ਨਾਲ ਮਨੀ ਭਲਵਾਨ ਸਾਰੇ ਵੀਰਾਂ ਦਾ ਧੰਨਵਾਦ ਆ ਲੈ ਜੀ ਕੁਛ ਨੂੰ ਮੁਬਾਰਕ ਹੈ ਇਹਦੇ ਉੱਤੇ ਕੁਝ ਨਹੀਂ ਹੋ ਸਕਦਾ ਆ ਕਹਿੰਦੇ ਝੋਟਾ ਭਰਾ ਮਿਲਿਆ ਸਾਨੂੰ ਦਿਲੋਂ ਦਵਾਵਾ ਇਹ ਪਹਿਲਾਂ ਆਖਿਆ ਕਿ ਦਰਾਂ ਵਿੱਚ ਰਹਿੰਦੀਆਂ ਨੇ ਰਿੱਟ ਪੱਤੀਆਂ ਉਹ ਔਖੇ ਆ ਇਹਨਾਂ ਦਾ ਮਲਾਜੋ ਪੂਰੇ ਉਹ ਦਰਾਂ ਵਿੱਚ ਰਹਿੰਦੀਆਂ ਨੇ ਰਿੱਟ ਪੱਤੀਆਂ ਉਹ ਔਖੇ ਆ ਇਹਨਾਂ ਦਾ ਮਲਾਜੋ ਪੂਰੇ ਲਗਾਉਣੀਆਂ ਔਖੀਆਂ ਹੈ ਜਿਨ੍ਹਾਂ ਨਾਲ ਭਰਾ ਸਾਡੇ ਨਿਭਾਈ ਜਾਂਦੇ ਹੈ ਮਾਲਕ ਮੇਰਾ ਰੱਖੇ ਨਿਭਦੀਆਂ ਰਹਿਣ ਕਿਉਂਕਿ ਸੱਚੀ ਗੱਲ ਹੈ ਬਾਕੀ ਸਾਰਾ ਕੁਝ ਸੱਚੇ ਪਾਤਸ਼ਾਹ ਮੇਰਾ ਰੱਖੇ ਰਿਫਲੈਕਸ਼ਨ ਹੈ ਜੋ ਦੇਵਾਂਗੇ ਸੋ ਮਿਲਣਾ ਹੈ ਵਿੱਚਿਆ ਪੱਟਾਂਗੇ ਮਿੱਤਰੋ ਇੱਧਰਲੇ ਪਾਸੇ ਪਈ ਹੋਈ ਕਬੱਡੀ ਹੈ ਆਓ ਤੇਰੇ ਸਦਕੇ ਟੱਚ ਮਾਰਨ ਨੂੰ ਫਿਰਦਾ ਹੈ ਦਲਵੀਰ ਸਿੰਘ ਜੀ ਧੀਰਾ ਪਾਲਪੁਰ ਸਾਹਿਬ ਆਓ ਵੇਖਦੇ ਆ ਕਿ ਨੰਬਰ ਕਿਹਦੇ ਖਾਤੇ ਜਾ ਜੁੜਦਾ ਹੈ ਆਓ ਲੱਗਾ ਹੋਇਆ ਟੱਚ ਦੱਸਦਾ ਹੈ ਕਿ ਨੰਬਰ ਰੇਟਰ ਦੇ ਖਾਤੇ ਹੈ ਮੀਰਾ ਕੋਟੀਆ ਸ਼ੇਰਾ ਉਸਤਾਦ ਤੁਰਿਆ ਆਉਂਦਾ ਤੁਰਿਆ ਆਉਂਦਾ ਉਧਰ ਕਹਿੰਦੇ ਵੀ ਜੱਸਾ ਅਮਨੋ ਨੰਗਲ ਤੇ ਨਾਲ ਗੁਰੀ ਬਸੰਤ ਕੋਟ ਵੀਰ ਨੇ ਉਹ ਕਹਿੰਦੇ ਵੀ ਘੋੜੇ ਦੀ ਹਰ ਰੇਟ ਦੇ ਉੱਪਰ 500 ਦਿੱਤਾ ਜਾਵੇਗਾ ਘੋੜੇ ਦੀ ਹਰ ਰੇਟ ਤੇ ਵੀਰ ਕਹਿੰਦੇ 500 ਦਿੱਤਾ ਜਾਵੇਗਾ ਨਾਲ ਸੋਨਾ ਭਲਵਾਨ ਜੀ ਸਾਡੇ ਵੀਰ ਕਹਿੰਦੇ ਚੰਡੀਗੜ੍ਹ ਤੋਂ ਆਏ ਆ ਲਓ ਸਾਹਮਣੇ ਗੋਰੇ ਵੀ ਰੇਡ ਪੈ ਰਹੀ ਹੈ ਲਓ ਸਾਹਮਣੇ ਰਾਜੋ ਕੇ ਬੜਾ ਗੋਰਾ ਕਬੱਡੀ ਪਾਉਣ ਦੇ ਵਾਸਤੇ ਤਿਆਰ ਬਰ ਤਿਆਰ ਹੈ ਮੁੰਡੇ ਦਾ ਸਰੀਰ ਵੇਖਣ ਵਾਲਾ ਹੈ ਕੱਲਾ ਕੱਲਾ ਮਸਲ ਬਾਹਰ ਨੂੰ ਝਾਤੀਆਂ ਮਾਰਦਾ ਮਿੱਤਰੋ ਤੇ ਅੱਜ ਕੱਲ੍ਹ ਮੁੰਡਿਆਂ ਨੂੰ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਮਿਹਣੇ ਵੀ ਮਾਰਦਾ ਜਿਹੜੇ ਬਸ ਰੀਲਾਂ ਦੇ ਦੁਆਲੇ ਹੋਇਆ ਹੈ ਜੇ ਕਿਤੇ ਮਿਹਨਤਾਂ ਲਾਉਣ ਤੇ ਦੁਨੀਆਂ ਆਪ ਕੱਟ ਕੱਟ ਕੇ ਇਹਨਾਂ ਦੀਆਂ ਰੀਲਾਂ ਪਾਵੇ ਤੇ ਬੁਰਜੀ ਵਾਲੇ ਦੀਪ ਨੂੰ ਕਹਿਣਾ ਥੋੜਾ ਪੈਂਦਾ ਹੈ ਕਿ ਮੇਰਾ ਨਾਂ ਲੈ ਤੇ ਮੇਰਾ ਕੱਟ ਕੇ ਰੀਲ ਪਾ ਦੇ ਆਪੇ ਪਾਉਂਦੇ ਆ ਲੋਕੀ ਉਹ ਸਾਹਮਣੇ ਵੇਖੋ ਮਿੱਤਰੋ ਵਿਆਹ ਦਾ ਕੁਝ ਨਾ ਕੁਝ ਕਰਾਉਣਗੇ ਵੱਖਰਾ ਵਿਆਹ ਦਾ ਪਰ ਰਾਜੋ ਕੇ ਵਾਲਾ ਕਿੱਥੇ ਗੋਲ ਦਾ ਮਿੱਤਰੋ ਸਾਹਮਣੇ ਰਾਜੋ ਕੇ ਵਾਲਾ ਮੇਰੇ ਮਿੱਤਰੋ ਇੱਕ ਤਕੜਾ ਨੰਬਰ ਜੋੜਦਾ ਹੋਇਆ 60,000 ਪਹਿਲਾ ਪ੍ਰਾਈਜ 60,000 ਸਾਡਾ ਲਵਜੀਤ ਰਹਿੰਦਾ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਉਹਦੇ ਵੀਰ ਆਏ ਹੋਏ ਨੇ ਐਸ਼ ਹੋਣੀ ਆਕਾਸ਼ ਹੋਣੀ ਹਰਜਿੰਦਰ ਜਿੰਦੇ ਹੋਣੇ ਆਓ ਦਿਲੋਂ ਦਵਾਵਾਂ ਨੇ ਜਿਹੜੇ ਵੀਰ ਪਹੁੰਚੇ ਹੋਏ ਨੇ ਲਓ ਕਿਵੇਂ ਚਵਿੰਡੇ ਵਾਲਾ ਸਭ ਇੱਕ ਤਕੜਾ ਨੰਬਰ ਜੋੜਦਾ ਹੋਇਆ ਹੈ ਰੇਡਾਂ ਪੈਂਦੀਆਂ ਜੱਫੇ ਲੱਗਦੇ ਦਵਾਵਾਂ ਸਭ ਦੇ ਲਈ ਨੇ ਲੈ ਵੀ ਪੱਟੇ ਬਾਈ ਬੜਾਵੇ ਗੱਲ ਮੁੰਡੇ ਨੇ ਪੱਟਾਂ ਤੇ ਚਾਰ ਥਾਪੀਆਂ ਮਾਰੀਆਂ ਪੰਜਵੀਂ ਕਿੰਨੇ ਮਾਰਦੀਆਂ ਲੰਮਾ ਕਹਿੰਦਾ ਪੰਜਵੀਂ ਆਪਾਂ ਮਾਰਾਂਗੇ ਮਿੱਤਰੋ ਟੱਕਰ ਸਾਹਮਣੇ ਇੱਥੇ ਰੱਖ ਵੇਖਦੇ ਆ ਸ਼ੰਕਰਪੁਰੇ ਵਾਲੇ ਕਿ ਨੰਬਰ ਕਿਹਦੇ ਖਾਤੇ ਪੱਲੇ ਪੱਲੇ ਹੋਜੂ ਮਿੱਤਰੋ ਉਹ ਤੇਰੇ ਸਦਕੇ ਚੋਪਰਾ ਵੇਖ ਮੇਲਾ ਨੱਚਦਾ ਵੇਖ ਮੇਲਾ ਨੱਚਦਾ ਆ ਪੱਲੇ ਪੱਲੇ ਉਹ ਕਰਾਤੀ ਮੁੰਡੇ ਨੇ ਬਈ ਇੰਨਾ ਇਕੱਠ ਤਾੜੀ ਤਾਂ ਮਾਰ ਦਿਓ ਜ਼ੋਰਦਾਰ ਮੁੰਡੇ ਨੇ ਜੱਫਾ ਕਿਵੇਂ ਦਾ ਲਾਇਆ ਯਾਰ ਕੌਟੀ ਵੇਖੋ ਆਨੰਦ ਲਓ ਫੋਕਸ ਕਰੋ ਕਬੱਡੀ ਮਾਂ ਖੇਡ ਹੈ ਮਾਲਕ ਮੇਰਾ ਰੱਖੇ ਕੌਡੀ ਸਾਹਮਣੇ ਉਸਤਾਦਾ ਪੈ ਗਈ ਹੈ ਲਓ ਸਾਹਮਣੇ ਇਸ ਵੇਲੇ ਕਬੱਡੀ ਖੇਡ ਦੇ ਮੈਦਾਨ ਦੇ ਵਿੱਚ ਆਓ ਚਾਰ ਦੇ ਚਾਰੇ ਤਿਆਰ ਤੇ ਚਾਰਾਂ ਦੇ ਵਿੱਚੋਂ ਦੇਖੋਗੇ ਵੀ ਬੱਲੇ ਬੱਲੇ ਕਿਹੜੇ ਗੱਭਰੂ ਨੇ ਕਰਵਾਉਣੀ ਹੈ ਕਿ ਪਿੱਚ ਗਹਿਰੇ ਝੱਲਾਂ ਵੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਔਰ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਜੇ ਔਰ ਥੱਲੇ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁੱਜੇ ਅੱਜ ਸ਼ੰਕਰਪੁਰ ਦੀ ਧਰਤੀ ਹੈ ਔਰ ਚੋਟੀ ਚੋਟੀ ਦੇ ਮੰਨ ਲਓ ਅੱਜ ਵੱਡੀ ਧਰਤੀ ਤੇ ਆਏ ਹੋਏ ਆ ਮੇਰੇ ਮਿੱਤਰੋ ਰੇਟਾਂ ਪੈਣਗੀਆਂ ਜੱਫੇ ਲੱਗਣਗੇ ਔਰ ਚਾਰਾਂ ਦੇ ਵਿੱਚੋਂ ਦੇਖਾਂਗੇ ਵੀ ਕੱਲੇ ਨੂੰ ਕੌਣ ਫੜੂ ਉਹ ਕੱਲੇ ਨੂੰ ਕੌਣ ਰੋਕੂ ਕਿ ਫੋਕਾ ਪਾਵਾ ਵੀ ਕਰੀਦਾ ਐਵੇਂ ਤਾਰੇ ਤੋੜਦਾ ਛਾਤੀ ਦੇ ਵਿੱਚ ਕਮ ਰੱਖੋ ਲੋਕੋ ਭਾਜੀਆਂ ਮੋੜਨ ਦਾ ਭਾਜੀਆਂ ਮੋੜਨ ਦਾ ਵਾਹ ਹੋਏ ਸਾਹਮਣੇ ਨਾਇਮਣ ਦੇ ਬੜਾ ਤਕੜਾ ਜੱਫਾ ਲਾਇਆ ਨਾਇਮਣ ਦੇ ਬੜਾ ਧੰਨਵਾਦ ਹੈ ਹਾਂਜੀ ਵੀਰੇ ਵੀਰ ਸਾਡੇ ਆਏ ਹੈ ਚੰਡੀਗੜ੍ਹ ਤੋਂ ਬੜਾ ਧੰਨਵਾਦ ਹੈ ਮਾਲਕ ਬੇਰਾ ਰੱਖੇ ਮੇਰੇ ਭਰਾਵਾਂ ਦੇ ਉੱਤੇ ਤਿਆਰ ਸਾਡੇ ਕੁਸ਼ਲ ਪੰਡਿਤ ਦੇ ਨਾਲ ਸਾਰੇ ਵੀਰਾਂ ਦਾ ਧੰਨਵਾਦ ਹੈ ਉਧਰ ਗੁਰਚ ਵੀ ਸਨਮਾਨ ਦੇ ਵਿੱਚ ਦਿੱਤੇ ਜਾਣੇ ਸੰਦੀਪ ਦਾਤਰ ਲੱਖਣ ਭਲਵਾਨ ਬਿੱਲਾ ਚੌਲ
ਤੇ ਨਾਲ ਸਾਡੇ ਘੋੜੇ ਰਮਦਾਸ ਵਾਲੇ ਦਾ ਸਨਮਾਨ ਹੋਣਾ ਹੈ। ਲਓ ਸਾਹਮਣੇ ਪਈ ਹੋਈ ਕਬੱਡੀ ਹੈ, ਆਹ ਪੇਕ ਸਾਹਮਣੇ ਨਾਇਮਨਾ ਡੱਕ ਕੇ ਵਿਖਾ ਲੈ ਸ਼ਕਤੀਮਾਨ, ਆਹ ਲੱਤੂਵਾਲ ਪਿੰਡ ਵਾਲਿਆ, ਪਰ ਉਹ ਸਾਹਮਣੇ ਰੂਟਾਵੇਟਰ ਨੇ ਕੀਤੀ ਹੈ ਕੋਸ਼ਿਸ਼, ਪਰ ਨੰਬਰ ਕਿਤੇ ਸਰਦਾਰ ਦੇ ਖਾਤੇ ਹੈ। ਆਹ ਕਬੱਡੀ ਪਾਉਣ ਦੇ ਵਾਸਤੇ ਘਰਿਆਲੇ ਵਾਲਾ ਬੁੱਕਾ ਤਿਆਰ ਹੈ, ਇਹ ਮੁੰਡੇ ਦੇ ਵੀ ਬੜੇ ਚਰਚੇ ਬਲਕਾਰਾ ਬਨ ਜੀ, ਸਾਡੇ ਸਤਿਕਾਰ ਦੇ ਯੁੱਗ ਉਸਤਾਦ ਲੋਕ ਪੁੱਜੇ ਹੋਏ ਹੈ। ਘਰਿਆਲੇ ਵਾਲਾ ਬੁੱਕਾ ਕਹਿੰਦਾ ਇੱਧਰਲੇ ਪਾਸੇ ਆ ਜਾਓ, ਸਾਹਮਣੇ ਘਰਿਆਲੇ ਵਾਲਾ ਬੁੱਕਾ ਕਹਿੰਦਾ ਵੀ ਇੱਧਰਲੇ ਪਾਸੇ ਆ ਜਾਓ, ਇੱਕ ਪਾਸੇ ਆ ਜਾਓ, ਇੱਧਰ ਆ ਜਾਓ। ਆਓ ਕਿਵੇਂ ਘਰਿਆਲੇ ਵਾਲਾ ਬੁੱਕਾ ਮੇਰੇ ਮਿੱਤਰੋ ਬਲਕਾਰਾ ਬਨ ਆਇਆ ਹੋਇਆ ਵੱਡਾ ਭਰਾ, ਆ ਸ਼ਹੀਦਾਂ ਵਾਲੇ ਸਰਪੰਚਾਂ ਦਾ ਮੁੰਡਾ, ਬਾਪੂ ਨੇ ਕਹਿੰਦੇ ਪਹਿਲੀਆਂ ਦੇ ਵਿੱਚ ਸ਼ਹੀਦਾਂ ਪਿੰਡ ਦੀ ਕਹਿੰਦੇ ਸਰਪੰਚੀ ਵੀ ਕੀਤੀ ਆ। ਇਹ ਵੱਡੇ ਮਾਣ, ਇਹ ਵੱਡੇ ਸਤਿਕਾਰ ਜਿਹੜੇ ਐਵੇਂ ਵੀ ਮਿਲਦੇ। ਰੇਡ ਪੈਂਦੀਆਂ ਵਿਸ਼ਾਲ, ਉਹ ਸਾਹਮਣੇ ਰੇਡ ਪੈਂਦੀਆਂ ਮਿੱਤਰੋ, ਕੜਕਾ ਪਿੰਡ ਆ ਉਹ ਚੀਮਣ ਦਾ ਸਾਹਮਣੇ, ਵਾਹੋਏ। ਉਧਰ ਸੋਨੀ ਪੱਟੀ ਦਾ ਵੱਡਾ ਧੰਨਵਾਦ ਹੈ ਸਾਡੇ ਭਰਾ ਦਾ, ਉਧਰ ਆਪਾਂ ਧੰਨਵਾਦ ਕਰਦੇ ਹਾਂ ਸਾਡੇ ਸਾਡੇ ਪੰਥਰ ਟ੍ਰੇਨਿੰਗ ਫ੍ਰਿਜਨੋ ਵਾਲੇ ਸੰਧੂ ਦੀ ਟੀਮ ਦਾ, ਲਾਡ ਚੋਲ ਪਟਾਵੀਰ ਪੱਲੀ ਚੂਐਸੇ ਦੇ ਨਾਲ ਸਾਡਾ ਮੰਨੂ ਗੁਰਾਇਆ ਜਰਮਨੀ, ਆਹ ਪੱਟੇ ਭਰਾ ਵੱਡਾ ਧੰਨਵਾਦ। ਇੱਧਰਲੇ ਪਾਸੇ ਪਈ ਹੋਈ ਕੌਡੀ ਹੈ ਲੰਮਾ, ਆਹ ਮਿੱਤਰੋ ਕਹਿ ਕਹਿ ਕੇ ਜੱਫੇ ਲਾਉਂਦਾ ਹੈ, ਆਹ ਕਹਿ ਕਹਿ ਕੇ ਡੱਕਦਾ। ਉਧਰ ਵੱਡਾ ਧੰਨਵਾਦ ਹੈ ਸਾਡਾ ਲਾਡ ਚੋਲ ਵੱਡਾ ਵੀਰ, ਨਾਲ ਬੱਬੀ ਪੱਲੀ ਚੂਐਸੇ ਵੱਡਾ ਵੀਰ, ਜੋਤੀ ਰਾਏ ਟ੍ਰੇਲੀਆ ਵੱਡਾ ਵੀਰ, ਬਰਾ ਲੋਪੋ ਕੇ ਯੂਐਸਏ, ਨਾਲ ਸਾਬੀ ਸ਼ੀਨਾ ਯੂਐਸਏ, ਬਚਿੱਤਰ ਭਲਵਾਨ ਲੋਪੋ ਕੇ ਹੈਰੀ ਸ਼ੀਨਾ ਯੂਐਸਏ, ਤੇ ਆਸਟਰੀਆ ਰਹਿੰਦਾ ਸਾਡਾ ਗੈਰੀ ਵੀਰ, ਵੱਡਾ ਧੰਨਵਾਦ ਹੈ। ਥੋੜਾ ਜਿਹਾ ਗਰਾਊਂਡ ਕਲੀਅਰ ਕਰ ਲਈਏ, ਪਿੱਛੇ ਜਿਹੜੇ ਸਟੇਜ ਤੇ ਬੈਠੇ ਹੈ ਬਈ ਗਰਾਊਂਡ ਖਾਲੀ, ਜਿਹੜੇ ਵੀਰ ਸਟੇਜ ਤੇ ਬੈਠੇ ਹੋ ਪੁੱਛੀ ਜਾਂਦੇ ਮੈਚ ਕਦੋਂ ਸ਼ੁਰੂ ਹੋਣੇ ਆ, ਹੱਥ ਬੰਨ ਕੇ ਬੇਨਤੀ ਹੈ, ਮੈਚ ਤੇ ਚੱਲੀ ਜਾਂਦੇ ਆ ਪਰ ਆਪਾਂ ਇਹਨਾਂ ਨੂੰ ਦੇਖਣ ਵੀ ਦਈਏ। ਇੱਕ ਵੀਰ ਆਇਆ ਕਹਿੰਦਾ ਮੈਚ ਕਦੋਂ ਸ਼ੁਰੂ ਹੋਣੇ ਆ, ਹੱਥ ਬੰਨ ਕੇ ਬੇਨਤੀ ਹੈ, ਤੁਸੀਂ ਵੀਰ ਹੋ ਸਾਡੇ, ਬਹਿ ਜਾਓ ਬਹਿ ਜਾਓ, ਜਿਹੜੇ ਸਟੇਜ ਦੇ ਮੂਹਰੇ ਖੜੇ ਤੁਸੀਂ ਭਾਈ ਹੋ ਸਾਡੇ, ਸਟੇਜ ਵਾਲੇ ਭਰਾ ਵਾਰ ਵਾਰ ਕਹਿੰਦੇ ਆ, ਜਿਹੜੇ ਸਟੇਜ ਵਾਲੇ ਭਰਾ ਉਹ ਵਾਰ ਵਾਰ ਰਿਕੁਐਸਟ ਕਰਦੇ ਆ ਵੀ ਕਿਰਪਾ ਕਰਕੇ ਬਿਠਾ ਦਿਓ। ਬਾਊਸਰ ਭਰਾਵਾਂ ਨੂੰ ਬੇਨਤੀ ਹੈ, ਬਾਊਸਰ ਵੀਰਾਂ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਜ਼ਰੂਰ ਜਿਹੜਾ ਬਈ ਭਰਾ ਬਣ ਕੇ ਗਰਾਊਂਡ ਖਾਲੀ ਕਰ ਦਿਓ ਮੇਰੇ ਵੀਰ ਬਣ ਕੇ, ਯਾਰ ਮਾਂ ਖੇਡ ਕਬੱਡੀ ਦਾ ਨਜ਼ਾਰਾ ਲੈ ਲੈਣ ਦਿਓ ਸੰਗਤ ਨੂੰ, ਬੜਾ ਤਕੜਾ ਮੇਲਾ ਹੈ। ਲਾਓ ਪਹਿਲੇ ਕਬੱਡੀ ਸਾਹਮਣੇ, ਆਓ ਟੱਕਰ, ਆਹ ਤੇਰੇ ਸਦਕੇ ਮੁੰਡਿਆ, ਵਾਹ ਓਏ। ਬਗਲਾ ਰਾਏਪਿੰਡ ਦਾ ਚੰਨ ਹੈ ਮਿੱਤਰੋ, ਜਿਹਦੇ ਬਾਕੇ ਬੜੇ ਚਰਚੇ ਹੈ, ਕਬੱਡੀ ਪਾਉਣ ਦੇ ਵਾਸਤੇ ਚੁੱਪਰ ਤਿਆਰ ਹੈ ਸਤਾਦਾ ਪਾਓ ਸਾਹਮਣੇ, ਕਹਿੰਦੇ ਤਿਆਰ ਬਰ ਤਿਆਰ ਹੈ ਨੌਜਵਾਨ, ਰੇਡਾਂ ਪੈਂਦੀਆਂ ਜੱਸੇ ਲੱਗਦੇ, ਅੱਜ ਦੁਨੀਆ ਵੇਖ ਰਹੀ ਹੈ, ਨਾਲ ਕਹਿੰਦੇ ਲਾਈ ਵਾਲੇ ਭਰਾਵਾਂ ਦਾ ਬਹੁਤ ਵੱਡਾ ਧੰਨਵਾਦ ਹੈ। ਉਹ ਧੱਕੇ ਨਾ ਵੱਜਣਗੇ ਮੇਰੇ ਮਿੱਤਰੋ, ਕੋਈ ਕਹਿੰਦਾ ਆ ਜਿੱਤਣਗੇ, ਕੋਈ ਕਹਿੰਦਾ ਉਹ ਜਿੱਤਣਗੇ, ਸ਼ੱਕ ਤਾਂ ਰਹਿਣੀ ਆ, ਵੱਡਾ ਮੇਲਾ ਧੱਕ ਤੇ ਉਹ ਪੈਣੀ ਹੈ। ਉੱਧਰ ਵੱਡਾ ਧੰਨਵਾਦ ਹੈ, ਉੱਧਰ ਮਜ਼ਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਜਗਿੰਦਰ ਸਿੰਘ ਗੁਰਾਲਾ, ਉਹਨਾਂ ਦੇ ਵੱਲੋਂ ਵਿਸ਼ੇਸ਼ ਸਨਮਾਨ ਕੀਤੇ ਜਾਣੇ, ਚੱਕਾ ਅਲਗੋਂ ਕੋਠੀ ਪੱਲਾ ਚੌਲ ਸੰਦੀਪ ਦਾਤਰ ਘੋੜਾ ਰਮਦਾਸ, ਤੇ ਨਾਲ ਉੱਧਰ ਲਵਜੀਤ ਦੇ ਜਿਹੜੇ ਵੀਰ ਆਸਟ੍ਰੇਲੀਆ ਵਾਲੇ ਦੇ ਬਾਈ ਜਿੰਦੇ ਹੋਣੀ ਆਕਾਸ਼ ਹੋਣੀ ਆਏ, ਅਸੀਂ ਧੰਨਵਾਦ ਕਰਦੇ, ਪਹਿਲਾ ਪ੍ਰਾਈਜ਼ ਸਪੌਂਸਰ ਕੀਤਾ ਉਹਨਾਂ ਨੇ। ਬਾਬੇ ਸੱਤੇ ਦਾ ਮਾਣ ਸਨਮਾਨ ਕਰਿਓ ਜੀ, ਬੜਾ ਲੋੜਵੰਦ ਭਰਾ ਹੈ, ਭਰਾ ਹੈ ਸਾਡਾ, ਬੜਾ ਧੰਨਵਾਦ ਹੈ। ਗਰਾਊਂਡ ਕਲੀਅਰ ਕਰ ਦਿਓ ਕਿਰਪਾ ਕਰਕੇ ਵੀਰਾ ਜੀ, ਗਰਾਊਂਡ ਕਲੀਅਰ ਕਰ ਦਿਓ, ਗਰਾਊਂਡ ਖਾਲੀ ਰੱਖਿਓ ਵੀਰੇ, ਹੁਣ ਪਲੀਜ਼ ਰਿਕੁਐਸਟ ਹੈ। ਲੱਖਣ ਭਲਵਾਨ ਆ ਜਾਵੇ, ਲੱਖਣ ਭਲਵਾਨ, ਕੁਸ਼ਲ ਪੰਡਿਤ ਸਾਦਾ ਵੀਰੇ, ਲੱਖਣ ਭਲਵਾਨ ਆ ਜੀ, ਹਾਂਜੀ ਬਾਈ ਕਰੋ ਸਨਮਾਨ ਕਰ ਦਿਓ ਵੀਰੇ, ਭਰਾ ਬਣ ਕੇ ਕਰ ਦਿਓ ਜੀ। ਉਧਰ ਮਜ਼ਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਜਗਿੰਦਰ ਗੁਰਾਲਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ, ਅਤੇ ਆਪਾਂ ਕਬੱਡੀ ਨੂੰ ਪ੍ਰਫੁੱਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਬਹੁਤ ਧੰਨਵਾਦ ਹੈ ਜੀ। ਬਈ ਛੇਤੀ ਸਨਮਾਨ ਕਰ ਦਈਏ ਭਲਵਾਨ, ਲੱਖਣ ਭਲਵਾਨ ਕੋਲੇ ਆ ਜਾਏ ਸਾਡੇ, ਬਈ ਆ ਜਾਓ, ਪਰ ਮੈਚ ਆਪਾਂ ਕਰਵਾਉਣਾ ਹੈ, ਮੈਚ ਅਜੇ ਹਾਫ ਸਮਾਂ ਹੋਇਆ, ਦਰਸ਼ਕ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਰੋ ਜਾਓ ਦੋ ਮਿੰਟ, ਉਧਰ ਟਵਿੰਕਲ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ, ਪੱਟਾ ਨਾਮ ਇਸ ਨੌਜਵਾਨ ਖਿਡਾਰਨ ਦਾ, ਦੁਨੀਆ ਦੇ ਵਿੱਚ ਨਾਂ ਬਣਾਇਆ ਆਪਣੇ ਵਧੀਆ ਖੇਡ ਦੇ ਜ਼ਰੀਏ, ਮਾਲਕ ਤੰਦਰੁਸਤੀਆਂ ਰੱਖੇ। ਲਾਈ ਵਾਲਾ ਵੀਰ ਆ ਜਾਵੇ, ਆ ਗਿਆ ਜੀ ਸਾਹਮਣੇ, ਵੱਡਾ ਧੰਨਵਾਦ ਹੈ। ਉਧਰ ਮਜ਼ਬੂਤ ਰਾਸ਼ਟਰ ਸੰਗਠਨ ਦੇ ਪ੍ਰਧਾਨ ਸਾਡੇ ਜਗਿੰਦਰ ਸਿੰਘ ਰਾਲਾ, ਉਹਨਾਂ ਦੇ ਵੱਲੋਂ ਵਿਸ਼ੇਸ਼ ਤੌਰ 'ਤੇ ਮਾਣ ਸਨਮਾਨ ਕੀਤੇ ਜਾ ਰਿਹਾ, ਬਹੁਤ ਧੰਨਵਾਦ ਹੈ। ਟਵਿੰਕਲ ਦਾ ਸਨਮਾਨ ਕੀਤਾ ਜਾ ਰਿਹਾ, ਅਤੇ ਨਾਲ ਚਫਰਵਾਲ ਦੀ ਜੱਸੀ,
ਉਹਦਾ ਸਨਮਾਨ ਕੀਤਾ ਜਾਣਾ ਤੇ ਇੱਕ ਹੈਪੀ ਹਰਪ੍ਰੀਤ ਕੌਰ ਹੈਪੀ ਨਾਇਮਨ ਖਿਡਾਰਨ ਦਾ ਸਨਮਾਨ ਕੀਤਾ ਜਾਵੇਗਾ। ਬਹੁਤ ਬਹੁਤ ਧੰਨਵਾਦ ਹੈ ਜੀ ਜਿਹਨਾਂ ਭਰਾਵਾਂ ਦੇ ਵੱਲੋਂ ਸਨਮਾਨ ਕੀਤੇ ਜਾ ਰਹੇ ਹੈ। ਉੱਧਰ ਜਿਹੜੇ ਗੁਰਜਾਂ ਦੇ ਸਨਮਾਨ ਕੀਤੇ ਜਾਣੇ ਹੈ, ਗੁਰਜੰਟ ਲੰਬਰਦਾਰ ਵੀਰ ਸਾਡਾ ਉਹਦੇ ਸੱਤੇ ਪੱਤਰ ਤੇ ਸਾਡਾ ਹੈ ਪ੍ਰਿੰਸ ਰੰਧਾਵਾ ਰਮੀ ਰੰਧਾਵਾ ਵੀਰ ਪੁੱਜੇ, ਆਪਾਂ ਧੰਨਵਾਦ ਕਰਦੇ ਹਾਂ। ਗੁਰਦਾਸਪੁਰ ਲਾਈਨ ਤੇ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ, ਦੋਵੇਂ ਟੀਮਾਂ ਚੋਟੀ ਦੀਆਂ ਖੇਡ ਰਹੀਆਂ। ਨੰਬਰ ਸੁਣਿਓ ਜੀ, ਗੁਰਦਾਸਪੁਰ ਲਾਈਨ ਦੇ ਨੰਬਰ 18 ਨੇ ਮੇਰੇ ਮਿੱਤਰੋ, 19 ਨੇ ਗੁਰਦਾਸਪੁਰ ਲਾਈਨ ਦੇ ਨੰਬਰ 19, ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਦੇ ਨੰਬਰ 18.5। ਇੱਕ ਨੰਬਰ ਹੋਲਡ ਹੈ, ਉਹ ਸਾਡੇ ਰੈਫਰੀ ਸਾਹਿਬ ਵੇਖ ਕੇ ਦੱਸ ਦੇਣਗੇ ਬਈ ਭਰਾ ਬਣ ਕੇ ਹੁਣ ਆਫ ਜਿਹੜਾ ਭਰਾ ਬਣ ਕੇ ਮੈਚ ਬੋਲਣ ਦਿਓ, ਆਪਾਂ ਜੋ ਵੀ ਹੁਣ ਬੋਲਣਾ ਬੁਲਾ ਲਓ ਮੇਰੇ ਭਰਾ ਬਣ ਕੇ। ਉੱਧਰ ਕੁਸ਼ਲ ਪੰਡਿਤ, ਕਰਨ ਭਲਵਾਨ, ਆਕਾਸ਼ ਗਿੱਲ, ਵਕੀਲ ਪੁਸ਼ਪਿੰਦਰ ਸਿੰਘ, ਨਾਲ ਜਤਿੰਦਰ ਲੋੜੀਆ ਤੇ ਆਕਾਸ਼ ਡੈਵਲ ਵੀਰਾਂ ਦਾ ਧੰਨਵਾਦ ਬਈ ਸਨਮਾਨ ਕਰ ਦਈਏ ਜਲਦੀ ਨਾਲ। ਬਿੱਲਾ ਚੋਲ ਵੱਡਾ ਵੀਰ ਕਿੱਥੇ ਹੈ? ਬਿੱਲਾ ਚੋਲ ਸਾਡਾ ਵੀਰ ਹੈ, ਵੱਡਾ ਭਰਾ ਜਾਵੇ ਬਿੱਲਾ ਚੌਲ। ਜੌਲ ਨੰਗਲ ਪਿੰਡ ਹੈ, ਸੰਘੇ ਪਰਿਵਾਰ ਦਾ ਪੋਤੇ ਕਮਲਜੀਤ ਸਿੰਘ ਸੰਘਾ, ਬਿੱਲਾ ਚੌਲ ਨੰਗਲ ਪਿੰਡ ਵਾਲਾ ਅੱਜ ਵੀ ਮਾਨ ਸਨਮਾਨ ਕੀਤਾ ਜਾਣਾ ਹੈ ਗੁਰਜ ਦੇ ਨਾਲ ਸਾਡੇ ਵੱਡੇ ਭਰਾ ਦਾ, ਨਾਲ ਲਖਨ ਭਲਵਾਨ ਢਿਡਿਆਲੇ ਨੱਤ ਵਾਲੇ ਦਾ, ਨਾਲ ਰਮਦਾਸ ਵਾਲੇ ਘੋੜੇ ਪੱਟੇ ਵੀਰ ਦਾ, ਜੱਸਾ ਸਾਡਾ ਮੋ ਨੰਗਲ ਵਾਲਾ ਵੱਡਾ ਭਰਾ ਆਇਆ ਹੈ। ਠੀਕ ਹੈ, ਕਿਵੇਂ ਭਰਾ ਮੇਰੇ ਚੌਂਦਾਰ ਹੈ ਸੰਦੀਪ ਦਾਤਰ ਸ਼ੰਕਰਪੁਰਾ ਦੇ ਕਬੱਡੀ ਕੱਪ ਤੇ ਵੱਡਾ ਸਨਮਾਨ ਕੀਤਾ ਜਾ ਰਿਹਾ। ਸੰਦੀਪ ਦਾਤਰ ਆਏ ਵੀਰੇ, ਆਈ ਜਾਓ ਭਰਾ ਬਣ ਕੇ, ਅਜੇ ਮੈਚ ਹਾਫ ਰਹਿੰਦਾ ਬਈ। ਘੋੜਾ ਰਮਦਾਸ ਆ ਜਾਵੇ, ਪਰਮਜੀਤ ਵਪਾਰੀ ਦਾ ਪੁੱਤ ਹੈ ਜਿਹਦਾ ਪਿਆਰ ਹੈ ਅੰਬੋ ਨੰਗਲ ਦੇ ਜੱਸੇ ਦੇ ਨਾਲ, ਵੱਡਾ ਮਾਣ ਸਨਮਾਨ ਕੀਤਾ ਜਾਣਾ ਰਮਦਾਸ ਵਾਲੇ ਘੋੜੇ ਦਾ। ਪਰਮਜੀਤ ਵਪਾਰੀ ਦੇ ਦੋ ਪੁੱਤ ਅਰਜਨ ਸੁਰਜਨ ਖੇਡਦੇ ਮਿੱਤਰੋ, ਤੇ ਬਾਕੀ ਰਮਦਾਸ ਇਲਾਕੇ ਦੀਆਂ ਗੱਲਾਂ ਭਰਾਵਾਂ ਕਰੀਆਂ। ਨਾਲ ਅੰਮੂ ਨੰਗਲ ਦੇ ਜੱਸੇ ਵੱਲੋਂ 11,000 ਦੀ ਨਗਦ ਰਾਸ਼ੀ ਦੇ ਨਾਲ ਸਨਮਾਨ ਰਮਦਾਸ ਵਾਲੇ ਘੋੜੇ ਦਾ ਕੀਤਾ ਜਾ ਰਿਹਾ ਹੈ। ਲਵਜੀਤ ਸੋਲ, ਹਰਜਿੰਦਰ ਸੋਲ ਸਾਡਾ ਵੱਡੇ ਭਰਾਵਾਂ ਦਾ ਵੱਡਾ ਧੰਨਵਾਦ। 11,000 ਦੀ ਨਗਦੀ ਰਾਸ਼ੀ ਦੇ ਨਾਲ ਢਡਿਆਲੇ ਨੱਤ ਦੇ ਲੱਖਣ ਦਾ ਸਨਮਾਨ ਤੇ ਨਾਲ ਸ਼ਕਤੀ ਦੇ ਪ੍ਰਤੀਕ ਗੁਰਜ ਦੇ ਨਾਲ ਕੀਤਾ ਜਾ ਰਿਹਾ ਹੈ। ਬਿੱਲਾ ਚੌਲ ਮਾਣ ਸਾਡੀ ਜ਼ਿੰਦਗੀ ਦਾ ਵੱਡਾ ਭਰਾ ਆਇਆ ਹੋਇਆ ਹੈ, ਵੱਡਾ ਧੰਨਵਾਦ ਹੈ ਜੀ। ਸੰਦੀਪ ਦਾਤਰ ਦਾ ਸਨਮਾਨ ਵੀਰੇ ਕਰ ਲਓ ਛੇਤੀ ਭਰਾ ਬਣ ਕੇ, ਯਾਰ ਮੈਚ ਬੜਾ ਤਕੜਾ ਹੈ। ਰਮਦਾਸ ਵਾਲੇ ਘੋੜੇ ਦਾ ਸਨਮਾਨ ਕੀਤਾ ਜਾ ਰਿਹਾ ਹੈ। ਬਿੱਲਾ ਚੌਲ ਵੱਡਾ ਵੀਰ ਨੇੜੇ ਰਵੇਗਾ ਸਾਡਾ, ਬਿੱਲਾ ਚੌਲ ਬਈ ਆਇਆ, ਜੋਲ ਨੰਗਲ ਪਿੰਡ ਹੈ, ਸੰਘੇ ਪਰਿਵਾਰ ਦਾ ਪੁੱਤ ਹੈ ਕਮਲਜੀਤ ਸਿੰਘ ਸੰਘਾ, ਬਿੱਲਾ ਚੌਲ ਪਿਆਰ ਕਮਾਇਆ ਭਰਾ ਸਾਡੇ ਨੇ, ਜਿਹਦੇ ਨਾਲ ਖੜਦਾ ਤੇ ਹਿੱਕ ਤਾਣ ਕੇ ਖੜਦਾ ਹੈ, ਮਾਲਕ ਵੇਰਾ ਰੱਖੇ। ਹਰਪ੍ਰੀਤ ਕੌਰ ਦੇ ਨਾਲ ਜੱਸੀ ਜਫਰਵਾਲ ਦਾ ਸਨਮਾਨ, ਬਿੱਲਾ ਚੌਲ ਯਾਰਾਂ ਦੇ ਯਾਰ ਦਾ ਸਨਮਾਨ ਕੀਤਾ ਜਾ ਰਿਹਾ ਹੈ, ਵੱਡਾ ਧੰਨਵਾਦ ਹੈ ਸਾਡੇ ਵੱਡੇ ਭਰਾ ਦਾ, ਮਾਲਕ ਵੇਰਾ ਰੱਖੇ। ਰਿੰਕੂ ਸਮਰਾ ਜੀ ਸੋਨੀ ਪਠਲਾ ਵੱਡੇ ਭਰਾ ਮਾਣ ਕਰਦੇ ਹੈ, ਸਾਰੇ ਭਰਾਵਾਂ ਦਾ ਧੰਨਵਾਦ। ਰੋਇਲ ਸਪੋਰਟਸ ਕਲੱਬ ਬੈਲਜੀਅਮ ਦੀ ਰੀੜ ਦੀ ਹੱਡੀ ਸਾਡਾ ਬਿੱਲਾ ਚੌਲ ਕਮਲਜੀਤ ਸਿੰਘ ਸੰਘਾ, ਦੁਨੀਆ 'ਚ ਨਾਂ ਪੈਦਾ ਕੀਤਾ ਹੈ, ਮਾਲਕ ਚੜ੍ਹਦੀ ਕਲਾ ਦੇ ਵਿੱਚ ਸਾਡੇ ਭਰਾ ਨੂੰ ਰੱਖੇ। ਉਧਰ ਲੱਖਣ ਦਾ ਸਨਮਾਨ ਹੋਣਾ ਹੈ ਨਾਲ ਬਿੱਲੇ ਚੌਲ ਭਰਾ ਦਾ ਵੀ ਕਰਦੀ ਹੈ ਨਾਲ, ਪਹਿਲਾਂ ਇੱਕ ਗੁਰਜ ਮੇਰਾ ਖਿਆਲ ਬਿੱਲੇ ਚੌਲ ਵੀਰ ਨੂੰ ਦਿੱਤਾ ਜਾਣਾ ਹੈ, ਸ਼ਕਤੀ ਦਾ ਪ੍ਰਤੀਕ ਲਓ, ਘੋੜੇ ਦਾ ਵੀ ਕੀਤਾ ਜਾਣਾ ਗੁਰਜ ਦੇ ਨਾਲ। ਬਈ ਖਾੜਾ ਖੋਲ ਲਈ ਆਪਾਂ ਥੋੜ੍ਹਾ ਜਿਹਾ ਮੇਰੇ ਵੀਰੋ, ਉਧਰ ਪ੍ਰਿੰਸ ਰੰਧਾਵਾ ਰਮੀ ਰੰਧਾਵੇ ਦੀਆਂ ਗੱਲਾਂ ਹੁੰਦੀਆਂ ਕਿ ਯੂਪੀ 'ਚ ਵਸਣਗੇ ਜਾ ਕੇ। ਕੁਸ਼ਲ ਪੰਡਿਤ ਆ ਜਾਵੇ ਵੀਰੇ, ਬਈ ਮੈਚ ਅਜੇ ਹਾਫ ਰਹਿੰਦਾ, ਭਰਾ ਬਣ ਕੇ ਛੇਤੀ ਕਰ ਲਓ ਮੇਰੇ ਸੋਹਣੇ ਵੀਰੋ। ਬਈ ਦਾਇਰਾ ਥੋੜਾ ਖੋਲ ਲਓ ਭਰਾ ਬਣ ਕੇ, ਸਰਕਲ ਖੋਲ ਲਓ ਵੀਰੇ, ਇਹ ਸਨਮਾਨ ਕੀਤੇ ਜਾ ਰਹੇ ਹੈ। ਬਿੱਲੇ ਚੌਲ ਵੱਡੇ ਭਰਾ ਦਾ ਸਨਮਾਨ ਹੋਣਾ, ਲੱਖਣ ਭਲਵਾਨ ਦਾ ਹੋਣਾ, ਰਮਦਾਸ ਵਾਲੇ ਘੋੜੇ ਦਾ ਸਨਮਾਨ ਹੋਣਾ ਗੁਰਜਾਂ ਦੇ ਨਾਲ, ਸੰਦੀਪ ਦਾਤਰ ਦਾ ਹੋਣਾ,
शक्ति दे प्रतीक गुरजां दे नाल कीता जाना है। लव सोल उहदा वीर आया होया हरजिंदर सोल, बड़ा धन्नवाद है। नत्था सिंह सोल दे सपुत्रां दीआं कहिंदे गल्लां हो रहीआं वड्डे पत्तर ते। उधर शंकरपुरी आ डीसी है साडा डबई वाला, कहिंदे वड्डे चर्चे है बलविंदर सिंह दे पुत्त दे, माता सुखविंदर कौर दे पुत्त दीआं कहिंदे गल्लां हुंदीआं है। उधर बागी भी आया होया, कहिंदे बागी भी बागी होया फिरदा है। मालक बेरा रखे, बहुत प्यारा वीर है ते यारां मित्रां दे सद्दे पत्र ते पुजदा। लखण पलवान दा सन्मान जदों खेड्या ते दुनिया नचाई आ, लखण ने कैनेडा खेड्या ते टड्याले नत दे चर्चे करवाए ते हुण कहिंदे कोचिंग दे विच वड्डा नाम ते बटाले तहसील दा नाम वड्डा कर दित्ता है। भरा साडे ने जिले गुरदासपुर नूं माण लखण पलवान दे उत्ते है बई मैच करवा दी, अद्धा मैच रहिंदा जे भरा बण के बई ग्राउंड खाली कर दो भरा बण के ग्राउंड। संदीप दातर दा सन्मान, दातर आया भरा बन के, संदीप दातर भाई, संदीप दातर दा सन्मान गुरज दे नाल। साढ़े डीसी शंकरपुर का धन्नवाद है, वड्डे भरा दा बलविंदर सिंह दा पुत्त, माता सुखविंदर कौर दे पुत्त दीआं गल्लां नाल प्रतीक शंकरपुर लव सोल शंकरपुर, इन्हां वीरां दा धन्नवाद। और मैं बेनती करदा है उधर प्रिंस रंधावा मां खेड कबड्डी नाल भी प्यार करते ने ते पंजाबी इंडस्ट्री च नां वड्डा है साढ़े। बिल्ले चौल का सन्मान होना है रम्मी रंधावे, प्रिंस रंधावे ने कहते गया कि यूपी च वसण के जाके जिहदा पंगा साढ़े ना पऊ ते गल्लां कहिंदे होईआं कि जजां नूं भी पै गया वकील करने। ये भरावां ने गए तो अजे तक चलिए लोक गीत ने जड़े जदों इन्हां दे भी बच्चे ना जिन्ने हो गए तां भी चलते होने। ये गल्लां ने यो गाने गाए जड़े लगातार चलने, ये नहीं भी एक महीना ट्रेंडिंग चाहिए फिर पुछना किसी नहीं, इन्हां दे गाने ट्रेंडिंग दे विच ही ने। मालक बेरा रखे, उधर साढ़े बिल्ले चाहल का सन्मान वड्डा भरा है साडा। मालक बेरे भरा नूं चढ़दी कला दे विच रखे, वीरे आ जाओ लागे सारे भरा आ जाओ। कमलजीत संघा चौल नंगल पिंड का दुनिया दे विच भरा साढ़े ने टंका बजाया है। बाकी चौल नंगल पिंड के चर्चे साढ़े बिल्ले चौल ने करवाए है कि जे कोई पुछे टाइम तो कहिंदा कहदी साडा ही है, क्योंकि चंगे काम किए नीता साफ है, ता करके बिल्ले चौल होना का ना गूंजे, ता करके दुनिया च ना पैदा होया है। मल किस तरह भरावान चढ़ती कला के रखे, तंदुरुस्त रहन भरा साढ़े। गगन ते सन्नी पलवान भाई मैच अजे हाफ रहिंदा है, हाफ अजे रहिंदा भरावण के। भाई छेती कर रही भरा बन के, टाइम ना लगी अपना, मैच अजे हाफ रहिंदा है। रमी रंधावा, प्रिंस रंधावा, हरी सरपंच वड्डा नाम साढ़े वीरां दा है। ओके प्रिंस भाई जाते रहो, रब चढ़ती कला रखे भरावान। भाई मैच शुरू कर रही है, ग्राउंड खाली कर दो भरा बन के, रिक्वेस्ट है यार। हुण साडी मान लो 15 मिनट थोड़े ना कहण दे आपां लाए है, 15 कहदे मेरा ख्याल जदों दे आए हैं थोड़े कहण दे ही है। सो भरा बन के उधर डाक्टर जगपाल राई का धन्नवाद है। गरचंट लंबड़दार दे कहण ते साडा प्रिंस आया है। गुरलाल साडा वीर ते सनी अनीवाल अलीवाल, इन्हां वीरां दा गगन भरा साडा, गगन अलीवाल कित्थे वीर वड्डा। गगन अलीवाल वड्डा वीर आ जाए, वड्डा धन्नवाद वीर जाऊंदा रहे। नाल सज्जन मित्र आए है भाई, मैच शुरू कर दिए, ग्राउंड खाली कर दो। माटी सिकंदर कल्याण सारे भरावां दा धन्नवाद वीरे, जाऊंदे रहो। गगन अलीवाल पलवान का सन्मान 11,000 की नकदी राशि ना किया जा रहा है। प्रभ फौजी ते कुशल पंडित वड्डे भरा दे वल्लों वड्डा धन्नवाद है। इसे तरह मान सम्मान होंदे रहन भरावां दे। मैच शुरू कर दिए मेरे, प्लीज रिक्वेस्ट है। मां खेड कबड्डी दीआं गल्लां, एक कबड्डी कप है भरा बन के, कबड्डी करा लीए, एक कबड्डी कप है भरावो कबड्डी करा लीए।
भाई ग्राउंड खाली कर दो भरा बन के भाई रिक्वेस्ट है बड़े वीर भाई बाहर कर लिया आप हिसाब किताब जी उधर गुरजीत साडा गर्जेंट लंबड़दार नाल प्यार है साढ़े प्रिंस रंधावे का चेचे तौर पर भी रहा है बड़ा धन्यवाद है भाई जर्मन भीर लै जा पछाणु सारे भरावान रिक्वेस्ट है यार हूँ दे दो दस मिनट कुशल भीर भाई दस मिनट दे दो भरा बड़की है भाई सारे बह जाओ भरा बन के भाई भाई भरा बन के ग्राउंड खाली कर दौ कैमरा खाली कर दौ ए ना करिए उस्तादा दे दे आवाज मैच हूँ आप जेड़ा कुछ दस पंद्रह मिनट है जिन्ना चिर भी मैच है कबड्डी दे बारे गल कर लिए बाकी बहुत वड्डा धन्नवाद है सारे वीर का जिन्होंने योगदान ने अज के मेले के लिए परमात्मा हर एक चढ़ती कला के रखे लो कि मैच शुरू हो गया है जिन्हें भी वीर है सारे का धन्यवाद है लो कि थले भी कबड्डी पै रही है मेरे मित्रों वह पच्ची मिनट की धरती है और सामने कहते किन्ने बन गए बड़े मल ने और नंबर कहते थला पच्ची मिनट वाला अपनी टीम के लिए जोड़ता हुआ अगली कबड्डी के बोल वकीला सामने थला मेरे मित्रों तुरया आता सुर सिंह वाला भाई थोड़ा ग्राउंड खाली कर दो हम सारी कर दो थोड़े ना गल साड़ी बननी नहीं भाई ग्राउंड खाली करो पहला भरा बन के यार सारी ग्राउंड रिक्वेस्ट है यार एक कबड्डी कप करा लैण दो लाओ ग्राउंड क्लीयर कर दिए उधर एक कहदे पट्टा लाउण पीसी शकरपुर नवजीत आस्ट्रेलिया ते प्रतीक आस्ट्रेलिया कहदे आउण वाले किसे पट्टे मेले पे लखण पहलवान दा सरवार कबड्डी है चोटी दे मल खड़े सामने टक्को मुंडियो करा दो पहला पहला शंकरपुर वाले वेखदे है कि चर्चे करवाने कने और टक्कर हो गई सामने घरियाले पिंड दा तुक्का और कहते पलकारे पन दा चेला मेरे मित्रों उधर दिलों धन्यवाद है साढ़े नवतेज बुगू जी आए हुए ने जिन्होंने दुनिया को दसिया भी किवें सुधार हो सकता किवें सुधार हो सकता साढ़े नवतेज सिंह जी बुगू जी आए हुए हैं जिन्होंने दुनिया को दसिया भी किवें सुधार हो सकता है नवतेज सिंह जी गुगू साढ़े सत्कार जो बटाले वाले जिन्हें हमनिटी एक होस्पिटल चलाया होया जिथे गरीब वर्ग के मान सम्मान कह सकते आप वे पद्धर से उन्होंने इलाज किए जाते हैं शेरा मेरा कोट का सत्कार आप करेंगे वड्डा भरा आया होया है बाकी औखे समय खड़न का दम जिन्हें रखे दिनेश कंग बटाले वाला कंग पिंड दल कहते हुई मित्रों आओ घोड़ा रमदास वाला आओ अमो नंगल के जस्से का चहित है ਬਾਹੋਏ ਮੁੰਡਿਆ ਤੇਰੇ ਚਰਚੇ ਘੜਕੇ ਵਾਲਾ ਜੀਵਨ ਆ ਗਿਆ ਉਸਤਾਦ ਆਓ ਸਭਨੇ ਕਹਿੰਦੇ ਉਸ ਵੇਲੇ ਘੜਕੇ ਵਾਲਾ ਜੀਵਨ ਕਬੱਡੀ ਪਾਉਣ ਦੇ ਲਈ ਬਣਿਆ ਹੋਇਆ ਰਜੀਵ ਪੰਡਤ ਵੱਡਾ ਵੀਰ ਹੈ ਆਓ ਕੁਸ਼ਲ ਪੰਡਤ ਨੂੰ ਉਹਦੇ ਯਾਰਾਂ ਬੇਲੀਆਂ ਨੂੰ ਮੁਬਾਰਕਾਂ ਨੇ ਆਓ ਸਭਨੇ ਰੇਡ ਕਹਿੰਦੇ ਜੀਵਨ ਦੀ ਕਾਫੀ ਚਾਰ ਨੇ ਮੇਰੇ ਮਿੱਤਰੋ ਲਾਡ ਚੌਲ ਦਾ ਕਿਹਦੇ ਪੱਟਾ ਨਾਮ ਹੈ ਰੀਡਪ ਇੰਡੀਆ ਜੱਫੇ ਲੱਗਦੇ ਤੇ ਦੁਨੀਆ ਵੇਖ ਰਹੇ ਨਾਲ ਕਹਿੰਦੇ ਲਾਈ ਵਾਲੇ ਭਰਾ ਦਿਲੋਂ ਧੰਨਵਾਦ ਹੈ ਸਾਰੇ ਵੀਰਾਂ ਦਾ शहीदां वाला लाडी सामने त्यार टक्कर तेरे सदके जाइए मुंडिया मेरा कोटिया शेरा त्यार है सामने और चेदे कहते चर्चे होंगे संतू नंगल का सचन मान करदा मित्रों उधर दिनेश कंग बड़ा पीर आया हो गोरे दिया दो कबड्डिया शेरे दिया मेरा कोट दे शेरे दिया दो कबड्डिया 2100 दिया होनगिया मित्रों अगलिया जड़िया हूँ होनगिया 2100 दिया होनगिया दिनेश कंग बड़े भरा दे वालों 25 बंडिया तुला आ गया सामने कहते तुले भी कबड्डी पै रही है ये खबी खाड़ जो हो गए कीते बड़ी बारी टेंडे हाथ कहने पाया नहीं बरीक गुट्टा नो लाउड तुजड़े पे भी जे पै जे तुरना ओ हिरनी भी पैड़ पे शेरों ने पत्ता नो लाउड तुजड़े पे भी जे पै जे तुरना ओ हिरनी भी पैड़ पे ਜਨੇਪੇ ਦੀ ਪੈਜੇ ਤੁਰਨਾ
हिरनी की चाल से शेरां के पुत्तां नूं वाह के यह कलम मित्रों ढोकदी आ पंजाबियों के उत्ते क्योंकि पंजाबी अणखी होया दलेर होया लो इतरले पासे आ चमंडे वाला साबा तैयार है टक्कर किहदे नाल हुंदी नंबर पर चमंडे वाले साहब दे खाते है उधर बाकी आया होया मित्रों जिहड़ियां गल्लां कहिंदे हो रहियां बाकी आया होया विशाल हाले शिंदे वाला झोटा खुलिया रे हाले शिंदे वाला झोटा खुलिया नी स्टेज ते है पीजी आ दुनिया नूं दर्शन करवावांगे जदों ग्राउंड दे विच आवेगा वड्डा वीर दवामां दे भरा दे लई उधर शिंदा सरपंच जी वड्डे प्यार कहिंदे साडे वल झलाड़ी दे लई भेजे है इधर कहिंदे पड़ाके पैंदे है उधर टीसी शकरपुरा लवजीत आस्ट्रेलिया ते प्रतीक आस्ट्रेलिया कहिंदे लखन भलवान नूं वड्डे मेले ते शक्तिमान एक पासे दूजे पासे रूटावेटर आ टक्कर वेखण वाली मित्रों प्राचा कहिंदा हुंदा टक्कर ते चक्कर कौडी च कदे 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 रलदे मित्रों ओह कहिंदे लवीपुरी दा यार प्राचा साडा पर ओह टक्कर सामने दुल्ले दे नाल होई है जस्से मुनंगल दा चहेता कुशल पंडित दा चहेता घोड़ा तुरिया आउंदा इस तादा आओ सबने कहिंदे घोड़े दी कबड्डी पै रही है कहिंदे अलबू ने जग्गे दा ना बहुत पट्टा मेरे मित्रों अज कहिंदे जग्गा अलबू भी आया होया है इधर कहिंदे लाडी वर गए गुरविंदर वर गए अलगू वाले आओ सबने पड़ाके आओ गुरविंदर वर गए जग्गे वर गए वेखियो बाबा मेरे रखे जेड़ा 500 रुपये घोड़े पर लगा हुआ सी साडे वीर गुरी होड़ी जसोड़े वह कृपा करके वीर आओ जाफी दे पुजदा कर देणगे आओ सबने रेड पै गई है विशाल कर सिफत मुंडे ने लो सरदार कबड्डी पाउंदा सामने आ सिफता बणदियां मित्रों के करी दी सिफत सदा आ गुणी बंदे दी आ गुणी बंदे दीआं सिफतां चक करदा मेरे मित्रों आओ सामने बणीए के पिंड दा सरवण है इह खेडिआ मुंडा पंजाब स्पोर्ट्स क्लब एमस्टरडम होलैंड वल्लों गल्लां कहिंदे चक्के देओल दीआं आ गल्लां मित्रों होईआं पिट्टू चौल दीआं चंद्रपाल खरले दियां ते गल्लां पम्मे ढेसी पट्टे भरा दियां आ यूरोप दियां गल्लां होईआं इधरले पासे राजोके पिंड गोरे दा ते टक्कण वाले दा पिंड दसांगे मित्रों पर ओह टक्कू पहिलां फेर दसांगे ओह फेर दसांगे ओह फेर फेर दसांगे राजोके वालिआ फेर राजोके पिंड वाला उधर कहिंदे गुरविंदर अलगो वाला ट्राई करदा उधर बहुत ही सत्कार दे योग ने साडे नवतेज सिंह गुग्गू जी आए हुए आए क्योंकि फ्री इलाज मैं पहला कह के हटिया है भी कईयां दी ड्यूटी कईयां दी सेवा परमात्मा अपने हथी लाउंदा है असीं दिलों धन्नवाद करदे हां नहीं ते फ्री इलाज कित्थे कित्थे कीते जांदे आ पर उन्होंने एक मिसाल कैद की है असीं दिलों धन्नवाद करदे हां अज बड़े मेले में आए हुए ने पट्टे भाई तुला आ गया पच्ची मुंडिया तुला आया होया मेरे मित्रो बड़िया गल्लां ने आ चुभर दिया ते साडे दिनेश कंग दिया गल्लां तुर दिया पर इधर तेरे सदके ओ बल्ले बल्ले आ टक्कर दे की कहने आ टक्कर दे उधर लवप्रीत टक्कर साहब आए हुए है उधर पहली कबड्डी शेरे मीरा कोट दी इको रह गई जी इको ते इक्की सौ वाह दिनेश कंग वीर कहिंदा इको ते इक्की सौ ला लो इको कोडी ते इक्की सौ सतादा दिनेश कंग दिनेश कंग कहिंदे बड़ा भाई आया होया है रिडो पैण गए जफे लगन गए आओ दुनिया वेखू मेरे मित्रो आओ शेरा भज गया बाकी भज गया शेरा ये फड़िया ही नहीं जाता और शेरा भज गया सामने लाओ सामने पई हुई कौडी है घरियाले का बुक्का कौडी पाउंदा मेरे मित्रों दा नाल चेहरे भी जुड़े और फिर कदे भी टुटे ना घाटे बेशक खा जाने और बंदे परत वरत के सुटे ना और बंदे परत वरत के सुटे ना पर आओ टक्कर तेरे सदके मुंडिया चोटी का जफा चोटी ने मलने ला दिता है चोटी का जफा कहते चोटी मालने जगह कहते अलगो वाला नौजवान जिहड़ा कहते ट्रैक्टर का जेतू है ईमान सरमाणे ने नहीं मिलने आओ कहते कहते गल चलदी मेरे मित्रों आओ चारा देखोगे
ਆਹ ਦੋ ਨੰਬਰ ਤੋਂ ਟਰਾਈ ਕੀਤੀ ਹੋਈ ਆ ਉਹ ਚੋਰ ਤੇ ਲੱਗੂਗਾ ਖਿੱਚ ਖਿੱਚ ਇਹ ਲਵਪ੍ਰੀਤ ਸਿੰਘ ਰੋਟਾਵੇਟਰ ਹੈ ਲਵਪ੍ਰੀਤ ਸਿੰਘ ਰੋਟਾਵੇਟਰ ਹੈ ਪਰ ਕਹਿੰਦੇ ਤੇਰਾ ਮੇਰਾ ਨਾਮ ਲਿਖਣਾ ਮੈਂ ਦੋ ਸੱਪਾਂ ਦੀਆਂ ਜੀਪਾਂ ਤੇ ਤੈਨੂੰ ਇੱਕ ਦੇ ਜ਼ੋਰ ਨਾਲ ਲੈ ਜਾਣਾ ਗੱਲ ਛੱਡਣੀ ਨਹੀਂ ਨਸੀਬਾਂ ਦੇ ਉਧਰ ਵੱਡਾ ਧੰਨਵਾਦ ਸਾਡਾ ਹਿੰਦਰ ਚੌਲ ਗੋਪੀ ਚੌਲ ਲੱਕੀ ਚੌਲ ਲਾਲੀ ਚੌਲ ਸਾਡਾ ਤੇ ਮਹਿਣੇ ਪਿੰਡ ਦਾ ਹੈਪੀ ਵੱਡਾ ਵੀਰ ਆਇਆ ਹੋਇਆ ਬਾਬਾ ਤੰਦਰੁਸਤੀਆਂ ਰੱਖੇ ਮਿੱਤਰੋ ਤੇ ਗੱਲਾਂ ਸਾਡੇ ਬਿੱਲੇ ਚੌਲ ਦੀਆਂ ਹੁੰਦੀਆਂ ਬਿੱਲਾ ਚੌਲ ਕਹਿੰਦੇ ਆਇਆ ਹੋਇਆ ਨਾਲ ਸਨੀ ਯੂਐਸਏ ਗਰਾਊਂਡ ਜੇ ਕਹਿੰਦੇ ਥੋੜੀ ਜਿਹੀ ਕਲੀਅਰ ਹੋ ਜੇ ਹੱਥ ਬੰਨ ਕੇ ਬੇਨਤੀ ਹੈ ਪ੍ਰਬੰਧਕ ਬਾਈ ਆਹ ਗਰਾਊਂਡ ਆਪਾਂ ਇੱਥੇ ਕਾਹਤੋਂ ਰਸ਼ ਕਰਤਾ ਵੀਰੇ ਆਹ ਥੋੜਾ ਪਛਾਣ ਹੋ ਜਾਓ ਭਰਾ ਬਣ ਕੇ ਯਾਰ ਮੇਲਾ ਬੜਾ ਤਕੜਾ ਹੈ ਬਾਈ ਗਰਾਊਂਡ ਖਾਲੀ ਕਰੋ ਭਰਾ ਬਣ ਕੇ ਵੀਰੇ ਐ ਨਾ ਕਰੋ ਯਾਰ ਬਾਈ ਪਿੱਛੇ ਪਿੱਛੇ ਹੋ ਜਾਓ ਅੱਗੇ ਕੁਝ ਨੀ ਹੈਗਾ ਇਹ ਦੂਰ ਖੜੇ ਦੇ ਪਣੇ ਬੜੇ ਬੜੇ ਚੌੜੇ ਮਾਲਾ ਬਾਬੇ ਦੀ ਕਿਰਪਾ ਦੇ ਨਾਲ ਮਾਲਕ ਤੰਦਰੁਸਤ ਰੱਖੇ ਇਹਨਾਂ ਦੀਆਂ ਹੋ ਦੁੱਲਾ ਅਗਲੀ ਕਬੱਡੀ ਕਹਿੰਦੇ ਗੋਰਾ ਇਸ ਵੇਲੇ ਆਓ ਗੱਲਾਂ ਲੱਗਣਗੀਆਂ ਟਿਕਾਣੇ ਰਾਜੋ ਕੇ ਪਿੰਡ ਕਹਿੰਦੇ ਆਓ ਕਹਿੰਦੇ ਬਾਰਡਰ ਦਾ ਇਲਾਕਾ ਮੇਰੇ ਮਿੱਤਰੋ ਕਹਿੰਦੇ ਕੰਡਿਆਲੀ ਤਾੜ ਦੀਆਂ ਗੱਲਾਂ ਚੱਲੀਆਂ ਨੇ ਅੱਜ ਕਹਿੰਦੇ ਕੌਸ਼ਲ ਪੰਡਿਤ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਬਹੁਤ ਸਾਡੀ ਜ਼ਿੰਦਗੀ ਦਾ ਵੱਡਾ ਵੀਰ ਹੈ ਲਾਡ ਚੌਲ ਕਰਕੇ ਕਹਿੰਦੇ ਵੱਡੇ ਵੀਰ ਮਿਲੇ ਨੇ ਉੱਧਰ ਕਹਿੰਦੇ ਰਾਜੀਵ ਪੰਡਿਤ ਦੁਬਾਵਾ ਨੇ ਸਭ ਦੇ ਲਈ ਪਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਆਓ ਰੇਤਾਂ ਵੀ ਪੈਣਗੀਆਂ ਜੱਫੇ ਵੀ ਲੱਗਣਗੇ ਵਿਸ਼ਾਲ ਅਲਗੋਂ ਵਾਲਾ ਕਹਿੰਦਾ 10-6 ਅਕਤੂਬਰ ਨੂੰ ਮੈਂ ਟਰੈਕਟਰ ਜਿੱਤਿਆ ਜਿਹੜੇ ਚੱਗੇ ਚੌਲ 75 ਢੱਲੋਂ ਹੋਣਾ ਦਿੱਤਾ ਤੇ 29 ਅਕਤੂਬਰ ਨੂੰ ਰਾਜੇ ਪੰਡੋਰੀ ਵੜਿਆ ਚ ਹੋਣਾ ਮੇਲਾ ਕਰਵਾਇਆ ਉੱਥੇ ਵੀ ਜਿੱਤਿਆ ਭਾਵੇਂ ਚੋਬਰਾ ਤੇਰੇ ਚਰਚੇ ਹੈ ਬਾਬਾ ਤੰਦਰੁਸਤੀਆਂ ਰੱਖੇ ਮੁੰਡਾ ਪਾਲਾ ਤੱਕਣਾ ਮੇਰੇ ਮਿੱਤਰੋ ਆਹ ਕਬੱਡੀ 2000 ਦੀ ਦਿਨੇਸ਼ ਕੰਗ ਵੱਡੇ ਭਰਾ ਦੇ ਵੱਲੋਂ ਹੈ ਮੇਰੇ ਮਿੱਤਰੋ ਰਾਜੋ ਕੇ ਪਿੰਡ ਦਾ ਗੋਰਾ ਕੋਡੀ ਪਾਉਂਦਾ ਤੇ ਗੰਗਾ ਵਾਲਾ ਦਿਨੇਸ਼ ਕਹਿੰਦਾ ਕਿ ਵਿਸ਼ਾਲ ਸਿਆ ਲਾ ਦੇ 2000 4 ਨੋਟ 500 ਦੇ ਦੇਵਾਂਗੇ ਜੇ ਚੱਪਾ ਲੱਗਾ ਚਾਫੀ ਨੂੰ ਨਹੀਂ ਤਾਂ ਰਾਜੋ ਕੇ ਪਿੰਡ ਦੇ ਗੋਰੇ ਨੂੰ ਲੰਮਿਆਂ 2000 ਹੈ ਉਹ ਲੰਮਿਆਂ 2000 ਹਜ਼ਾਰ ਲੱਗਿਆ ਹੋਇਆ ਆਓ ਸਾਹਮਣੇ ਦੇਖੋ ਇਸ ਵੇਲੇ ਫਿਰ ਕਹਿੰਦੇ ਵੱਡੇ ਮੇਲੇ ਤੇ ਬੱਲੇ ਬੱਲੇ ਹੁੰਦੀ ਹੋਈ ਲਓ ਸ਼ੇਰਾ ਕਹਿੰਦੇ ਆਓ ਧਰਤੀ ਆ ਮੀਰਾ ਪੋੜਦੀ ਮੇਰੇ ਮਿੱਤਰੋ ਇਹ ਵੱਡੇ ਵੱਡੇ ਮੱਲ ਜਿਹੜੇ ਵੱਡੇ ਮੇਲੇ ਤੇ ਆਏ ਹੋਏ ਆ ਸਭ ਦੇ ਲਈ ਕਹਿੰਦੇ ਦਬਾਵਾ ਨੇ ਹਰ ਇੱਕ ਦੇ ਲਈ ਅਰਦਾਸ ਹੈ ਬਾਬਾ ਕੋਡੀ ਦੇ 2000 ਦਿਨੇਸ਼ ਕੰਗ ਵੱਲੋਂ ਕਰਦੇ ਗੱਲ ਲਓ ਕਹਿੰਦੇ ਵੱਡੇ ਪਿਆਰ ਦਿੱਤੇ ਜਾਣਗੇ ਸਾਡੇ ਭਾਈ ਦਿਨੇਸ਼ ਕੰਗ ਵੱਲੋਂ ਕਿਉਂਕਿ ਯਾਰਾਂ ਦੇ ਮੇਲੇ ਨੇ ਕਿ ਸ਼ਗਰਪੁਰੇ ਦੇ ਮੁੰਡੇ ਦੇਖ ਲਓ ਮੁੰਡੇ ਸ਼ੌਕ ਪਕਾਉਂਦੇ ਨੇ ਤਸਾਡੋਵਾ ਦੀ ਕਿਰਤ ਕਮਾਈ ਖੇਡਾਂ ਉੱਤੇ ਲਾਉਂਦੇ ਨੇ ਖਰੇ ਖੋਟੇ ਦੀ ਪਰਖੇ ਨਾਲ ਗੱਲ ਕਰਦੇ ਤੜਕਾ ਕੇ ਰਾਜੇ ਖੇਲੇ ਸੱਚੇ ਸੱਜਣ ਉਹ ਮਿਲਦੇ ਜੱਫੀਆਂ ਪਾ ਕੇ ਆਹ ਕੌਡੀ 2000 ਦੀ ਆਹ ਦਿਨੇਸ਼ ਕੰਗ ਵੱਡੇ ਭਰਾ ਵੱਲੋਂ ਕੋੜਿਆ ਭੱਜ ਜਾਵੀ ਉਹ 2000 ਲੱਗਾ ਮੁੰਡਿਆ ਪਰ ਇਹ ਸੰਧੂ ਚੱਠਾ ਪਿੰਡ ਹੈ ਮਿੱਤਰੋ ਨਾਮ ਕਹਿੰਦਾ ਹੈ ਦੂਜੇ ਪਾਸੇ ਘੋੜਾ ਹੈ 2000 ਲੱਗਾ ਹੈ ਦਿਨੇਸ਼ ਕੰਗ ਵੱਲੋਂ ਸ਼ੰਕਰਪੁਰ ਪਿੰਡ ਵੇਖਦਾ ਕਿ ਟੱਕਰ ਪੱਟੀ ਮੇਲਾ ਪੱਟਾ ਤੇ ਪੱਟੀ ਕਬੱਡੀ ਮਿੱਤਰੋ ਉਧਰ ਬਲੋ ਧੰਨਵਾਦ ਹੈ ਰਾਜਾ ਡਾਊਨ ਕੁਸ਼ਲ ਪੰਡਿਤ ਕਰਨ ਪਲਵਾਨ ਐਡਵੋਕੇਟ ਸਾਡੇ ਪੁਸ਼ਪਿੰਦਰ ਜੀ ਤੇ ਜਤਿੰਦਰ ਲਾਹੌਰੀਆ ਜੀ ਸੋਨਾ ਪਲਵਾਨ ਚੰਡੀਗੜ੍ਹ ਉਸਤਾਦ ਆ ਕੋਡੀ ਲਾਸਟ ਕੋਡੀ ਉਧਰ ਕੱਕੂ ਡਾਊਨ ਦਾ ਵੱਡਾ ਧੰਨਵਾਦ ਲਾਸਟ ਕਬੱਡੀ ਦਿਨੇਸ਼ ਕੰਗ ਵੱਡੇ ਭਰਾ ਲਓ 2000 ਦੀ ਆ ਕੁੰਜੀ ਕੁਸ਼ਲ ਪੰਡਿਤ ਦੀਆਂ ਕਮਾਈਆਂ ਯਾਰੀਆਂ ਬੋਲਦੀਆਂ ਮਿੱਤਰੋ 2000 2000 ਜਸ ਤੇ ਗੁਰੀ ਜੀ ਵੱਲੋਂ 500 ਰੁਪਈਆ ਜਿਹੜਾ ਉਹ ਲੱਗਾ ਸੀ ਕਿਰਪਾ ਕਰਕੇ ਉਦੋਂ ਜਿਹੜਾ ਘੋੜੇ ਨੂੰ ਜੱਫਾ ਪੈ ਗਿਆ ਸੀ ਉਹ 500 ਰੁਪਈਆ ਕਿਰਪਾ ਕਰਕੇ ਪੁੱਛਦਾ ਕਰਦੇ ਹੋ ਰਹੇ ਨੇ ਜਿੱਤਿਆ ਉਸਤਾਦਾ 2000 ਉਧਰ ਅੰਮ੍ਰਿਤ ਖਹਿਰਾ ਸਾਡਾ ਤੇ ਨਾਲ ਬਾਕੀ ਆਇਆ ਹੋਇਆ ਉਧਰ ਸਾਡੇ ਦੁਨੀਆਂ ਨੂੰ ਪਤਾ ਵੀ ਨਵਤੇਜ ਗੋਗੋ ਜੀ ਜਿਹੜੇ ਕਹਿੰਦੇ ਭਲਾਈ ਦੇ ਕੰਮ ਦਿਲੋਂ ਦਵਾਵਾ ਹੈ ਇਹ ਕੋਈ ਕੋਈ ਕਰਦਾ ਤੇ ਕੋਈ ਕੋਈ ਖੜਦਾ ਹੈ ਦਿਲੋਂ ਧੰਨਵਾਦ ਉਹਨਾਂ ਦਾ ਕਿਉਂਕਿ ਕੋਈ ਵੀਰ ਜਿਹੜਾ ਲੋੜਵੰਦ ਹੈ
जिहड़ा फ्री इलाज उत्थे कीता जांदा है। दिलों धन्नवाद है परमात्मा करोड़ां साल उम्र दे वी साडे वड्डे वीर नूं। उधर बागी शिंदे वाला पुजा है चरमन वड्डे भरा दा वड्डा धन्नवाद है जिस भरा दे वल्लों ग्राउंड की सेवा की गई है। सन्नी फतेहगढ़ चूड़ियां वाले वड्डे वड्डे भरा दा धन्नवाद है। गोपी साडा ठेरीवाल पिंड वाला आया है लाड जोल दा छोटा वीर है वड्डा धन्नवाद है। नाल हैप्पी महीने वाला भूके वाला वीर पुजा है वाला नाल सन्नी यूएसए किते जिम दी है सवावा वड्डे वीर ने हर एक नूं अपने भरावां वांग प्यार दिता है। उधर शंकरपुर के डीसी वड्डे वीर का वड्डा धन्नवाद है। शिंदे वाला बाकी आया होया है वाह ओए बाकी नंबरा नंबरा दा लेखा जोखा सुनियो तेरे चर्चे है नौजवाना बाबा दया सिंह जी कबड्डी क्लब सुर सिंह के नंबर ने 34 ते गुरदासपुर लाइन्स दे 32 वड्डी मुबारकबाद है मैडे वालिया। उधर सुर सिंह जेतू रही है मुबारक ने वड्डिया मुबारक वड्डा मेला होया रचीव पंडित वड्डे वीर का धन्नवाद। जस्सा अमन नंगल ते गुरी बसंत कोट उन्होंने बेनती है वीर जेड़े है वो 500 रुपये जरा पुजदा कर देंगे। इधरले पासे बेनती कर दिया भरावां नू उधर जिहड़े घोड़े उत्ते माया लगी सी वह पुजदी कर दौ भरा बन के उरे। उधर शिंदे वाला बाकी आया प्यार है साढ़े कुशल पंडित के नाल वड्डा आपां धन्नवाद करदे हैं। इधरले पासे जूनियर प्लेयर लकी ढडियाला नत उसका यूसर के नाल मान सम्मान होगा। लकी साडा वीर आवे उसका यूसर के नाल मान सम्मान होगा मेरे वीरू। इधरले पासे वीर साडे लवजीत आस्ट्रेलिया उस भरा वालों पहला नाम 61,000 दिता जाना है। वो छोटे वीर आए ने हरजिंदर जिंदा जी ऐश साडा वीर ते आकाश इन्हां भरावां दा वी धन्नवाद है। अज वड्डे माण मेरे वीरो लवजीत आस्ट्रेलिया उस भरा वालों पहला नाम 61,000 दिता जाएगा मेरे वीरो। ते ढडियाले नट वाले लखन दा अज 11,000 दे नाल वड्डा माण होवेगा मेरे वीरो वड्डा धन्नवाद है। उधर जिन्ने भी भरा पुजे सारे का धन्नवाद है। हैप्पी साडा मैने वाला मोकीपुड़ तो आया वड्डा धन्नवाद है। गोपी टेरीवाल लाड जोल का छोटा वीर है उस भरा का भी धन्नवाद आप करते हैं। उधर सारे वीर का सत्कार से धन्नवाद डीसी शंकरपुर बाकी भरावान का भरा है नाल जस्सा प्रतीक अमरू नंगल ते गुरी बसंत कोट उन्हां वल्लों घोड़े का 11,000 नाल सन्मान किया जाएगा। इन्हां भी घोड़े आ विशाल सन्मान करा दिओ। 7 जनवरी यादा फौजी अपने वीरां नाल मिलके वड्डा मेला जिहड़ा 7 दसंबर नूं फतेहगढ़ छन्ना दे विच होवेगा जिले बरनाले दे विच 7 दसंबर बैफटां नूं तुक तुक दित्ते जाणगे। साडे वीर सुनेहा लैके आए वड्डे भरा आओ साडा वड्डा वीर बल चलाड़ी उधर वड्डा धन्नवाद है मान सम्मान किया जाना है। उधर चेठूवाल का दारा वड्डा भरा है साडा लाइव जुड़िया होया है मुबारकबाद दे रहे बहुत वड्डा धन्नवाद। उधर हर कीर्त शंकरपुर बलजीत शंकरपुर ते गुरजंट साडा शंकरपुर इन्हां तिना भरावां दे वल्लों साडे ढडियाले नत दे लक्की का मान सम्मान जूसर दे नाल कीता जा रहा है। आपां वड्डे भरा का वड्डा धन्नवाद करते हैं। मालक तंदुरुस्तियां रखे सारे जौंदे वादे रहन। उधर नवतेज सिंह जी कुकू साडे बहुत सत्कार दे योग हस्ती है वड्डा नाम है सिख इतिहास दे विच वी गल्लां साडे भरा दीआं होंदीआं इसे तरह चढ़दी कला साडे भरा दी रहे। नवतेज सिंह जी कुकू वड्डा नाम भरा साडे ने मिहनत करके बनाया होया है। दीन दुखियां दी सेवा इन्हां दे होस्पिटल दे विच कीती जांदी है फ्री इलाज कीता जांदा है। विशाल जी लाइव वाला सद्दिओ लाइव वाला साडा वीर आवे कोले ही खड़ा है जी वड्डा धन्नवाद है वड्डे भरा जी वल्लों वड्डे मान सन्मान है। नवतेज सिंह जी कुकू वड्डे भरा जी का वड्डा धन्नवाद है। बहुत वड्डा नाम है सारे नूं पता है भी किदां 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 की होया सारे नूं पता है साडे गुगू साहब क्योंकि तुसां एक कमाई हुई चीज़ है ये कमाना पैंदा है खोया नहीं मिलती है कमानी पैंदी है ये वड्डे भरा जी होना यह चीज़ कमाई है। मालक किस तरह वड्डे भरा दी चढ़दी कला रखे चाहुंदा वादा वड्डा भरा साडा रहे। उधर विशेष तौर पर वड्डा धन्नवाद है। मैं बेनती करदा वीरे होर कई मान सम्मान रह गए तो आप कर लीए नाल दी नाल
ਸਤਿਕਾਰ ਤੇ ਚੜ੍ਹਦੀ ਕਲਾ ਜਾਉਂਦੇ ਰਹੋ ਸਾਡੇ ਨਵਤੇਜ ਸਿੰਘ ਜੀ ਗੁੱਗੂ ਡਾਊਨ ਸਾਹਿਬ ਜਿਨ੍ਹਾਂ ਕਹਿੰਦੇ ਲੋਕ ਭਲਾਈ ਦੀ ਬਹੁਤ ਸੇਵਾ ਕੀਤੀ ਹੈ ਅਜੇ ਵੀ ਕਰ ਰਹੇ ਨੇ ਸੋ ਉਹਨਾਂ ਦਾ ਧੰਨਵਾਦ ਹੈ ਇੱਥੇ ਪੁੱਜਣ 'ਤੇ ਸਾਡੇ ਨਵਤੇਜ ਸਿੰਘ ਜੀ ਗੁੱਗੂ ਡਾਊਨ ਜੀ ਸਾਡੇ ਦਰਮਿਆਨ ਆਏ ਨੇ ਬਹੁਤ ਵੱਡੇ ਮਾਣ ਹੈ ਬਹੁਤ ਵੱਡੇ ਸਨਮਾਨ ਹੈ ਅੱਜ ਸਾਡੀ ਖੇਡ ਕਬੱਡੀ ਵਾਸਤੇ ਇਹ ਵੱਡੇ ਮਾਣ ਸਨਮਾਨ ਮੇਰੇ ਵੀਰੋ ਅੱਜ ਕੀਤੇ ਜਾ ਰਹੇ ਹੈ ਸਾਡੇ ਹਾਂ ਸਾਡੇ ਨਵਤੇਜ ਸਿੰਘ ਜੀ ਗੁੱਗੂ ਡਾਊਨ ਸਾਹਿਬ ਜਿਨ੍ਹਾਂ ਨੇ ਕਹਿੰਦੇ ਅੱਜ ਮੇਰੇ ਵੀਰੋ ਅੱਜ ਵੱਡੀ ਹਾਜ਼ਰੀ ਭਰੀ ਹੈ ਅਭੀ ਬਾਕੀ ਸਿਆਂ ਚੌਂਦਰ ਹੈ ਚੌਂਦਰ ਹੈ ਬਾਕੀ ਛਿੰਦੇ ਵਾਲਾ ਬਾਕੀ ਛਿੰਦੇ ਵਾਲਾ ਹੱਥ ਦੀ ਦਾ ਮੁੰਡੇ ਦਾ ਆਹ ਕਮਾਉਣਾ ਪੈਂਦਾ ਬਾਕੀ ਵੀਰੇ ਜਿਹੜੀ ਸ਼ੈ ਕਮਾਲੀ ਹੈ ਆਹ ਕਮਾਉਣਾ ਪੈਂਦਾ ਵੱਡਿਆ ਵੀਰਾ ਜੋ ਤੁਹਾਡੇ ਹਿੱਸੇ ਬਾਬੇ ਨੇ ਲੈ ਆਉਂਦਾ ਹੈ ਇਹ ਤੁਹਾਨੂੰ ਕਮਾਉਣਾ ਪੈਂਦਾ ਹੈ ਇਹ ਕਮਾਇਆ ਹੈ ਭਰਾ ਸਾਡੇ ਨੇ ਗਾਣੇ ਚੱਲੇ ਹੈ ਮਿਹਨਤਾਂ ਕੀਤੀਆਂ ਤੇ ਤਾਂ ਚੱਲੇ ਹੈ ਬਈ ਰਾਹ ਤਾਂ ਦੇ ਦੋ ਮਿੰਟ ਕੋਲ ਸੁਣ ਵੀ ਲਈਏ ਕੁਝ ਭਰਾ ਆਪਣੇ ਤੋਂ ਐ ਨਾ ਕੱਢ ਦਈਏ ਬਈ ਲਵਾਲੀਏ ਦੋ ਮਿੰਟ ਭਰਾ ਆਇਆ ਅੱਜ ਉਧਰਲੇ ਪਾਸੇ ਆ ਜੀ ਬਈ ਰਾਹ ਤਾਂ ਦੇ ਦੋ ਯਾਰ ਐ ਨਾ ਕਰੋ ਉਹ ਸਾਈਡ ਹੋ ਜਾਓ ਵੀਰ ਸਾਈਡ ਬਈ ਰਾਹ ਦਿਓ ਰਾਹ ਦਿਓ ਭਰਾ ਬਣ ਕੇ ਰਾਹ ਦਿਓ ਹੈਲੋ ਹੈਲੋ ਉਹ ਮੇਰਾ ਵੀਰ ਭੇਜਦੀ ਹੈ ਨਹੀਂ ਤੇ ਪਿੱਛੇ ਉਹਨਾਂ ਦੇ ਪਿੱਛੇ ਹੋ ਜਾਓ ਯਾਰ ਇੱਕ ਮਿੰਟ ਨਾਮ ਤੇ ਮੰਡਣ ਦਾ ਪਹਿਲੇ ਪ੍ਰਾਈਜ਼ ਜਗ੍ਹਾ ਦਿਓ ਮੇਰਾ ਵੀਰ ਪਿੱਛੇ ਪਿੱਛੇ ਹੋ ਜਾਓ ਉਹ ਨਹੀਂ ਤੇ ਵੀਰ ਚੱਲ ਜੂ ਕੋਈ ਫਾਇਦਾ ਆ ਕਿਉਂ ਖਰਾਬ ਕਰਨ ਡੇ ਜੋ ਖੁੱਲੇ ਖੁੱਲੇ ਹੋ ਜਾਓ ਵੀ ਖੁੱਲੇ ਖੁੱਲੇ ਹੋ ਜਾਓ ਪਿੱਛੇ ਹੋ ਜਾਓ ਮੇਰਾ ਵੀਰ ਸਾਰੇ ਪਿੱਛੇ ਹੋ ਜਾਓ ਪਿੱਛੇ ਉਹ ਕਰ ਦਿੰਦੇ ਖੁੱਲਾ ਹੀ ਆ ਖੁੱਲਾ ਹੀ ਆ ਮੁੰਡੇ ਪਹਿਲਾਂ ਪ੍ਰਾਈਜ ਲਗਨ ਵੀਰ ਲਿਆ ਮੁੰਡੇ ਪਹਿਲਾਂ ਪ੍ਰਾਈਜ ਲਿਆ ਯਾਰ ਚੱਲ ਵੀਰ ਇੱਕ ਗਾਣਾ ਛੁੱਟੀ ਕਰ ਦੇ ਫਤਿਹ ਦੀ ਸਾਂਝ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਆਉਣ ਵਾਲੇ ਗਾਣੇ ਦੀਆਂ ਚਾਰ ਕਲੈਣਾ ਬੋਲਦੀ ਹੈ ਅਗਲੇ ਦਿਨ ਭਾਵੇਂ ਪਰਚਾ ਹੋ ਜੇ ਓਏ ਸ਼ਹਿਰ ਅੰਬਰਸਰ ਦਾ ਆ ਗੱਭਰੂ ਪੱਕਾ ਜੇਲ੍ਹ ਵਿੱਚ ਡੇਰਾ ਨੀ ਉਮਰ ਕੈਦ ਬੋਲੀ ਚੋਬਰ ਨੂੰ ਡੱਕ ਕੇ ਰੱਖੂ ਕਿਹੜਾ ਪੰਜ ਸੱਤ ਕਤਲਾਂ ਦੇ ਕੇਸ ਬੋਲਦੇ ਆ ਦਿਲ ਵਿੱਚ ਭੋਰਾ ਡਰ ਨੀ ਤੂੰ ਧੁੰਦਾ ਪੈ ਲੈਣ ਦੇ ਜੇਲ ਬਰੇਕ ਆ ਕਰਨੀ ਨੀ ਧੁੰਦਾ ਪੈ ਲੈਣ ਦੇ ਓ ਜੇਲ ਬਰੇਕ ਆ ਕਰਨੀ ਨੀ ਧੁੰਦਾ ਪੈ ਲੈਣ ਦੇ ਸੋ ਆਪਣੇ ਭਰਾਵਾਂ ਦੇ ਸੱਦੇ ਤੇ ਆਇਆ ਜੁਗ ਜੁਗ ਜਿਉਂਦੇ ਰਹਿਣ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਰਹਿਣ ਕੁਸ਼ਲ ਸਾਹਿਬ ਤੇ ਸਾਡਾ ਭਰਾ ਅੰਮ੍ਰਿਤ ਖਹਿਰਾ ਸੰਨੀ ਬਾਜਵਾ ਨਵ ਤੁਗਲਵਾਲ ਤੋਂ ਮੇਰਾ ਭਰਾ ਤੇ ਕੁਸ਼ਲ ਸਾਹਿਬ ਜਿਉਂਦੇ ਵਸਦੇ ਰਹੋ ਹੋਰ ਵੀ ਬਹੁਤ ਸਾਰੇ ਭਰਾ ਜਿਉਂਦੇ ਵਸਦੇ ਰਹੋ ਤੇ ਸਾਡਾ ਸਤਿਕਾਰਯੋਗ ਵੱਡਾ ਭਰਾ ਨਵਤੇਜ ਗੁੱਗੂ ਵਾਹਿਗੁਰੂ ਵੀਰ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਉਹ ਕੁੱਖਾਂ ਸਲਾਮਤ ਰਹਿਣ ਜਿਨ੍ਹਾਂ ਦੀਆਂ ਕੁੱਖਾਂ 'ਚੋਂ ਇਹੋ ਜਿਹੇ ਯੋਧੇ ਸੂਰਬੀਰ ਪੈਦਾ ਹੁੰਦੇ ਆ ਸਮਾਜ ਦੀ ਸੇਵਾ ਕਰਨ ਵਾਲੇ ਵਾਹਿਗੁਰੂ ਸਾਡੇ ਭਰਾ ਨੂੰ ਚੜ੍ਹਦੀਆਂ ਕਲਾ 'ਚ ਰੱਖੇ ਤੇ ਸਾਡੀ ਵੀ ਉਮਰ ਲਾਵੇ ਜਿਉਂਦਾ ਵਸਦਾ ਰਹੇ ਵੱਡੇ ਭਾਈ ਮੈਂ ਸ਼ਬਦ ਹੀ ਬੋਲਣਾ ਜੋ ਮਨ ਕਰਦਾ ਬੋਲਾ ਚੋਟਾ ਕੋਈ ਗੱਲ
मैं शोभा सुन के आया उच्चा दर बाबे नानक दा उच्चा दर बाबे नानक दा उच्चे पार बेअंत स्वामी उच्चे पार बेअंत स्वामी कौन जने गुण तेरे उच्चा दर बाबे नानक दा मैं शोभा सुन के आया उच्चा दर बाबे नानक दा लव यू भरा जिंदा वसदा रह साडी इस वीर नू एक मिनट बाहर कढ दिओ मेरा भरा बन के सट ना लग जाए वीर नू बाहर कढ दिओ जतिंदर आकाश ते कुशल साडा भरा करन कुशल चेते कर ले मार दी सी उदों चीकानी नक नाल कढवाइया तेरिया लीकानी नाम ता चेते होना पिंडरां वाले दा नी एक वारी जिने तैनू वक्त सी पा दिता हा साडा अफसर तीर वाला सरकार नी जिने तेरा सारा तख्त हिला दिता वाहेगुरु जी का खालसा श्री वाहेगुरु जी की फतेह हेलो चलो जो पहुंचो फिर चलाओ एक मिनट आ गया गुगू वीर अपना नंबर आई देने सारे नु जाना नहीं अच्छा 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 कोई ओ मैं मेहनत की थी कोई तुक्का नहीं लाया एक पढ़ के पत्थरां दी मैं अगे आया हां ओ जी ओ एक वीर इथे आई कहंदा गाना बोलना खोखरा वाला वीर ही एक कहंदा मैं सोंग बोलना आयो अगे हैप्पी वीर इधर आ यार इधर आओ तो मेरा लखनवीर लखनवीर चाली किलो वाले नाम लिया ना अपने वड्डिया टीम इंटरनेशनल कुड़िया नू देता जो वीर शंकरपुर दा हेलो लखनवीर करिए अपा मान सम्मान इन्हां मुंडिया दे तोरीए अपा भरावां सारयां नू हो नव्या दी कर दित्ती बंद भरती पुराने भी कई लिस्टां चो कड्डे होया तू जिन्ना दे सिरां ते फिरे छाला मारदा सारे परख परख के मैं छड्डे होया
हाथ नहीं ओजे मोडे तक पुजदा हाथ नहीं ओजे मोडे तक पुजदा ते फिर दिया हाथ गलवे नू पाण नू ओ साडे नाल रह गए जड़े खड़े होए आज सानू ही आ साले फिर दे दबाण नू ओ साडे नाल रह गए जड़े खड़े होए आज सानू ही आ साले फिर दे बठाण नू ओ सुने अपने कन्ना ना साजिशां वे कर दे किथे घेरिए गले नू सी सलाहां कर दे दामे अपने पतालुआं च है नी जिन्ना दे ਐਵੇਂ ਗੈਰਾਂ ਦੀਆਂ ਉਂਗਲਾਂ ਤੇ ਰਹਿੰਦੇ ਚੜਦੇ ਜਦੋਂ ਜਿੱਥੇ ਮਰਜ਼ੀ ਹੋ ਆ ਕੇ ਟੱਕਰੋ ਮੈਂ ਵੀ ਰੱਖਿਆ ਨੀ ਬੱਤੀ ਬੋਰ ਧਾਰਾਂ ਚੋਣ ਨੂੰ ਉਹ ਸਾਡੇ ਨਾਲ ਰਹਿ ਕੇ ਜੜੇ ਖੜੇ ਹੋਏ ਅੱਜ ਸਾਨੂੰ ਹੀ ਆ ਸਾਲੇ ਫਿਰਦੇ ਬਿਠਾਉਣ ਨੂੰ ਉਹ ਸਾਡੇ ਨਾਲ ਰਹਿ ਕੇ ਜੜੇ ਖੜੇ ਹੋਏ ਅੱਜ ਸਾਨੂੰ ਹੀ ਆ ਸਾਲੇ ਫਿਰਦੇ ਬਿਠਾਉਣ ਨੂੰ ਉਹ ਨਾਮ ਮਣੀ ਸੰਧੂ ਪਿੰਡ ਸ਼ੰਕਰਪੁਰ ਆਖਦੇ ਕੱਲ ਦੇ ਜਵਾਕ ਟੇਡਾ ਟੇਡਾ ਚਾਕਦੇ ਸਾਧਪਣਾ ਵੇਖ ਕੇ ਨਾ ਸਿਰ ਤੇ ਚੜੀ ਅੱਗ ਦੱਬੀ ਹੁੰਦੀ ਆ ਓਏ ਥੱਲੇ ਰੱਖਦੇ ਅਣਖੀ ਹੀ ਲਿਖਦਾ ਤੇ ਗਾਵਾਂ ਮੁੱਢ ਤੋਂ ਅਣਖੀ ਹੀ ਲਿਖਦਾ ਤੇ ਗਾਵਾਂ ਮੁੱਢ ਤੋਂ ਚਸਕਾ ਨੀ ਪਾਇਆ ਲੱਕ ਜਾ ਹਲਾਉਣ ਨੂੰ ਉਹ ਸਾਡੇ ਨਾਲ ਰਹਿ ਕੇ ਜਿਹੜੇ ਖੜੇ ਹੋਏ ਅੱਜ ਸਾਨੂੰ ਹੀ ਆ ਸਾਲੇ ਫਿਰਦੇ ਬਿਠਾਉਣ ਨੂੰ ਸਾਡੇ ਨਾਲ ਰਹਿ ਕੇ ਜਿਹੜੇ ਖੜੇ ਹੋਏ ਅੱਜ ਸਾਨੂੰ ਹੀ ਆ ਸਾਲੇ ਫਿਰਦੇ ਬਿਠਾਉਣ ਨੂੰ ਬਹੁਤ ਹੀ ਵਧੀਆ ਵੀਰ ਨੇ ਗਾਣਾ ਗਾਇਆ ਹੈਪੀ ਵੀਰ ਆਇਓ ਗੁੱਗੂ ਵੀਰ ਸਨਮਾਨਿਤ ਕਰਿਓ ਹੈਪੀ ਵੀਰ ਹੈਪੀ ਵੀਰ ਸਾਡਾ ਮੋਗੇ ਤੋਂ ਬੜਾ ਇੱਕ ਕਬੱਡੀ ਦਾ ਪ੍ਰਮੋਟਰ ਆ ਹੈਪੀ ਵੀਰ ਆਇਓ ਅਮਨਦੀਪ ਬਟਾਲਾ ਅਮਨ ਵੀਰ ਸਾਡਾ ਪ੍ਰੈਸ ਰਿਪੋਰਟਰ ਭਰਾ ਵੱਡਾ ਬਟਾਲੇ ਤੋਂ ਦੋ ਤੁਸੀਂ ਕੋਈ ਨੀ ਤੁਸੀਂ ਦੇ ਤੀਕੂ ਗੱਲ ਆਓ ਅੰਕਲ ਜੀ ਆਓ ਇੱਧਰ ਟੱਕਰ ਸਾਹਿਬ ਬਿੱਲੇ ਵੀਰ ਆ ਜਾ ਇੱਧਰ ਕੁਸ਼ਲ ਵੀਰ ਆਪਾਂ ਪਲੇਅਰ ਵੀ ਬੜੇ ਦੂਰੋਂ ਆਏ ਉਹਨਾਂ ਨੂੰ ਤੋਰੀਏ ਮੇਰਾ ਭਰਾ ਬਣ ਕੇ ਸਨਮਾਨ ਦਈਏ ਉਹਨਾਂ ਨੂੰ ਬਈ ਭਲਵਾਨ ਆ ਜਾਣਾ ਬਿੱਲੇ ਭਲਵਾਨ ਦਈ ਆਵਾਜ਼ ਆਪਾਂ ਬਿੱਲਾ ਚੌਲ ਵੱਡਾ ਵੀਰ ਹੈ ਮਾਲਕ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਭਰਾਵਾਂ ਨੂੰ ਸਨਮਾਨ ਕਰਿਓ ਟੱਕਰ ਸਾਹਿਬ ਆਓ ਇੱਧਰ ਅਨਮ ਦੇ ਜੀ ਇਹ ਆਪਣੇ ਮਾਸੜ ਜੀ ਟੱਕਰ ਸਾਹਿਬ ਸਿੱਧੀ ਕਰੋ ਜੀ ਵੇਖਿਓ ਭਾਜੀ ਜਾਓ ਟਰੋਫੀਆਂ ਲਿਆਓ ਸ਼ੂਟਰ ਇੱਥੇ ਹੀ ਆ ਨਾ ਇੱਥੇ ਰੱਖ ਗਏ ਜਾਨ ਨਾਲ ਦੀ ਸ਼ੂਟਰ ਆ ਗਏ ਵੱਡੀਆਂ ਵੀ ਲਿਆਓ ਟਰੋਫੀਆਂ 40 ਕਿਲੋ ਆਓ 40 ਕਿਲੋ ਭਾਰ ਵਾਲੇ ਜਿਹੜੇ ਬੱਚੇ ਆਪਣਾ ਨਾਮ ਲੈ ਜਾਣ ਵੀ ਆਣ ਕੇ ਲਖਨੇ ਵੀਰ ਟਰੋਫੀਆਂ ਵੀ ਲਿਆ ਇਹਨਾਂ ਦੀਆਂ ਵਿੱਕੀ ਵੀਰ ਟਰੋਫੀਆਂ ਵੀ ਲੈ ਕੇ ਜਾਣੀ 70 ਕਿਲੋ ਵਾਲਿਆਂ ਦੀ ਬੱਚਿਆਂ ਵਾਲੀਆਂ ਦੂਜੀਆਂ ਨੀ ਢਡਿਆਲਾ ਨਾ ਤੇ ਰਿਆਲੀ ਦੀ ਟੀਮ ਬਿੱਲੇ ਵੀਰ ਆਪ ਦੇਤਾ ਆਪ ਪੈਸੇ ਭਰੋ ਫਿਰ ਅਸੇ ਚਲੋ ਚਲੋ ਵਿਸ਼ਾਲ ਵੀਰ ਲੱਭਣ ਨੀ ਡਿਆ ਮੈਂ ਦੱਸ ਕੀ ਕਰਾਂ ਆਹ 40 ਕਿਲੋ ਵਾਲੇ ਫਸਟ ਸਰ ਆਹ ਫਸਟ ਵਿਸ਼ਾਲ ਵੀਰ ਇੱਧਰ ਆ ਤਰੀ ਜਾਓ ਤੁਸੀਂ ਵੀ ਆਉਣ ਉਧਰੋਂ ਮੈਂ ਦੱਸ ਹੈਲੋ ਉਧਰ 40 ਕਿਲੋ ਭਾਰ ਵਰਗ ਦੀਆਂ ਟੀਮਾਂ ਦਾ ਮਾਣ ਸਨਮਾਨ ਕੀਤਾ ਜਾ ਰਿਹਾ ਵੱਡਾ ਧੰਨਵਾਦ ਹੈ ਕੁਸ਼ਲ ਪੰਡਿਤ ਮਾਖੜ ਕਬੱਡੀ ਦੇ ਵਿੱਚ ਭਰਾ ਨੇ ਵੱਡਾ ਯੋਗਦਾਨ ਦਿੱਤਾ ਅੱਜ ਆਪਾਂ ਵੱਡਾ ਧੰਨਵਾਦ ਕਰਦੇ ਬਿੱਲੇ ਚੌਲ ਹੋਣਾ ਦੇ ਨਾਲ ਪਿਆਰ ਹੈ ਤੇ ਜਿਨ੍ਹਾਂ ਦੇ ਬਿੱਲਾ ਜਿਨ੍ਹਾਂ ਦਾ ਪਿਆਰ ਬਿੱਲੇ ਚੌਲ ਹੋਣਾ ਨਾਲ ਫਿਰ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਫਿਰ ਚੜ੍ਹਦੀ ਕਲਾਈ ਹੈ ਬਾਬਾ ਮੇਰਾ ਰੱਖੇ 70 ਕਿਲੋ ਵਾਲੀਆਂ 70 ਕਿਲੋ ਭਾਰ ਵਰਗ ਵਾਲੇ ਆ ਜਾਣ ਜੀ 70 ਕਿਲੋ ਭਾਰ ਵਰਗ ਵਾਲੇ 70 ਕਿਲੋ ਵਾਲੀਆਂ ਦੇਤੀ ਟਰੋਫੀ 70 ਕਿਲੋ ਭਾਰ ਵਰਗ 40 ਕਿਲੋ ਸੈਕਿੰਡ ਦੀ ਸ਼ੀਟਾਂ ਲਿਆ 70 ਕਿਲੋ ਨੂੰ ਦੇਣੀਆਂ ਜਿਹੜੀਆਂ ਸਰਪੰਚ ਸਾਹਿਬ ਇੱਧਰ ਆਓ ਸ਼ਿੰਦਾ ਸਰਪੰਚ ਜੋਲ ਨਗਰ ਇਹ ਸੈਕਿੰਡ ਪ੍ਰਾਈਜ਼ ਹੈ ਵੀਰੋ ਵੱਡਾ ਧੰਨਵਾਦ ਹੈ ਸੈਕਿੰਡ ਪ੍ਰਾਈਜ਼ ਲਿਆ ਬਲਪੁਰ ਵਾਲੇ ਘੁੱਗੀ ਦਾ ਭਤੀਜਾ ਰੋਵਣ ਰੋਵਣ ਓਕੇ ਰਿਪੋਰਟਾਂ ਬਹਿਓ ਬਹਿਓ ਯਾਰ ਭਰਾ ਬਣ ਕੇ ਰੌਲੇ ਜਿਹੇ ਚ ਲੰਘਾਤਾ ਕੰਮ ਦੋਹਾਂ ਮੇਲਾ ਬੜਾ ਚੁੱਟੀ ਦਾ ਬਹੁ ਬਹੁ
तेरा थोड़ा जा खोली आप मेला बड़ा तकड़ा है सो बाबा तंदुरुस्ती रखे पर कबड्डी फोकस करिए आप हाथ लाओ सारे 70 किलो की ट्रॉफी वड्या 70 किलो की डेवल आप तू खुले हो वीर सोरी डेवल आप दस भाई ए ना करो यार 70 किलो थोड़ा थोड़ा पिछे हो जी आप उधर सोनू पट्टी वीर का धन्यवाद है जिहड़े बाउंसर ग्रुप लगा होया वीर का धन्यवाद 70 किलो वाली दोवें टीमां भी की सरना मनी धौलपुर से विक्की वडाला बांगर अज सेवावां दे रहा साढ़े सोनू पट्टी वीर का धन्यवाद है बहुत वधिया बाउंसर दी सेवावां दिंदे ने वीर संपर्क करिया करो इन्हां दे नाल हरेक मौके दे उत्ते ए कुड़िया दी विकीर फर ਵਕੀਰ ਫਰ ਬਹਿ ਜਾਓ ਵੀਰ ਥੱਲੇ ਵੀਰ ਬਹੁਤ ਥੱਲੇ ਬਹੁਤ ਖਿਡਾਰੀ ਥੱਲੇ ਬਹੁਤ ਮੇਰਾ ਵੀਰ ਪਿੱਲੇ ਵੀਰ ਆਦਮੀ ਖੁੱਲਾ ਹੋ ਜਾਓ ਵੀਰ ਸਰਪੰਚ ਸਾਹਿਬ ਆਓ ਤੁਸੀਂ ਵੀ ਸਰਪੰਚ ਨੂੰ ਵੀ ਆਉਣ ਦਿਓ ਆਓ ਸਰਪੰਚ ਹਾਂਜੀ ਫਸਟ ਬਣਾਈ ਜਾਓ ਬਹਿ ਜਾ ਵੀਰ ਇੱਕ ਮਿੰਟ ਬਹਿ ਜਾ ਵੀਰ ਤੂੰ ਵੀ ਬਹਿ ਮੇਰੀ ਅੱਖ ਇੱਧਰ 70 ਕਿਲੋ ਭਾਰ ਵਰਗ ਦੀਆਂ ਟੀਮਾਂ फर्स्ट टीम रही है उदा मान सम्मान किया गया सैकंड टीम संदोए वाली सरकार कबड्डी क्लब पठानकोट सत्ते कैनेडा दी स्पॉन्सर टीम है अपना नाम ले जे लगनवीर गुड़िया दी दोवें टीम लवा गए लवा गए लवा गए सैकंड प्राइज बहुत धन्यवाद है ਸੋਦੋਏ ਵਾਲੀ ਸਰਕਾਰ ਕਬੱਡੀ ਕਲੱਬ ਪਠਾਨਕੋਟ ਦੀ ਟੀਮ ਰਨਰ ਅਪ ਟੀਮ ਹੈ ਉਹਦਾ ਸਨਮਾਨ ਕੀਤਾ ਜਾ ਰਿਹਾ ਸੱਤੇ ਕੈਨੇਡਾ ਜੀ ਭਰਾ ਸਾਡੇ ਪ੍ਰਮੋਟ ਕਰਦੇ ਇਸ ਟੀਮ ਨੂੰ ਰੂਟਾਵੀਟਰ ਵੀਰ ਇਹ ਸਨਮਾਨ ਲੈ ਲਵੇਗਾ ਜਿਹੜਾ ਬੜਾ ਤਕੜਾ ਸ਼ੋਅ ਮੈਚ ਕਰਵਾਇਆ ਗਿਆ ਦਰਮਿਆਨ ਕੁੜੀਆਂ ਵਾਲੀਆਂ ਟਰੋਫੀ ਵਾਲੇ ਸਾਡੇ ਵੱਲ ਆਜੋ ਆਜੋ ਭਰਾ ਬਣ ਕੇ ਵੀਰੇ ਛੇਤੀ ਤੋਰੀਏ ਆਪਾਂ ਵੀਰੇ ਵਿੱਕੀ ਵਿਸ਼ਾਲ ਗਿੱਲ ਵੀਰ ਦਾ ਵੀ ਧੰਨਵਾਦ ਹੈ ਵੱਡੀਆਂ ਸੇਵਾਵਾਂ ਨਿਭਾਈਆਂ ਕੁਸ਼ਲ ਪੰਡਿਤ ਵੀਰ ਨਾਲ ਪਿਆਰ ਹੈ ਵਿਸ਼ਾਲ ਗਿੱਲ ਹੁਣ ਦਾ ਇਹ ਕੁੜੀਆਂ ਦੀਆਂ ਟੀਮਾਂ ਦਾ ਸਨਮਾਨ ਕੀਤਾ ਗਿਆ ਬੜਾ ਧੰਨਵਾਦ ਹੈ ਰੂਟਾਵੀਟਰ ਵੀਰ ਹੈ ਸਾਡਾ ਜਿਹਦਾ ਪਿਆਰ ਹੈ ਸਾਡੇ ਵੱਡੇ ਭਰਾ ਲਾਡ ਚੌਲ ਦੇ ਨਾਲ ਉਹ ਐਸ਼ ਮੁੰਡਿਆਂ ਦਾ ਪਹਿਲਾਂ ਨਾਮ ਤੇਰੇ ਕੋਲ ਐਸ਼ ਕਿੱਥੇ ਇੱਧਰ ਆ ਪੁੱਤ ਮੁੰਡੇ ਪਹਿਲੇ ਨੰਬਰ ਵਾਲੇ ਸ਼ੀਲਡ ਬਰਾ ਕਰਨ ਕੁੜੀਆਂ ਦੇ ਦੋਵੇਂ ਕੱਪ ਰੂਟਾਵੀਟਰ ਵੀਰ ਨੂੰ ਦੇ ਦਿੱਤੇ ਗਏ ਹੈ ਗੁਰਦਾਸਪੁਰ ਲਾਈਨ ਟੀਮ ਜਿਹੜੀ ਫਸਟ ਆਈ ਆ ਉਧਰ ਜਿਹੜੀ ਟੀਮ ਫਸਟ ਆਈ ਆ ਕਿਹੜੀ ਟੀਮ ਫਸਟ ਆਈ ਖੁੱਲੇ ਹੋ ਜਾਓ ਯਾਰ ਖੁੱਲੇ ਹੋ ਜਾਓ ਥੋੜੇ ਬਈ ਮੈਂ ਉਧਰ ਜੱਗਾ ਮੈਕਸੀਕੋ ਵੱਡੇ ਭਰਾ ਦਾ ਵੱਡਾ ਧੰਨਵਾਦ ਹੈ ਗੱਗੂ ਵੀਰ ਦਾ ਧੰਨਵਾਦ ਹੈ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਮੈਕਸੀਕੋ ਵਾਲਾ ਜੱਗਾ ਸਾਡਾ ਨਾਲ ਮੋਤੀ ਸਾਡਾ ਠੀਰੀਵਾਲ ਵੱਡਾ ਧੰਨਵਾਦ ਹੈ 61000 ਰੁਪਿਆ ਬਾਬਾ ਦਇਆ ਸਿੰਘ ਜੀ ਕਬੱਡੀ ਕਲੱਬ ਸੁਖਸਿੰਘ ਅੱਜ ਦੇ ਮੈਚ ਦੀ ਜੇਤੂ ਟੀਮ ਹੋਈ ਹੈ ਪਹਿਲਾ ਪ੍ਰਾਈਜ਼ ਸਾਡੇ ਲਵ ਭਰਾ ਦੇ ਵੱਲੋਂ ਆਸਟ੍ਰੇਲੀਆ ਵਾਲਾ ਲਵਜੀਤ ਸਾਡਾ ਉਸ ਭਰਾ ਦੇ ਵੱਲੋਂ ਨੱਥਾ ਸੋ ਦੇ ਪੁੱਤ ਦੇ ਵੱਲੋਂ ਅੱਜ ਪਹਿਲਾ ਪ੍ਰਾਈਜ਼ ਦਿੱਤਾ ਗਿਆ ਆਪਾਂ ਦੂਜਾ ਪ੍ਰਾਈਜ਼ ਰਨਰ ਅਪ ਟੀਮ ਚੰਨੀ ਸਾਹਿਬ ਰਾਇਓ ਚੱਕਾ ਚੱਕਾ ਅਲਗੋ ਕੋਠੀ ਵਾਲਾ ਵਾਹ ਓਏ ਚੱਕੇ ਚੱਕਾ ਅਲਗੋਂ ਕੋਠੀ ਬਿੱਲਾ ਚੌਲ ਸਾਡੇ ਵੀਰ ਆਏ ਹੋਏ ਹੈ ਰੋਇਲ ਸਪੋਰਟਸ ਕਲੱਬ ਬੈਲਜੀਅਮ ਵੱਲੋਂ ਖੇਡੇ ਅਤੇ ਚਰਚੇ ਕਰਵਾਏ ਯੂਰਪ ਦੇ ਵਿੱਚ ਰਿੰਕੂ ਸਮਰਾ ਜੀ ਸੋਨੀ ਪੱਠਲਾ ਵੱਡੇ ਭਰਾ ਮਾਨ ਇਹਨਾਂ ਮੁੰਡਿਆਂ ਦੇ ਕਰਦੇ ਹੈ ਜਸਿਆ ਵੀਰ ਅਮੋ ਲੰਗਲ ਵਾਲਾ ਆਪਣਾ ਭਰਾ ₹51000 ਸੈਕਿੰਡ ਟੀਮ ਨੂੰ ਸੈਕਿੰਡ ਪ੍ਰਾਈਜ਼ 51000 ਦਾ ਕੀ ਦਿੱਤਾ ਗਿਆ ਸ਼ੰਕਰਪੁਰ ਦੇ ਵੱਡੇ ਖੇਡ ਮੇਲੇ ਦਾ ਬਹੁਤ ਵੱਡਾ ਧੰਨਵਾਦ ਹੈ ਕਰਨ ਜੱਗੇ ਵੀਰ ਇੱਧਰ ਆ ਖਲੋ ਤੂੰ ਇੱਧਰ ਖਲੋ ਜੱਸੇ ਜੱਸੇ ਵੀਰ ਅਮੋ ਨੰਗਲ ਦਾ ਸਨਮਾਨ ਅਮੋ ਨੰਗਲ ਦੇ ਜੱਸੇ ਦਾ ਸਨਮਾਨ ਕੀਤਾ ਜਾ ਰਿਹਾ ਜਿਹਦਾ ਪਿਆਰ ਹੈ ਸਾਡੇ ਕੁਸ਼ਲ ਪੰਡਿਤ ਦੇ ਨਾਲ ਕੁਸ਼ਲ ਭਰਾ ਇਹਨਾਂ ਦੇ ਮਾਣ ਕਰਦਾ ਹੈ ਤੇ ਅੱਧੇ ਬੋਲ ਤੇ ਭਰਾ ਆਣ ਕੇ ਖੜਦੇ ਆ ਸਾਡੇ ਕੁਸ਼ਲ ਵੀਰ ਦੇ ਨਾਲ ਬਹੁਤ ਧੰਨਵਾਦ ਹੈ ਅਮੋ ਨੰਗਲ ਦੇ ਜੱਸੇ ਵੱਲੋਂ ਰਮਦਾਸ ਵਾਲੇ ਵੱਡੇ ਘੋੜੇ ਦਾ ਸਨਮਾਨ ਵੱਡੇ ਕੱਪ ਦੇ ਨਾਲ ਤੇ ਨਾਲ
11,000 की नकदी राशि के नाल 22 नोट ने 500 दे साडे गुगू वड्डे भराई दे वल्लों तेज सिंह जी गुगू उन्हां दे वल्लों उन्हां दे शुभ हत्थां तों सन्मान करवाया जा रहा है। बहुत धन्यवाद जी। उधर विशेष सम्मान किए जा रहे हैं लवली लवली वीर बाईपास डेविड शूटर डेविड वीर भी आज संपर्क करे साडे कुशल पिंड दे नाल। उधर कीतू जोड़ा सिंह कीतू जोड़ा सिंह वीर भी आ जाए। उधर चक्का मैक्सीको नाल वड्डा वीर साडा गग्गू ते नाल मोती ढेरी वाल इन्हां वड्डिआं भरावां दा वड्डा धन्नवाद है चक्का मैक्सीको वाला वाहिगुरू जी रखे भरा नूं। कीतू साडा जोड़े सिंह पिंड वाला उस वीर का सन्मान किया जा रहा बड़ा वड्डा धन्नवाद है जोड़े सिंह पिंड वाला साडा कीतू वीर। बाकी भी लैओ सारिया मार्टिन वीर सिकंदर वीर राजा डोन वालों करन करन लियाओ शूट लखन वीर आप उस्ताद नु तोरी दविंदर शूटर दूजी भी लिया मार्टिन आओ आओ भाजी तुम करो सिकंदर तू इधर आ दविंदर शूटर तेन घर देख लो यार तू घर फिर भी आओ मामा जी सिकंदर भाजी साडा पराचे वाला वीर है बड़ा धन्नवाद है वीर का मालेवाल पिंड गलिया हुई है तंदुरुस्तियां रखे बाबा लड्डे मुंडे वाला विजय प्रभाकर जी अवतार वीर बड़ा धन्नवाद विजय प्रभाकर जी अवतार वीर जी उन्होंने भी सन्मान किया जाना है बड़ा धन्नवाद है। मोती वीर लवली वीर आयो हीरा अवतार वीर दिलबाग वीर आयो सारे कुशल वीर कबड्डी वालों तूर लिया ना बड़ी बड़ी दूर जाना अमरीक ने 250 किलोमीटर जाना उस्ताद मैं भी 100 किलोमीटर जाना जी चलिए मैं ना चनी भराई हो आयो मोती वीर सारे आ जाओ आओ लवली वीर ओके वीर उधर सन्मान किया जा रहा है साडे वीर दा जग्गे मैक्सीको वाले दा यार है गग्गू वीर होना दे यार दा सन्मान किया जा रहा है बहुत धन्यवाद छुट गया ले आया नहीं इधर हो लवली वीर आओ यार सरपंच साहब करो माटी ना आवीर तू ही बिकर शोट ली मार्टिन वीर खलो जा करना इधर अवतार वीर पन्नू मास्टर जी ओके पन्नू मास्टर जी आओ जी मास्टर दिलबाग दुआ कदर करण अलीवाल करण अलीवाल चेयरमैन साहब आओ जसपाल भाजी आओ इधर लापरी टक्कर
जसपाल भाजी आओ अगे हिंदे आओ लाडवीर लाडवीर अपना टीम का कोच कप्तान जी सारा कोच वीर आओ वीर ये अपने भाजी जसपाल जी लवप्रीत टक्कर मार्टिन जी राजा डोन कोई नहीं फिर आ जाए सानू भेजो पाल आव हलो वीर इंदे फोटो खिंच दी लभ आओ पंडित जी पंडित रंजीव अपने सारे वीर लै के आओ भाजी लभ मुंडा दूजा भी आया ही नाल सुमित पंडित जी तुम भी आओ डेविड शूटर सुमित ओ शूटर नहीं डेविड शूटर यार डेविड शूटर आओ राजा डोन राजा डॉन अपना भरा डेविड शूटर डेविड तो ही डिलू लव गिल क्या हुंदा नहीं महावीर अल्लाह फल मन गोरा वीर सारे कट्ठे आ जाओ पंकज भट्टी वीर आए अवतार वीर हो गए गोरा वीर आए लवली वीर का भरा साडा पहलवान चन्नी साहब आखियो वड्डी हैगी चन्नी साहब पंडित जी नूं दो अपने वीर बड़ी दूरों आए पंडित जी फरो ये पहलवान अपने वीर ने वीर शर्ट ला के एक बारी टैटू विखा के जाना मेरे कहन दे ए वीर दा टैटू वेखना आ पहलवान जी शर्ट ला के टैटू विखा के जाना आ बड़े आ सारे नूं भरावो वीर उहनां नूं पंकज भट्टी वीर पंकज भट्टी वीर साडा भरा जी पंकज भट्टी हर मेले दे गुगू वीर नाल जरूर मिलदे सानू चलन डिया काम कमाल तोड़ा अपना पहलवान जी पहला टैटू विखाओ सारिया नू बिंदा जोल शमी वीर बिंदा जोल शमी वीर शमी वीर पंजाब पुलिस अपना वीर शमी वीर आओ वीर नू लाला जी की हाल जी वधिया वधिया ए वीर दा टैटू बहुत ही वधिया बनाया वीर मलेशिया इंटरनेशनल प्लेयर रहा या कबड्डी दा ने अपना पंडित भरा आया चंद्रशेखर आजाद पंडित चंद्रशेखर आजाद दा टैटू वीर ने आयो बिंदे वीर शमी भा मनजीत खैरा शमी भा मनजीत वीर बिंदा एक मिनट खलो नहीं मैं खुले हो जाओ वीर हरमन अठवाल दिनेश कंग बिंदे वीर बिंदा वीर इन्नी लेट है उम्मीद तो नहीं वीर वालों वीर और भी वीर कोई भरा हो यार कोई भरा रह गया जर्मन पड्डा रूप बाबा बाबा रूपा पिछे हो जाओ खुले हो जाओ यार डेवल डेवल ट्रॉफी ले अपनी डेवल अपने पिंडों खिडारी निकल दिया कबड्डी का डेवल आने वाले दिनों से जरूर इंटरनेशनल तक जाऊगा डेवल हरवंत सिंह का मुंडा हरमन अठवाल आओ वीर डेवल लाला सनपुर साडा भरा
लाला हसनपुर साडा भरा जो कोई गल करके पहुंच नहीं सकिया जसा वीर हैप्पी वीर आए जसा जफरवाल आओ अगे मलकीत वीर इधर ए टेबल आ सेवा नहीं हुई सेवा बिंदे वीर हो गए जो शमी वीर हो गए ना मलकीत वीर आ संजीव ग्रुप फोटो जसा आया अमन अंगलिया प्रभ वीर आज सारे भी खुला हो जाओ खुला हो जाओ करण आ तुम अगे पुत करण हो गया तू अपने अंकल जी खोखर फौजिया वाले आज अगे तीनू वीर दिल्ली तो भी पहुंचे ਸਾਡਾ ਲਵ ਬਾਜਵਾ ਵੀਰ ਕਨੇਡਾ ਚ ਆ ਨਹੀਂ ਸਕਿਆ ਉਹਦੇ ਫਾਦਰ ਸਾਹਿਬ ਪਹੁੰਚੇ ਨੇ ਜਸੇ ਵੀਰ ਚੱਲੇ ਜੋ ਤੈਨੂੰ ਵੀਰ ਚੰਨੀ ਪੱਟੀ चनी पट्टी तीनू वीर ओके वीर ओके एक मिनट गवादे प्रभ वीर हो गए शील्ड दे यार शील्ड दे एक मिनट ओके वीर ओके बोवी वीर मेहरबानी सारे वीर दी बहुत बहुत नहीं 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 एक मिनट आ फोटो वीर साइड दे जो चनी आ तू भी नाल ही सोनू रंधावा टाली पिंड का शिंदा सरपंच हिंदा ओ हिंदा सिंदा तुम्हें जग्गू वीर जेरे दो तीन मुंडिया ने सेवा बड़ी की बाबे रूप वीर जसा जफरवाल जर्मन वीर जसिया आ जा जेल च तो मैनू लभदा फिरदा आई इत्थे तू लुगंडिया आया इत्थे जसा जसा जेल च मैनू लभदा रहिंदा हुंदा इत्थे लुगंडिया जसा पलवान जफरवाल होर एक होर फराओ शील्ड फराओ हेलो 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 नहीं नहीं होर वीर कोई रह गया होए भाला वीर जीते डोम दा भरा भाला भाले आ इधर ओ पलवान जी तुही आ जग्गू हो गया जतिंदर चन्नी चन्नी कोई रह गया दस रह गया कोई भाले भाले मेरा वीर रह गया कोई आप ही आज बाउंसर वीर मेरे दोवे भरा हूं भी बड़ी सेवा नभाई ने आला भरा तू ही आ जा आला ओ गुरजोत कि आया प्रधान ऐश ऐश इधर इन्हें वीर ने बहुत ही वड्डी सेवा पाई आ ऐश ऐश सोल ऐश सोल लाली कनेडा लव कनेडा इन्हों ने बड़े वधिया सेवा पाई आ भरो बाउंसर वीर हूं दोवें जी लखनवीर तेरे वाली आ
ਜਿਹੜੇ ਰਹਿ ਗਏ ਚੇਅਰਮੈਨ ਸਾਹਿਬ ਆਓ ਤੁਸੀਂ ਗਗਨ ਸੇਖਵਾ ਨਾਲ ਆਏ ਲਵਜੀਤ ਪ੍ਰਤਾਪਗੜ ਚਲ ਆਪ ਤੇ ਖਲੋ ਤੂੰ ਸੋਖੇ ਆ ਜਾ ਓਏ ਆ ਜਾ ਕੋਈ ਕੋਈ ਵੀਰ ਭਰਾ ਰਹਿ ਗਿਆ ਹੋਏ ਤੇ ਗਲਤੀ ਮਾਫ ਆ ਦਿਲੂ ਹੋ ਗਿਆ ਨਿਸ਼ਾਨ ਪੁਸ਼ਪਿੰਦਰ ਐਡਵੋਕੇਟ ਐਡਵੋਕੇਟ ਪੁਸ਼ਪਿੰਦਰ ਪੰਡਿਤ ਜੀ ਆਇਓ ਮਾੜਾ ਜਿਹਾ ਖੁਸ਼ਲ ਪੰਡਿਤ ਜੀ ਰੈਫਰੀ ਆ ਜਾਣਗੇ ਸੁੱਖਾ ਸਰਬ ਕੋਟੀਆ ਜੀ ਤੇ ਗੋਪੀ ਢੜਿਆਲਾ ਨੱਤ ਰੈਫਰੀ ਵੀਰ ਆ ਜਾਣਗੇ ਰੈਫਰੀ ਜਿੱਥੇ ਵੀ ਆਵਾਜ਼ ਨੂੰ ਸੁਣਦੇ ਹੋ ਕਿਰਪਾ ਕਰਕੇ ਆਪਣੇ ਸਨਮਾਨ ਲੈ ਜਾਣ ਸੁੱਖਾ ਸਰਬ ਕੋਟੀਆ ਜੀ ਸੁੱਖਾ ਸਰਬ ਕੋਟੀਆ ਜੀ ਤੇ ਗੋਪੀ ਢੜਿਆਲਾ ਨੱਤ ਸਤਨਾਮ ਬੱਜੂ ਮਾਨ ਜੀ ਕਿੱਥੇ ਨੇ ਉਹ ਵੀ ਆ ਜਾਣਗੇ ਕੋਚ ਦਲਬੀਰ ਸਿੰਘ ਜੀ ਦੀਰਾ ਬਲਪੁਰੀਆ ਕੋਚ ਦਲਬੀਰ ਸਿੰਘ ਜੀ ਦੀਰਾ ਬਲਪੁਰੀਆ ਨਾਲ ਗੁਰਪ੍ਰੀਤ ਢੜਿਆਲਾ ਨੱਤ ਕੋਚ ਦਲਬੀਰ ਸਿੰਘ ਜੀ ਦੀਰਾ ਬਲਪੁਰ ਨਾਲ ਸਤਨਾਮ ਸਿੰਘ ਜੀ ਬੱਜੂ ਮਾਨ ਬੇਨਤੀ ਹੈ ਕਿ ਸਨਮਾਨ ਆਪਣਾ ਜ਼ਰੂਰ ਲੈ ਕੇ ਜਾਣ ਹੈਲੋ 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 ਦਲਸ਼ੇਰ ਜੀ ਸਾਬ ਵੱਡਾ ਸਾਬ ਵੱਡਾ ਗਗਨ ਸੇਖਵਾ ਆਪਾਂ ਰੈਫਰੀ ਦਾ ਕਰਦੇ ਹਾਂ ਸਤਨਾਮ ਬੱਜੂ ਮਾਨ ਹੈਪੀ ਬਾਜਵਾ ਜੀ ਵਿਸ਼ਾਲ ਦੁਦਰਾਏ ਵੀ ਆ ਜਾਣਗੇ ਵਿਸ਼ਾਲ ਦੁਦਰਾਏ ਜੀ ਸਾਡੇ ਸੀਨੀਅਰ ਕਮੈਂਟਰੇਟਰ ਹੈਪੀ ਬਾਜਵਾ ਤੇ ਨਾਲ ਸਤਨਾਮ ਦਾ ਹੋ ਗਿਆ ਜੇ ਵਿਸ਼ਾਲ ਜੀ ਨਾਲ ਬਲ ਝਲਾੜੀ ਜੀ ਬੋਲਾਂ ਦੀ ਸਾਂਝ ਪਗਾਈ ਹੈ ਨਾਲ ਬਲ ਝਲਾੜੀ ਜੀ ਇੱਕ ਛੋਟਾ ਜਿਹਾ ਟੱਪਾ ਵੀ ਨਾਲ ਹੀ ਚੱਲੇਗਾ ਅੰਮ੍ਰਿਤ ਮਹਿਤਾ ਇਧਰਲੇ ਪਾਸੇ ਰਵੀ ਬਲਪੁਰੀਆ ਵੀ ਆਵੇ ਹੋ ਜਿਹੜਾ ਜੱਟ ਦੀ ਹਿੱਕ ਚੋਂ ਪਾਰ ਹੋ ਜਾ ਹੋ ਐਸਾ ਤੀਰ ਵੀ ਨਹੀਂ ਤਲਵਾਰ ਵੀ ਨਹੀਂ ਹੋ ਜਿਗਰਾ ਰੱਬ ਨੇ ਦਿੱਤਾ ਪਹਾੜ ਚਿੱਟਾ ਹੋ ਸਾਨੂੰ ਮਾਣ ਵੀ ਨਹੀਂ ਹੰਕਾਰ ਵੀ ਨਹੀਂ ਹੋ ਜਿਹੜਾ ਬੋਲ ਜਬਾਨ ਚੋਂ ਕੱਢ ਦਈਏ ਉਹ ਪੱਥਰ ਤੇ ਲੀਕ ਬਣਾ ਦਈਏ ਉਹ ਗਲਿਆਰੀ ਦੀ ਹੋਵੇ ਜਾਂ ਦੁਸ਼ਮਣੀ ਦੀ ਉਹ ਜਿੱਥੇ ਲਾਈਏ ਤੋੜ ਨਿਭਾ ਦਈਏ ਜਿੱਥੇ ਲਾਈਏ ਤੋੜ ਨਿਭਾ ਦਈਏ ਸਾਡੇ ਐਡਵੋਕੇਟ ਪੁਸ਼ਪਿੰਦਰ ਸਿੰਘ ਜੀ ਉਹਨਾਂ ਦਾ ਮਾਣ ਹੋਇਆ ਜਰਮਨ ਵੀਰ
ਜਰਮਨ ਭਾਈ ਦਾ ਹੀ ਮਾਣ ਹੋਇਆ ਹੈ। ਹੈਲੋ ਹੈਲੋ ਇਹਨਾਂ ਨੇ ਕਹਿੰਦੇ ਗਰਾਊਂਡ ਦਿੱਤੀ ਹੈ ਸਾਨੂੰ ਖੇਡਣ ਦੇ ਵਾਸਤੇ, ਸੋ ਗਰਾਊਂਡ ਬਹੁਤ ਵਧੀਆ ਸ਼ਿੰਗਾਰੀ ਹੈ ਬਾਈ ਜੀ। ਮੈਂ ਗਾਣਾ ਤਿੰਨ ਦਿਨ ਬਣਾਉਣ ਲੱਗੇ, ਗਰਾਊਂਡ ਬਣਾਉਣ ਨੂੰ ਕਹਿੰਦੇ ਤਿੰਨ ਦਿਨ ਲੱਗੇ ਹੈ। ਇਹ ਜਰਮਨ ਵੀਰ ਨੇ ਕਹਿੰਦੇ ਸਾਨੂੰ ਆਹ ਜਿਹੜੀ ਗਰਾਊਂਡ ਦਿੱਤੀ ਹੈ ਖੇਡਣ ਵਾਸਤੇ, ਜਰਮਨ ਭਰਾ ਦਾ ਹੀ ਵੱਡਾ ਮਾਣ ਸਨਮਾਨ ਹੋਇਆ। ਬਾਈ ਜੀ ਗਾਣੇ ਕਰਨੇ ਮੈਂ ਥੋੜੇ ਦਿਨ ਤੱਕ, ਮੈਂ ਦੋ ਗਾਣਿਆਂ ਦਾ ਤੁਹਾਨੂੰ ਇੱਕ ਇੱਕ ਟੱਪਾ ਸੁਣਾਊਂਗਾ ਅਸਲੇ ਤੇ ਹੀ ਨੇ, ਜਿਹੜੇ ਜਿਹੜੇ ਸ਼ੌਂਕੀ ਨੇ ਅਸਲੇ ਤੇ। ਮੇਰੇ ਭਰਾ ਇੱਧਰ ਆ ਜਾਓ ਸਾਰੇ ਇੱਥੋਂ। ਹਲੇ ਇੱਧਰਲੇ ਪਾਸੇ ਸਾਡੇ ਬਹੁਤ ਹੀ ਸਤਿਕਾਰਯੋਗ ਸਮਾਜ ਸੇਵੀ ਨਵਤੇਜ ਸੁਣਿਓ ਗਾਣੇ। ਓ ਗੱਲ ਤਿੰਨ ਕ ਦਹਾਕੇ ਪਹਿਲਾਂ ਦੀ ਨੀ, ਜਦੋਂ ਦਾਦਾ ਜੀ ਦੀ ਅੜਦੀ ਗਰਾਰੀ ਹੁੰਦੀ ਸੀ। ਓ ਕਾਲ ਸਿਰ ਉੱਤੇ ਰੌਂਦਾ ਵਾਲਾ ਪਟਾ ਲੱਕ ਨਾਲ, ਮੋਢੇ ਟੰਗੀ ਬਾਰਾਂ ਬੋਰ ਜੇਬ ਭਾਰੀ ਹੁੰਦੀ ਸੀ। ਓ ਪੱਚੀਆਂ ਪਿੰਡਾਂ ਦੇ ਵਿੱਚ ਬੋਲਦੀ ਆ ਤੂਤੀ ਨਾਲੇ, ਠਾਣਿਆਂ ਕਚਹਿਰੀਆਂ ਚ ਆਮ ਚੱਲਦਾ ਨੀ ਹੁਣ ਪੋਤੇ ਦਾ ਵੀ। ਓ ਪੋਤੇ ਦਾ ਵੀ ਦਾਦੇ ਜਿਨਾ ਨਾਮ ਚੱਲਦਾ ਨੀ ਹੁਣ ਪੋਤੇ ਦਾ ਵੀ। ਇੱਕ ਬਾਈ ਜੀ ਆ ਜੇ ਗਾਣਾ ਤੇ ਦੂਜਾ ਹੈਗਾ ਜੇ। ਉਹ ਕਿਸੇ ਵੱਲ ਵੇਖ ਕੇ ਨੀ ਸਾੜਾ ਕਰਦੇ, ਰੱਬ ਜਿਹੇ ਯਾਰ ਮੇਰਾ ਬਾੜਾ ਕਰਦੇ। ਉਹ ਪੱਬਾਂ ਤੇ ਕਲੱਬਾਂ ਵਿੱਚ ਘੱਟ ਜਾਂਦੇ ਹਾਂ, ਮੋਟਰ ਤੇ ਲੱਗਦੀ ਆ ਮਹਿਫਲੀ ਕੁੜੇ। ਉਹ 3 ਸੈਂਟੀਮੀਟਰ ਦਾ ਛੇਦ ਕਰਦੀ ਜਿਹੜੀ ਤੇਰੇ ਜੱਟ ਕੋਆਂ ਰਾਈਫਲ ਕੁੜੇ। ਉਹ 3 ਸੈਂਟੀਮੀਟਰ ਦਾ ਛੇਦ ਕਰਦੀ ਜਿਹੜੀ ਤੇਰੇ ਜੱਟ ਕੋਆਂ ਰਾਈਫਲ ਕੁੜੇ। ਦੱਸਿਓ ਬਾਈ ਜੀ ਕਿਹੜਾ ਕਰਾਂ, ਪਹਿਲਾਂ ਕਿ ਦੂਜਾ? ਥੈਂਕ ਯੂ ਮਿਹਰਬਾਨੀ। ਮੈਂ ਆਪੇ ਲਿਖੇ ਨੇ ਬਾਈ, ਮੈਂ ਆਪ ਲਿਖਦਾ। ਥੈਂਕ ਯੂ ਸਾਰਿਆਂ, ਸਾਰੇ ਭਰਾਵਾਂ ਦਾ ਬਹੁਤ ਜ਼ਿਆਦਾ ਯੋਗਦਾਨ ਆ, ਤੁਹਾਡੀ ਸਪੋਰਟ ਨਾਲ ਹੀ ਅੱਗੇ ਆਉਣਾ ਆ। ਆਉਣ ਵਾਲੇ ਸਾਲ ਦੇ ਵਿੱਚ ਕੁਛ ਨਾ ਕੁਛ ਬਣ ਕੇ ਟੱਕਰਾਂ, ਤੁਹਾਡੀਆਂ ਦੁਆਵਾਂ ਤੁਹਾਡੀ ਸਪੋਰਟ ਦੀ ਲੋੜ ਆ। ਥੈਂਕ ਯੂ ਮਿਹਰਬਾਨੀ, ਥੈਂਕ ਯੂ ਭਰਾ ਸਾਰੇ, ਥੈਂਕ ਯੂ। ਇਧਰਲੇ ਪਾਸੇ ਨਵਤੇਜ ਸਿੰਘ ਗੱਗੂ ਦੇ ਵੀਰ ਨੇ ਜਿਹੜੇ ਰਕਸ਼ਰ ਖੰਗ ਰੱਖੇ ਨੇ ਸਿਕਿਉਰਿਟੀ ਗਾਰਡ, ਉਹਨਾਂ ਦਾ ਬਹੁਤ ਧੰਨਵਾਦ, ਬਹੁਤ ਧੰਨਵਾਦ, ਬਹੁਤ ਧੰਨਵਾਦ। ਇੰਨੀ ਰੱਖਿਆ ਕਰਦੇ ਨੇ ਵੀਰ, ਇਹਨਾਂ ਦਾ ਦੇਣ ਨਹੀਂ ਦੇ ਸਕਦੇ, ਧੰਨਵਾਦ ਜੀ। ਇਹ ਸੱਜੀਆਂ ਖੱਬੀਆਂ ਬਾਹਾਂ ਨੇ ਸਾਡੇ ਨਵਤੇਜ ਸਿੰਘ ਜੀ ਗੱਗੂ ਡਾਊਨ, ਉਹਨਾਂ ਦੀਆਂ ਸੱਜੀਆਂ ਖੱਬੀਆਂ ਬਾਹਾਂ, ਜਿੰਨੇ ਵੀ ਅੰਗ ਰੱਖਿਅਕ ਆਪਾਂ ਹਰ ਵੇਲੇ ਸਾਰੇ ਇਹਨਾਂ ਸੱਜੀਆਂ ਖੱਬੀਆਂ ਬਾਹਾਂ ਦਾ ਬਾਰ ਬਾਰ ਧੰਨਵਾਦ ਹੈ। ਅੰਗ ਰੱਖਿਅਕ ਸਾਡੇ ਨਵਦੇਵ ਸਿੰਘ ਜੀ ਗੁੱਗੂ ਡਾਊਨ, ਉਹਨਾਂ ਦੇ ਸਾਰੇ ਅੰਗ ਰੱਖਿਅਕ ਵੀਰਾਂ ਦਾ ਧੰਨਵਾਦ ਹੈ। ਇਧਰਲੇ ਪਾਸੇ ਘਨਸ਼ਾਮਪੁਰੀਆ, ਉਹ ਵੀ ਸਾਡਾ ਵੀਰ ਨਾਲ ਹੀ ਹੁੰਦਾ ਹਰ ਸਾਲ ਘਨਸ਼ਾਮਪੁਰੀਆ, ਬਾਰ ਬਾਰ ਧੰਨਵਾਦ ਹੈ ਸਾਰੇ ਵੀਰਾਂ ਦਾ। ਇਧਰਲੇ ਪਾਸੇ ਹਰਮਨ ਅਠਵਾਲ ਵੀਰ ਨੇ ਸਾਡੇ, ਹਰਮਨ ਅਠਵਾਲ ਤੇ ਹੀਰਾ ਪਹਿਲਵਾਨ, ਉਹਨਾਂ ਭਰਾਵਾਂ ਦਾ ਵੀ ਬਾਰ ਬਾਰ ਧੰਨਵਾਦ ਕਰਾਂਗੇ ਮੇਰੇ ਵੀਰੋ। ਇਹ ਸਾਡੇ ਵੀਰ ਨੇ ਹਰਮਨ ਅਠਵਾਲ ਤੇ ਨਾਲ ਸਾਡੇ ਵੀਰ ਹੀਰਾ ਪਹਿਲਵਾਨ, ਹੀਰਾ ਲੱਦਾ ਮੁੰਡਾ, ਭਰਾਵਾਂ ਦਾ ਵੀ ਧੰਨਵਾਦ ਹੈ ਮੇਰੇ ਵੀਰੋ। ਪਿਆਰ ਹੈ ਕੁਸ਼ਲ ਪੰਡਿਤ ਦੇ ਨਾਲ, ਬਾਰ ਬਾਰ ਧੰਨਵਾਦ ਹੈ ਸਾਰੇ ਭਰਾਵਾਂ ਦਾ ਮੇਰੇ ਵੀਰੋ। ਸਾਡੇ ਜੱਗਾ ਮਕਸੀਕੋ ਨਵਤੇਜ ਗੁੱਗੂ ਮਨਜੋਤ ਮੋਤੀ ਬਟਾਲਾ, ਬਹੁਤ ਧੰਨਵਾਦ ਇਹਨਾਂ ਦਾ ਆਏ ਦਾ, ਬਹੁਤ ਧੰਨਵਾਦ। ਓ ਸਰਕਾਰਾਂ ਦੀਆਂ ਨਜ਼ਰਾਂ ਵੀ ਜੱਟ ਤੇ, ਓ ਬਲੋਨਾਰਾਂ ਦੀਆਂ ਨਜ਼ਰਾਂ ਵੀ ਜੱਟ ਤੇ, ਸਪੈਸ਼ਲੀ ਜੋ ਰਸ਼ੀਆ ਚ ਬਣੇ ਹੋਏ ਉਹਨਾਂ ਹਥਿਆਰਾਂ ਦੀਆਂ ਨਜ਼ਰਾਂ ਵੀ ਜੱਟ ਤੇ। ਓ ਸ਼ਰੇਆਮ ਠੋਕਦੇ ਸ਼ਰੀਕ ਤਾਂ ਹੀ ਭੁਗਤਣ ਕੋਟੇ ਆਏ ਨੇ, ਓ ਤੇਰਾ ਵੀ ਹੈਰਾਨ ਹੋਣਾ ਬਣਦਾ ਕਿ ਮਾਝੇ ਵਾਲੇ ਝੋਟੇ ਆਏ ਨੇ। ਉਹ ਸਾਰਿਆਂ ਦਾ ਸ਼ੁੱਕ ਹੋਣਾ ਜਾਇਜ਼ ਕਿਉਂਕਿ ਮਾਝੇ ਵਾਲੇ ਝੋਟੇ ਆਏ ਨੇ। ਆ ਵੀ ਕਰਾਂਗੇ ਬਾਈ, ਲਵ ਯੂ ਲਵ ਯੂ। ਉਹ
ਜਿਹੜਾ ਕਾਨਪੁਰੀ ਅਸਲਾ ਦਿਖਾਉਂਦਾ ਫਿਰੇ ਮੈਨੂੰ ਬੜੇ ਟਾਈਮ ਦਾ ਚਲਾ ਕੇ ਅਸੀਂ ਛੱਡਿਆ ਉਹ ਪਿਛਲੇ ਰਿਕਾਰਡ ਸਾਡੇ ਪਤਾ ਕਰ ਲਈਓ ਇਹਨਾਂ ਕੰਮਾਂ ਵਿੱਚੋਂ ਪੈਰ ਮਸਾਂ ਕੱਢਿਆ ਉਹ ਜਦੋਂ ਕੀਤੀ ਬਦਮਾਸ਼ੀ ਸ਼ਰੇਆਮ ਕੀਤੀ ਸੀ ਤਰੇ ਵਾਂਗੂ ਰੱਖ ਮੋਢੇ ਗੈਰ ਤੇ ਚਲਾਏ ਨੀ ਉਹ ਜਿਨ੍ਹਾਂ ਨਾਲ ਮਿੱਤਰਾਂ ਦੇ ਵੈਰ ਚੱਲਦੇ ਉਹ ਸਾਡੇ ਪਿੰਡ ਛੱਡ ਅੱਜ ਤੱਕ ਸ਼ਹਿਰ ਆਏ ਨੀ ਉਹ ਜਿਨ੍ਹਾਂ ਨਾਲ ਮਿੱਤਰਾਂ ਦੇ ਵੈਰ ਚੱਲਦੇ ਉਹ ਸਾਡੇ ਪਿੰਡ ਛੱਡ ਅੱਜ ਤੱਕ ਸ਼ਹਿਰ ਆਏ ਨੀ ਬਈ ਨਾਗੜੀ ਦਾ ਕੌਣ ਕੌਣ ਸ਼ਕੀਨ ਆ ਨਾਗੜੀ ਦੇ ਪੱਟੇ ਕਿਹੜੇ ਆ ਆਉਂਦੀ ਹੈ ਫਿਰ ਡਿਊਡ ਸੌ ਗਿਆ ਲਓ ਜਾਣ ਹੈਲੋ ਬਾਈ ਜੀ ਸੁਣਿਓ ਨਾਗਣੀ ਤੇ ਡਿਊਟ ਸੌ ਗਿਆ ਕਹਿੰਦੀ ਵੇ ਸਾਰਾ ਦਿਨ ਤੋਲੇ ਤੋਲੇ ਕਰਦਾ ਰਹਿਣਾ ਏ ਵੇ ਚਾਂਦੀ ਦੀਆਂ ਡੱਬੀਆਂ ਨੂੰ ਭਰਦਾ ਰਹਿਣਾ ਏ ਸਾਰਾ ਦਿਨ ਤੋਲੇ ਤੋਲੇ ਕਰਦਾ ਰਹਿਣਾ ਏ ਚਾਂਦੀ ਦੀਆਂ ਡੱਬੀਆਂ ਨੂੰ ਭਰਦਾ ਰਹਿਣਾ ਏ ਵੇ ਨਾਗਣੀ ਬਲੈਕ ਖਾ ਕੇ ਸਿਰੇ ਦੇ ਨਲੈਕ ਦੀ ਵੀ ਅੱਖ ਸਦਾ ਰਹਿੰਦੀ ਵਾਂਗ ਫੁੱਲ ਦੇ ਖਿਲੀ ਮੈਂ ਕਿਹਾ ਨੀ ਫੀਮ ਦੀਆਂ ਡੱਬੀਆਂ ਸਤਾਰਾਂ ਖਾਲੀਆਂ ਨੀ ਸਾਨੂੰ ਤੇਰੇ ਜਿੰਨੀ ਕੌੜੀ ਅੱਜ ਤੱਕ ਨਾ ਮਿਲੀ ਉਹ ਫੀਮ ਦੀਆਂ ਡੱਬੀਆਂ ਸਤਾਰਾਂ ਖਾਲੀਆਂ ਨੀ ਸਾਨੂੰ ਤੇਰੇ ਜਿੰਨੀ ਕੌੜੀ ਅੱਜ ਤੱਕ ਨਾ ਮਿਲੀ ਲਓ ਜੀ ਡਿਊਟ ਆਉਂਦਾ ਕਿ ਜਾਂ ਕਿੱਦਾਂ ਡਿਊਟ ਆਉਂਦੇ ਨੇ ਬਾਈ ਕਹਿੰਦੇ ਨਹੀਂ ਨਹੀਂ ਮੈਂ ਆਪਣੇ ਆਪਣੇ ਲਿਖੇ ਗਾਊਂਗਾ ਬਾਈ ਮੈਂ ਆਪਣੇ ਲਿਖੇ ਹਾਂਜੀ ਇੱਕ ਕਹਿੰਦੇ ਇੱਕ ਡਿਊਟ ਹੈ ਬਾਈ ਹੋਰ ਵੇ ਤੇਰੀ ਟੌਰ ਜੈਲਸੀ ਬਣ ਕੇ ਸੀਨੇ ਵਿੱਚ ਅੱਗ ਲਗਾਵੇ ਜਦੋਂ ਲਾਉਣੇ ਥਾਰ ਤੇ ਗੇੜਾ ਆਂਟੀ ਤਾਂ ਮਰ ਮਰ ਜਾਵੇ ਨੀ ਤਾਂ ਹੀ ਮੇਰੇ ਸਾਲਿਆਂ ਨੂੰ ਫੇਮ ਨਹੀਂ ਪਚਦੀ ਫੇਮ ਨਹੀਂ ਪਚਦੀ ਵੇ ਤੇਰੇ ਨਾਂ ਤੋਂ ਕਈਆਂ ਦੀ ਹਿੱਕ ਜਿਹੀ ਮੱਚਦੀ ਵੇ ਹਿੱਕ ਜਿਹੀ ਮੱਚਦੀ ਵੇ ਤੇਰੇ ਨਾਂ ਤੋਂ ਕਈਆਂ ਦੀ ਹਿੱਕ ਜਿਹੀ ਮੱਚਦੀ ਵੇ ਹਿੱਕ ਜਿਹੀ ਮੱਚਦੀ ਠੀਕ ਹੈ ਬਾਈ ਸੋਹਣੇ ਗਾਣੇ ਬਾਈ ਛੇਤੀ ਆਉਣ ਦੇ ਬਾਅਦ ਤੁਹਾਡੀ ਸਪੋਰਟ ਚਾਹੀਦੀ ਛੇਤੀ ਆਉਣ ਬਾਈ ਛੇਤੀ ਇੱਕ ਬਾਈ ਮੇਲੇ 'ਤੇ ਲਿਖਿਆ ਸੀ ਮੇਲੇ 'ਤੇ ਲਿਖਿਆ ਸੱਚੀ ਘਟਨਾ ਹੈ ਮੈਨੂੰ ਯਾਦ ਆ ਲੈਂਦਾ ਹੋਰ ਬਾਈ ਗਾਉਣਾ ਕਿ ਨਹੀਂ ਗਾਣਾ ਲਓ ਬਾਈ ਜਾ